ਮੇਰੀ ਵਾਈਫ ਹੀ ਆ ਬਈ ਜਿਹੜੀ ਮੇਰੇ ਨਾਲ ਕੱਟ ਗਈ ਉਲਟਾ ਇਹ ਮੈਂ ਜ਼ਰੂਰ ਕਹਿੰਦਾ ਹੁੰਨਾ ਅਕਸਰ ਆਪਦੇ ਦੋਸਤਾਂ ਨੂੰ ਮੈਂ ਕਹਿੰਦਾ ਯਾਰ ਆਪਣੇ ਵਰਗੇ ਬੰਦਿਆਂ ਨਾਲ ਕੱਟਣਾ ਔਖਾ ਸ ਹੈ ਸਾਨੂੰ ਇਹ ਜਿਵੇਂ ਨਾ ਲੋਕਲ ਸਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੂੰ ਵੀ ਇਹ ਲੱਗਦਾ ਹਜੇ ਤੱਕ ਵੀ ਕਿ ਯਾਰ ਇਹਨਾਂ ਦੀ ਲੰਬ ਮੈਰਿਜ ਹੈ ਅਸਲੀਅਤ ਇਹ ਹੈ ਕਿ ਅਸੀਂ ਮਿਲੇ ਨਹੀਂ ਸੀ ਇੱਕ ਦੂਜੇ ਨੂੰ ਕਦੇ ਵੀ ਨਾ ਸਾਨੂੰ ਪਤਾ ਸੀ ਜੀ ਕੋਲ ਜਿਹੜੇ ਲਫ ਦੇ ਵਿੱਚ ਕੁੜੀਆਂ ਨਾਲ ਗੱਲਾਂ ਕਰਦੇ ਹੋਗੇ ਮੇਰਾ ਹਸਬੰਦ ਤਾਂ ਇਹੋ ਜਿਹਾ ਹੋਣਾ ਚਾਹੀਦਾ ਤੇਰੇ ਵਾਲਾ ਕੁੜੇ ਕਿਹੇ ਜਾ ਹੋਊਗਾ ਉਦੋਂ ਗਜ਼ਲ ਕੀ ਸੋਚਦੀ ਸੀ ਜੋ ਸੋਚਿਆ ਸੀ ਉਸ ਨਾਲੋਂ ਕਿਤੇ ਵਾਅਦੇ ਮਿਲਿਆ ਮੈਨੂੰ ਜੀ ਇੱਕ ਤਾਂ ਸੂਰਤ ਹੁੰਦੀ ਹੈ ਤੇ ਖੁੰਦੀ ਹੈ ਸਿਰਤ ਲੱਖ ਕੋਈ ਇਸ ਗੱਲ ਤੋਂ ਮੁਨਕਰ ਹੋ ਜੇ ਵੀ ਮੈਂ ਬਾਹਰੀ ਰੂਪ ਨੂੰ ਤਵੱਜੋ ਨਹੀਂ ਦਿੰਦਾ ਪਰ ਕਿਤੇ ਨਾ ਕਿਤੇ ਮਨ ਦੇ ਕਿਸੇ ਕੋਨੇ 'ਚ ਬਾਰੀ ਰੂਪ ਦਾ ਵੀ ਇੱਛਾ ਹੁੰਦੀ ਹੈ ਜੀ ਜੀ ਤੇ ਸਿਰਤ ਦੀ ਤਾਂ ਉਦੋਂ ਵੀ ਉੱਤੇ ਹੁੰਦੀ ਹੈ ਕਿ ਸਿਰਤ ਵੀ ਬਿਹਤਰ ਹੋਵੇ ਤੇ ਸੂਰਤ ਵੀ ਬਿਹਤਰ ਹੋਵੇ ਹੈਨਾ ਮੈਂ ਕਿਹਾ ਵੀ ਕੁੜੀ ਤਾਂ ਵਧੀਆ ਠੀਕ ਹੈ ਮੈਨੂੰ ਅੰਦਰ ਵੀ ਲੱਗਿਆ ਵੀ ਯਾਰ ਕੁੜੀ ਤਾਂ ਸੋਹਣੀ ਵੀ ਹੈ ਤੇ ਸਿਆਣੀ ਵੀ ਲੱਗਦੀ ਹੈ ਵੇਖੇ ਚੱਲ ਮੈਂ ਆਪਦੇ ਵੱਲੋਂ ਪੁੱਛ ਕੇ ਤਾਂ ਦੇਖਾਂ ਨਾ ਉਹਨਾ ਅਪ੍ਰੈਲ ਚ ਹੋਇਆ ਸੀ ਤੇ ਨਵੰਬਰ ਚ ਵਿਆਹ ਹੋਇਆ ਤੇ ਇੰਨੀ ਧੀਰ ਅਸੀਂ ਇੱਕ ਵਾਰੀ ਵੀ ਮਿਲੇ ਨਹੀਂ एंगेजमेंट ਤੋਂ ਬਾਅਦ ਵਿਆਹ ਤੱਕ ਮੈਂ ਕਿਹਾ ਵੀ ਸਗਰ ਸਾਹਿਬ ਇਹ ਨਾ ਨਾ ਤਾਂ ਕਿਤਾਬਾਂ ਪੜਦੀ ਐ ਨਾ ਜਿਵੇਂ ਕਵਿਤਾ ਪੜਦੀ ਐ ਚੰਗੀ ਤਰ੍ਹਾਂ ਘਰ ਦੇ ਕੰਮਾਂ 'ਚ ਲੱਗੇ ਰਹਿੰਦੀ ਐ ਪੇਂਟਿੰਗ ਨਹੀਂ ਕਰਦੀ ਇਹਦਾ ਹੱਥ ਚੰਗਾ ਸੀ ਬਟ ਉਹ ਕਹਿੰਦੇ ਤੈਨੂੰ ਰੋਟੀ ਪਾਣੀ ਸਾਰਾ ਕੁਝ ਟਾਈਮ ਨਾਲ ਮਿਲਦਾ ਹੈ ਹਾਂਜੀ ਕਹਿੰਦੇ ਹੋਰ ਕੀ ਭਾਲਦਾ ਹੈ ਕਿਆ ਦਸ ਸਿੰਘ ਫਸਾਵੇ ਜਿਹੜੀ ਤੇਰੇ ਨਾਲ ਤੈਨੂੰ ਉਹ ਵਾਲੀ ਵਾਈਫ ਚਾਹੀਦੀ ਆ ਪਰ ਤੁਸੀਂ ਦੇਖੋ ਵਹਿਮ ਵੀ ਲੋਕਾਂ ਦੇ ਚੰਗੇ ਪੜੇ ਲਿਖੇ ਲੋਕਾਂ ਦੇ ਵੀ ਦਿਮਾਗ 'ਚ ਹੁੰਦੇ ਉਹ ਮੈਨੂੰ ਕਹਿੰਦੇ ਵੀ ਆ ਕਿਉਂ ਲੈ ਲਈ ਤੂੰ ਡਾਲ ਮੈਂ ਕਿਹਾ ਵੀ ਜਵਾਕ ਹੋਣਾ ਮੈਂ ਹੂੰ ਕਹਿੰਦੇ ਡਾਲ ਨਹੀਂ ਲੈਣੀ ਸੀਗੀ ਮੇਲ ਟਾਇਲ ਲੈਣਾ ਸੀ ਕੋਈ ਜੀ ਪਰ ਅਸਲ 'ਚ ਬੰਦੇ ਇਮੋਸ਼ਨਲੀ ਵੀਕ ਹੁੰਦੇ ਆ ਜੇ ਮੇਰੇ ਕੋਲੇ ਪੈਸਾ ਨਹੀਂ ਹੈਗਾ ਤਾਂ ਮੈਂ ਇਕਨੋਮਿਕਲੀ ਵੀਕ ਹੋਊਂਗਾ ਹਨਾ ਉਮੀ ਜਿਹੜੇ ਬੰਦੇ ਕੋਲੇ ਇਮੋਸ਼ਨਸ ਘੱਟ ਆ ਉਹ ਇਮੋਸ਼ਨਲੀ ਵੀਕ ਹੋਇਆ ਨਾ ਕੁੜੀਆਂ ਕੋਲੇ ਇਮੋਸ਼ਨਸ ਬਹੁਤ ਜ਼ਿਆਦਾ ਹੁੰਦੇ ਆ ਉਹ ਇਮੋਸ਼ਨਲੀ ਰਿਚ ਹੁੰਦੀਆਂ ਸਰ ਦੇ ਵਿੱਚ ਲੱਗਦਾ ਕਿ ਹਾਂ ਵਾਕਈ ਬਜ਼ੁਰਗ ਹੋਣੇ ਜ਼ਰੂਰੀ ਨੇ ਬਿਲਕੁਲ ਹਾਂਜੀ ਜ਼ਰੂਰੀ ਹੈ ਉਹਨਾਂ ਤੋਂ ਆਪਾਂ ਬਹੁਤ ਕੁਝ ਸਿੱਖਦੇ ਆਂ ਹੂੰ ਜਵਾਈ ਹੈ ਕੁਛ ਹੈ ਨਾ ਐਵੇਂ ਕੁਛ ਨਹੀਂ ਹੈ ਜਿਵੇਂ ਮੰਮੀ ਹੋਰਾਂ ਦੇ ਦੋ ਬੇਟੇ ਉਹ ਆ ਤੀਜਾ ਬੇਟਾ ਇਹਦੇ ਜਿਹੜੇ ਉਹ ਜੋਕ ਬਣੇ ਹਨਾ ਫੁੱਫੜਾਂ ਤੇ ਜਾਂ ਪਰੋਣੇ ਤੋਂ ਗਲਤ ਨਹੀਂ ਬਣੇ ਹੋਏ ਮੈਂ ਖੁਦ ਦੇਖੇ ਆ ਇਹੋ ਜਿਹੇ ਬੰਦੇ ਜਿਹੜੇ ਇੱਕ ਕਮਰੇ ਚ ਆ ਕੇ ਬਹਿ ਜਾਂਦੇ ਆ ਤੇ ਉਹ ਕਹਿੰਦੇ ਵੀ ਹਾਂ ਵੀ ਇੱਥੇ ਲਈ ਚੱਲੋ ਸਾਰੇ ਇਹ ਤਾਂ ਵਿਆਹ ਹੈ ਨਾ ਮਤਲਬ ਕਿਸੇ ਦੇ ਮਾਰਗ ਤੇ ਵੀ ਜਾ ਕੇ ਉਹ ਇੱਕ ਕਮਰੇ ਚ ਬਹਿ ਜਾਂਦੇ ਆ ਤੇ ਉਹ ਕਹਿੰਦੇ ਵੀ ਹਾਂ ਵੀ ਇਥੇ ਆਵ ਚੀਜ਼ ਨਹੀਂ ਪਹੁੰਚੀ ਕਮਾਲ ਹੈ ਤੁਹਾਡੇ ਘਰੇ ਐ ਚੱਲੀ ਜਾਂਦਾ ਮੈਂ ਇਹ ਬੰਦੇ ਦੇਖੇ ਆ ਟੋਡੀ ਅੱਖ ਹੈ ਜਿਹੜੀ ਖੂਬਸੂਰਤੀ ਦੇਖਦੀ ਹੈ ਜਾਂ ਮਾੜਾ ਦੇਖਦੀ ਹੈ ਹੂੰ ਕਈ ਵਾਰੀ ਬੰਦੇ ਦੀ ਅੱਖ ਇੰਨਾ ਖੂਬਸੂਰਤ ਦੇਖਦੀ ਹੈ ਕਿ ਉਹਨੂੰ ਮਾੜਾ ਦਿੱਤਾ ਨਹੀਂ ਅਸੀਂ ਜ਼ਿੰਦਗੀ ਨੂੰ ਐਂ ਜਿਉਣ ਲੱਗ ਜਾਂਦੇ ਜਿਵੇਂ ਆਧਾਰ ਵਿਆਜ ਤੇ ਲਈ ਹੋਵੇ ਹੂੰ ਅਸੀਂ ਜਿਵੇਂ ਉਹਦੀਆਂ ਕਿਸ਼ਤਾਂ ਭਰ ਰਹੇ ਹੋਈਏ ਅਸੀਂ ਜ਼ਿੰਦਗੀ ਨੂੰ ਐ ਜਿਉ ਰਹੇ ਆ ਜ਼ਿੰਦਗੀ ਨਗਦੋਂ ਨਗਦ ਆ ਅੱਜ ਜੋ ਹੈ ਹੁਣ ਹੁਣੇ ਮੈਂ ਵੀ ਘੱਟ ਰੋਣਾ ਰੋਣਾ ਚਾਹੀਦਾ ਵੱਧ ਜਿਹੜੇ ਬੰਦੇ ਕੋਲੇ ਰੋਣ ਦਾ ਗੁਣ ਹੁੰਦਾ ਨਾ ਉਹਦੇ ਅਰگە ਕੋਈ ਗੁਣ ਨਹੀਂ ਹੈਗਾ ਔਰਤ ਕਿਸੇ ਮਤਲਬ ਕੀੜੇ ਦੇ ਵੱਜੀ ਤੇ ਵੀ ਰੋ ਸਕਦੀ ਹੈ ਹੂੰ ਬੰਦਾ ਬੰਦੇ ਨੂੰ ਮਾਰਨ ਲੱਗੇ ਨਹੀਂ ਹੁੰਦਾ ਸਾਨੂੰ ਇੱਥੇ ਹੀ ਨੰਗਾ ਲੱਗਿਆ ਜੇ ਅਸੀਂ ਬਾਹਰ ਕਦੀ ਜਾਵਾਂਗੇ ਵੀ ਬਾਈ ਚਾਂਸ ਤੇ ਬਸ ਘੁੰਮ ਕੇ ਵਾਪਸ ਆ ਜਾਈਏ ਮਾਂ ਪਿਓ ਤੋਂ ਨੋਛਣਦੇ ਆ ਬੱਚੇ ਤੀਰ ਹੁੰਦੇ ਆ ਤੇ ਤਨੁਸ਼ ਦਾ ਇਹ ਹੈ ਕਿ ਝੁੱਕੂਗਾ ਜਿਹੜਾ ਤਨੁਸ਼ ਜਿੰਨਾ ਜ਼ਿਆਦਾ ਝੁੱਕ ਸਕਦਾ ਹੈ ਉਹਦਾ ਤੀਰ ਉਨਾ ਹੀ ਦੂਰ ਜਾ ਸਕਦਾ ਹੈ ਤਨੋਸ਼ ਕਦੇ ਵੀ ਤੀਰ ਦੇ ਨਾਲ ਨਾਲ ਸਫਰ ਨਹੀਂ ਕਰ ਸਕਦਾ ਮੇਰੇ ਬਦਾਦੀ ਦੀ ਡੈਥ ਹੋ ਗਈ ਸਾਡੇ ਜੁਆਇੰਟ ਫੈਮਿਲੀ ਸੀ ਮੇਰੇ ਚਾਚਾ ਜੀ ਦੇ ਜੋਾਈ ਦੀ ਡੈਥ ਹੋ ਗਈ ਫਿਰ ਮੇਰੇ ਫਾਦਰ ਦੀ ਡੈਥ ਹੋ ਗਈ ਇਨ ਬੀਟਵੀਨ ਮੇਰੀ ਚਾਚੀ ਨੂੰ ਪੈਰਾਲਿਸਿਸ ਹੋ ਗਿਆ ਫਿਰ ਘਰ ਬिखर ਗਿਆ ਸਾਡਾ ਜਿਹੜਾ ਜੁਆਇੰਟ ਫੈਮਿਲੀ ਸੀ ਪੇਂਟਿੰਗਸ ਤੋਂ ਕੋਈ ਸੱਤਾ ਨੂੰ ਇਨਾਂ ਕੁਰਸੀ ਨੂੰ ਬਿਲਕੁਲ ਹਲਾਤਾ ਹਾਂ ਲਾ ਸਕਦੀ ਹੈ ਲਾ ਸਕਦੀ ਹੈ ਤੈਨੂੰ ਲੱਗਦਾ ਖਤਰਾ ਹੋ ਜਾਦਾ ਦੇਸ਼ ਨੂੰ ਜਿਹੜੇ ਗਾਇਦੇ ਹੁੰਦੇ ਨੇ ਵੀ ਹਾਂ ਤੇ ਉਹ ਉਸ ਵੱਡੀ ਪਾਰਟੀ ਦੇ ਪ੍ਰਮੁੱਖ ਨਾਲ ਬੈਠਾ ਹੋਇਆ ਮੈਨੂੰ ਕਾਲ ਕੀਤੀ ਉਹਨੇ ਤੇ ਮੇਰੀ ਬਹੁਤ ਵਾਰੀ ਆਤ ਤਾਂ ਮੈਂ ਕਮਰ ਦਾ ਸਪੀਕਰ ਤੇ ਲਾ ਦਿੰਦਾ ਫੋਨ ਉਹ ਦਿਨ ਸਪੀਕਰ ਤੇ ਮੇਰਾ ਲੱਗ ਗਿਆ ਤੇ ਉਹ ਮੈਨੂੰ ਅੱਗੇ ਬਹੁਤ ਧਮਕੀ ਭਰੇ ਲਹਿਜ਼ੇ ਨਾਲ ਉਹਨੇ ਬਹੁਤ ਕੁਝ ਬੋਲ ਲਿਆ ਤੇ ਮਤਲਬ ਉਹਨੇ ਕਿਹਾ ਵੀ ਇਹ ਹਟਾ ਦੇ ਕਾਰਟੂਨ ਬਣਾਇਆ ਤੂੰ ਵੀ ਸਾਡੇ ਤੇ ਤੂੰ ਐ ਪਰਿਵਾਰ ਐ ਇਸ ਤੇ ਤੂੰ ਪਰਿਵਾਰ ਤੇ ਅਟੈਕ ਕਰ ਰਹੇ ਆ ਮੈਂ ਉਹਨੂੰ ਕਿਹਾ ਵੀ ਨਹੀਂ ਤੁਸੀਂ ਮੈਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਉਹ ਕਹਿੰਦਾ ਮੈਂ ਤੈਨੂੰ ਬਹੁਤ ਦੇਰ ਤੋਂ ਸੀ ਚੰਗੀ ਤਰ੍ਹਾਂ ਜਾਣਦੇ ਆ ਇਹ ਇਹ ਵੀ ਗੱਲ ਹੈ ਕਿ ਮੈਂ ਇਹਨਾਂ ਨੂੰ ਇੱਕ ਵਾਰੀ ਤਾਂ ਇਹ ਵੀ ਕੰਡੀਸ਼ਨ ਆ ਗਈ ਸੀ ਕਿ ਮੈਂ ਇਹਨਾਂ ਨੂੰ ਇਹ ਵੀ ਦੱਸਿਆ ਕਿ ਮੈਂ ਤੈਨੂੰ ਫੋਨ ਨੰਬਰਾਂ ਦੀ ਲਿਸਟ ਦਊਂਗਾ ਜੇ ਬਾਈ ਚਾਂਸ ਮੈਨੂੰ ਚੱਕ ਲੈਣ ਜਾਂ ਆਪਣਾ ਕੰਪਿਊਟਰ ਸਮੇਤ ਮੈਨੂੰ ਚੱਕ ਲੈਣ ਤਾਂ ਤੂੰ ਆਹ ਬੰਦਿਆਂ ਨੂੰ ਕਾਲ ਕਰਦੀ ਸਤ ਸ੍ਰੀ ਅਕਾਲ ਮੈਂ ਸੁਖੀ ਮੰਗਾੜੀਆਂ ਤੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹਮਸਫਰ ਹਮਸਫਰ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਮੁਲਾਕਾਤਾਂ ਸੁਣੀਆਂ ਨੇ ਅੱਜ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਉਹ ਹਸਤੀ ਪੰਜਾਬ ਦਾ ਉਹ ਨਾਮੀ ਆਰਟਿਸਟ ਜਿਹੜਾ ਰੰਗਾਂ ਨਾਲ ਤਾਂ ਖੇਡਦਾ ਹੀ ਐ ਪਰ ਅੱਜ ਮਿਲ ਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਾਗਜ਼ ਦੀ ਕੈਨਵਸ ਤੇ ਗੁਰਪ੍ਰੀਤ ਨੇ ਰੰਗ ਭਰੇ ਨੇ ਉਸੇ ਤਰ੍ਹਾਂ ਜ਼ਿੰਦਗੀ ਵੀ ਰੰਗੀਨ ਹੈ ਬੇਸ਼ੱਕ ਉਤਰਾ ਚੜਾ ਆਉਂਦੇ ਨੇ ਪਰ ਖੂਬਸੂਰਤੀ ਨਾਲ ਜਾਂਦੇ ਨੇ ਜ਼ਿੰਦਗੀ ਦੇ ਰੰਗਾਂ ਬਾਰੇ ਕਰਦੇ ਆਂ ਗੱਲਬਾਤ ਬਾਈ ਗੁਰਪ੍ਰੀਤ ਦੇ ਨਾਲ ਤੇ ਉਹਨਾਂ ਦੇ ਹਮਸਫਰ ਮੈਡਮ ਗਜ਼ਲ ਦੀ ਤੇ ਜਦੋਂ ਮੈਂ ਸ਼ੁਰੂਆਤੀ ਨਾਂ ਪੁੱਛਿਆ ਕਿ ਮਾਹ ਜੀ ਮੈਡਮ ਦਾ ਨਾਂ ਕੀ ਹੈ ਕਹਿੰਦੇ ਗਜ਼ਲ ਬੱਚਿਆਂ ਨਾਲ ਸੁਣੋਗੇ ਤੁਸੀਂ ਤਾਂ ਹੋਰ ਵੀ ਗੱਲਾਂ ਖੂਬਸੂਰਤ ਹੋਣ ਵਾਲੀਆਂ ਨੇ ਕਰਦੇ ਆਂ ਸਵਾਗਤ ਬਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਮੈਡਮ ਤੁਹਾਡਾ ਸ਼ੁਰੂਆਤ ਕਰਦੇ ਹਾਂ ਹਾਂਜੀ ਇਹ ਸਿਹਰਾ ਵੀ ਅਸੀਂ ਹਮੇਸ਼ਾ ਤੁਹਾਡੇ ਸਿਰ ਹੀ ਦਿੰਨੇ ਹੁੰਨੇ ਆ ਇਹਨਾਂ ਪ੍ਰੋਗਰਾਮਾਂ ਦਾ ਹਾਂਜੀ ਅੱਜ ਪਹਿਲੀ ਮੁਲਾਕਾਤ ਗੁਰਪ੍ਰੀਤ ਜੀ ਦੇ ਇੰਟਰਵਿਊ ਬਹੁਤ ਹੋਈਆਂ ਲੱਗੀਆਂ ਹਾਂਜੀ ਜਦੋਂ ਪਹਿਲੀ ਵਾਰ ਕੋਈ ਵੀ ਦੱਸਿਆ ਕਿ ਹਮ ਸਫਰ ਪਰੋਂ ਦੇ ਵਿੱਚ ਤੁਹਾਨੂੰ ਵੀ ਉਹਨਾਂ ਨੇ ਨਾਲ ਬਿਠਾਉਣਾਗਾ ਹਾਂਜੀ ਕੀ ਰਿਐਕਸ਼ਨ ਸੀਗਾ ਮੈਨੂੰ ਤਾਂ ਐਵੇਂ ਲੱਗਿਆ ਸੀ ਐਕਚੁਅਲੀ ਮੈਂ ਕਦੇ ਕੈਮਰਾ ਫੇਸ ਨਹੀਂ ਕੀਤਾ ਪਹਿਲਾਂ ਹਾਂ ਤੇ ਮੈਨੂੰ ਥੋੜਾ ਸ਼ਾਇਨਾਸ ਫੀਲ ਹੋ ਰਹੀ ਸੀ ਹੁਣ ਠੀਕ ਐ ਜਦੋਂ ਕੁੜੀਆਂ ਕੁਆਰੀਆਂ ਹੁੰਦੀਆਂ ਨੇ ਹਾਂਜੀ ਉਦੋਂ ਇੱਕ ਸੁਪਨੇ ਸਜਾਉਂਦੀ ਆ ਕੁੜੀ ਮੇਰਾ ਹਸਬੰਦ ਇਹੋ ਜਿਹਾ ਹੋਣਾ ਚਾਹੀਦਾ ਮੇਰਾ ਘਰ ਐਜਾ ਹੋਣਾ ਚਾਹੀਦਾ ਜਦੋਂ ਕਾਲਜ ਸਟਡੀ ਕੀਤੀ ਕੀ ਕੁਝ ਕੀਤਾ ਸੀ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ ਐਸਐਸਟੀ ਕਾਲਜ ਤੋਂ ਹੂੰ ਫਿਰ ਮੈਂ ਐਮਏ ਕੀਤੀ ਪਰ ਐਮਏ ਮੈਂ ਕੰਪਲੀਟ ਨਹੀਂ ਕੀਤੀ ਮੇਰਾ ਵਿਆਹ ਹੋ ਗਿਆ ਸੀਗਾ ਹੂੰ ਹਾਂਜੀ ਕਾਲਜ ਲਾਈਫ ਦੇ ਵਿੱਚ ਕੁੜੀਆਂ ਨਾਲ ਗੱਲਾਂ ਕਰਦੇ ਹਾਂਗੇ ਮੇਰਾ ਹਸਬੰਦ ਤਾਂ ਇਹੋ ਜਿਹਾ ਹੋਣਾ ਚਾਹੀਦਾ ਤੇਰੇ ਆਲਾ ਕੁੜੀ ਕਿਹਾ ਜਾਊਗਾ ਉਦੋਂ ਗਜ਼ਲ ਕੀ ਸੋਚਦੀ ਸੀ ਜੋ ਸੋਚਿਆ ਸੀ ਉਸ ਨਾਲੋਂ ਕਿਤੇ ਵਾਦੇ ਨਹੀਂ ਮਿਲੇ ਮੈਨੂੰ ਜੀ ਕਿਉਂ ਜਹਾ ਹਸਬੰਦ ਚਾਹੀਦਾ ਸੀ ਉਹਦੋਂ ਗੱਲਾਂ ਕਰਦੇ ਹੋਵੋਗੇ ਵੀ ਇਹੋ ਜਿਹੇ ਮੁੰਡਾ ਹੋਣਾ ਚਾਹੀਦਾ ਹੈ ਨਹੀਂ ਐਵੇਂ ਦੇ ਕਦੇ ਸਾਡੇ ਵਿੱਚ ਐਹੋ ਜਿਹੀ ਗੱਲਾਂ ਨਹੀਂ ਹੋਈਆਂ ਸੀ ਕਿ ਇਹੋ ਜਹਾ ਮੁੰਡਾ ਚਾਹੀਦਾ ਹੈ ਕੁਛ ਹੈ ਨਾ ਖੁਦ ਜ਼ਰੂਰ ਸੋਚਿਆ ਸੀ ਜਦੋਂ ਫਸਟ ਟਾਈਮ ਇਹ ਮਿਲੇ ਸੀਗੇ ਹੂੰ ਉਦੋਂ ਜ਼ਰੂਰ ਲੱਗਿਆ ਸੀਗਾ ਅੱਲੀ ਲੱਗ ਗਿਆ ਸੀਗਾ ਹਾਂ ਮਾਪਿਆਂ ਕੀ ਕਹਿੰਦੇ ਹੁੰਦੇ ਸੀ ਅ ਕਿਸ ਬਾਰੇ ਮਾਪਿਆਂ ਕੋਈ ਹੋ ਜਾ ਮੁੰਡਾ ਲੱਭਦੇ ਆ ਭਾਈ ਕੁੜੀਏ ਤਸ ਤੈਨੂੰ ਕੋਈ ਹੋ ਜਾ ਮੁੰਡਾ ਚਾਹੀਦਾ ਕਹਿੰਦੇ ਗੱਲਾਂ ਚੱਲਦੀਆਂ ਨੇ ਵਿਆਹ ਕਰਾਉਣ ਦੀ ਇਹੋ ਜਿਹੀ ਕੋਈ ਗੱਲਬਾਤ ਤਾਂ ਨਹੀਂ ਹੋਈ ਸੀ ਅ ਫਸਟ ਟਾਈਮ ਮੇਰੇ ਮਦਰ ਇਨ ਲਾ ਜਿਵੇਂ ਘਰੇ ਆਏ ਸੀਗਾ ਹੈਨਾ ਉਹ ਰਿਲੇਟਿਵਸ ਹੀ ਹੈਗੇ ਆ ਮੇਰੇ ਡੈਡ ਦੇ ਜੀ ਜੀ ਤੇ ਹਾਂਜੀ ਉਹ ਘਰ ਆਏ ਤੇ ਫਿਰ ਉਹਨਾਂ ਨੇ ਜਾ ਕੇ ਅ ਕਾਰੇ ਗੱਲ ਕੀਤੀ ਫਿਰ ਉਹ ਉਹੀ ਰਿਸ਼ਤਾ ਲੈ ਕੇ ਆਏ ਸੀ ਫਸਟ ਟਾਈਮ ਮੈਂ ਹੋ ਜਾ ਕੁਝ ਸੋਚਿਆ ਨਹੀਂ ਸੀਗਾ ਬਈ ਤੁਸੀਂ ਤਾਂ ਰੰਗਾਂ ਨਾਲ ਖੇਡਦੇ ਰਹੇ ਹੋ ਹਾਂ ਹਾਂ ਤੁਸੀਂ ਕਿਵੇਂ ਸੋਚਦੇ ਹੁੰਦੇ ਸੀ ਵੀ ਯਾਰ ਗਾਣਾ ਐਂ ਜੇ ਕਰਾਉਣਾ ਯਾਰ ਕੁੜੀ ਯਾਰ ਇਹੋ ਜੀ ਹੋਣੀ ਚਾਹੀਦੀ ਹੈ ਗੁਰਪ੍ਰੀਤ ਕੀ ਸੋਚ ਦੱਸ ਅ ਦੇਖੋ 2-3 ਪੱਖ ਹੁੰਦੇ ਆ ਕਿਸੇ ਵੀ ਇਨਸਾਨ ਦੇ ਹੈਨਾ ਜਿਸ ਤੇ ਬੇਸਡ ਅਸੀਂ ਆਪਦਾ ਹਮਸਫਰ ਚੁਣਦੇ ਆ ਇੱਕ ਤਾਂ ਸੂਰਤ ਹੁੰਦੀ ਹੈ ਤੇ ਇੱਕ ਹੁੰਦੀ ਹੈ ਸਿਰਤ ਲੱਖ ਕੋਈ ਇਸ ਗੱਲ ਤੋਂ ਮੁਨਕਰ ਹੋ ਜੇ ਵੀ ਮੈਂ ਬਾਰੀ ਰੂਪ ਨੂੰ ਤਵੱਜੋ ਨਹੀਂ ਦਿੰਦਾ ਪਰ ਕਿਤੇ ਨਾ ਕਿਤੇ ਮਨ ਦੇ ਕਿਸੇ ਕੋਨੇ 'ਚ ਬਾਰੀ ਰੂਪ ਦਾ ਵੀ ਇੱਛਾ ਹੁੰਦੀ ਹੈ ਤੇ ਸਿਰਤ ਦੀ ਤਾਂ ਉਦੋਂ ਵੀ ਉੱਤੇ ਹੁੰਦੀ ਹੈ ਕਿ ਸਿਰਤ ਵੀ ਬਿਹਤਰ ਹੋਵੇ ਤੇ ਸੂਰਤ ਵੀ ਬਿਹਤਰ ਹੋਵੇ ਹੈਨਾ ਅਮ ਸਾਨੂੰ ਇਹ ਜਿਵੇਂ ਨਾ ਲੋਕਲ ਸਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੂੰ ਵੀ ਇਹ ਲੱਗਦਾ ਹਜੇ ਤੱਕ ਵੀ ਕਿ ਯਾਰ ਇਹਨਾਂ ਦੀ ਲਵ ਮੈਰਿਜ ਹੈ ਕਿਉਂਕਿ ਹੈਵੀ ਬਠਿੰਡੇ ਦੇ ਸੀਗੇ ਲੋਕਲ ਸੀਗੇ ਅਸਲੀਅਤ ਇਹ ਹੈ ਕਿ ਅਸੀਂ ਮਿਲੇ ਨਹੀਂ ਸੀ ਇੱਕ ਦੂਜੇ ਨੂੰ ਕਦੇ ਵੀ ਨਾ ਸਾਨੂੰ ਪਤਾ ਸੀ ਜੀ ਮੇਰਾ ਕਿਉਂਕਿ ਮੈਂ ਉਦੋਂ ਹੀ ਆਰਟ ਦੇ ਫੀਲਡ ਨਾਲ ਰਿਲੇਟਡ ਸੀਗਾ ਤਾਂ ਮੈਨੂੰ ਵੀ ਇਸ ਤਰ੍ਹਾਂ ਜੇ ਤਾਂ ਹੁੰਦਾ ਸੀ ਆਫ ਕੋਰਸ ਕਿ ਨਾ ਸੂਰਤ ਵੀ ਸੋਹਣੀ ਮਿਲੇ ਤੇ ਸਿਰਤ ਵੀ ਸੋਹਣੀ ਮਿਲੇ ਜਿਹੜੀ ਕਿ ਮੇਰੇ ਕੰਮ ਨੂੰ ਸਮਝ ਸਕੇ ਜੀ ਮੇਰੇ ਕੰਮ ਨਾਲ ਵੀ ਮੁਹੱਬਤ ਕਰ ਸਕੇ ਕਿਉਂਕਿ ਮੇਰਾ ਕੰਮ ਸਧਾਰਨ ਜਿਹੜੇ ਕੰਮ ਚੱਲਦੇ ਉਹ ਤੋਂ ਥੋੜਾ ਜਿਹਾ ਵੱਖਰਾ ਹੋਣ ਕਰਕੇ ਉਹਦੀ ਡਿਮਾਂਡ ਇੱਕ ਵੱਖਰੀ ਹੋ ਜਾਂਦੀ ਹੈ ਜੀ ਕਈ ਵਾਰੀ ਇੱਕ ਜਿਹੜਾ ਵਿਅਕਤੀ ਵਿਸ਼ੇਸ਼ ਆ ਉਹਨੂੰ ਇਹ ਲੱਗਦਾ ਕਿ ਵੀ ਇਹ ਵਿਲੇ ਵਾਲੇ ਕੰਮ ਹੈ ਸਾਡੇ ਸਮਾਜ ਚ ਵੀ ਆਈਆਂ ਵੀ ਤੁਸੀਂ ਕਿਸੇ ਨੂੰ ਕਹਿ ਦਿਓ ਮੈਂ ਕਵੀ ਆ ਤੈਨੂੰ ਉਹ ਕਵੀ ਤਾਂ ਠੀਕ ਹੈ ਕੰਮ ਕੀ ਕਰਦਾ ਨਹੀਂ ਨਹੀਂ ਹੂੰ ਤਾਂ ਮੈਨੂੰ 파ਟਨਰ ਇਹੋ ਜਿਹਾ ਚਾਹੀਦਾ ਸੀ ਜਿਹਨੂੰ ਇਹ ਨਾ ਲੱਗੇ ਵੀ ਇਹ ਕਮਜ਼ੋਰ ਆਰਟਿਸਟ ਤਾਂ ਠੀਕ ਹੈ ਕੰਮ ਕੀ ਕਰਦਾ ਨਾ ਹੂੰ ਤਾਂ ਜਦੋਂ ਪਹਿਲੀ ਵਾਰੀ ਇਹਨਾਂ ਨੂੰ ਮਿਲੇ ਹੈ ਨਾ ਤਾਂ ਉਦੋਂ ਇਹ ਬਹੁਤ ਜ਼ਿਆਦਾ ਹੀ ਸ਼ਾਈ ਸੀ ਜੀ ਜਦੋਂ ਸਾਡਾ ਫਾਈਨਲ ਵੀ ਹੋ ਗਿਆ ਘਰਦਿਆਂ ਨੇ ਮਤਲਬ ਗੱਲਬਾਤ ਕੀਤੀ ਮੈਂ ਕਿਹਾ ਵੀ ਕੁੜੀ ਤਾਂ ਵਧੀਆ ਹੈ ਠੀਕ ਹੈ ਮੈਨੂੰ ਅੰਦਰ ਵੀ ਲੱਗਿਆ ਵੀ ਯਾਰ ਕੁੜੀ ਤਾਂ ਸੋਹਣੀ ਵੀ ਐ ਤੇ ਸਿਆਣੀ ਵੀ ਲੱਗਦੀ ਐ ਵੇਖ ਕੇ ਚੱਲ ਮੈਂ ਆਪਦੇ ਵੱਲੋਂ ਪੁੱਛ ਕੇ ਤਾਂ ਦੇਖਾਂ ਨਾ ਜੀ ਜੀ ਤੇ ਮੈਂ ਇਹਨਾਂ ਨੂੰ ਜਦੋਂ ਪੁੱਛਿਆ ਤੇ ਇਹ ਬਹੁਤ ਹੀ ਜ਼ਿਆਦਾ ਸੰਗ ਗਏ ਉਸ ਗੱਲ ਤੇ ਹੂੰ ਮੈਂ ਕਿਹਾ ਵੀ ਗੱਲ ਤਾਂ ਕਰ ਹੌਲੀ ਜੀ ਪੁੱਛਿਆ ਜਦੋਂ ਸਾਈਡ ਖੁੰਝੇ ਜੇ ਚੱਕਾਏ ਕਮਰੇ 'ਚ ਹੂੰ ਮੈਂ ਕਿਹਾ ਤੂੰ ਤੈਨੂੰ ਪਤਾ ਵੀ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਐ ਇਹ ਕਹਿੰਦੀ ਨਹੀਂ ਪਤਾ ਸੀ ਇਹਨੂੰ ਹੈਨਾ ਤੇ ਇਹ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਕਿਹ ਗੱਲ ਤਾਂ ਸੁਣ ਲਾ ਵੀ ਦੱਸਤਾ ਸੀ ਇਹ ਸੰਗ ਕੇ ਉੱਥੋਂ ਭੱਜ ਗਈ ਫਿਰ ਇੱਕ ਵਾਰੀ ਮੈਨੂੰ ਲੱਗਿਆ ਵੀ ਯਾਰ ਇਹ ਤਾਂ ਜ਼ਿਆਦਾ ਹੀ ਮਤਲਬ ਬਹੁਤ ਹੀ ਜ਼ਿਆਦਾ ਇੰਟਰੋਵਰਟ ਹੈ ਹਨ ਜੀ ਬਟ ਅਲਟੀਮੇਟਲੀ ਸਾਡਾ ਰਿਸ਼ਤਾ ਹੋਇਆ ਤੇ ਦੇਖੋ ਇਹ ਗੱਲ ਹੈ 2000 ਦੀ 2000 ਦੀ ਜੀ ਅਸੀਂ 6 ਮਹੀਨੇ ਲਗਭਗ ਸਾਡਾ 6 ਤੋਂ ਵੱਧ ਹਨਾ April ਚ ਹੋਇਆ ਸੀ ਤੇ November ਚ ਵਿਆਹ ਹੋਇਆ ਤੇ ਇੰਨੀ ਧੀਰ ਅਸੀਂ ਇੱਕ ਵਾਰੀ ਵੀ ਮਿਲੇ ਨਹੀਂ ਇੰਗੇਜਮੈਂਟ ਤੋਂ ਬਾਅਦ ਵਿਆਹ ਤੱਕ ਹੂੰ ਬੜੇ ਹੈਰਾਨ ਹੁੰਦੇ ਆ ਬਹੁਤ ਸਾਰੇ ਜਣੇ ਸੋਚ ਕੇ ਵੀ ਤੁਸੀਂ ਇੱਕੋ ਸ਼ਹਿਰ ਸੀ ਤੇ ਯਾਰ ਤੈਨੂੰ ਦੇਖ ਕੇ ਲੱਗਦਾ ਨਹੀਂ ਵੀ ਤੂੰ ਮੇਰੇ ਆੜੇ ਹੋਏਗਾ ਮੈਂ ਕਿਹਾ ਵੀ ਬਾਕੀ ਨਹੀਂ ਮਿਲੇ ਅਸੀਂ ਫੋਨ ਫੋਨ ਜਰੂਰ ਕਰਦੇ ਰਹਿੰਦੇ ਇੱਕ ਦੂਜੇ ਨੂੰ ਹੂੰ ਹੌਲੀ ਹੌਲੀ ਸਾਡੀ ਅੰਡਰਸਟੈਂਡਿੰਗ ਵੱਧ ਗਈ ਹੈ ਨਾ ਜੀ ਜੀ ਤੇ ਜਦੋਂ ਗੱਲਬਾਤ ਹੋਣ ਲੱਗੀ ਵੈ ਇੱਕ ਵਾਰੀ ਇਹਦੇ ਚ ਮੇਰੇ ਯਾਦ ਆ ਗਿਆ ਮੇਰੇ ਨਾਲ ਇੱਕ ਉਸਤਾਦ ਸੀ ਸਕਲਪਚਰ ਦੇ 사ગર ਸਾਹਿਬ ਪਟਿਆਲੇ ਤੋਂ ਜੀ ਮੈਂ ਉਹਨਾਂ ਨੂੰ ਕਿਹਾ ਇੱਕ ਵਾਰੀ ਜਦੋਂ ਆਪਾਂ ਪਟਿਆਲੇ ਗਏ ਉਹਨਾਂ ਕੋਲੇ ਮੈਂ ਕਿਹਾ ਵੀ 사ગર ਸਾਹਿਬ ਇਹ ਨਾ ਨਾ ਤਾਂ ਕਿਤਾਬਾਂ ਪੜ੍ਹਦੀ ਐ ਨਾ ਜਿਵੇਂ ਕਵਿਤਾ ਪੜ੍ਹਦੀ ਐ ਚੰਗੀ ਤਰ੍ਹਾਂ ਘਰ ਦੇ ਕੰਮਾਂ 'ਚ ਲੱਗੇ ਰਹਿੰਦੀ ਐ ਪੇਂਟਿੰਗ ਨਹੀਂ ਕਰਦੀ ਇਹਦਾ ਹੱਥ ਚੰਗਾ ਸੀ ਬਟ ਉਹ ਕਹਿੰਦੇ ਤੈਨੂੰ ਰੋਟੀ ਪਾਣੀ ਸਾਰਾ ਕੁਝ ਟਾਈਮ ਨਾਲ ਮਿਲਦਾ ਹੈ ਹਾਂਜੀ ਕਹਿੰਦੇ ਹੋਰ ਕੀ ਭਾਲਦਾ ਕਹਿੰਦੇ ਸਿੰਘ ਫਸਾਵੇ ਜਿਹੜੀ ਤੇਰੇ ਨਾਲ ਤੈਨੂੰ ਉਹ ਵਾਲੀ ਵਾਈਫ ਚਾਹੀਦੀ ਹੈ ਜੀ ਜਿਹੜੇ ਤੇਰੇ ਕੰਮ ਚੜਚਣ ਬਣੇ ਉਹ ਸਗੋਂ ਦੀ ਆਪ ਦਾ ਸਾਰਾ ਕੁਝ ਛੱਡ ਕੇ ਤੇਰੇ ਲਈ ਕਰ ਰਹੀ ਹੈ ਤੈਨੂੰ ਮਾਹੌਲ ਦੇ ਰਹੀ ਹੈ ਕੰਮ ਕਰਨ ਦਾ ਹੂੰ ਵਟ else you need ਫਿਰ ਮੈਂ ਕਿਹਾ ਗੱਲ ਤਾਂ ਠੀਕ ਹੈ ਉਸਤਾਦ ਜੀ ਮੈਂ ਜਦੋਂ ਗੱਲ ਚੱਲ ਰਹੀ ਹੈ ਕਿ ਤੇਰਾ ਰਿਸ਼ਤਾ ਕਰਾਂਗੇ ਉੱਥੇ ਪੇਕੇ ਪਿੰਡ ਗੱਲ ਚੱਲਦੀ ਹੋਊਗੀ ਜਾਂ ਬਚੋਲਾ ਵੀ ਕੋਈ ਹੋਊਗਾ ਜਾ ਜੇ ਡੈਡੀ ਲੇਟ ਆਵਣ ਦੀਆਂ ਡੈਡੀ ਨੇ ਗੁਰਪ੍ਰੀਤ ਤੁਹਾਡੇ ਕੀ ਗੱਲਾਂ ਕਹੀਆਂ ਸੀ ਕਿ ਇਹ ਇਹੋ ਜਿਹਾ ਮੁੰਡਾ ਹੈ ਡੈਡੀ ਨੂੰ ਪਸੰਦ ਸੀ ਤਾਂ ਇਹ ਡੈਡੀ ਨੇ ਗੱਲ ਕੀਤੀ ਤੁਹਾਨੂੰ ਵੀ ਦੱਸਿਆ ਗਿਆ ਇਹ ਮੁੰਡਾ ਕੀ ਕੰਮ ਕਰਦਾ ਜਿਵੇਂ ਕਿ ਦਾਦੇ ਜੀ ਇਹ ਮੁੰਡਾ ਕੰਮ ਕਰਦਾ ਆ ਹਾਂਜੀ ਆਰਟਿਸਟ ਆਰਟਿਸਟ ਹੈ ਗਿਆ ਪੇਂਟਿੰਗਸ ਬਣਾਉਂਦਾ ਹੈ ਹੂੰ ਤੇ ਬਹੁਤ ਚੰਗੇ ਆ ਸਾਰੇ ਇਹਨਾਂ ਨੇ ਹੂੰ ਹਾਂਜੀ ਬਸ ਇਹੀ ਗੱਲਾਂ ਤੇ ਤੁਹਾਡੇ ਐ ਜਿੰਦ ਨਹੀਂ ਆਉਦੋ ਵੀ ਆਹ ਭਾਈ ਆ ਟੂਟ ਦਾ ਜ਼ਮਾਨਾ ਹੈ ਤੁਹਾਨੂੰ ਪਤੀਏ ਰੋਟੀ ਖਵਾਉ ਕੋ ਨਹੀਂ ਖਵਾਉ ਕੀ ਪਤਾ ਨਹੀਂ ਇਹਦਾ ਕੰਮ ਚੱਲੂ ਵੀ ਨਹੀਂ ਚੱਲੂ ਨਹੀਂ ਨਹੀਂ ਅਹੋ ਜੋ ਕੁਝ ਨਹੀਂ ਆਇਆ ਮੇਰੇ ਨਾਲ ਸੀ ਇੱਕ ਜ਼ਰੂਰ ਹੋ ਗਿਆ ਸੀਗਾ ਅਸੀਂ ਸਾਡੀ ਅੰਗੇਜਮੈਂਟ ਵੀ ਨਹੀਂ ਸੀ ਹੋਈ ਜਦੋਂ ਮੈਂ ਘਰੇ ਆਇਆ ਸੀ ਹਾਂਜੀ ਅੰਗੇਜਮੈਂਟ ਤੋਂ ਪਹਿਲਾਂ ਆਇਆ ਪਹਿਲਾਂ ਹਾਂਜੀ ਉੱਥੇ ਇਨ ਦੀ ਕਲੋਨੀ ਸੀਗੀ ਐਨਐਫਲ ਉੱਥੇ ਨਾ ਤਿੰਨ ਚਾਰ ਕੁੜੀਆਂ ਜਿਹੜੀਆਂ ਕਿ ਕਿਸੇ ਕਾਲਜ ਦੀਆਂ ਸਟੂਡੈਂਟਸ ਸੀਗੀਆਂ ਤੇ ਕਿਉਂਕਿ ਮੈਂ ਕੋਚਿੰਗ ਦੇਣਾ ਉਹ ਆ ਗਈਆਂ ਦੋ ਤਿੰਨ ਜਾਣੀਆਂ ਹਾਂਜੀ ਤੇ ਇਹਨਾਂ ਨੂੰ ਐ ਉਹ ਕਿਉਂਕਿ ਮੇਰੇ ਨਾਲ ਇਸ ਤਰ੍ਹਾਂ ਖੁੱਲ੍ਹਿਆਂ ਵਿੱਚ ਕਿ ਮੈਂ ਸਿਖਾਉਣ ਜਾਂਦਾ ਸੀ ਕਾਲਜ 'ਚ ਉਹ ਆ ਕੇ ਜਿਵੇਂ ਕਰਦੀਆਂ ਹੁੰਦੀਆਂ ਕੁੜੀਆਂ ਹੀ ਕਰਕੇ ਚਲੀਆਂ ਗਈਆਂ ਇਹ ਕਹਿੰਦੀ ਇਹ ਹੈ ਕਿ ਇਹ ਹੈ ਕਿਵੇਂ ਆ ਕੇ ਚਲੀਆਂ ਗਈਆਂ ਕਿਵੇਂ ਜੀ ਸੀ ਉਹ ਆ ਮੌਨਿਕਾ ਸੀ ਮੇਰੀ ਫਰੈਂਡ ਨਹੀਂ ਨਹੀਂ ਦੂਜੀਆਂ ਉਹ ਸੰਗੀਤ ਆ ਹੁਣ ਇਹ ਤੇ ਜਿਹੜੀਆਂ ਐਨ ਐਫ ਐਲ ਦੀਆਂ ਕੁੜੀਆਂ ਹੀ ਆ ਕੇ ਉਹ ਤੁਹਾਡੇ ਕੋਲ ਆਈਆਂ ਸੀ ਹਾਂ ਉੱਥੇ ਕਲੋਨੀ 'ਚ ਹਾਂ ਉਦੋਂ ਇਹਨਾਂ ਨੂੰ ਜ਼ਹਿਨ 'ਚ ਥੋੜਾ ਜਿਹਾ ਆਇਆ ਵੀ ਇਹ ਐ ਕਿਵੇਂ ਆ ਗਏ ਆ ਕਰ ਗਿਆ ਮਤਲਬ ਉਦੋਂ ਤੱਕ ਗੱਲ ਚੱਲ ਰਹੀ ਸੀ ਨਾ ਹੂੰ ਤਾਂ ਇਹਨਾਂ ਨੂੰ ਸ਼ਾਇਦ ਉਦੋਂ ਤੱਕ ਰਾਈਟ ਮਹਿਸੂਸ ਹੋਣ ਲੱਗ ਗਿਆ ਨਾ ਵੀ ਵੀ ਇਹ ਤਾਂ ਇਹਦੀ ਤਾਂ ਮੇਰੇ ਨਾਲ ਮੈਰਿਜ ਹੋਣੀ ਹੈ ਤੇ ਇਹ ਕਿਵੇਂ ਖੁੱਲ ਕੇ ਗੱਲਾਂ ਬਾਤਾਂ ਕਰੀ ਜਾਂਦੀਆਂ ਕੁੜੀ ਆ ਕੇ ਹੂੰ ਬਟ ਫਿਰ ਹੌਲੀ ਹੌਲੀ ਅੰਡਰਸਟੈਂਡਿੰਗ ਹੋਈ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹਨ ਜੀ ਜੀ ਪਹਿਲੀ ਮੁਲਾਕਾਤ ਕਿਵੇਂ ਜਿਵੇਂ ਦੀ ਹੋਈ ਸੀ ਜਿਹੜੀ ਤੁਸੀਂ ਗੱਲ ਦੱਬ ਕੇ ਵਿੱਚ ਹੈ ਉਹ ਇੰਗੇਜਮੈਂਟ ਤੋਂ ਪਹਿਲਾਂ ਹੋਈ ਸੀ ਹਮ ਮੰਮੀ ਡੈਡੀ ਘਰ ਆਏ ਸੀ ਇਨ-ਲॉज ਮੇਰੇ ਜੀ ਉਸ ਤੋਂ ਬਾਅਦ ਇੱਕ ਘਰ ਆਏ ਸੀ ਉਧਰ ਐਨਐਫਐਲ ਜੀ ਹਾਂਜੀ ਉਦੋਂ ਮਿਲੇ ਸੀ ਫਸਟ ਟਾਈਮ ਘਰ ਆਏ ਸੀ ਉਦੋਂ ਮਿਲੇ ਸੀ ਕੀ ਗੱਲਾਂ ਹੋਈਆਂ ਬਰਬਾ ਨੀ ਉਦੋਂ ਐਚਐਚ ਉਦੋਂ ਹਜੇ ਮੈਰਿਜ ਦੀ ਸਿੱਧੀ ਸ਼ੁਰੂ ਨਹੀਂ ਸੀ ਹੋਈ ਗੱਲ ਕੋਈ ਇੰਗੇਜਮੈਂਟ ਵਾਲੀ ਗੱਲ ਨਹੀਂ ਸੀ ਉਦੋਂ ਵੈਸੇ ਹੀ ਮਿਲਣ ਆਏ ਸੀ ਪਰ ਮਾਹੌਲ ਜਾਂ ਬਣ ਰਿਹਾ ਸੀ ਬਾਂਗ ਗਿਆ ਸੀ ਉੱਚਾ ਉੱਤਖ ਹਾਂਜੀ ਜਿਹੜਾ ਗੱਲ ਮੈਂ ਸ਼ੁਰੂ ਵਿੱਚ ਗੱਲ ਕੀਤੀ ਹੈ ਕਿ ਗਜ਼ਲ ਹਾਂਜੀ ਬੇਟੀ ਦਾ ਨਾਮ ਸਰਗਮ ਹਾਂਜੀ ਤੇ ਬੇਟਾ ਜੈ ਕੁਮਰ ਪਰਮ ਕੁਮਰ ਕੁਮਰ ਜੈ ਸਿੰਘ ਜੈ ਕੁਮਰ ਕੁਮਰ ਜੈ ਸਿੰਘ ਜੈ ਸਿੰਘ ਹਾਂਜੀ ਇਹ ਇੰਨੇ ਸੋਹਣੇ ਨਾਮ ਤੁਹਾਡਾ ਨਾਮ ਪਹਿਲੀ ਗਜ਼ਲ ਸੀ ਜਿਹੜਾ ਨਾਮ ਰੱਖਿਆ ਗੁਰਪ੍ਰੀਤ ਨੇ ਇਹ ਰੱਖਿਆ ਤੇਰਾ ਨਾਮ ਇਹਨਾਂ ਨੇ ਹੀ ਰੱਖਿਆ ਵੈਸੇ ਕੀ ਨਾਮ ਸੀ ਮੇਰਾ ਨਾਮ ਸੀਮਾ ਸੀ ਪਹਿਲਾਂ ਲੈ ਅੱਛਾ ਹਾਂਜੀ ਇਹਨਾਂ ਨੇ ਰੱਖਿਆ ਇਹ ਦਰਸਲੇ ਸੀ ਕਿ ਮੇਰੀ ਨਾ ਸ਼ੁਰੂ ਤੋਂ ਤਮੰਨਾ ਸੀ ਇਹ ਗਜ਼ਲ ਨਾਮ ਦੀ ਕਿ ਮੇਰੀ ਵੁੱਡ ਬੀ ਵਾਈਫ ਦਾ ਨਾਮ ਗਜ਼ਲ ਹੋਊਗਾ ਹੂੰ ਤੇ ਇਹਨਾਂ ਦਾ ਤਾਂ ਹੀ ਮੈਂ ਨਾਮ ਫਿਰ ਗਜ਼ਲ ਕੀਤਾ ਕਿਤੇ ਪਹਿਲਾਂ ਤਾਂ ਗਜ਼ਲ ਨਹੀਂ ਸੀ ਕੋਈ ਕਿ ਜਾ ਕੇ ਨਹੀਂ ਨਹੀਂ ਕੋਈ ਗਜ਼ਲ ਐ ਨਹੀਂ ਸੀ ਮੇਰੇ ਹੈਗੀ ਸੀ ਇੱਥੇ ਹਾਂ ਜਿਹੜੀ ਇੱਕ ਅਸੀਂ ਇੱਕ ਸਪਨਿਆਂ ਦੀ ਕੁੜੀ ਸੋਚ ਲੈਣੇ ਆ ਜੀ 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 ਜਿਵੇਂ ਤੁਸੀਂ ਸ਼ੁਰੂ ਚ ਇਹਨਾਂ ਨੂੰ ਪੁੱਛ ਰਹੇ ਸੀ ਕਿ ਮੁੰਡੇ ਬਾਰੇ ਸੋਚਿਆ ਹੁੰਦਾ ਆਪਾਂ ਕੁੜੀ ਬਾਰੇ ਸੋਚਿਆ ਹੁੰਦਾ ਨਾ ਜੀ 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 ਤੇ ਓਵੇਂ ਉਹ ਗਜ਼ਲ ਸੀਗੀ ਗਜ਼ਲ ਵਰਗੀ ਸ਼ੇਵਦੀ ਜਿਵੇਂ ਮੈਂ ਪੋਇਟਰੀ ਬਹੁਤ ਪੜ੍ਹਦਾ ਸੀਗਾ ਹਨਾ ਤਾਂ ਉਸ ਚੋਂ ਉਹ ਰੋਮਾਂਟਿਕ ਦੌਰ ਵੀ ਹੁੰਦਾ ਨਾ ਏਜ ਦਾ ਤੁਹਾਡੀ ਦਾ 21 ਸਾਲ 22 ਸਾਲ 23 ਸਾਲ ਤੱਕ ਉਹ ਸ਼ਿਵ ਦੀ ਇੱਕ ਇੱਕ ਕੁੜੀ ਜੀ ਦਾ ਨਾਮ ਮੁਹੱਬਤ ਗੁਮ ਹੈਗਾ ਉਹ ਮੈਨੂੰ ਇਹੋ ਜਿਹੀ ਵੀ ਇਸ ਤਰ੍ਹਾਂ ਤੁਰਦੀ ਹੈ ਤਾਂ ਗਜ਼ਲ ਹੈ ਲੱਗਦੀ ਹੈ ਨਾ ਉਹ ਲਾਈਨ ਮੇਰੇ ਨਾਲ ਬਹੁਤ ਜ਼ਹਿਨ ਚ ਬੈਠੀ ਹੋਈ ਸੀ ਤੇ ਫਿਰ ਮੈਂ ਇਹਨੂੰ ਪੁੱਛ ਕੇ ਕੀਤਾ ਵੀ ਮੈਂ ਤੇਰਾ ਨਾਮ ਗਜ਼ਲ ਨਹੀਂ ਸੋਹਣਾ ਲੱਗੂਗਾ ਤੇ ਰਾਦਰ ਬਹੁਤ ਖੁਸ਼ ਹੋਈ ਵੀ ਮੈਨੂੰ ਹਾਂ ਕਿੰਨਾ ਸੋਹਣਾ ਨਾਮ ਹੈ ਬਹੁਤ ਵਧੀਆ ਲੱਗਦਾ ਹੈ ਨਾਮ ਤੁਸੀਂ ਪੁੱਛਿਆ ਨਹੀਂ ਗਜ਼ਲ ਕਰਤਾ ਰੱਖ ਰਿਹਾ ਨਹੀਂ ਕੁਝ ਨਹੀਂ ਪੁੱਛਿਆ ਜਿਵੇਂ ਬੇਟੇ ਬੇਟੀ ਦਾ ਨਾਮ ਰੱਖਣ ਪਿੱਛੇ ਤਾਂ ਕਾਰਨ ਇਹ ਸੀ ਕਿ ਮੈਂ ਨਾ ਜਿਵੇਂ ਅ ਰਸੂਲ ਹਮਜ਼ਾ ਤੌਫ ਦੀ ਕਿਤਾਬ ਹੈ ਜਿਹੜੀ ਮੇਰਾ ਦਾਗਿਸਤਾਨ ਜੀ ਉਧਰ ਜੋ ਕਹਿੰਦਾ ਵੀ ਕੁੜੀਆਂ ਦੇ ਨਾਮ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਸੁਣੋ ਨਾਮ ਤਾਂ ਤੁਹਾਨੂੰ ਫੁੱਲ ਨਜ਼ਰ ਆਉਣ ਲੱਗ ਜਾਣਾ ਅੱਖਾਂ ਅੱਗੇ ਹੂੰ ਸੰਗੀਤ ਗੂੰਜੇ ਜੀ ਜੀ ਮੁੰਡਿਆਂ ਦੇ ਨਾਮ ਇਹੋ ਜਿਹੇ ਹੋਣੇ ਚਾਹੀਦੇ ਵੀ ਤਲਵਾਰ ਦੀ ਟਣਕਾਰ ਵੱਜੇ ਕੰਨ 'ਚ ਜੀ ਫਿਰ ਇਸ ਕਰਕੇ ਬੇਟੀ ਦਾ ਨਾਮ ਗਜ਼ਲ ਸਰਗਮ ਰੱਖਿਆ ਤੇ ਬੇਟੇ ਦਾ ਨਾਮ ਕੋਮਰ ਜੈ ਸਿੰਘ ਬੇਟੀ ਵੱਡੀ ਹੈ ਬੇਟੀ ਵੱਡੀ ਹੈ ਬੇਟੀ ਪਹਿਲਾਂ ਹੋਈ ਮੇਰੀ ਇੱਛਾ ਵੀ ਬਹੁਤ ਹੁੰਦੀ ਸੀ ਵੀ ਬੇਟੀ ਹੋਵੇ ਮੇਰੀ ਤੇ ਜਦੋਂ ਬੇਟੀ ਬੌਰਨ ਹੋਈ ਮੈਂ ਕਾਰਡ ਪਹਿਲਾਂ ਹੀ ਲੈ ਕੇ ਲੈ ਆਇਆ ਸੀਗਾ ਉੱਤੇ ਲਿਖਿਆ ਸੀ ਯੈਸ ਆਈ ਏਮ ਅ ਗਰਲ ਤੇ ਨਾਲ ਬੁੱਕੇ ਵਗੈਰਾ ਉਸ ਤੋਂ ਬੇਟੀ ਹੋਣ ਤੋਂ ਮੇਰੇ ਖਲ 6 ਮਹੀਨੇ ਪਹਿਲਾਂ ਮੈਂ ਬੰਬੇ ਗਿਆ ਸੀ ਉੱਥੋਂ ਮੈਂ ਆਉਂਦਾ ਵੇ ਡਾਲ ਲੈ ਕੇ ਆਇਆ ਤੇ ਮੇਰੀ ਨਾ ਜਿਵੇਂ ਬਹੁਤ ਸਾਰੇ ਲੋਕਾਂ ਦੇ ਜ਼ੈਨ ਚ ਬਣੀ ਹੁੰਦੀ ਹੈ ਵਹਿਮ ਵੀ ਹੁੰਦੇ ਆ ਮੇਰੇ ਨਾਲ ਇੱਕ ਬਹੁਤ ਸੀਨੀਅਰ ਟੀਚਰ ਸੀਗੇ ਮਦਰ ਲਾਈਕ ਫਿਗਰ ਸੀ ਪਰ ਤੁਸੀਂ ਦੇਖੋ ਵਹਿਮ ਵੀ ਲੋਕਾਂ ਦੇ ਚੰਗੇ ਪੜੇ ਲਿਖੇ ਲੋਕਾਂ ਦੇ ਵੀ ਦਿਮਾਗ ਚ ਹੁੰਦੇ ਉਹ ਮੈਨੂੰ ਕਹਿੰਦੇ ਵੀ ਆ ਕਿਉਂ ਲੈ ਲਈ ਤੂੰ ਡਾਲ ਮੈਂ ਕਿਹਾ ਵੀ ਜਵਾਕ ਹੋਣਾ ਮੈਂ ਹੂੰ ਕਹਿੰਦੇ ਡਾਲ ਨਹੀਂ ਲੈਣੀ ਸੀਗੀ ਮੇਲ ਟਾਇਲ ਲੈਣਾ ਸੀ ਕੋਈ ਜੀ ਮੈਂ ਕਿਹਾ ਮੈਂ ਮੈਨੂੰ ਮੈ ਐ ਲੱਗਦਾ ਵੀ ਕੁੜੀ ਹੋਣੀ ਚਾਹੀਦੀ ਐ ਤੇ ਉਹ ਡਾਲ ਨਾਲ ਖੇਡੂਗੀ ਤੇ ਤਾਂ ਉਹ ਵੱਡੀ ਸਾਰੀ ਡਾਲ ਸੀਗੀ ਕਾਫੀ ਵੱਡੇ ਸਾਈਜ਼ ਦੀ ਮੈਂ ਕਿਹਾ ਵੀ ਮੈਂ ਤਾਂ ਤਾਂ ਲਈ ਐ ਇਹ ਵੀ ਉਹ ਕੁੜੀ ਹੋਗੀ ਤਾਂ ਡਾਲ ਨਾਲ ਖੇਡੂਗੀ ਕਹਿੰਦੇ ਐ ਨਹੀਂ ਹੁੰਦਾ ਪਹਿਲਾਂ ਮੁੰਡੇ ਦਾ ਸੋਚੀਦਾ ਹੁੰਦਾ ਮੈਂ ਕਿਹਾ ਨਹੀਂ ਹੂੰ ਮੇਰੀ ਇੱਛਾ ਹੀ ਇਹ ਆ ਹਨਾ ਤੇ ਉਹ ਸੁਭਬੀ ਸੀਗਾ ਕਿ ਹੋਈ ਬੇਟੀ ਮੈਂ ਜਦੋਂ ਗੱਲ ਚੱਲੀ ਵਿਆਹ ਦੀ ਹਾਂਜੀ ਕੋਈ ਮੰਗ ਰੱਖੀ ਸੀ ਨਾ ਮਰ ਕੁਝ ਵੀ ਕਿਸ ਤਰ੍ਹਾਂ ਕੋਈ ਜੂਰੀ ਨਹੀਂ ਕਿ ਦਾ ਜੀ ਮੰਗਦਾ ਹੈ ਕਈ ਵਾਰੀ ਕੋਈ ਇਸ ਤਰ੍ਹਾਂ ਹੀ ਕਹਿੰਦਾ ਵੀ ਐਂ ਕਰ ਲਿਆ ਕਰੇ ਜੇ ਕੁਸ ਕਿਸ ਤਰ੍ਹਾਂ ਕੁਝ ਵੀ ਜੀ ਤੁਸੀਂ ਕਹਿ ਰਹੇ ਸੀ ਨਾ ਪਹਿਲਾਂ ਵੀ ਕੀ ਸੋਚਿਆ ਸੋਚਿਆ ਐਨਾ ਟਾਈਮ ਨਹੀਂ ਸੀ ਕਿਉਂਕਿ ਪਹਿਲਾਂ ਕਾਲਜ ਜਾਂਦੀ ਸੀ ਕਾਲਜ ਤੋਂ ਬਾਅਦ 1 ਸਾਲ ਦਾ ਹੀ ਸੀ ਇਹਦੇ ਵਿੱਚ ਗੈਪ ਉਹਦੇ ਤੋਂ ਬਾਅਦ ਵਿਆਹ ਨਾਲ ਦੀ ਨਾਲ ਹੀ ਹੋ ਗਿਆ ਕੋਈ ਐਨਾ ਟਾਈਮ ਹੀ ਨਹੀਂ ਮਿਲਿਆ ਸੋਚਣ ਦਾ 23 ইয়ার্স ਸਾਡਾ ਏ ਜਰੂਰ ਸੀਗਾ ਮੈਰਿਜ ਵੇਲੇ ਕਿ ਜਿਵੇਂ ਅਸੀਮ ਬਹੁਤ ਸਾਰਾ ਮੇਰਾ ਸੋਸ਼ਲ ਸਰਕਲ ਸੀ ਉਦੋਂ ਮੈਂ ਬਹੁਤ ਹੀ ਜ਼ਿਆਦਾ ਸੋਸ਼ੀਲੀ ਐਕਟਿਵ ਸੀ ਜੀ ਜੀ ਕਿ ਵੀ ਬਹੁਤ ਸਾਰੇ ਬੰਦੇ ਆਉਣਗੇ ਹਨ ਤੇ ਵੀ ਮੇਰਾ ਇਹਨਾਂ ਨੂੰ ਇਹ ਕਹਿਣਾ ਸੀਗਾ ਕਿ ਵੀ ਆਪਾਂ ਨਾ ਦੋ ਫੰਕਸ਼ਨਸ ਕਰਨ ਦੀ بجائے ਇਕੱਠੇ ਮਿਲ ਕੇ ਕਰਦੇ ਆ ਵਿਆਹ ਵੀ ਹਾਂਜੀ ਵੀ ਅਸੀਂ ਰਿਸੈਪਸ਼ਨ ਕਰੀਏ ਤੁਹਾਡੇ ਕੋਲੇ ਜਾਂ ਅਸੀਂ ਪਹਿਲਾਂ ਵਿਆਹ ਤੇ ਆਈਏ ਵਿਆਹਣ ਆਈਏ ਫਿਰ ਰਿਸੈਪਸ਼ਨ ਕਰੀਏ ਉਹਦੀ بجائے ਆਪਾਂ ਦੋਨੋਂ ਮਿਲ ਕੇ ਇੱਕ ਪ੍ਰੋਗਰਾਮ ਕਰ ਦਿੰਦੇ ਆ ਜੀ ਤੇ ਵੀ ਉਹਦੇ ਨਾਲ ਵੀ ਇਹ ਵੀ ਨਹੀਂ ਵੀ ਬਹੁਤ ਦੋਨਾਂ ਨੂੰ ਕੋਈ ਖਰਚਾ ਪਊਗਾ ਜਾਂ ਹੋਰ ਪਰ ਕਿਉਂ ਮਿਲ ਕੇ ਕਰੀਏ ਮੇਰਾ ਸਰਕਲ ਹੈ ਬਹੁਤ ਵੱਡਾ ਮੈਂ ਨਹੀਂ ਚਾਹੁੰਦਾ ਕਿ ਵੀ ਇੰਨੇ ਬੰਦੇ ਆ ਰਹੇ ਆ ਜਾਂ ਹੋਰ ਹਨ ਤਾਂ ਅਸੀਂ ਇਕੱਠੇ ਮਿਲ ਕੇ ਕਰਦੇ ਆ ਤਾਂ ਅਸੀਂ ਇਕੱਠੇ ਮਿਲ ਕੇ ਕੀਤਾ ਸੀ ਪ੍ਰੋਗਰਾਮ ਕਿਉਂਕਿ ਮੇਰਾ ਕਾਫੀ ਗੈਦਰਿੰਗ ਬਹੁਤ ਜ਼ਿਆਦਾ ਹੋਣੀ ਸੀਗੀ ਵਿਆਹ ਦੀ ਹੂੰ ਕੋਈ ਘੱਟੋ ਘੱਟ 1.5-2000 ਬੰਦਾ ਹੋਣਾ ਗੁਰਪ੍ਰੀਤ ਦਾ ਆਰਟਿਸਟ ਹੋਣਾ ਤੁਹਾਡੇ ਲਈ ਕਿਵੇਂ ਰਿਹਾ ਤੋ ਜਿੰਦਗੀ ਨਿੱਜੀ ਜ਼ਿੰਦਗੀ ਦੇ ਉੱਚਾ ਪ੍ਰਭਾਵ ਦੇਖਦੇ ਹਾਂ ਵੀ ਹਾਂ ਜੇ ਸ਼ਾਇਦ ਆਰਟਿਸਟ ਨਾ ਹੁੰਦਾ ਸ਼ਾਇਦ ਗੁਰਪ੍ਰੀਤ ਹੋਤਰਾ ਨਾ ਹੁੰਦਾ ਆ ਆਰਟਿਸਟ ਬਿਹਤਰ ਹੈ ਮੈਂ ਤਾਂ ਸਿਰਫ ਇਹ ਸੋਚਿਆ ਸੀ ਕਿ ਜਿਹੜਾ ਵੀ ਇਨਸਾਨ ਹੋਵੇ ਹੈਨਾ ਜ ਜਿੰਨਾ ਮੇਰਾ ਵਿਆਹ ਹੋਊਗਾ ਉਹ ਇੱਕ ਚੰਗਾ ਇਨਸਾਨ ਹੋਵੇ ਸਭ ਤੋਂ ਪਹਿਲਾਂ ਤੇ ਬਾਕੀ ਹੋਰ ਕੁਝ ਨਹੀਂ ਹੈ ਬਾਕੀ ਇਹ ਆਰਟਿਸਟ ਹੈ ਉਹ ਤਾਂ ਬਹੁਤ ਵੱਡੀ ਗੱਲ ਹੈ ਮੇਰੇ ਵਾਸਤੇ ਹੂੰ ਕਿਉਂਕਿ ਜੋ ਵੀ ਕੁਝ ਦੁਨੀਆ 'ਚ ਵੀ ਹੋ ਰਿਹਾ ਹੈ ਉਹਨੂੰ ਵੀ ਅਸੀਂ ਇਕੱਠੇ ਜਦੋਂ ਕੁਝ ਸੁਣਦੇ ਆ ਹਨਾ ਕੋਈ ਨਿਊਜ਼ ਸੁਣੇ ਆ ਉਹਨੂੰ ਇਕੱਠੇ ਸੁਣ ਕੇ ਬੈਠ ਕੇ ਗੱਲ ਕਰਦੇ ਆ ਉਸ ਬਾਰੇ ਹਨਾ ਫਿਰ ਇਹ ਪੇਂਟਿੰਗ ਬਣਾਉਂਦੇ ਆ ਫਿਰ ਉਹਨੂੰ ਦੇਖਦੇ ਆ ਵੀ ਸਾਨੂੰ ਚੰਗਾ ਲੱਗਦਾ ਹੈ ਹਨਾ ਵੀ ਦੁਨੀਆ ਨਾਲ ਵੀ ਅਸੀਂ ਉਹਨਾਂ ਦੇ ਵੀ ਨਾਲ ਅ ਕਹਾਂਗੇ ਵੀ ਨਾਲ ਕਿਵੇਂ ਕੋ ਹੋ ਜਾਂਦਾ ਹੈ ਹਾਂਜੀ ਜੀ ਬਜਾਏ ਕਿ ਜਿਵੇਂ ਕਈ ਵਾਰੀ ਡਿਸਕਸ਼ਨ ਹੋਈ ਹੈ ਕਿ ਜਿਵੇਂ ਇਕੱਠੇ ਸਟੂਡੀਓ ਚ ਬੈਠੇ ਹੁੰਨੇ ਆ ਪਹਿਲਾਂ ਉਸ ਬਾਰੇ ਗੱਲਬਾਤ ਕਰਦੇ ਆਂ ਫਿਰ ਕੁਝ ਉਸ ਬਾਰੇ ਜਦੋਂ ਉਹਨਾਂ ਨੂੰ ਲੱਗਦਾ ਫੀਲਿੰਗਸ ਜੋ ਦੇਖ ਕੇ ਲੱਗਦਾ ਕਿ ਕੋਈ ਕੀ ਫੀਲ ਕਰ ਰਿਹਾ ਉਹਨੂੰ ਬਣਾਉਂਦੇ ਆਂ ਫਿਰ ਉਹ ਉਹ ਦੇਖ ਕੇ ਚੰਗਾ ਲੱਗਦਾ ਇਹ ਅਸੀਂ ਵੀ ਲੋਕਾਂ ਦੇ ਨਾਲ ਸ਼ਾਮਿਲ ਹੋ ਰਹੇ ਆਂ ਜਿਵੇਂ ਦੂਸਰਿਆਂ ਦੀ ਫੀਲਿੰਗਸ ਨੂੰ ਹਾਂਜੀ ਖਬਰਾਂ ਜ਼ਰੀਏ ਟੀਵੀ ਜ਼ਰੀਏ ਮੋਬਾਈਲ ਜ਼ਰੀਏ ਤੁਰਦੇ ਫਿਰਦੇ ਗੁਰਪ੍ਰੀਤ ਮਹਿਸੂਸ ਕਰਦਾ ਇੱਕ ਕੁੜੀ ਦੀ ਜ਼ਿੰਦਗੀ ਇੱਕ ਪਤਨੀ ਦੀ ਇੱਕ ਸਾਨੂੰ ਸਫਰ ਦੀ ਉਹਨਾਂ ਫੀਲਿੰਗਸ ਨੂੰ ਗੁਰਪ੍ਰੀਤ ਇੰਜ ਹੀ ਸਮਝ ਲੈਂਦਾ ਉਮੀ ਸਮਝ ਲੈਂਦਾ ਸੌਕੇ ਸਮਝ ਲੈਂਦਾ ਆ ਸਮਝ ਲੈਂਦੇ ਆ ਹਾਂਜੀ ਕੁਝ ਗੱਲਾਂ ਬਾਤਾਂ ਕਰਕੇ ਹੁੰਦਾ ਵੀ ਕੁਝ ਇਹ ਆਪਦੇ ਵੀਵਸ ਦੱਸਦੇ ਆ ਕੁਝ ਮੇਰੇ ਹੈ ਨਾ ਅਸੀਂ ਦੋਨੋਂ ਸ਼ੇਅਰ ਕਰ ਲੈਂਦੇ ਆ ਫਿਰ ਸਾਨੂੰ ਅਸੀਂ ਇਹ ਸੋਚਦੇ ਵੀ ਉਹ ਬੰਦਾ ਕਿਸ ਤਰ੍ਹਾਂ ਸੋਚਦਾ ਹੋਊਗਾ ਹੈ ਨਾ ਵੀ ਉਸ ਦੇ ਹਿਸਾਬ ਨਾਲ ਬਸ ਇਹ ਇਹਨ ਦਾ ਕਹਿੰਦਾ ਮਤਲਬ ਇਹ ਵੀ ਕੀ ਜਿਵੇਂ ਮੈਂ ਲੋਕਾਂ ਨੂੰ ਸਮਝਦਾ ਕਿ ਮੈਂ ਉਵੇਂ ਤੈਨੂੰ ਵੀ ਸਮਝ ਲ ਸਮਝ ਪਾਇਆ ਗੁਰਪ੍ਰੀਤ ਉਹ ਫਿਰ ਇਹ ਦੱਸਣ ਨਹੀਂ ਨਹੀਂ ਤੂੰ ਦੱਸੇਂਗੀ ਇਹਨੂੰ ਪੁੱਛਣਾ ਮੈਂ ਹਾਂਜੀ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਜਿਹੜੀ ਹੱਦ ਰਹੀ ਉਹ ਦੱਸੋ ਮਤਲਬ ਸਮਝ ਲੰਭ ਰਿਹਾ ਖੁੱਲ ਕੇ ਦੱਸੋ ਇਹ ਸਮਝ ਲੰਭ ਦਰਸਲੇ ਹੈ ਕਿ ਮੈਨੂੰ ਇਹ ਲੱਗਦਾ ਕਿ ਮਨੁੱਖ ਨਾ ਬਹੁ ਪਰਤੀ ਹੈ ਅਸੀਂ ਸਾਰੀਆਂ ਪਰਤਾਂ ਉਧੇੜ ਨਹੀਂ ਸਕਦੇ ਕਦੇ ਵੀ ਤੇ ਸਪੈਸ਼ਲੀ ਔਰਤ ਹੈ ਜਿਹੜੀ ਬੰਦਾ ਥੋੜਾ ਫਲੈਟ ਹੈ ਔਰਤ ਕੰਪਲੈਕਸ ਹੈ ਔਰਤ ਜ਼ਿਆਦਾ ਕੰਪਲੈਕਸ ਹੈ ਬੰਦਾ ਲੱਖ ਦਾਵੇ ਕਰ ਲੇ ਕਿ ਮੈਂ ਬਹੁਤ ਗਿਆਨੀ ਐ ਜਾਂ ਡੂੰਘਾ ਉਤਰ ਸਕਦਾ ਪਰ ਔਰਤ ਦੀ ਡੂੰਘਾਈ ਤੱਕ ਬੰਦਾ ਨਹੀਂ ਉਤਰ ਸਕਦਾ ਹੂੰ ਜਿੰਨੀ ਔਰਤ ਜ਼ਹੀਨ ਹੈ ਤੇ ਜਿੰਨੀ ਅੰਦਰ ਤੱਕ ਸੋਚਦੀ ਹੈ ਮੈਂ ਬਹੁਤ ਵਾਰ ਨਹੀਂ ਉੱਤਰ ਪਾਉਂਦਾ ਇਹਨਾਂ ਦੀ ਡੁਗਾਈ ਤੱਕ ਇਹ ਬਹੁਤ ਵਾਰ ਗੱਲਾਂ ਮੇਰੇ ਤੋਂ ਮੈਨੂੰ ਪੂਰੀ ਗੱਲ ਨਹੀਂ ਦੱਸਦੇ ਆ ਦੇ ਮੋਸ਼ਨਸ ਹਨ ਜਿੱਥੇ ਇਹਨਾਂ ਨੂੰ ਲੱਗਦਾ ਹੈ ਕੁਝ ਹਨਾ ਕਹਿਣਾ ਚਾਹੀਦਾ ਇਹ ਨਹੀਂ ਕਹਿੰਦੇ ਬਹੁਤ ਵਾਰ ਇਹ ਸੋਚ ਕੇ ਕਿ ਪਰਿਵਾਰਕ ਕੋਈ ਬਰੀ ਇਕਨੋਮਿਕਲ ਕਈ ਵਾਰੀ ਕੋਈ ਸੋਸ਼ਲ ਕਾਰਨ ਕਰਕੇ ਇਹ ਗੱਲ ਨੂੰ ਮੈਨੂੰ ਲੱਗਦਾ ਹੈ ਕਿ ਇਹ ਦੱਬ ਜਾਂਦੇ ਆ ਪਰ ਕਈ ਵਾਰੀ ਫਿਰ ਕੀ ਪੁੱਛ ਕੇ ਤਾਂ ਦੱਸ ਪਤਾ ਲੱਗ ਜਾਂਦਾ ਕਈ ਵਾਰੀ ਨਹੀਂ ਵੀ ਲੱਗਦਾ ਕਿਉਂਕਿ ਅਸੀਂ ਮੇਲ ਜਿਹੜਾ ਬੰਦਾ ਸਾਡੀ ਪਾਲਣ ਪੋਸ਼ਣ ਇਸ ਹਿਸਾਬ ਨਾਲ ਕੀਤਾ ਜਾਂਦਾ ਕਿ ਮੁੰਡੇ ਨੂੰ ਇਹ ਕਹਿੰਨੇ ਆ ਅਸੀਂ ਕਿ ਕੀ ਕੁੜੀਆਂ ਵਾਂਗ ਰੋਈ ਜਾਂਦਾ ਹੂੰ ਅਸੀਂ ਕਹਿੰਨੇ ਵੀ ਕੀ ਕੁੜੀਆਂ ਵਾਂਗ ਬਿਹੇਵ ਕਰੀਂਦਾ ਕੀ ਕੁੜੀਆਂ ਵਾਂਗ ਕਿਉਂ ਕਰੀ ਜਾਂਦਾ ਇਹ ਕਰ ਕਰਕੇ ਅਸੀਂ ਜਿਹੜੇ ਬਹੁਤ ਸਾਰੇ ਇਮੋਸ਼ਨਸ ਐ ਮੁੰਡਿਆਂ ਤੋਂ ਅਸੀਂ ਲੈ ਲੈਨੇ ਆ ਮੇਰਾ ਵੀ ਪਾਲਣ ਪੋਸ਼ਣ ਤਾਂ ਉਵੇਂ ਹੀ ਹੋਇਆ ਨਾ ਮੇਰੇ ਵੀ ਫਾਦਰ ਮਕੈਨਿਕ ਸੀ ਹਨਾ ਤਾਂ ਉਹ ਵੀ ਉਨੇ ਹੀ ਹਾਰਸ਼ ਸੀ ਜਿੰਨੀ ਬਾਕੀ ਦੁਨੀਆ ਹਾਰਸ਼ ਹਨ ਸਾਡੇ ਮੇਰੇ ਵੀ ਭੈਣ ਭਰਾ ਵੱਡੇ ਕਜ਼ਨਸ ਹੋਰ ਉਹ ਸਾਰੇ ਦੋਸਤ ਸਮਾਜ ਤਾਂ ਉਹੀ ਹੈ ਨਾ ਜਿਹੜੇ ਚ ਮੈਂ ਵੱਡਾ ਹੋਇਆ ਉਹ ਤਾਂ ਇਹ ਹੈ ਕਿ ਪਿਕਾਸੋ ਕਹਿੰਦਾ ਵੀ ਦੁਨੀਆ 'ਚ ਹਰੇਕ ਬੰਦਾ ਕਲਾਕਾਰ ਜੰਮਦਾ ਪਰ ਅਫਸੋਸ ਹੈ ਕਲਾਕਾਰ ਰਹਿ ਨਹੀਂ ਪਾਉਂਦਾ ਜੀ ਕਲਾਕਾਰ ਦੇ ਤੌਰ ਤੇ ਵੱਡਾ ਨਹੀਂ ਹੋ ਪਾਉਂਦਾ ਜਿਹੜਾ ਕੋਈ ਕਲਾਕਾਰ ਦੇ ਤੌਰ ਤੇ ਵੱਡਾ ਹੋ ਗਿਆ ਉਹਦੀ ਕਿਸਮਤ ਹੈ ਵੀ ਔਖਾ ਸੌਖਾ ਹੋ ਗਿਆ ਸਮਾਜ ਨੇ ਕੋਈ ਕਸਰ ਨਹੀਂ ਸੀ ਛੱਡੀ ਉਹਦਾ ਅੰਦਰਲਾ ਕਲਾਕਾਰ ਮਾਰ ਲਈ ਤੇ ਉਹਦਾ ਇੰਦਰਲਾ ਇਨਸਾਨ ਤਾਂ ਮਾਰ ਹੀ ਦਿੰਨੇ ਆ ਉਹ ਇੰਨੇ ਇਮੋਸ਼ਨਸ ਵੀਕ ਕਰ ਦਿੰਨੇ ਆ ਅਸੀਂ ਬੰਦੇ ਦੇ ਆਪਾਂ ਅਕਸਰ ਸੁਣਿਆ ਕਿ ਕੁੜੀਆਂ ਨੂੰ ਕਹਿੰਦੇ ਐਮੋਸ਼ਨਲੀ ਵੀਕ ਹੈ ਪਰ ਅਸਲ 'ਚ ਬੰਦੇ ਐਮੋਸ਼ਨਲੀ ਵੀਕ ਹੁੰਦੇ ਆ ਜੇ ਮੇਰੇ ਕੋਲੇ ਪੈਸਾ ਨਹੀਂ ਹੈਗਾ ਤਾਂ ਮੈਂ ਇਕਨੋਮੀਕਲੀ ਵੀਕ ਹੋਊਂਗਾ ਹਨਾ ਉਵੇਂ ਜਿਹੜੇ ਬੰਦੇ ਕੋਲੇ ਇਮੋਸ਼ਨਸ ਘੱਟ ਆ ਉਹ ਐਮੋਸ਼ਨਲੀ ਵੀਕ ਹੋਇਆ ਨਾ ਕੁੜੀਆਂ ਕੋਲੇ ਇਮੋਸ਼ਨਸ ਬਹੁਤ ਜ਼ਿਆਦਾ ਹੁੰਦੇ ਆ ਉਹ ਇਮੋਸ਼ਨਲੀ ਰਿਚ ਹੁੰਦੀਆਂ ਭਰਪੂਰ ਇਮੋਸ਼ਨਸ ਐ ਮੈਂ ਵੀ ਉਹੋ ਜੇ ਮਾਹੌਲ 'ਚ ਹੀ ਵੱਡਾ ਹੋਇਆ ਨਾ ਮੈਂ ਮੈਂ ਵੀ ਘੱਟ ਰੋਣਾ ਰੋਣਾ ਚਾਹੀਦਾ ਵੱਧ ਜਿਹੜੇ ਬੰਦੇ ਕੋਲੇ ਰੋਣ ਦਾ ਗੁਣ ਹੁੰਦਾ ਨਾ ਉਹਦੇ ਵਰਗਾ ਕੋਈ ਗੁਣ ਨਹੀਂ ਹੈਗਾ ਔਰਤ ਕਿਸੇ ਮਤਲਬ ਕੀੜੇ ਦੇ ਵੱਜੀ ਤੇ ਵੀ ਰੋ ਸਕਦੀ ਐ ਹੂੰ ਬੰਦਾ ਬੰਦੇ ਨੂੰ ਮਾਰਨ ਲੱਗੇ ਨਹੀਂ ਰੋਂਦਾ ਉਮੀ ਇਹ इमोਸ਼ਨਲੀ ਮੇਰੇ ਨਾਲੋਂ ਬਹੁਤ ਜ਼ਿਆਦਾ ਰਿਚ ਹੈ ਬਹੁਤ ਜ਼ਿਆਦਾ ਮੈਂ ਇਹਨਾਂ ਦੇ इमोਸ਼ਨ ਦੇ ਪੱਦਰ ਦੇ ਪਹੁੰਚਣ ਦੀ ਕੋਸ਼ਿਸ਼ ਤਾਂ ਕਰਦਾ ਪਹੁੰਚ ਨਹੀਂ ਪਾਉਂਦਾ ਹੈਨਾ ਮੈਂ ਬਹੁਤ ਵਾਰੀ ਸਮਝ ਵੀ ਨਹੀਂ ਪਾਉਂਦਾ ਵੀ ਇਹ ਚੁੱਪ ਕਿਉਂ ਹੋ ਗਏ ਹੈਨਾ ਉਸ ਚੁੱਪ ਦੇ ਬਹੁਤ ਕਈ ਅਰਥ ਹੁੰਦੇ ਆ ਪਰ ਅਸੀਂ ਉੱਥੇ ਤੱਕ ਨਹੀਂ ਡੂੰਗੇ ਪਹੁੰਚ ਪਾਉਂਦੇ ਮੇਰੀ ਕਮੀ ਹੈ ਇਹ ਮੈਂ ਬਹੁਤ ਵਾਰੀ ਨਹੀਂ ਇਹਨਾਂ ਦੇ ਲੈਵਲ ਤੇ ਪਹੁੰਚ ਪਾਉਂਦਾ ਤੁਸੀਂ ਜ਼ਿੰਦਗੀ 'ਚ ਕੀ ਸੋਚਦੇ ਸੀ ਜਦੋਂ ਪੜ੍ਹਦੇ ਹੁੰਦੇ ਆ ਆਪਣਾ ਵੀ ਮੈਂ ਕੀ ਕਰਨਾ ਲੈਫ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਚੰਗਾ ਹਿਊਮਨ ਬੀng ਮਤਲਬ ਇੱਕ ਚੰਗਾ ਇਨਸਾਨ ਜੀ ਠੀਕ ਔਰ ਇਹਨਾਂ ਵਿੱਚ ਵੀ ਮੈਂ ਇਹੀ ਦੇਖਦੀ ਸੀ ਔਰ ਮੈਂ ਇਹ ਚਾਹੁੰਦੀ ਸੀ ਵੀ ਘਰ ਵਿੱਚ ਉਹ ਮਾਹੌਲ ਬਣਾ ਸਕਾਂ ਕਿ ਜਿਹਦੇ ਨਾਲ ਇਹ ਆਪਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਸਕਾਂ ਮੈਨੂੰ ਇਹ ਸੀਗਾ ਤੇ ਉਹੀ ਮੈਂ ਕਰ ਰਹੀ ਆਂ ਮੈਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੀ ਹਾਂ ਕਈ ਵਾਰੀ ਕੋਈ ਗੱਲ ਵੀ ਇਹੋ ਜਿਹੀ ਹੁੰਦੀ ਆ ਉਹ ਟਾਈਮ ਦੇਖਣਾ ਪੈਂਦਾ ਵੀ ਹੁਣ ਨਹੀਂ ਕਹਿਣੀ ਕਿ ਹੁਣ ਇਹ ਕੰਮ ਕਰ ਰਿਹਾ ਉਹ ਉਹ ਮਾਹੌਲ ਦੇਣਾ ਹੁੰਦਾ ਮਤਲਬ ਮੈਂ ਉਹ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੀ ਹਾਂ ਵੀ ਜੇ ਚ ਬਹੁਤ ਵਧੀਆ ਕੰਮ ਕਰ ਸਕਾਂ ਇਹ ਗੱਲ ਆਪਣੇ ਆਪ ਚ ਬਹੁਤ ਵੱਡੀ ਹੈ ਹਾਂਜੀ ਕਿ ਜਦੋਂ ਕੋਈ ਇਨਸਾਨ ਤੇ ਪਤਨੀ ਹੈ ਤੇ ਪਤੀ ਹੈ ਇਹ ਦੇਖ ਲੈ ਵੀ ਹੁਣ ਇਹਦਾ ਗੱਲ ਕਰਨ ਦਾ ਮੂਡ ਹੈ ਨਹੀਂਗਾ ਇਹ ਸੁਣਨ ਦਾ ਮੂਡ ਸੁਣਨ ਦੀ ਮੂਡ ਚ ਹੈ ਨਹੀਂ ਹੁਣ ਕਿ ਮੈਨੂੰ ਬਾਅਦ ਚ ਕਹਿਣਾ ਜੇ ਮੈਂ ਇਹ ਪੁੱਛਾਂ ਕਿ ਇਹ ਗੱਲਾਂ ਕਿੱਥੋਂ ਆਈਆਂ ਨੇ ਮਾਂ ਦੀ ਪਰਵਰਿਸ਼ ਇਹ ਜਿਹੀ ਸੀ ਪਿਓ ਦੀ ਸੀ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀਗਾ ਇਹ ਕੁੜੀ ਇਸ ਤਰ੍ਹਾਂ ਕਿਵੇਂ ਬੁਣ ਗਈ ਇਹ ਗੱਲਾਂ ਮੈਨੂੰ ਲੱਗਦਾ ਵੀ ਜਦੋਂ ਬੱਚਾ 13 14 ਸਾਲ ਦਾ ਆ ਜਾਂਦਾ 13 14 ਸਾਲ ਦਾ ਉਹ ਖੁਦ ਹੀ ਬਹੁਤ ਕੁਝ ਸਿੱਖਣਾ ਸ਼ੁਰੂ ਕਰ ਦਿੰਦਾ ਆਸ-ਪਾਸੇ ਦਾ ਮਾਹੌਲ ਚਾਹੇ ਘਰ ਦਾ ਮਾਹੌਲ ਹੈ ਨਾ ਉਹਦੇ ਤੋਂ ਆਪਾਂ ਬਹੁਤ ਕੁਝ ਸਿੱਖਦੇ ਹਾਂ ਜੀ ਹੁੰਦੇ ਨੇ ਬੱਚੇ ਆਪਾਂ ਨੂੰ ਮੈਨੂੰ ਲੱਗਦਾ ਵੀ ਕੋਈ ਕੋਈ ਹਾਂ ਕੋਈ ਗੱਲ ਇਹੋ ਜਿਹੀ ਹੁੰਦੀ ਜਿਹੜੇ ਉਹਨਾਂ ਨੂੰ ਸਿਖਾ ਲਈ ਪਹਿਲੇ ਅਦਰਵਾਈਜ਼ ਬੱਚੇ ਆਪੇ ਹੀ ਸਿੱਖ ਜਾਂਦੇ ਆ ਉਹਨਾਂ ਨੂੰ ਜ਼ਿਆਦਾ ਜੇ ਆਪਾਂ ਸਿਖਾਵਾਂਗੇ ਆਪਾਂ ਲਿਮਿਟਡ ਚੀਜ਼ ਸਿਖਾ ਸਕਦੇ ਆ ਵੀ ਤੁਸੀਂ ਐਵੇਂ ਨਹੀਂ ਐਵੇਂ ਕਰਨਾ ਪਰ ਬੱਚੇ ਖਾਇਦ ਸਾਨੂੰ ਵੀ ਬਹੁਤ ਕੁਝ ਸਿਖਾ ਜਾਂਦੇ ਆ ਤੇ ਆਪ ਵੀ ਖੁਦ ਮਤਲਬ ਆਪ ਕਰਨ ਤੋਂ ਬਹੁਤ ਜ਼ਿਆਦਾ ਕੁਝ ਸਿੱਖ ਸਕਦੇ ਆ ਸਾਨੂੰ ਬੱਚੇ ਨੂੰ ਸਿਖਾਉਣ ਦੀ ਲੋੜ ਨਹੀਂ ਹੁੰਦੀ ਜਿਵੇਂ ਹੁਣ ਮੈਂ ਵੀ ਆਂ ਤੇ ਮੈਂ ਵੀ ਮੈਨੂੰ ਕਿਸੇ ਨੇ ਸਿਖਾਇਆ ਨਹੀਂ ਹੈ ਨਾ ਮੈਂ ਵੀ ਆਸ-ਪਾਸ ਕੋ ਦੇਖ ਕੇ ਪਰਟੀਕੂਲਰ ਐਵੇਂ ਨਹੀਂ ਬਿਠਾ ਕੇ ਵੀ ਹੈ ਨਾ ਤੁਸੀਂ ਆਹ ਇਸ ਤਰ੍ਹਾਂ ਕਰਨਾ ਹੈ ਜਾਂ ਇਹ ਕਰਨਾ ਹੈ ਇਹ ਕੋਈ ਨਹੀਂ ਦੱਸਦਾ ਇਹ ਤਾਂ ਸਿਰਫ ਆਪਣੇ ਆਪ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਉਮਰ ਦੇ ਹਿਸਾਬ ਨਾਲ ਟਾਈਮ ਹੈ ਨਾ ਜਿਹੜਾ ਟਾਈਮ ਉਹ ਬਹੁਤ ਕੁਝ ਸਿਖਾ ਲੈਂਦਾ ਹੈ ਟਾਈਮ ਬਹੁਤ ਵੱਡਾ ਗੁਰੂ ਹੈ ਹੂੰ ਜਦੋਂ ਅਸੀਂ ਆਪਾਂ ਵੱਡੇ ਹੁੰਦੇ ਜਾਂਦੇ ਆ ਆਪਾਂ ਬਹੁਤ ਕੁਝ ਸਿੱਖਦੇ ਜਾਂਦੇ ਹਾਂ ਕੁਝ ਵਕਤ ਸਿਖਾ ਰਿਹਾ ਤੇ ਕੁਝ ਹੌਲੀ-ਹੌਲੀ ਆਸ-ਪਾਸ ਦੇ ਮਾਹੌਲ ਤੋਂ ਸਿੱਖ ਜਾਂਦੇ ਹਾਂ ਜੋ ਵੀ ਆਪਣੀ ਪਰਸਨੈਲਿਟੀ ਹੈ ਨਾ ਇਹਦੇ ਦੋ ਪੱਖ ਹੈ ਮੈਨੂੰ ਲੱਗਦਾ ਜੀ ਜੀ ਕੁਲਾ ਤੇ ਸਿਲਾ ਇੱਕ ਹੱਥ 'ਚ ਸਾਡੇ ਕੁਲਾ ਇੱਕ ਹੱਥ ਸਿਲਾ ਯਾਨੀ ਕਿ ਸਧਾਰਨ ਸ਼ਬਦਾਂ 'ਚ ਕੁਲਾ ਮਤਲਬ ਆਪਾਂ ਕਹਿੰਦੇ ਨਾ ਵੀ ਜਿਵੇਂ ਕੋਈ ਪੁਰਾਣੇ ਟਾਈਮ 'ਚ ਮਿਲਦਾ ਸੀ ਤੇ ਹਾਂ ਵੀ ਕਿੰਨਾ ਘਰਾਂ ਚੋਂ ਦੋ ਕੌਣ ਹੈ ਤੇਰੇ ਪਿਓ ਦਾਦ ਦੇ ਕੌਣ ਹੈ ਹਾਂ ਅਸਲ 'ਚ ਉਹ ਹੈ ਜੀਨਸ ਸਾਡੇ ਹਾਂ ਜੀ ਵੀ ਸਾਨੂੰ ਕਿਹੜੇ ਮਾਂ ਪਿਓ ਨੇ ਸਾਡੇ ਹੈ ਨਾ ਅ ਸਾਡੇ ਜੀਨਸ 'ਚ ਸਾਨੂੰ ਕੀ ਮਿਲਿਆ ਸੈਕੰਡ ਉਦੇ ਚ ਉਸੇ ਜਿਹੀ ਕੋਲਾ ਕੋਲਾ ਦਾ ਹੀ ਦੂਜਾ ਪੱਖ ਹੈ ਅਸੀਂ ਸਾਡਾ ਮਾਈਂਡ ਕਿਹੋ ਜਿਹਾ ਹਰੇਕ ਬੰਦੇ ਦੇ ਦਿਮਾਗ ਦੇ ਵਿੱਚ ਜ਼ੈਨ ਦੇ ਵਿੱਚ ਬਹੁਤ ਸਾਰੇ ਪੱਖ ਹੁੰਦੇ ਆ ਕੋਈ ਬੰਦਾ ਕਿਸੇ ਭਾਰੂ ਪੱਖ ਨਾਲ ਪੈਦਾ ਹੁੰਦਾ ਕੋਈ ਕਿਸੇ ਨਾਲ ਜਿਵੇਂ ਜਿਹਦੇ ਚ ਵਿਜ਼ੂਅਲ ਇੰਟੈਲੀਜੈਂਸ ਨਾਲ ਪੈਦਾ ਹੋਇਆ ਤਾਂ ਉਹਨੂੰ ਹਰ ਆਕਾਰ ਬਹੁਤ ਵਧੀਆ ਦੇਖਦੇ ਆ ਉਹਦੀ ਚਿੱਤਰਕਾਰ ਹੋ ਸਕਦਾ ਕੋਈ ਬੰਦਾ ਪੈਦਾ ਹੋਇਆ ਮਿਊਜ਼ੀਕਲ ਇੰਟੈਲੀਜੈਂਸ ਨਾਲ ਉਹ ਸੰਗੀਤ ਦੇ ਉਹਨੂੰ ਨੋਟਸ ਬਹੁਤ ਈਜ਼ੀ ਸਮਝ ਆ ਜਾਂਦੇ ਆ ਹਰੇਕ ਬੰਦਾ ਇੱਕ ਵੱਖਰਾ ਗੁਣ ਲੈ ਕੇ ਪੈਦਾ ਹੁੰਦਾ ਇੱਕ ਮਾਂ ਪਿਓ ਦੇ ਹੋਗੇ ਹਨਾ ਦੂਜਾ ਸਿਲਾ ਸਿਲਾ ਕੀ ਚੀਜ਼ ਹੈ ਦੂਜੇ ਹੱਥ ਚ ਕਿ ਉਹਨੂੰ ਮਾਹੌਲ ਕਿਹੋ ਜਿਹਾ ਮਿਲਿਆ ਦੋਸਤਾਂ ਦਾ ਉਹਦੀ ਐਜੂਕੇਸ਼ਨ ਕਿਹੋ ਜੀ ਹੋਈ ਤੇ ਉਹ ਕੰਮ ਕੀ ਕਰ ਰਿਹਾ ਉਸ ਕੰਮ ਤੇ ਉਹਦੇ ਆਸ-ਪਾਸ ਲੋਕ ਕਿਹੋ ਜਿਹੇ ਆ ਇਹ ਸਾਰੇ ਉਹਦੀ ਫਿਰ ਕੰਡੀਸ਼ਨਿੰਗ ਕਰਦੇ ਆ ਇਹ ਉਹਦੇ ਕੋਲੇ ਪੈਦਾ ਹੁੰਦੇ ਹੀ ਹੁੰਦਾ ਸਾਰਾ ਕੁਝ ਆ ਸਾਰੇ ਉਹਦੀ ਕੰਡੀਸ਼ਨਿੰਗ ਕਰਦੇ ਉਹਨੂੰ ਘੜਦੇ ਆ ਉਹਦਾ ਮਾਹੌਲ ਫਿਰ ਉਹ ਬੰਦਾ ਅਲਟੀਮੇਟਲੀ ਇੱਕ ਚੀਜ਼ ਬਣਦਾ ਹੁਣ ਬੰਦੇ ਦਾ ਮਾਨਸਿਕ ਤੌਰ ਤੇ ਕਿਹੋ ਜਿਹਾ ਗੁਣ ਲੈ ਕੇ ਪੈਦਾ ਹੋਇਆ ਉਸ 'ਚ ਕਈ ਵਾਰੀ ਮਾਂ ਪਿਓ ਦਾ ਵੀ ਰੋਲ ਨਹੀਂ ਹੁੰਦਾ ਮਾਂ ਪਰਦਾਦੇ ਹੋ ਸਕਦਾ ਤੁਹਾਡੇ ਨੱਕੜ ਦਾਦੇ ਦਾ ਕੋਈ ਜੀਨ ਪਿਆ ਹੋਵੇ ਇਨੈਕਟਿਵ ਉਹ ਤੁਹਾਡੇ 'ਚ ਜਾਗਰਿਤ ਹੋ ਜੇ ਹੋ ਸਕਦਾ ਜਿਵੇਂ ਦਾ ਇਹ ਸੋਚਦੀ ਹੈ ਦੇ ਮੰਮੀ ਪਾਪਾ ਚ ਕੋਈ ਨਾ ਸੋਚਦਾ ਹੋਵੇ ਹੋ ਸਕਦਾ ਮੈਂ ਜਿਵੇਂ ਦਾ ਸੋਚਦਾ ਮੇਰੇ ਮੰਮੀ ਪਾਪਾ ਚੋਂ ਕਿਸੇ ਨੇ ਉਵੇਂ ਨਾ ਸੋਚ ਰਿਆ ਹੋਵੇ ਮੇਰਾ ਇੱਕ ਪਰਦਾਦੇ ਦਾ گاਾਂ ਬਾਬਾ ਸੋਚਦਾ ਹੋਵੇ ਉਹ ਜੀਨ ਮੇਰੇ ਚ ਆ ਗਿਆ ਦੂਜਾ ਮੈਂ ਕਿਹੋ ਜਿਹੀ ਪੜ੍ਹਾਈ ਕੀਤੀ ਮੇਰੇ ਆਸ-ਪਾਸ ਕਿਹੋ ਜਿਹੇ ਦੋਸਤ ਸੀ ਮੇਰੇ ਉਸ ਤੋਂ ਬਾਅਦ ਮੈਂ ਜੋਬ ਕਿਹੋ ਜੀ ਸੀ ਮੈਂ ਕਿਡੀਆਂ ਕਿਤਾਬਾਂ ਪੜ੍ਹਨ ਲੱਗ ਗਿਆ ਹਨ ਬਾਈ ਚਾਂਸ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਬਾਈ ਚਾਂਸ ਸੀ ਬਾਈ ਚਾਂਸ ਕੀ ਚੀਜ਼ ਹੁੰਦੀ ਹੈ ਕਿ ਮੈਨੂੰ ਜਿਵੇਂ ਇੱਕ ਵਾਰੀ ਮੈਂ ਡੱਬ ਵਾਲੀ ਭੂਆ ਕੋਲੇ ਗਿਆ ਸੀ ਤਾਂ ਉਹਨਾਂ ਦੇ ਨਾ ਬੂਟ ਰੈਕ ਦੇ ਵਿੱਚ ਕਿਤਾਬ ਪਈ ਸੀ ਇੱਕ ਬੂਟਾਂ ਵਾਲੇ ਰੈਕ 'ਚ ਜੀ ਉਹ ਕਿਤਾਬ ਸੀ ਵਿਗਿਆਨ ਤੋਂ ਪਰ ਵਿਗਿਆਨ ਹੂੰ ਉਹ ਮੈਂ ਕੱਢੀ ਤੇ ਧੂੜ ਝਾੜੀ ਉਹਦੀ ਉਹ ਸ਼ਾਇਦ ਮੇਰੀ 8ਵੀਂ ਸੀਗਾ ਮੈਂ ਉਹ ਸ਼ਾਇਦ ਮੇਰੀ ਪਹਿਲੀ ਕਿਤਾਬ ਸੀ ਜਿਹੜੀ ਮੈਂ ਇਸ ਤਰ੍ਹਾਂ ਪੜਨ ਲੱਗਿਆ ਆਊਟ ਆਫ ਸਿਲੇਬਸ ਥੋੜੀਆ ਬਹੁਤੀਆ ਪਹਿਲਾਂ ਪੜਦਾ ਸੀ ਮਾੜਾ ਮੋਟਾ ਪਰ ਉਹ ਪੂਰੀ ਕਿਤਾਬ ਸੀ ਜਿਹੜੀ ਕਿ ਮੈਂ ਪੜ੍ਹੀ ਇਹ ਕਹਿੰਦੇ ਆਪਾਂ ਬਾਈ ਚਾਂਸ ਵਾਲਾ ਫੀਲਡ ਆ ਗਿਆ ਉਹ ਚ ਇੱਕਦਮ ਇੰਟਰਸਟ ਜਾਗ ਪਿਆ ਉਸ ਤੋਂ ਬਾਅਦ ਹਨਾ ਜਿਵੇਂ ਕਿਸੇ ਨੇ ਕੋਈ ਸੰਗੀਤ ਨੂੰ ਇੱਕਦਮ ਟੱਚ ਕਰ ਗਿਆ ਕਿਸੇ ਨੂੰ ਹਨਾ ਇਹੋ ਜਿਹੀਆਂ ਘਟਨਾਵਾਂ ਵੀ ਹੋ ਜਾਂਦੀਆਂ ਉਵੇਂ ਇਹ ਮੈਨੂੰ ਲੱਗਦਾ ਵੀ ਇਹਨਾਂ ਦੀ ਪਰਸਨੈਲਿਟੀ ਬਿਲਕੁਲ ਹੀ ਵੱਖਰੀ ਹੈ ਆਪਣੇ ਪਰਿਵਾਰ ਨਾਲੋਂ ਵੀ ਉਸ ਤੋਂ ਪਹਿਲਾਂ ਵੀ ਸ਼ਾਇਦ ਤੁਹਾਡੇ ਮੇਰੇ ਖਲ ਦੋਸਤਾਂ 'ਚ ਵੀ ਕੋਈ ਤੁਹਾਡੇ ਵਾਂਗੂ ਨਾ ਸੋਚਦਾ ਹੋਵੇ ਹਨਾ ਹਾਂਜੀ ਕਿਸੇ ਵੀ ਤਰ੍ਹਾਂ ਹੋ ਸਕਦੀ ਹੈ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਸੀ ਮਦਰ ਕੀ ਕਰਦੇ ਸੀ ਮੇਰੇ ਫਾਦਰ ਐਨਐਫਐਲ ਜੌਬ ਕਰਦੇ ਸੀ ਮਦਰ ਹਾਊਸ ਮੈਨੇਜਰ ਉਹ ਇਹ ਨਹੀਂ ਗੱਲ ਚੱਲੀ ਕੋਈ ਸਰਕਾਰੀ ਨੌਕਰੀ ਮੁੰਡਾ ਲੱਭ ਲਿਆ ਜਾਵੇ ਨਹੀਂ ਨਹੀਂ ਇਸ ਬਾਰੇ ਕਦੀ ਕੋਈ ਗੱਲ ਨਹੀਂ ਸੀ ਹੋਈ ਅਜੇ ਫਸਟ ਟਾਈਮ ਹੀ ਤੁਸੀਂ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਸੀ ਪ੍ਰਾਈਵੇਟ ਕੰਮ ਜਾਂ ਕੀ ਤੁਸੀਂ ਕੀ ਕਰਨਾ ਚਾਹੁੰਦੇ ਕੰਮ ਤੌਰ ਤੇ ਟੀਚਿੰਗ ਵਾਲੇ ਬਾਰੇ ਪਾਸੇ ਮਰੇ ਖਲੌਣੇ ਚਾਹੁੰਦੇ ਮਾਸਟਰਸ ਕਰਕੇ ਹਾਂਜੀ ਕੋ ਟੀਚਰ ਉਹ ਪੁੱਜਦੋਂ ਨਾ ਵੀ ਹਾਂ ਭਾਈ ਮੁੰਡਾ ਕੀ ਕਰੇਗਾ ਹਾਂ ਭਾਈ ਲੀ ਐਕਚੁਅਲੀ ਪਹਿਲਾਂ ਮੈਂ ਟੀਚਿੰਗ ਹੀ ਕਰਨਾ ਚਾਹੁੰਦੀ ਸੀ ਫਿਰ ਮੇਰਾ ਹੌਲੀ-ਹੌਲੀ ਮੈਂ ਕੋਈ ਕੰਮ ਬਿਜ਼ਨਸ ਆਪਦਾ ਕਰਨਾ ਚਾਹੁੰਦੀ ਸੀ ਇਹਨਾਂ ਨੇ ਕਰਦੇ ਆ ਜਿਵੇਂ ਸਟਾਕ ਮਾਰਕੀਟ ਨੂੰ ਸਟੱਡੀ ਕਰਦੇ ਆ ਹਾਂਜੀ ਜਦਕਿ ਮੇਰੇ ਫੀਲਡ ਤੋਂ ਬਿਲਕੁਲ ਹੀ ਵੱਖਰਾ ਤੁਸੀਂ ਸੋਚੋਗੇ ਇਹ ਸਟਾਕਸ 'ਚ ਇਨਵੈਸਟ ਵੀ ਕਰਦੇ ਆ ਤੇ ਮੈਨੂੰ ਨਹੀਂ ਸਮਝ ਆਉਂਦਾ ਉਹ ਵਾਲਾ ਤੇ ਮੈਨੂੰ ਵਿੱਚੋ-ਵਿੱਚ ਦੱਸੀ ਜਾਂਦੇ ਹੁੰਦੇ ਆ ਵੀ ਮੇਰੀ ਆਦ ਸੁਣ ਕੇ ਦੇਖੋ ਆ ਮੈਂ ਦੇਖਿਆ ਨਵਾਂ ਮੈਂ ਆ ਕਰ ਲਾ ਮੈਂ ਕਿਹਾ ਵੀ ਕਰ ਲਾ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਵਾਲਾ ਪਰ ਤੁ ਕਰੀ ਚੱਲ ਜਿਹੜਾ ਤੈਨੂੰ ਵਧੀਆ ਲੱਗਦਾ ਬਟ ਸ਼ੀ ਇਸ ਡੂਇੰਗ ਵੈਰੀ ਗੁੱਡ ਜਿਵੇਂ ਮੇਰਾ ਇੱਕ ਕਜ਼ਨ ਆ ਉਹਦਾ ਬਹੁਤ ਵਧੀਆ ਬਿਜ਼ਨਸ ਹੈ ਦਿੱਲੀ ਬਹੁਤ ਵੱਡਾ ਬਿਜ਼ਨਸਮੈਨ ਆ ਉਹ ਤੇ ਜਦੋਂ ਉਹਨੂੰ ਮੈਂ ਦੱਸਿਆ ਉਹ ਬਹੁਤ ਖੁਸ਼ ਹੋਇਆ ਉਹ ਕਹਿੰਦਾ ਵੀ ਮੈਨੂੰ ਬਹੁਤ ਹੈਰਾਨੀ ਹੋਈ ਵੀ ਆਪਣੀ ਫੈਮਿਲੀ ਚੋਂ ਕੋਈ ਲੇਡੀ ਇਦਾਂ ਵੀ ਸੋਚਦੀ ਹੈ ਵੀ ਆਪਣੇ ਫੈਮਿਲੀ ਚ ਨਹੀਂ ਤਾਂ ਵੀ ਐਵਰੀ ਲੇਡੀ ਵਾਸ ਆਈਦਰ ਹਾਊਸ ਵਾਈਫ ਜਾਂ ਟੀਚਿੰਗ ਵਗੈਰਾ ਜਿਵੇਂ ਇਹ ਵੀ ਪਹਿਲਾਂ ਟੀਚਿੰਗ ਕਰਦੇ ਵੀ ਉਹ ਬਿਜ਼ਨਸ ਦਾ ਕਿਵੇਂ ਸੋਚਣ ਲੱਗ ਗਏ ਉਹਨਾਂ ਨੂੰ ਕਿਵੇਂ ਪਤਾ ਪਰ ਅਸਲ ਚੋ ਬਿਜ਼ਨਸ ਵਾਲਾ ਇਹਨਾਂ ਦੇ ਸ਼ੁਰੂ ਤੋਂ ਜ਼ੈਨ ਚ ਪਿਆਸ ਸੀ ਜਦੋਂ ਇਹ ਕਿਉਂਕਿ ਐਮ ਇਕਨੋਮਿਕਸ ਕੀਤੀ ਸੀ ਸ਼ੁਰੂ ਇਹਨਾਂ ਨੇ ਤਾਂ ਉਹ ਪਿਆਸ ਸੀ ਇਹਨਾਂ ਨੂੰ ਬੈਲੈਂਸ ਸ਼ੀਟ ਆਈਏ ਉਹ ਮਤਲਬ ਹਰ ਚੀਜ਼ ਇਹਨਾਂ ਦੇ ਜ਼ੈਨ ਚ ਸੀਗੀ ਉਹ ਸ਼ੁਰੂ ਹੋਣ ਕੀਤਾ ਇਹਨਾਂ ਨੇ ਤੁਹਾਡੇ ਆਰਟਿਸਟ ਹੋਣ ਦੀ ਜਿਹੜੀ ਪਹਿਲਾਂ ਮੈਂ ਮੈਡਮ ਨੂੰ ਸਵਾਲ ਪੁੱਛਦਾ ਸੀਗਾ ਕੋਨ ਨੂੰ ਲੱਗਦਾ ਵੀ ਤੁਹਾਡੇ ਸੁਭਾਅ ਤੇ ਤੁਹਾਡੀ ਇਸ ਹਮਸਫਰ ਜੁੜੀ ਜ਼ਿੰਦਗੀ ਤੇ ਤੁਹਾਡੇ ਆਰਟਿਸਟ ਹੋਣ ਦੀ ਜਿਹੜੀ ਕਲਾ ਹੈਗੀ ਇਹਨੇ ਬਹੁਤ ਅਸਰ ਪਾਇਆ ਹੈ ਅਮ ਉਲਟੀ ਗੱਲ ਹੈ ਇਹਨਾਂ ਦੇ ਮੇਰੇ ਹਮਸਫਰ ਹੋਣ ਕਰਕੇ ਮੇਰੇ ਆਰਟ ਤੇ ਇਫੈਕਟ ਪਿਆ ਹੈ ਜੇ ਕਈ ਵਾਰੀ ਨਾ ਸਾਡੇ ਉਹ ਈਗੋਜ਼ ਆ ਸੇਮ ਤੁਸੀਂ ਦੇਖੋਗੇ ਬਹੁਤੀ ਵਾਰੀ ਨਾ ਜਦੋਂ ਸੇਮ profession ਹੋਵੇ ਉਹ ਕਲੈਸ਼ ਵੀ ਹੋਣ ਲੱਗ ਜਾਂਦੀ ਹੁੰਦੀ ਹੈ ਇਹੋ ਕੁਝ ਇਹਨਾਂ ਨੇ ਨਾ ਮੈਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਕਿ ਜਿਹੜੀ ਗੱਲ ਮੇਰੇ ਕੈਰੀਅਰ ਦੇ ਵਿੱਚ ਮੇਰੇ ਆਰਟ ਦੇ ਵਿੱਚ ਬਿਲਕੁਲ ਕੋਈ ਵੀ ਬੰਨ ਲਾਉਂਦੀ ਹੋਵੇ ਹਨਾ ਇਹਨਾਂ ਨੇ ਮਾਹੌਲ ਦਿੱਤਾ ਮੈਨੂੰ ਕੰਮ ਕਰਨ ਲਈ ਸਾਜ਼ਗਾਰ ਪਹਿਲਾਂ ਮੈਂ ਜਿਵੇਂ ਘੁੰਮਣਾ ਚਾਹੁੰਦਾ ਸੀ ਤਾਂ ਉਸ ਤੋਂ ਡਿਸਕਰੇਜ ਨਹੀਂ ਕੀਤਾ ਹਨਾ ਜਿਵੇਂ ਮੈਂ ਜਾਂਦਾ ਸੀਗਾ ਹਾਈਕਿੰਗ ਟਰੈਕਿੰਗ ਐਡਵੈਂਚਰ ਕਰਦਾ ਸੀਗਾ ਮੈਂ ਜਾਂ ਜਿਵੇਂ ਬਾਹਰ ਗਿਆ ਐਗਜ਼ੀਬਿਸ਼ਨ ਲਈ ਸ਼ੋਅ ਕੀਤਾ ਰਾਤ ਤੱਕ ਅੱਧੀ ਰਾਤ ਤੱਕ ਕੰਮ ਕਰ ਰਿਹਾ ਹਣਾ ਇਹਨਾਂ ਨੇ ਮਾਹੌਲ ਦਿੱਤਾ ਮੈਨੂੰ ਉਹ ਤਾਂ ਉਲਟਾ ਮੇਰੇ ਆਰਟ ਨੇ ਰਿਲੇਸ਼ਨ ਤੇ ਘੱਟ ਪ੍ਰਭਾਵ ਪਾਇਆ ਰਿਲੇਸ਼ਨ ਨੇ ਮੇਰੇ ਆਰਟ ਤੇ ਵੱਧ ਪ੍ਰਭਾਵ ਪਾਇਆ ਹੂੰ ਤੇ ਹੁਣ ਤਾਂ ਇਸ ਤਰ੍ਹਾਂ ਦਾ ਮਾਹੌਲ ਆ ਸਾਡਾ ਵੀ ਜਿਵੇਂ ਮੈਂ ਰਾਤ ਨੂੰ ਕੰਮ ਕਰਦਾ ਦੇਰ ਰਾਤ ਤੱਕ ਜੀ ਉਦੋਂ ਪਹਿਲਾਂ ਅਸੀਂ ਇਹ ਚੱਲ ਸਾਡੀ ਸੀਗੀ ਦਿਨ ਚੜਿਆ ਅਸੀਂ ਸਵੇਰੇ ਉੱਠ ਕੇ ਹੁਣ ਜਿਵੇਂ ਮੌਸਮ ਠੀਕ ਹੋ ਗਿਆ ਤਾਂ ਹੁਣ ਫੇਰ ਉਹੀ ਸ਼ੁਰੂ ਹੋ ਜੂ ਰੁਟੀਨ ਅਸੀਂ ਸੈਰ ਦੋਨੋਂ ਕਰਦੇ ਆਂ ਫੇਰ ਇੱਥੇ ਹੀ ਬੈਠ ਕੇ ਰੂਮ 'ਚ ਅਸੀਂ ਸਵੇਰੇ ਚਾਹ ਪੀਂਨੇ ਆ ਤੇ ਨਾਲ ਨਾਲ ਕਿਤਾਬ ਚੱਕ ਲੈਨੇ ਆ ਕੋਈ ਫੇਰ ਜਾਂ ਤਾਂ ਇਹਨਾਂ ਨੂੰ ਮੈਂ ਕਵਤਾਵਾਂ ਸੁਣਾਉਣ ਲੱਗ ਜਾਂਦੇ ਆ ਸੁਣਦੇ ਆ ਤੇ ਜਾਂ ਕੋਈ ਇਹ ਪੜ੍ਹਦੇ ਆ ਹਨਾ ਤੇ ਅਸੀਂ ਦੋਨੋਂ ਇੱਥੇ ਅੱਧਾ ਘੰਟਾ ਘੰਟਾ ਅਸੀਂ ਇਕੱਲਾ ਇਹੋ ਜੀ ਡਿਸਕਸ਼ਨ ਤੇ ਲਾਉਨੇ ਆ ਲਿਟਰੇਚਰ ਤੇ ਤੇ ਉਹ ਬਹੁਤ ਸਾਜ਼ਗਾਰ ਸਾਬਤ ਹੋ ਰਿਹਾ ਮਾਹੌਲ ਹਨ ਤੇ ਮੈਡੀਟੇਸ਼ਨ ਕਰਦੇ ਆ ਦੋਨੋਂ ਬੈਠ ਕੇ ਜਿਵੇਂ ਬਾਹਰ ਵੀ ਕਈ ਵਾਰ ਝੂਲਾ ਲੱਗਿਆ ਉੱਥੇ ਬੈਠ ਕੇ ਜਾਂ ਅਸੀਂ ਇਕੱਠੇ ਬੈਠ ਕੇ ਵੀ ਮੈਡੀਟੇਸ਼ਨ ਕਰ ਲੈਣੇ ਉਹ ਬਹੁਤ ਕਮਾਲ ਦਾ ਪ੍ਰਭਾਵ ਪਾਉਂਦਾ ਸੋ ਰਿਸ਼ਤਾ ਵੀ ਰਿਸ਼ਤਾ ਮੇਰੇ ਹਿਸਾਬ ਨਾਲ ਆਰਟ ਤੇ ਵੱਧ ਪ੍ਰਭਾਵ ਪਾ ਰਿਹਾ ਹੂੰ ਬਜਾਏ ਕਿ ਆਰਟ ਰਿਸ਼ਤੇ ਤੇ ਪ੍ਰਭਾਵ ਪਾ ਰਿਹਾ ਹਨ ਇਦਾਂ ਲੱਗ ਰਿਹਾ ਹੈ ਕਿਤਾਬਾਂ ਵਾਲਾ ਮਾਹੌਲ ਸਹਿਤ ਕਮੌਲ ਅਸੀਂ ਜਿਵੇਂ ਰਾਣਾ ਨੀਰਬਾਈ ਕਹਿੰਦਾ ਹੁੰਦਾ ਹਾਂ ਹਾਂ ਕਹਿੰਦਾ ਮੈਂ ਕਿਤਾਬਾਂ ਮੈਨੂੰ ਲੱਗਦਾ ਹੁੰਦਾਈ ਮੈਂ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਮੈਂ ਕਿਤਾਬ ਲੈ ਆਉਣੀ ਹੈ ਹਾਂ ਆਪਣੀ ਫਿਲਮ ਦੇ ਵਿੱਚ ਆਪਣੇ ਗੀਤਾਂ ਦੇ ਜਿੱਥੇ ਮੈਨੂੰ ਲੱਗਦਾ ਮੈਂ ਕਿਤਾਬ ਲੈ ਆਉਣੀ ਆ ਉਹ ਕਹਿੰਦੇ ਹੁੰਦੇ ਨੇ ਅਕਸਰ ਕਹਿੰਦੇ ਨੇ ਉਹ ਕਿਤਾਬ ਲੈ ਵੀ ਆਉਂਦੇ ਨੇ ਤੇ ਕਿਤਾਬਾਂ ਨੇ ਕਹਿੰਦਾ ਮੈਨੂੰ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਚੀਜ਼ ਮੈਂ ਨਹੀਂ ਦੇਖੀ ਮੈਂ ਕਿਤਾਬਾਂ ਦੇ ਦੇਖ ਕੇ ਸਰਜੇ ਸਰਜਲੇ ਜਾਂ ਸਰਜੇ ਸਿੱਖ ਲਈ ਹੂੰ ਜ਼ਿੰਦਗੀ ਦੇ ਉੱਤੇ ਕਿਤਾਬਾਂ ਵਾਲੇ ਮਾਹੌਲ ਨੇ ਇਹ ਕਲਾਮ ਵਾਲੇ ਮਾਹੌਲ ਨੇ ਕਿੰਨੇ ਖੂਬਸੂਰਤ ਰੰਗ ਭਰੇ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਜੀ ਹਰ ਘਰ ਦੇ ਵਿੱਚ ਕਿਤਾਬਾਂ ਹੋਣੀਆਂ ਜ਼ਰੂਰੀ ਨੇ ਹਾਂਜੀ ਬਿਲਕੁਲ ਬਿਲਕੁਲ ਕਿਤਾਬਾਂ ਬਿਨਾ ਤਾਂ ਜ਼ਿੰਦਗੀ ਨੀਰਸ ਹੈ ਹੂੰ ਹੂੰ ਕਿਤਾਬਾਂ ਹੋਣੀਆਂ ਬਹੁਤ ਜ਼ਰੂਰੀ ਹੈ ਤੇ ਉਹ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ 15 ਸਾਲ ਪਹਿਲਾਂ ਦੀ ਗੱਲ ਹੈ ਤੁਸੀਂ ਇੱਕ ਕਿਤਾਬ ਉਹ ਲੈ ਕੇ ਆਏ ਸੀ ਆਲੋ ਅੰਧਾਰੀ ਉਹ ਬੁੱਕ ਜਦੋਂ ਮੈਂ ਪੜ੍ਹ ਰਹੀ ਸੀ ਨਾ ਮੇਰੇ ਸਾਹਮਣੇ ਸਾਹਮਣੇ ਪੂਰੀ ਇਮੇਜ ਜਿਵੇਂ ਚੱਲ ਰਹੀ ਹੁੰਦੀ ਹੈ ਨਾ ਕੋਈ ਫਿਲਮ ਚੱਲ ਰਹੀ ਹੁੰਦੀ ਐਵੇਂ ਸਾਰਾ ਚੱਲਦਾ ਸੀ ਔਰ ਉਹ ਬੁੱਕ ਮੇਰਾ ਛੱਡਣ ਨੂੰ ਜੀ ਨਹੀਂ ਸੀ ਕਰਦਾ ਤੇ ਇਹ ਹੁੰਦਾ ਸੀ ਕਿ ਫਟਾਫਟ ਮੈਂ ਇਹਨੂੰ ਕੰਪਲੀਟ ਕਰਦਾ ਛੱਡਾਂ ਨਾ ਪਰ ਛੱਡਣੀ ਪੈਂਦੀ ਹੈ ਵਿੱਚ ਰੱਖਣੀ ਵੀ ਪੈਂਦੀ ਹੈ ਕੰਮ ਕਰਨਾ ਹੁੰਦਾ ਹੈ ਨਾ ਤੇ ਜਦੋਂ ਮੈਨੂੰ ਟਾਈਮ ਲੱਗਦਾ ਸੀ ਮੈਂ ਉਹ ਬੁੱਕ ਚੱਕ ਕੇ ਪਹਿਲਾਂ ਕੰਪਲੀਟ ਕਰਕੇ ਫਿਰ ਮੈਨੂੰ ਇਹਨਾਂ ਦੂਜੀ ਬੁੱਕ ਚੱਕਾ ਤੇ ਉਹ ਪੜਾਂ। ਹੂੰ। ਉੱਥੋਂ ਸ਼ੁਰੂ ਕੀਤਾ ਸੀ ਉਹ ਮੈਨੂੰ ਬਹੁਤ ਵਧੀਆ ਲੱਗੀ ਸੀ ਕਿਤਾਬ। ਉਹ ਮੈਂ ਵਰਲਡ ਬੁੱਕ ਫੇਅਰ ਤੇ ਗਿਆ ਸੀ ਦਿੱਲੀ। ਉੱਥੋਂ ਲਈ ਸੀ ਆਲੋ ਅੰਧਾਰੀ ਬਾਇਓਗ੍ਰਾਫੀਕਲ ਕਿਤਾਬ ਹੈ, ਆਟੋ ਬਾਇਓਗ੍ਰਾਫੀਕਲ ਕਿਤਾਬ ਹੈ। ਉਹ ਬਹੁਤ ਸੋਹਣਾ ਕੁੜੀ ਨੇ ਲਿਖਿਆ ਘਰਾਂ ਚੋਂ ਕੰਮ ਕਰਦੀ ਸੀ, ਪੋਚੇ ਲਾਉਂਦੀ ਸੀ। ਉੱਥੋਂ ਉਹ ਰਾਈਟਰ ਬਣਨ ਤੱਕ ਦਾ ਉਹਦਾ ਸਫ਼ਰ ਹੈ। ਬਹੁਤ ਮਾੜੀ ਜ਼ਿੰਦਗੀ ਚੋਂ ਨਿਕਲ ਕੇ ਉੱਥੇ ਆਉਂਦਾ। ਤੇ ਬੜੀ ਕਮਾਲ ਦੀ ਉਹ ਇਹਨਾਂ ਦੀ ਪਹਿਲੀ ਕਿਤਾਬ ਸੀ ਜਿਹੜੀ ਇਹਨਾਂ ਨੇ ਐਨ ਇੱਕ ਸਾਈਡ ਤੋਂ ਸ਼ੁਰੂ ਕਰਕੇ ਐਂਡ ਤੱਕ ਐਨ ਕਮਾਲ ਦੇ ਤਰੀਕੇ ਨਾਲ ਪੜ੍ਹੀ। ਬਈ ਪੈਕਿਸਟਾਨੋਂ ਨੇ ਮੈਂ ਲਾ ਲੈਂਦਾ ਸੀ ਹੁਣ ਨਹੀਂ। ਤੁਸੀਂ ਕਿੰਨੇ ਭੈਣ ਭਰਾ ਹੋ? ਅਸੀਂ ਤਿੰਨ। ਕਿੰਨੇ ਬ੍ਰਦਰ ਕਿੰਨੀ ਸਿਸਟਰ? ਦੋਨੋਂ ਬ੍ਰਦਰ ਛੋਟੇ ਹਨ। ਵਿਆਹ ਤੇ? ਹਾਂਜੀ। ਬੱਚੇ ਪਰੌਣਾ ਕਿਹੋ ਜਿਹਾ ਸੀ ਜਦੋਂ ਬਰੌਣਾ ਗਿਆ ਸੀ ਵਿਆਹ 'ਚ ਬਣ ਕੇ? ਗੁਰਸੇਈਤ। ਇੱਕ ਪਰਾਨਾ ਹੁੰਦਾ ਨਾ ਇਹ ਆ ਗਿਆ ਪਰਾਨਾ ਜਵਾਈ ਜਵਾਈ ਵਾਲੀ ਕੋਈ ਗੱਲ ਨਹੀਂ ਐਵੇਂ ਹੈਨਾ ਜਿਵੇਂ ਘਰ ਚ ਸਾਰੇ ਜਿਵੇਂ ਮੇਰੇ ਭਰਾ ਹੈਗੇ ਉਵੇਂ ਹੀ ਇਹ ਰਹਿੰਦੇ ਆ ਘਰ ਚ ਹੂੰ ਐਵੇਂ ਕਦੀ ਇਹੋ ਜਿਹੀ ਗੱਲਾਂ ਸੋਚਿਆ ਹੀ ਨਹੀਂ ਹੂੰ ਕਿ ਜਵਾਈ ਹੈ ਕੁਛ ਹੈ ਨਾ ਐਵੇਂ ਕੁਛ ਨਹੀਂ ਹੈ ਜਿਵੇਂ ਮੰਮੀ ਹੋਰਾਂ ਦੇ ਦੋ ਬੇਟੇ ਉਹ ਆ ਤੀਜਾ ਬੇਟਾ ਇਹ ਹੈ ਤਿੰਨੋ ਬੇਟੇ ਮਤਲਬ ਆ ਵੀਲ ਐਵ ਕੁਛ ਵੀ ਸੋਚਿਆ ਵੀ ਜਵਾਈ ਹੈ ਐੋ ਜਿਹਾ ਕੁਛ ਨਹੀਂ ਹੈ ਇਹ ਗੱਲਾਂ ਮੈਨੂੰ ਤਾਂ ਹੀ ਕਰ ਰਹੇ ਆ ਅੱਜ ਜਿਹੜੇ ਗੁਰਪ੍ਰੀਤ ਨੂੰ ਬਾਈ ਚੰਗੇ ਸਮਝਦਾ ਅੱਜ ਆਈ ਲੈ ਦੇ ਦੌਰ ਦੇ ਵਿੱਚ ਕਹਿੰਦੀ ਸੌਦੇ ਕਰ ਰਹੇ ਆ ਇਹ ਗੱਲਾਂ ਸੀ ਤਾਂ ਕਰ ਰਹੇ ਵੀ ਹਾਂ ਪਰੌਣੇ ਐਂ ਦੇ ਵੀ ਹੁੰਦੇ ਨੇ ਹਾਂਜੀ ਉਹ ਇਹ ਫਿਰ ਉਹ ਗੱਲਾਂ ਨੂੰ ਮਾਲ ਵਿੱਚ ਆਉਂਦੇ ਆ ਹੀ ਨਹੀਂ ਨਾ ਸਾਨੂੰ ਐਂ ਸੀ ਵੱਧ ਤੋਂ ਵੱਧ ਕੋਈ ਇਹੋ ਜਿਹਾ ਇਨਸਾਨ ਹੁੰਦਾ ਵੀ ਆਪ ਕੋ ਉੱਥੇ ਬੈਠਿਆ ਆਂਦੀ ਪਰੌਣਾ ਆਇਆ ਜੀ ਉਹਦੀ ਸੇਵਾ ਕਰੋਗੇ ਉਹ ਗੱਲ ਅੱਡ ਹੁੰਦੀ ਹੈ ਨਾ ਉਹ ਜਿਹਾ ਕੋਈ ਮਾਹੌਲ ਨਹੀਂ ਦੇਖਿਆ ਇਹ ਹਮ ਸਫਰ ਪਰੌਣਾ ਮੋਟ ਵੀ ਇਹ ਹੈ ਵੀ ਹਾਂ ਬਿਆ ਐਂ ਵੀ ਕਰਾਇਆ ਜਾ ਸਕਦੇ ਨੇ ਇਹ ਰਿਸ਼ਤੇ ਐਂ ਵੀ ਨਿਵਾਜ ਜਾ ਸਕਦੇ ਨੇ ਪਰ ਉਹਨਾ ਐਂ ਵੀ ਬਣ ਕੇ ਜਾ ਸਕਦਾ ਹੈ ਹੂੰ ਤੇ ਉੱਥੇ ਹੀ ਰਹਿੰਦੀ ਜਿਹੜੀ ਨੂਰ ਰਾਣੀ ਹੈ ਉਹ ਵੀ ਰਿਸ਼ਤੇ ਇੰਜ ਕਰ ਸਕਦੀ ਹੈ ਇਹ ਇਹਦਾ ਮੂਟ ਵੀ ਇਹ ਹੈ ਪ੍ਰੋਗਰਾਮ ਦਾ ਕੋਸ਼ਿਸ਼ ਇਹ ਸੀ ਮੇਰੀ ਜਿਵੇਂ ਵਿਆਹ ਬ੍ਰਦਰ ਇਨ ਲਾਜ਼ ਦੇ ਹੋਏ ਕਿ ਜਿੰਨਾ ਉਸ ਚ ਹੱਥ ਪਟਾ ਸਕਾਂ ਹਨ ਜਿਵੇਂ ਜਿੰਨੀ ਜ਼ਿੰਮੇਵਾਰੀ ਨਿਵਾ ਸਕੀ ਹੈ ਵੀ ਹਾਂ ਆਹ ਕੰਮ ਵੀ ਠੀਕ ਹੋ ਜੇ ਇਹ ਨਾ ਹੋਵੇ ਵੀ ਆਪਣੇ ਹੋਣ ਨਾਲ ਲੜਚਣ ਬਣਨ ਲੱਗੇ ਹੂੰ ਜਿਹੜੇ ਉਹ ਜੋਕ ਬਣੇ ਆ ਨਾ ਫਫੜਾਂ ਤੇ ਜਾਂ ਪਰੋਣੇ ਤੋਂ ਗਲਤ ਨਹੀਂ ਬਣੇ ਹੋਏ ਮੈਂ ਖੁਦ ਦੇਖੇ ਆ ਇਹੋ ਜਿਹੇ ਬੰਦੇ ਜਿਹੜੇ ਕਿ ਇੱਕ ਕਮਰੇ ਚ ਆ ਕੇ ਬਹਿ ਜਾਂਦੇ ਆ ਤੇ ਉਹ ਕਹਿੰਦੇ ਵੀ ਹਾਂ ਵੀ ਇੱਥੇ ਲਈ ਚੱਲੋ ਸਾਰੇ ਕੋ ਇਹ ਤਾਂ ਵਿਆਹ ਆ ਨਾ ਮਤਲਬ ਕਿਸੇ ਦੇ ਮਾਰਗ ਤੇ ਵੀ ਜਾ ਕੇ ਉਹ ਇੱਕ ਕਮਰੇ ਚ ਬਹਿ ਜਾਂਦੇ ਆ ਤੇ ਉਹ ਕਹਿੰਦੇ ਵੀ ਹਾਂ ਵੀ ਇੱਥੇ ਆਪ ਚੀਜ਼ ਨਹੀਂ ਪਹੁੰਚੀ ਕਮਾਲ ਹੈ ਤੁਹਾਡੇ ਘਰੇ ਐ ਚਲੀ ਜਾਂਦਾ ਮੈਂ ਇਹ ਬੰਦੇ ਦੇਖੇ ਆ ਹੂੰ ਹੈਗੇ ਨੇ ਪਰ ਮੈਂ ਇਹੋ ਜਿਹੇ ਬੰਦੇ ਨਾਲ ਬਹੁਤ ਘੱਟ ਮਿਲੇ ਆ ਹੂੰ ਇਸ ਕਰਕੇ ਉਹ ਮੈਨੂੰ ਜ਼ਿਆਦਾ ਇਸ ਵਾਰ ਜਿਵੇਂ ਸ਼ਾਇਦ ਤੇ ਰਹੇ ਹੋ ਨਾ ਸਾਡੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਖੜਕੜਾੜਕਾ ਹੁੰਦੇ ਇੱਕ ਹੋਰ ਵੀ ਗੱਲ ਹੈ ਜਿਵੇਂ ਇਹਨਾਂ ਨੇ ਕਿਹਾ ਮੈਂ ਦੇਖੇ ਨਹੀਂ ਅਸਲ ਚ ਉਹ ਦੇਖਣੇ ਆਏ ਨਹੀਂ ਇਹਨਾਂ ਨੂੰ ਯਾਨੀ ਕਿ ਤੁਹਾਡੀ ਅੱਖ ਹੈ ਜਿਹੜੀ ਖੂਬਸੂਰਤੀ ਦੇਖਦੀ ਹੈ ਜਾਂ ਮਾੜਾ ਦੇਖਦੀ ਹੈ ਹੂੰ ਕਈ ਵਾਰੀ ਬੰਦੇ ਦੀ ਅੱਖ ਇੰਨਾ ਖੂਬਸੂਰਤ ਦੇਖਦੀ ਹੈ ਕਿ ਉਹਨੂੰ ਮਾੜਾ ਦੀ ਤਾਂ ਨਹੀਂ ਜਿਵੇਂ ਅਸੀਂ ਗੱਲ ਕਰਨ ਲੱਗ ਜਾਨੇ ਨਾ ਕਈ ਵਾਰੀ ਮੈਂ ਗੁੱਸੇ 'ਚ ਉਲਟਾ ਕਹਿ ਜਾਂਦਾ ਜਾਂ ਬੇਟਾ ਵੀ ਕਹਿ ਜਾਂਦਾ ਨਾ ਵੀ ਆਹ ਫਲਾਨਾ ਬੰਦਾ ਐਵੇਂ ਆ ਇਹ ਕਹਾਂਗੇ ਨਹੀਂ ਨਹੀਂ ਕੁਛ ਨਹੀਂ ਹੁੰਦਾ ਐ ਨਾ ਬੋਲੋ ਹੈਨਾ ਕੁਛ ਨਹੀਂ ਹੁੰਦਾ ਛੱਡ ਦਿਓ ਇਹਦੇ ਦਿਲ 'ਚ ਇੰਨੀ ਕਿ ਮੁਹੱਬਤ ਹੈ ਕਿ ਕਿਸੇ ਮਾੜੇ ਬੰਦੇ ਨੂੰ ਵੀ ਮਾੜਾ ਕਹਿਣ ਤੋਂ ਮਤਲਬ ਰੋਕ ਕੇ ਦਿੰਦੀ ਆ ਬਹੁਤ ਵਾਰ ਕਿ ਨਹੀਂ ਕੋਈ ਗੱਲ ਨਹੀਂ ਉਹ ਵੀ ਅਲੱਗ ਹੈ ਬਸ ਛੱਡ ਦਿਓ ਹੈਨਾ ਮੈਂ ਫਿਲਾਸਫਿਕਲੀ ਤਾਂ ਬਹੁਤ ਵਾਰ ਬੋਲ ਜਨਾ ਇਹ ਗੱਲਾਂ ਵੀ ਦੂਜਾ ਪਾਸਾ ਹੁੰਦਾ ਪੁੱਠਾ ਪਾਸਾ ਨਹੀਂ ਹੁੰਦਾ ਜਸਵੰਤ ਜ਼ਫਰ ਉਹਨਾਂ ਦੀ ਕਵਿਤਾ ਨਾ ਕਿ ਦੂਜਾ ਪਾਸਾ ਹੁੰਦਾ ਪੁੱਠਾ ਪਾਸਾ ਨਹੀਂ ਹੁੰਦਾ ਧਰਤੀ ਦੇ ਇਧਰਲੇ ਖੜੇ ਆ ਪਾਸੇ ਮੈਨੂੰ ਪਤਾ ਲੱਗਿਆ ਮੈਂ ਸੋਚਦਾ ਸੀ ਕਿ ਦੂਜੀ ਪਾਸੇ ਦੇ ਲੋਕ ਪੁੱਠੇ ਖੜੇ ਆ ਤੇ ਉਧਰਲੇ ਪਾਸੇ ਜਾ ਕੇ ਦੇਖਿਆ ਤਾਂ ਸਭ ਠੀਕ ਸੀ ਕਹਿੰਦਾ ਅਸਲ ਚ ਦੂਜਾ ਪਾਸਾ ਹੁੰਦਾ ਪੁੱਠਾ ਪਾਸਾ ਨਹੀਂ ਹੁੰਦਾ ਹੂੰ ਇਹ ਗੱਲ ਕਹਿਣ ਚ ਤਾਂ ਬਹੁਤ ਸੌਖੀ ਹੈ ਪਰ ਜਦੋਂ ਸਾਡੇ ਅਸੀਂ ਕਿਸੇ ਗਲਤ ਬੰਦੇ ਨੂੰ ਫੇਸ ਕਰਦੇ ਆ ਅਸੀਂ ਉਦੋਂ ਫਿਰ ਆਪਦੇ ਜਿਹੜਾ ਸਧਾਰਨ ਮਨੁੱਖਤ ਬੜਾ ਫੀਲ ਆ ਉਸ ਤੇ ਆ ਜਾਂਦੇ ਆ ਅਸੀਂ ਅਗਲੇ ਨੂੰ ਗਾਲਾਂ ਵੀ ਕੱਢਦੇ ਆ ਉੱਠਾ ਵੀ ਬੋਲਦੇ ਆ ਵੀ ਇਹ ਘਟਿਆ ਬੰਦਾ ਹੈ ਹਨ ਅਸੀਂ ਉਦੋਂ ਨਹੀਂ ਕਹਿੰਦੇ ਇਹ ਗੱਲ ਵੀ ਨਹੀਂ ਉਹ ਵੀ ਅਲੱਗ ਤਰ੍ਹਾਂ ਦਾ ਬੰਦਾ ਹੈ ਇਹ ਕਾਫੀ ਹੱਦ ਤੱਕ ਉਸ ਤਰ੍ਹਾਂ ਦਾ ਇਨਸਾਨ ਹੈ ਗਜ਼ਲ ਵੀ ਕੇ ਇੱਕ ਐਂ ਦੀ ਵੀ ਨਹੀਂ ਕੁਝ ਨਹੀਂ ਹੁੰਦਾ ਇੰਨਾ ਇਦਾਂ ਨਹੀਂ ਬੋਲੀਦਾ ਕਿਸੇ ਨੂੰ ਨਹੀਂ ਐ ਬੋਲੀਦਾ ਮਾੜਾ ਨਾ ਕਿਸੇ ਨੂੰ ਵੀ ਬੋਲੋ ਕੁਝ ਨਾ ਕਰੋ ਕੋਈ ਗੱਲ ਨਹੀਂ ਆਪੇ ਹੋ ਜਾਊਗਾ ਸ਼ੀ ਇਜ਼ ਵੈਰੀ ਬੈਲੈਂਸਡ ਉਸ ਗੱਲ ਨੂੰ ਲੈ ਕੇ ਬਹੁਤ ਸ਼ਾਂਤਤਾ ਐਕਚੁਅਲੀ ਸਾਡੇ ਟਾਈਮਸ ਨਾ ਜਿਵੇਂ ਉਸ ਟਾਈਮ ਸੀਗਾ ਉਹਦੇ ਵਿੱਚ ਜਿਹੜੇ ਮੂਵੀਜ਼ ਵੀ ਆਉਂਦੀਆਂ ਸੀ ਨਾ ਉਹਦੇ ਵਿੱਚ ਵੀ ਆਪਾਂ ਕੁਝ ਨਾ ਕੁਝ ਚੰਗਾ ਸਿੱਖਦੇ ਸੀ ਜਦੋਂ ਦੇਖਦੇ ਸੀ ਵੀ ਹਾਂ ਇਹ ਕੈਰੇਕਟਰ ਕਿੰਨਾ ਵਧੀਆ ਕੰਮ ਕਰ ਰਿਹਾ ਹੈ ਨਾ ਕਿ ਸਾਨੂੰ ਕੁਝ ਸਿਖਾ ਰਿਹਾ ਹੈ ਮੋਰਲ ਸੀਗਾ ਉਹ ਮੋਰਲਸ ਉਹ ਸਾਡੇ ਤੇ ਬਹੁਤ ਅਸਰ ਪਾਉਂਦੀਆਂ ਸੀ ਆਪਾਂ ਫਿਰ ਸਾਨੂੰ ਮਤਲਬ ਐਵੇਂ ਲੱਗਦਾ ਸੀਗਾ ਵੀ ਇੱਕ ਚੰਗੇ ਇਨਸਾਨ ਬਣੀਏ ਕੋਈ ਕਿਸੇ ਨਾਲ ਕੁਝ ਬੁਰਾ ਨਾ ਕਰੀਏ ਕਿਸੇ ਨੂੰ ਹਰਟ ਨਾ ਕਰੀਏ ਕਿਸ ਨੇ ਕੋਈ ਐਓਜੀ ਗੱਲ ਨਾ ਕਹੀਏ ਜਿਹੜੀ ਉਹਨੂੰ ਐਨੀ ਪਿੰਚ ਕਰ ਜੇ ਵੀ ਅਗਲਾ ਫਿਰ ਮੁੜ ਕੇ ਗੱਲ ਹੀ ਨਾ ਕਰੇ ਜੀ ਹਾਂ ਵੀ ਥੋੜਾ ਬੈਲੈਂਸਡ ਸ਼ੁਰੂ ਤੋਂ ਮੈਂ ਆਈ ਹਾਂ ਮਤਲਬ ਥੋੜੀ ਬੈਲੈਂਸਡ ਨਹੀਂ ਰਹੀ ਮੈਨੂੰ ਇਹ ਹੀ ਹੁੰਦਾ ਸੀ ਵੀ ਕਿਸੇ ਨੂੰ ਕੋਈ ਹਾਰਟ ਕਰਨ ਵਾਲੀ ਗੱਲ ਨਾ ਕਹਾਂ ਗੁਰਪ੍ਰੀਤ ਜਦੋਂ ਚਿੱਤਰਦਾ ਹਾਂ ਜਦੋਂ ਰੰਗਾਂ ਨਾਲ ਖੇਡਦਾ ਹਾਂ ਬਹੁਤ ਸਾਰੀਆਂ ਪੇਂਟਿੰਗ ਜਿਹਦੇ ਪੰਗੇ ਖੜੇ ਕਰਦੀਆਂ ਨੇ ਹਾਂਜੀ ਠੀਕ ਹੈ ਹਾਂਜੀ ਜਦੋਂ ਇਹ ਅੰਦੋਲਨਾਂ ਦੀ ਗੱਲ ਕਰਦਾ ਹੈ ਜਦੋਂ ਲੋਕ ਹਿੱਤਾਂ ਦੀ ਗੱਲ ਕਰਦਾ ਹੈ ਹਾਂਜੀ ਜਦੋਂ ਲੋਕ ਸੰਘਰਸ਼ਾਂ ਦੀ ਗੱਲ ਕਰਦਾ ਹੈ ਹਾਂਜੀ ਸੁਭਾਗ ਜੀ ਗੱਲ ਲੈ ਕੇ ਪਰਿਵਾਰ ਤੋ ਤਨਾਅ ਵੀ ਆਉਂਦਾ ਵੀ ਆ ਕੀ ਹੋ ਗਿਆ ਅਸੀਂ ਰੀਜਾਂ ਨਾਲ ਟਵਿੱਟਰ ਬਣਾਉਨੇ ਆ ਹਾਂਜੀ ਬੈਨ ਹੁੰਦੇ ਨੇ ਅਸੀਂ ਰੀਜਾਂ ਨਾਲ ਸੋਸ਼ਲ ਮੀਡੀਆ ਤੇ ਆਉਨੇ ਵੀ ਯਾਰ ਮੈਂ ਕੰਮ ਕੀਤਾ ਕਰਾਇਆ ਜਦੋਂ ਖੇਚ ਪੈਂਦਾ ਤਖਲੀਫ ਤਾਂ ਹੁੰਦੀ ਹੈ ਇੱਕ ਵਾਰੀ ਹਾਂਜੀ ਉਦੋਂ ਤੁਹਾਡਾ ਕੀ ਰੈਕਸ਼ਨ ਹੁੰਦਾ ਹੈ ਕੀ ਸੋਚਦੇ ਹੋ ਵੀ ਇਹ ਇਹ ਸਹੀ ਹੈ ਜਾਂ ਗਲਤ ਹੈ ਜਾਂ ਕਿਵੇਂ ਸੋਚਦੇ ਹੋ ਡਰ ਤਾਂ ਕਈ ਵਾਰ ਹੀ ਲੱਗਦਾ ਹੈ ਨਾ ਪਰ ਜੋ ਇਹ ਕਰਨਾ ਚਾਹੁੰਦੇ ਆ ਮੈਨਾਂ ਨੂੰ ਰੋਕਣਾ ਨਹੀਂ ਚਾਹੁੰਦੀ ਉਸ ਚੀਜ਼ ਦਾ ਤੋਂ ਲੱਗਦਾ ਕੋਈ ਪੇਂਟਿੰਗ ਦਾ ਖਤਰਾ ਹੁੰਦੀ ਹੈ ਨਹੀਂ ਖਤਰਾ ਨਹੀਂ ਜਿਵੇਂ ਹੁਣ ਪੋਲਿਟਿਕਸ ਹੀ ਲਾ ਲਓ ਹੈ ਨਾ ਕਈ ਲੋਕ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਤੁਹਾਨੂੰ ਟਾਰਚਰ ਵੀ ਕਰਦੇ ਆ ਪਰ ਕਈ ਵਾਰੀ ਮੈਨੂੰ ਡਰ ਵੀ ਲੱਗਦਾ ਸੋਚ ਕੇ ਕਿਸੇ ਬਾਰੇ ਬੋਲ ਰਹੇ ਆ ਜਾਂ ਕੁਝ ਕਰ ਰਹੇ ਆ ਹੈ ਨਾ ਵੀ ਉਹਦਾ ਪੂਰੀ ਫੈਮਿਲੀ ਤੇ ਅਸਰ ਵੀ ਪਊਗਾ ਪਰ ਫਿਰ ਮੈਂ ਸੋਚਦੀ ਆ ਜੇ ਉਹ ਬੋਲਣਾ ਚਾਹੁੰਦੇ ਆ ਵੀ ਉਹ ਕਰਨਾ ਚਾਹੁੰਦੇ ਆ ਉਹਨੂੰ ਦਬਾਉਣਾ ਨਹੀਂ ਚਾਹੀਦਾ ਜੋ ਕਹਿ ਰਿਹਾ ਉਹਨੂੰ ਉਹਨਾਂ ਨੂੰ ਕਹਿਣ ਦਿਓ ਕਿਉਂਕਿ ਜੋ ਕਰਦੇ ਆ ਸਹੀ ਕਰਦੇ ਆ ਹੂੰ ਐਨਾ ਮੈਨੂੰ ਪਤਾ ਚਲੋ ਬੋਲਣ ਨਾਲ ਕਿਸੇ ਲਈ ਖਤਰਾ ਖੜਾ ਕਰ ਸਕਦਾ ਬੋਲਣ ਨਾਲ ਕਾਨੂੰ ਉਹਨਾਂ ਨੂੰ ਹੋ ਸਕਦਾ ਵੀ ਗੁਰਪ੍ਰੀਤ ਕਾਨੂੰ ਬਠਿੰਡ ਹਲਕੇ ਤੋਂ ਲੋਕ ਸਭਾ ਚੋਂ ਲੜਦਾ ਹੋਵੇ ਭਾਈ ਕਾਨੂੰ ਐਮਐਲਏ ਦੀ ਇੱਛਾ ਹੋਵੇ ਇਹਦੀ ਹੋ ਸਕਦਾ ਲੀਡਰ ਇਹ ਲੱਗਦਾ ਹੋਵੇ ਗੁਰਪ੍ਰੀਤ ਕਾਨੂੰ ਪੋਲਿਟਿਕਸ ਕਿ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਹਮਸਫਰ ਗਜ਼ਲੇ ਸੋਚਦੀ ਏ ਕਿ ਪੇਂਟਿੰਗਸ ਤੋਂ ਕੋਈ ਸੱਤਾ ਨੂੰ ਇਹਨਾਂ ਕੁਰਸੀ ਨੂੰ ਬਿਲਕੁਲ ਹਿਲਾ ਸਕਦਾ ਹੈਂ ਹਿਲਾ ਸਕਦੀ ਹੈ ਹਿਲਾ ਸਕਦੀ ਹੈ ਤੁਹਾਨੂੰ ਲੱਗਦਾ ਖਤਰਾ ਹੋ ਜਾਦਾ ਦੇਖ ਲੋ ਜਿਹੜਾ ਗਏ ਹੁੰਦੇ ਨੇ ਵੀ ਹਾਂ ਉਹ ਪੇਂਟਿੰਗ ਦੇਖ ਕੇ ਲੋਕਾਂ ਤੁਸੀਂ ਲੋਕਾਂ ਨੂੰ ਦੇਖੂਗਾ ਨਾ ਸਿਰਫ ਮੈਨੂੰ ਨਹੀਂ ਮੈਂ ਵੀ ਦੇਖਦੀ ਜਦੋਂ ਦੇਖ ਕੇ ਪਤਾ ਲੱਗਦਾ ਵੀ ਹਾਂ ਆਪਾਂ ਕੀ ਸੋਚਦੇ ਪਹਿਲਾਂ ਕੋਈ ਪੇਂਟਿੰਗ ਸਾਹਮਣੇ ਆਵਲ ਹਣਾ ਵੀ ਉਹਨੂੰ ਦੇਖਿਆ ਉਹਦੇ ਵਿੱਚ ਕੋਈ ਹੁਣ ਜਿਵੇਂ ਕੋਈ ਜਾਂ ਕੋਈ ਪੇਂਟਿੰਗਸ ਪਈਆਂ ਹੁਣ ਮੈਂ ਤੁਹਾਨੂੰ ਦਿਖਾਵਾ ਉਹ ਚੋ ਦੇਖ ਕੇ ਲੋਕ ਜਿਵੇਂ ਗੱਲਾਂ ਕਰਦੇ ਹਨਾ ਹੁਣ ਕਈ ਵਾਰੀ ਕੋਈ ਆਂਟੀ ਮਿਲਦੇ ਹਨਾ ਵੀ ਅਸੀਂ ਕਿਸੇ ਫੰਕਸ਼ਨ ਤੇ ਜਾਂਦੇ ਹਾਂ ਉਹ ਕਈ ਵਾਰੀ ਇਹਨਾਂ ਨੂੰ ਐਦਾਂ ਮਤਲਬ ਆ ਕੇ ਮਿਲਦੇ ਆ ਜੱਫੀ ਪਾ ਕੇ ਜਿਵੇਂ ਇਹਨਾਂ ਨੂੰ ਪਤਾ ਨਹੀਂ ਕਈ ਸਾਲਾਂ ਤੋਂ ਜਾਣਦੇ ਹੋਣ ਜੀ 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 ਤਾਂ ਆਪਣਾ ਪੰਜਾ ਮਤਲਬ ਕਾਫੀ ਆ ਜਾਂਦਾ ਉਸ ਹਨ ਜਿਵੇਂ ਤੁਹਾਨੂੰ ਇੱਕ ਆਂਟੀ ਮਿਲੇ ਸੀ ਗੁਰਦੁਆਰਾ ਉੱਥੇ ਐਗਜ਼ੀਬੀਸ਼ਨ ਚ ਅਸਲ ਚ ਇਹ ਹੈ ਕਿ ਸ਼ਾਇਦ ਦੋਨੋਂ ਹੀ ਗੱਲਾਂ ਇਹਨਾਂ ਦੇ ਜ਼ੈਨ ਦੀਆਂ ਹਾਂ ਜੀ ਸ਼ਾਇਦ ਦੰਦੇ ਦਾ ਬੋਲ ਨਾ ਕਈ ਵਾਰੀ ਇਹਨਾਂ 'ਤੇ ਅਸਰ ਲਿਖਦਾ ਜਿੰਨਾ ਪੇਂਟਿੰਗਸ ਕਰ ਦਿੰਦੀਆਂ ਹੂੰ ਕਈ ਵਾਰੀ ਆਪਾਂ ਜੋ ਕਹਿਣਾ ਚਾਹੁੰਦੇ ਹੁੰਨੇ ਉਹ ਕਹਿ ਨਹੀਂ ਸਕਦੇ ਪਰ ਪੇਂਟਿੰਗਸ ਨੂੰ ਆਪਾਂ ਉਹ ਦੇਖ ਲੈਂਦੇ ਆ ਹੂੰ ਹਾਂਜੀ ਬੀ ਜੀ ਵਿਜ਼ੂਅਲ ਨਾ ਵਿਜ਼ੂਅਲ ਆਰਟ ਦੀ ਅਸਲ ਚ ਦੋ ਤਿੰਨ ਵਾਰੀ ਇਹ ਇਸ ਗੱਲ ਦੇ ਗਵਾਹ ਬਣੇ ਇੱਕ ਤਾਂ ਜਿਵੇਂ ਪੇਂਟਿੰਗਸ ਦੇਖ ਕੇ ਇੱਕ ਔਰਤ ਰੋਣ ਲੱਗ ਗਈ ਤੇ ਆ ਕੇ ਜਫੀ ਪਾ ਲਈ ਉਹਨੇ ਹਨਾ ਤੇ ਬਜ਼ੁਰਗ ਸੀ ਉਹ ਤੇ ਉਹ ਕਹਿੰਦੇ ਵੀ ਅਸੀਸਾਂ ਹੀ ਦੇ ਹੀ ਗਏ ਹਨਾ ਇੱਕ ਵਾਰੀ ਇਹ ਬੈਠੇ ਸੀ ਨਾਲ ਮੇਰੇ ਤੇ ਕਿਸੇ ਵੱਡੀ ਪਾਰਟੀ ਦੇ ਇੱਕ ਵੱਡੇ ਲੀਡਰ ਨੂੰ ਜਿਹੜਾ ਕਿ ਐਮਐਲਏ ਦੇ ਇਲੈਕਸ਼ਨ ਪਿਛਲੇ ਵਾਰੀ ਵੀ ਲੜਿਆ ਤੇ ਉਹ ਉਸ ਵੱਡੀ ਪਾਰਟੀ ਦੇ ਪ੍ਰਮੁੱਖ ਨਾਲ ਬੈਠਾ ਹੋਇਆ ਮੈਨੂੰ ਕਾਲ ਕੀਤੀ ਉਹਨੇ ਤੇ ਮੇਰੀ ਬਹੁਤ ਵਾਰੀ ਆਦਤ ਹੈ ਮੈਂ ਕੰਮ ਕਰਦਾ ਸਪੀਕਰ ਤੇ ਲਾ ਦਿੰਦਾ ਫੋਨ ਉਹ ਦਿਨ ਸਪੀਕਰ ਤੇ ਮੇਰਾ ਲੱਗ ਗਿਆ ਤੇ ਉਹ ਮੈਨੂੰ ਅੱਗੇ ਬਹੁਤ ਧਮਕੀ ਭਰੇ ਲਹਿਜ਼ੇ ਨਾਲ ਉਹਨੇ ਬਹੁਤ ਕੁਝ ਬੋਲ ਲਿਆ ਤੇ ਮਤਲਬ ਉਹਨੇ ਕਿਹਾ ਵੀ ਇਹ ਹਟਾ ਦੇ ਕਾਰਟੂਨ ਬਣਾਇਆ ਤੂੰ ਵੀ ਸਾਡੇ ਤੇ ਤੂੰ ਐ ਪਰਿਵਾਰ ਐ ਇਸ ਤੇ ਤੂੰ ਪਰਿਵਾਰ ਤੇ ਅਟੈਕ ਕਰ ਰਿਆ ਮੈਂ ਉਹਨੂੰ ਕਿਹਾ ਵੀ ਨਹੀਂ ਤੁਸੀਂ ਮੈਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਉਹ ਕਹਿੰਦਾ ਮੈਂ ਤੈਨੂੰ ਬਹੁਤ ਦੇਰ ਤੋਂ ਸੀ ਚੰਗੀ ਤਰ੍ਹਾਂ ਜਾਣਦੇ ਉਦੋਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਡਰ ਲੱਗਿਆ ਪਰ ਮੈਂ ਸਮਝਦਾ ਵੀ ਇਹਨਾਂ ਦੀ ਬਜਾਏ ਕੋਈ ਹੋਰ ਹੁੰਦਾ ਤਾਂ ਉਹਨੇ ਕਹਿਣਾ ਸੀ ਔਰਤ ਨੇ ਵੀ ਆਪਾਂ ਕੀ ਲੈਣਾ ਇਹਨਾਂ ਪੰਗਿਆਂ ਤੋਂ ਛੱਡ ਦੋ ਅੱਗੇ ਤੋਂ ਨਹੀਂ ਕਰਨਾ ਬਟ ਇੱਕ ਵਾਰੀ ਤਾਂ ਮਨੋਖ ਹੈ ਨਾ ਅਸੀਂ ਡਾਰਵੀ ਸਾਡੀ ਪਰਸਨੈਲਿਟੀ ਦਾ ਹਿੱਸਾ ਜੀ 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 ਇੱਕ ਵਾਰੀ ਤਾਂ ਥੋੜਾ ਡਰੇ ਹਾਂਜੀ ਪਰ ਫਿਰ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਦੇਖੀ ਜਾਊਗੀ ਤੇ ਹਾਂਜੀ ਤੁਸੀਂ ਸਰੀ ਕੰਮ ਕਰ ਰਹੇ ਹੋ ਫਿਰ ਹੌਲੀ ਹੌਲੀ ਡਾਰਵੀ ਘਟ ਜਾਣਾ ਤੇ ਤੁਹਾਨੂੰ ਇਹ ਪਤਾ ਹੈ ਗੁਰਪ੍ਰੀਤ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਇਸ ਗੱਲ ਨੂੰ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਹਾਂਜੀ ਬਿਲਕੁਲ ਜੇ ਅਸੀਂ ਅੱਜ ਹਮ ਸਫਰ ਨੂੰ ਇੰਟਰਵਿਊ ਕਰਨਾ ਹੈ ਇੱਕ ਵਾਰੀ ਮੈਸੇਜ ਕਰਦੇ ਗੁਰਪ੍ਰੀਤ ਮਿਠੰਡੇ ਪਹੁੰਚਣਾ ਹੈ ਬਸ ਇੰਨਾ ਬਹੁਤ ਹੈ ਸਾਡੇ ਵਰਗੇ ਲਈ ਇਹ ਪਤਾ ਹੈ ਇਸ ਗੱਲ ਦਾ ਬਿਕਲਾ ਸੀ ਹਮ ਸਫਰ ਦੀ ਇੰਟਰਵਿਊ ਕਰਨਾ ਹੈ ਜੇ ਗੁਰਪ੍ਰੀਤ ਕਿਤੇ ਮੈਸੇਜ ਕਰ ਦੇ ਜਾਂ ਤੁਸੀਂ ਮੈਸੇਜ ਕਰ ਦਿਓ ਕਿਤੇ ਹਾਂਜੀ ਵੀ ਵੀਰੇ ਆ ਦਿੱਕਤ ਆਈ ਹੋਈ ਹੈ ਤੇ ਤੁਹਾਨੂੰ ਕੱਲਾ ਸਰਲੇਖ ਨਹੀਂਗਾ ਤੁਹਾਨੂੰ ਪਤਾ ਸਾਰਾ ਮੀਡੀਆ ਗੁਰਪ੍ਰੀਤ ਦੇ ਘਰੇ ਆ ਖੜਾ ਹੋ ਹਾਂਜੀ ਇਹ ਕਮਾਈ ਹੈ ਗੁਰਪ੍ਰੀਤ ਦੀ ਹਾਂਜੀ ਬਿਲਕੁਲ ਮੈਂ ਮੈਂ ਇਹਨਾਂ ਨੂੰ ਨਾ ਇਹ ਇਹ ਵੀ ਗੱਲ ਹੈ ਕਿ ਮੈਂ ਇਹਨਾਂ ਨੂੰ ਇੱਕ ਵਾਰੀ ਤਾਂ ਇਹ ਵੀ ਕੰਡੀਸ਼ਨ ਆ ਗਈ ਸੀ ਕਿ ਮੈਂ ਇਹਨਾਂ ਨੂੰ ਇਹ ਵੀ ਦੱਸਿਆ ਕਿ ਮੈਂ ਤੈਨੂੰ ਫੋਨ ਨੰਬਰਾਂ ਦੀ ਲਿਸਟ ਦਊਂਗਾ ਜੇ ਬਾਈ ਚਾਂਸ ਮੈਨੂੰ ਚੱਕ ਲੈਣ ਜੇ ਆਪਣਾ ਕੰਪਿਊਟਰ ਸਮੇਤ ਮੈਨੂੰ ਚੱਕ ਲੈਣ ਤਾਂ ਤੂੰ ਆਹ ਬੰਦਿਆਂ ਨੂੰ ਕਾਲ ਕਰਦੀ ਠੀਕ ਹੈ ਤੇ ਇਹ ਮੈਨੂੰ ਮੈਨੂੰ ਹੈਰਾਨੀ ਹੋਈ ਉਦੋਂ ਇੰਨੇ ਏਸ ਤੇ ਬਿਲਕੁਲ ਵੀ ਡਰ ਨਹੀਂ ਦਾ ਹਰ ਕੀਤਾ ਇਹ ਗੱਲ ਸੁਣਨ ਤੋਂ ਆਦ ਕਹਿੰਦੀ ਕੋਈ ਗੱਲ ਨਹੀਂ ਹੈ ਨਾ ਆਪਾਂ ਦੇਖ ਲਾਂਗੇ ਮੈਨੂੰ ਦੱਸ ਜੋ ਹਾਂ ਵੀ ਮੈਨੂੰ ਚੰਗੀ ਤਰ੍ਹਾਂ ਸਮਝਾ ਜਾਓ ਕੀ ਕਰਨਾ ਹੈ ਮੈਂ ਕਿਹਾ ਠੀਕ ਹੈ ਤੇ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੋਇਆ ਹੈ ਨਾ ਕਿ ਵੀ ਇੰਨੇ ਇੰਨੀ ਬਰੇਵ ਬਰੇਵਲੀ ਇਹ ਗੱਲ ਸੁਣੀ ਤੇ ਇੰਨਾ ਹੀ ਬਹੁਤ ਹੁੰਦਾ ਕਿਉਂਕਿ ਨਾ ਜਿਵੇਂ ਰਵੀਸ਼ ਕੁਮਾਰ ਕਹਿੰਦਾ ਵੀ ਡਰ ਕੋਈ ਦੇਖਣ ਵਾਲੀ ਚੀਜ਼ ਨਹੀਂ ਹੁੰਦੀ ਕਿ ਆ ਡਰ ਖੜਾਗਾ ਡਰ ਦਾ ਮਾਹੌਲ ਹੁੰਦਾ ਜ਼ਰੂਰੀ ਨਹੀਂ ਕਿ ਹਰ ਵਾਰੀ ਤੁਹਾਨੂੰ ਚੱਕ ਕੇ ਜੇਲ ਸੁੱਟਿਆ ਜਾਵੇ ਜ਼ਰੂਰੀ ਨਹੀਂ ਕਿ ਹਰ ਵਾਰੀ ਗੋਲੀ ਮਾਰੀ ਜਾਵੇ ਕਿੰਨੇ ਕ ਬੰਦਿਆਂ ਨੂੰ ਗੋਲੀ ਮਾਰੀ ਜਾਊਗੀ ਸਰਕਾਰਾਂ ਖਿਲਾਫ ਬੋਲਣ ਵਾਲੇ ਤਾਂ ਹਜ਼ਾਰਾਂਗੇ ਉਹ ਹਜ਼ਾਰਾਂ ਬੰਦਿਆਂ ਨੂੰ ਤਾਂ ਨਹੀਂ ਨਾ ਮਾਰ ਸਕਦੇ ਇਸ ਲਈ ਉਹ ਸਾਰਿਆਂ ਨੂੰ ਮਾਰਦੇ ਨਹੀਂ ਸਾਰਿਆਂ ਨੂੰ ਜੇਲ੍ਹ ਚ ਵੀ ਨਹੀਂ ਸੁੱਟ ਸਕਦੇ ਉਹ ਫਿਰ ਡਰ ਦਾ ਇੱਕ ਮਾਹੌਲ ਕ੍ਰੀਏਟ ਕਰਦੇ ਆ ਉਹ ਰਵੀਸ਼ ਕੁਮਾਰ ਐਡਾ ਵੱਡਾ ਨਾਮ ਐ ਬੋਲਣ ਵਾਲਾ ਉਹਨੂੰ ਚੱਕ ਕੇ ਜੇਲ੍ਹ ਚ ਤਾਂ ਨਹੀਂ ਸੁਟਿਆ ਨਾ ਨਾ ਉਹਦੇ ਤੇ ਕੋਈ ਈਡੀ ਭੇਜੀ ਪਰ ਇੰਨਾ ਕਿ ਡਰ ਦਾ ਮਾਹੌਲ ਕ੍ਰੀਏਟ ਕਰ ਦੋ ਕਿ ਅਗਲਾ ਚੁੱਪ ਕਰ ਜੇ ਹੈਨਾ ਡਰ ਦਾ ਮਾਹੌਲ ਹੁੰਦਾ ਉਹ ਸਾਡੇ ਲਈ ਵੀ ਕ੍ਰੀਏਟ ਕੀਤਾ ਗਿਆ ਜਿਹੜਾ ਵੀ ਬੋਲੂਗਾ ਬੰਦਾ ਹਰੇਕ ਲਈ ਕ੍ਰੀਏਟ ਕੀਤਾ ਜਾਂਦਾ ਪਰ ਮੈਨੂੰ ਇਹ ਖੁਸ਼ੀ ਹੋਈ ਜਾਂ ਇਹ ਭਰੋਸਾ ਹੋਇਆ ਕਿ ਮੇਰੀ ਹਮਸਫਰ ਹੈ ਜਿਹੜੀ ਉਹ ਡਰੀ ਨਹੀਂ ਮੈਨੂੰ ਕਿਤੇ ਨਾ ਕਿਤੇ ਮੰਚ ਸੀਗਾ ਕਿ ਤਨਾ ਕਿਤੇ ਖਦਸ਼ਾ ਕੇ ਕਿਤੇ ਐ ਨਾ ਹੋ ਜੇ ਵੀ ਕਿਉਂਕਿ ਬਹੁਤ ਕੋਮਲ ਦਿਲ ਦੇ ਐ ਤਾਂ ਇਸ ਨੂੰ ਲੈ ਕੇ ਡਰ ਨਾ ਜਾਣ ਪਰ ਫਿਰ ਮੈਨੂੰ ਪਤਾ ਲੱਗਾ ਵੀ ਕੋਮਲ ਦਿਲ ਦੇ ਤਾਂ ਹੈਗੇ ਆ ਪਰ ਡਰਾਉ ਡਰਪੋਕ ਦਿਲ ਦੇ ਨਹੀਂ ਹੈਗੇ ਕੋਮਲ ਹੋਣਾ ਤੇ ਡਰਪੋਕ ਹੋਣਾ ਦੋਨੋਂ ਅਲੱਗ-ਅਲੱਗ ਗੱਲਾਂ ਹੁੰਦੀਆਂ ਨੇ ਨਖੇੜਾ ਹੋ ਗਿਆ ਚੰਗੀ ਤਰ੍ਹਾਂ ਹੂੰ ਇਹ ਬਹੁਤ ਜਿਵੇਂ ਮੈਨੂੰ ਕੋਈ ਬੰਦਾ ਜਿਵੇਂ ਪੁੱਛਦਾ ਵੀ ਕਹਿੰਦਾ ਵੀ ਸਾਈਡ ਤੇ ਬਲਾ ਕੇ ਆਪਦੇ ਭਰਾ ਤੋਂ ਵੀ ਤੂੰ ਨਾ ਸਾਡੀ ਦੁਕਾਨ ਤੇ ਬੰਦਾ ਆਇਆ ਸੀ ਉਹ ਤੇਰੇ ਬਾਰੇ ਇਨਕੁਆਰੀ ਕਰ ਰਿਆ ਸੀ ਸ਼ਾਮ ਨੂੰ ਤੂੰ ਟਾਈਮ ਨਾਲ ਘਰੇ ਜਾਏਗਾ ਨਾ ਇਹ ਅਸਿੱਧੇ ਢੰਗ ਨਾਲ ਜਿਵੇਂ ਮੈਨੂੰ ਕਹੀ ਗਈ ਗੱਲ ਇਸ ਤਰ੍ਹਾਂ ਦੇ ਬਹੁਤ ਵਾਰੀ ਹਨਾ ਵੀ ਇਹ ਫਲਾਨੇ ਸਟਾਫ ਦੇ ਬੰਦੇ ਸੀਗੇ ਤੇਰੇ ਬਾਰੇ ਇਨਕੁਆਰੀ ਕਰ ਰਹੇ ਸੀ ਇਹ ਚੱਕ ਸਕਦੇ ਹੁੰਦੇ ਆ ਇਹ ਹੋ ਸਕਦਾ ਹੁੰਦਾ ਉਹ ਹੋ ਸਕਦਾ ਹੁੰਦਾ ਨਾ ਤੈਨੂੰ ਡਰਾਇਆ ਜਾਂਦਾਗਾ ਬਹੁਤ ਤਰੀਕਿਆਂ ਨਾਲ ਤੁਹਾਡੇ ਹਾਂ ਆਫਕੋਰਸ ਭੈਣ ਭਰਾ ਹੁੰਦੇ ਆ ਉਹਨਾਂ ਨੂੰ ਤਾਂ ਲੱਗਦਾ ਹੀ ਹੁੰਦਾ ਨਾ ਉਹ ਕਹਿੰਦੇ ਵੀ ਤੂੰ ਕੀ ਲੈਣਾ ਤੂੰ ਬਸ ਐਦਾਂ ਕੁਝ ਨਹੀਂ ਚੇਂਜ ਆਉਣ ਲੱਗੀ ਉਹਦੇ ਲਈ ਇੱਕ ਬਹੁਤ ਸੋਹਣੀ ਗੱਲ ਇਹ ਐ ਕਿ ਜਿਵੇਂ ਅਸੀਂ ਘਰ ਸੁੰਭਰਦੇ ਆਂ ਰੋਜ਼ ਆਪਾਂ ਇਹ ਸੋਚ ਲਈਏ ਕਿ ਘਰੇ ਮਿੱਟੀ ਤਾਂੋਂ ਹਟਣੀ ਨਹੀਂ ਕੂੜਾ ਤਾਂ ਆ ਹੀ ਜਾਣਾ ਇਹਦਾ ਤਾਂ ਕੋਈ ਹੱਲ ਨਹੀਂ ਇਸ ਲਈ ਆਪਾਂ ਸੁੰਭਰਨਾ ਬੰਦ ਕਰਦੀਏ ਹੁਣ ਅੱਗੇ ਤੋਂ ਉਵੇਂ ਹੀ ਐ ਸਾਡਾ ਬੋਲਣਾ ਤੋੜਦਾ ਮੇਰਾ ਕਿਸੇ ਵੀ ਸਮਾਜਿਕ ਜਿਹੜੀ ਚੇਤਨ ਵਾਲੀ ਜਾਗਰੂਕ ਇਨਸਾਨ ਹੈ ਉਹਦਾ ਬੋਲਣਾ ਹੀ ਹੈ ਜਿਵੇਂ ਕਿ ਰੋਜ਼ ਵੇੜਾ ਸੰਭਰਨਾ ਹੂੰ ਅਸੀਂ ਜੇ ਬੰਦ ਕਰ ਦਾਂਗੇ ਸੋ ਇਹ ਸੋਚ ਕੇ ਵੀ ਵੇੜਾ ਤਾਂ ਗੰਦਾ ਹੋਈ ਜਾਣਾ ਹੂੰ ਫਿਰ ਉਹ ਮਲਿਆ ਮੇਟ ਹੋ ਜਾਊਗਾ ਇਹ ਰੋਜ਼ ਸੰਭਰਨਾ ਜ਼ਰੂਰੀ ਹੈ ਠੀਕ ਹੈ ਅਸੀਂ ਸਰਕਾਰ ਨਹੀਂ ਪਲਟ ਸਕਦੇ ਹੋ ਸਕਦਾ ਅਸੀਂ ਪੂਰਾ ਸੋਸ਼ਲ ਸਿਸਟਮ ਨਾ ਬਦਲ ਸਕੀਏ ਪਰ ਅਸੀਂ ਵੇੜਾ ਤਾਂ ਸੰਭਰ ਹੀ ਸਕਦੇ ਹਾਂ ਅਸੀਂ ਉਹ ਕੰਮ ਕਰ ਰਹੇ ਆਪਾਂ ਜੀ ਜੀ ਮੈਨੂੰ ਗੁਰਪ੍ਰੀਤ ਨੇ ਅੱਜ 19 ਕਮਾਈ ਦਾ ਕਰ ਚੁੱਕੀ ਹੈ ਕਿ ਤੁਸੀਂ ਵੀ ਕਿਸੇ ਚੰਗੀ ਕੰਟਰੀ ਦੇ ਵਿੱਚ ਸੈੱਟ ਹੋ ਸਕਦੇ ਹੋ ਸਾਰਾ ਪਰਿਵਾਰ ਸੈੱਟ ਹੋ ਸਕਦੇ ਹੋ ਤੁਹਾਨੂੰ ਕਿਉਂ ਨਹੀਂ ਲੱਗਦਾ ਅਜੇ ਤੱਕ ਕੱਲ ਦਾ ਤਾਂ ਚਲੋ ਕੱਲ ਤੇ ਛੱਡ ਦਈਏ ਆਪਾਂ ਅੱਜ ਕਿਉਂ ਨਹੀਂ ਲੱਗਦਾ ਗਜ਼ਲ ਨੂੰ ਕਿ ਗੁਰਪ੍ਰੀਤ ਨੂੰ ਇਹ ਕਹਿੰਦੀ ਹੋਵੇ ਲੱਖਾਂ ਰੁਪਏ ਲੋਕ ਚੱਕੀ ਫਰਦੇ ਨੇ ਤਾਂ ਲੋਨ ਦੀ ਵੀ ਲੋੜ ਨਹੀਂ ਪੈਣੀ ਇਹਨੇ ਰਪਿਆਂ ਦੀ ਲੋਕ 25 25 ਲੱਖ 30 30 40 40 ਲੱਖ ਰੁਪਏ ਲਾ ਕੇ ਡੋਂਕੀਆਂ ਲਾ ਲਾ ਕੇ ਗਲਤ ਏਜੰਟਾਂ ਇਹ ਧੱਕੇ ਚੜ ਚੜ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਗੁਰਪ੍ਰੀਤ ਨੇ ਇੰਨੀ ਕਮਾਈ ਕਰ ਲਈ ਗੁਰਪ੍ਰੀਤ ਅੱਜ ਅਜੇ ਤੇ ਕੱਲ ਨੂੰ ਟਿਕਟੇ ਨਾਲ ਕੈਨੇਡਾ ਅਮਰੀਕਾ ਜਿੱਥੇ ਵੀ ਜਾ ਸਕਦੇ ਆ ਇਹ ਜਿੰਦ ਨਹੀਂ ਆਉਂਦੀ ਗੱਲ ਕਿ ਛੱਡ ਚੱਲ ਆਪਾਂ ਉੱਥੇ ਚੱਲਦੇ ਆਂ ਚੱਲ ਕੇ ਸੋਹਣੀ ਦੁਨੀਆ ਉੱਥੇ ਬਸਾਉਣੇ ਆਂ ਇੱਥੇ ਹੀ ਰਹਿਣਾ ਵਾਰ-ਵਾਰੇ ਪਰਿਵਾਰਕਾਂ ਸੋਚ ਰਹੇ ਆਂ ਸਾਨੂੰ ਇੱਥੇ ਹੀ ਚੰਗਾ ਲੱਗਦਾ ਜੇ ਅਸੀਂ ਬਾਹਰ ਕਦੀ ਜਾਵਾਂਗੇ ਵੀ ਬਾਈ ਚਾਂਸ ਤੇ ਬਸ ਘੁੰਮ ਕੇ ਵਾਪਸ ਆ ਜਾਵਾਂਗੇ ਸਾਨੂੰ ਇੱਥੇ ਹੀ ਰਹਿਣਾ ਚੰਗਾ ਲੱਗਦਾ ਅਸੀਂ ਸਾਰੇ ਇਕੱਠੇ ਰਹਿਣਾ ਚਾਹੁੰਦੇ ਆਂ ਮੈਨੂੰ ਇਹ ਵੀ ਜਦੋਂ ਤੱਕ ਅ ਬੱਚੇ ਹੈਗੇ ਹੁਣ ਕੰਮ ਕਰ ਰਿਹਾ ਹੋਣਾ ਬੇਟੀ ਡਿਗਰੀ ਕਰ ਰਹੀ ਹੈ ਤੇ ਬੇਟੇ ਨੇ ਵੀ ਸ਼ੁਰੂ ਕੀਤਾ ਹੋਇਆ ਆ ਦਾ ਤੇ ਮੈਨੂੰ ਇਹ ਵੀ ਜਿੰਨਾ ਟਾਈਮ ਹੋ ਸਕੇ ਵੀ ਇਕੱਠੇ ਟਾਈਮ ਸਪੈਂਡ ਕਰੀਏ ਤੇ ਬਾਹਰ ਬੇਟਾ ਪਹਿਲਾਂ ਇੰਟਰਸਟਿਡ ਸੀਗਾ ਬਾਹਰ ਜਾਣ ਚ ਪਰ ਹੁਣ ਉਹ ਵੀ ਨਹੀਂ ਉਹ ਵੀ ਇੱਧਰ ਹੀ ਰਹਿਣਾ ਚਾਹੁੰਦਾ ਅਸੀਂ ਬਾਹਰ ਨਹੀਂ ਜਾਣਾ ਚਾਹੁੰਦੇ ਬੇਟੇ ਦਾ ਕਿਉਂ ਕਿ ਵੱਡੀ ਸਮੱਸਿਆ ਬਈ ਜੀ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋ ਇਕੱਲਾ ਇਕੱਲਾ ਬੇਟੇ ਨੇ ਜਾਂ ਇਕੱਲੀ ਇਕਲੀ ਧੀ ਹੈ ਸਤਪਾਲ ਵੀ ਇੱਕ ਇਗਜ਼ਾਮਪਲ ਹੈ ਉਹਨਾਂ ਦੀ ਮਹਿਮਸਾਪੁਰ ਇੰਟਰਵਿਊ ਕੀਤੀ ਉਹਨਾਂ ਦੀ ਬੇਟੀ ਕੱਲੀ ਵਿਦੇਸ਼ ਚਲੀ ਗਈ ਹੈ ਇੱਕ ਦੋ ਹੋਰ ਮਿੱਤਰ ਵੀ ਹੈਗੇ ਨੇ ਜਿਨ੍ਹਾਂ ਦੇ ਇਕੱਲੇ ਇਕੱਲੇ ਬੇਟੇ ਵਿਦੇਸ਼ ਗਏ ਨੇ ਇਹ ਇਹ ਗੱਲ ਵਾਪਸੀ ਵੱਲ ਕਿਵੇਂ ਆਇਆ ਬੇਟਾ ਕਿਵੇਂ ਵਾਪਸੀ ਵੱਲ ਆਉਂਦਾ ਵੀ ਮੈਂ ਜਾਣਣੀ ਆ ਪਹਿਲਾਂ ਸੋਚਦਾ ਸੀ ਮੈਂ ਜਾਣਾ ਫਿਰ ਸੋਚਦਾ ਜਾਣਾ ਨਹੀਂ ਇਹ ਗੱਲ ਕਿਵੇਂ ਕਾਮਯਾਬ ਕਰ ਪਾਏ ਇਹ ਬੇਟਾ ਇੰਟਰਸਟਿਡ ਨਹੀਂ ਹੁਣ ਉਹਨੂੰ ਪੁੱਛਦੇ ਆਂ ਅਸੀਂ ਵੀ ਜੇ ਤੂੰ ਇੰਟਰਸਟਿਡ ਹੈਂ ਜਾਨ ਸੇ ਚਲਾ ਜਾ ਕੋਈ ਗੱਲ ਨਹੀਂ ਪਰ ਨਹੀਂ ਕਿਤੇ ਨਾ ਕਿਤੇ ਉਹ ਵੀ ਸਾਡੇ ਨਾਲ ਹੀ ਰਹਿਣਾ ਚਾਹੁੰਦਾ ਇਥੇ ਤੇ ਇੱਥੇ ਹੀ ਕੰਮ ਕਰਨਾ ਚਾਹਦਾ ਉਹ ਨਹੀਂ ਉਹਦੇ ਪਿੱਛੇ ਇਹੀ ਹੈ ਕਾਰਨ ਜਿਹੜਾ ਨਾ ਇਮੋਸ਼ਨਲ ਕਾਰਨ ਜ਼ਿਆਦਾ ਉਹਦੇ ਪਿੱਛੇ ਇੱਕ ਇੱਕ ਨੂੰ ਇਹ ਲੱਗਿਆ ਉਹਦੇ ਬਹੁਤ ਸਾਰੇ ਦੋਸਤ ਬਾਹਰ ਚਲੇ ਗਏ ਕੈਨੇਡਾ ਚਲੇ ਗਏ ਨੇ ਹੋਰ ਜਿਵੇਂ ਉਹ ਜਾ ਕੇ ਉੱਥੇ 10 ਦੱਸਦੇ ਆ ਵੀ ਕੱਲੇ ਬੈਠੇ ਹੋਰ ਉਹ ਕਹਿੰਦਾ ਵੀ ਉੱਧਰ ਜਾ ਕੇ ਕੱਲੀ ਕਮਾਈ ਦਾ ਕੀ ਕਰੂੰਗਾ ਮੈਂ ਜੀ ਮੇਰੇ ਉੱਥੇ ਮੇਰੇ ਦੋਸਤ ਨਹੀਂ ਹੋਣੇ ਉੱਥੇ ਮੇਰੇ ਮਾਂ ਪਿਓ ਨਹੀਂ ਹੋਣੇ ਹਣਾ ਮੈਂ ਕੱਲਾ ਉਹਨੂੰ ਔਖਾ ਲੱਗਣ ਲੱਗੇ ਪਹਿਲਾਂ ਬਹੁਤ ਜ਼ਿਆਦਾ ਆਪਰ ਸੀ ਜਾਣ ਲਈ ਬਾਹਰ ਹੌਲੀ-ਹੌਲੀ ਉਹ ਕਹਿੰਦਾ ਵੀ ਮੈਂ ਹੁਣ ਉਹਨੇ ਬਣਾ ਲਿਆ ਫਿਕਸ ਵੀ ਮੈਂ ਇੱਥੇ ਹੀ ਕਰੂੰਗਾ ਕੰਮ ਕੋਈ ਗੱਲ ਨਹੀਂ ਦੇਖੀ ਜਾਊਗੀ ਜੋ ਹੋਊਗਾ ਕੋਈ ਖਦਾ ਤਾਂ ਕੀ ਪਤਾ ਖੈਰ ਪਰ ਹਜੇ ਤੱਕ ਉਹਦਾ ਇੰਟਰਸਟ ਹੈਗਾ ਵੀ ਮੈਂ ਇੱਥੇ ਹੀ ਰਹਿ ਕੇ ਇੱਥੇ ਹੀ ਕੰਮ ਕਰਕੇ ਕਾਮਯਾਬ ਹੋ ਕੇ ਦੋਸਤਾਂ ਨੂੰ ਵੀ ਦਿਖਾਊਗਾ ਵੀ ਹੋ ਸਕਦਾ ਇੱਥੇ ਰਹਿ ਕੇ ਵੀ ਕਰ ਸਕਦਾ ਹੈ ਜਦ ਕਿ ਉਹਦੀ ਉਮਰ ਹਜੇ ਬਹੁਤ ਥੋੜੀ 18 ਸਾਲ ਹੀ ਹੈ ਨਾ ਪਰ ਉਹਦੀ ਇਹ ਸੋਚ ਬੜੀ ਪਰਪੱਕ ਹੋ ਚੁੱਕੀ ਹੈ ਕਿ ਮੈਂ ਇੱਥੇ ਰਹਿ ਕੇ ਕੰਮ ਕਰਕੇ ਦਿਖਾਉਂਗਾ ਅਲੀ ਵੀ ਫੀਲਿੰਗ ਆ ਉਹ ਚ ਵੀ ਮੈਂ ਦਿਖਾਉਂਗਾ ਵੀ ਦੋਸਤਾਂ ਨੂੰ ਵੀ ਐਂ ਵੀ ਕਰ ਸਕਦੇ ਹੋ ਤੁਸੀਂ ਇੱਥੇ ਰਹਿ ਕੇ ਵੀ ਕਰ ਸਕਦੇ ਹੋ ਉਹ ਕਾਫੀ ਮੈਚਿਓਰਿਟੀ ਨਾਲ ਸੋਚ ਰਿਹਾ ਇਸ ਗੱਲ ਨੂੰ ਲੈ ਕੇ ਗੁਰਪ੍ਰੀਤ ਨੂੰ ਇਹ ਕਦੋਂ ਲੱਗਿਆ ਸੀ ਕਿ ਮੈਂ ਆਰਟਿਸਟ ਹੀ ساری ਜ਼ਿੰਦਗੀ ਆਰਟਿਸਟ ਬਣ ਕੇ ਰਹਿਣਾਗਾ ਕਿਉਂਕਿ ਇਹ ਗੱਲ ਮੈਂ ਤਾਂ ਪੁੱਛ ਰਿਹਾ ਕਈ ਵਾਰੀ ਸਾਡੇ ਸਮੱਸਿਆ ਐਜੂਕੇਸ਼ਨ ਢਾਂਚੇ ਦੇ ਵਿੱਚ ਅਸੀਂ ਪੜਾਈ ਕੋਈ ਹੋਰ ਕਰਦੇ ਆ ਬੱਚਾ ਕੁਝ ਹੋਰ ਬਣਨਾ ਚਾਹੁੰਦਾ ਸੀ ਮਾਪੇ ਕੁਝ ਹੋਰ ਬਣਾਉਣਾ ਚਾਹੁੰਦੇ ਨੇ ਬੱਚਾ ਕੁਝ ਹੋਰ ਬਣਨਾ ਚਾਹੁੰਦਾ ਸੀ ਤੁਹਾਡੇ ਹਿੱਸੇ ਹੀ ਤੁਹਾਡਾ ਖੁਸ਼ਕਿਸਮਤੀ ਲਾ ਲਓ ਹੂੰ ਹੂੰ ਇਹ ਚੀਜ਼ ਕਿਵੇਂ ਛੋਣ ਕਰ ਪਾਏ ਅਮ ਪਹਿਲਾਂ ਮੈਂ ਪੇਂਟਿੰਗ ਤਾਂ ਬਹੁਤ ਸ਼ੁਰੂ ਤੋਂ ਕਰਦਾ ਆ ਰਿਹਾ ਹਨਾ ਚਿੱਤਰਕਲਾ ਤਾਂ ਐ ਲਾ ਲਓ ਵੀ ਜੰਮ ਦੇ ਨਾਲ ਜੁੜ ਗਈ ਸੀ ਜੀ ਪਰ ਜੇ ਮੈਂ ਕਰਦੇ ਮੈਨੂੰ ਬਣਾਉਣ ਲੈ ਜਾਣਾ ਚਾਹੁੰਦੇ ਸੀ ਇੰਜੀਨੀਅਰਿੰਗ ਵਾਲੇ ਫੀਲਡ ਚ ਜੀ ਡਿਪਲੋਮਾ ਕਰਾਇਆ ਪਹਿਲਾਂ ਹਾਂ ਡਿਪਲੋਮਾ ਮੈਂ ਕੀਤਾ ਇਨਸਟਰੂਮੈਂਟੇਸ਼ਨ ਦਾ ਜੀ ਉਸ ਚ ਮਤਲਬ ਸਕਾਲਰਸ਼ਿਪ ਵੀ ਲੱਗੀ ਮੈਨੂੰ ਟਾਪ ਵੀ ਕੀਤਾ ਮੈਂ ਪਰ ਫਿਰ ਮੈਨੂੰ ਉਸ ਤੋਂ ਬਾਅਦ ਐਨ ਲੱਗਣ ਲੱਗ ਗਿਆ ਵੀ ਮੈਂ ਵਿੱਚ ਮੇਰੇ ਆਰਮੀ ਚ ਜਾਣ ਦਾ ਵੀ ਹੋ ਗਿਆ ਸੀ ਜ਼ੈਨ ਚ ਕਿਉਂਕਿ ਮੈਂ ਐਨਸੀਸੀ ਚ ਲੱਗ ਗਿਆ ਤੇ ਐਨਸੀਸੀ ਚ ਵੀ ਮੈਂ ਕਾਫੀ ਤਾਂ ਚਲਾ ਗਿਆ ਸੀ ਅੰਡਰ ਆਫੀਸਰ ਕਹਿੰਦੇ ਆ ਪੈਨਸੀਸੀ ਚ ਸਾਰਜੈਂਟ ਤੋਂ ਬਾਅਦ ਅੰਡਰ ਆਫੀਸਰ ਬਣਦੇ ਆ ਮੈਂ ਬਠਿੰਡੇ ਨੂੰ ਲੀਡ ਵੀ ਕੀਤਾ ਐ ਐਨਸੀਸੀ ਚ ਸਟੇਟ ਲੈਵਲ ਦਾ ਪ੍ਰੋਗਰਾਮ ਹੋਇਆ ਉਦੋਂ ਬਿਆਨਤ ਸਿੰਘ ਮੁੱਖ ਮੰਤਰੀ ਸੀ ਜੀ ਉਸ ਚ ਮੈਨੂੰ ਸਾਨੂੰ ਫਰਸਟ ਪ੍ਰਾਈਜ਼ ਮਿਲਿਆ ਟਰੋਫੀ ਮਿਲੀ ਜੀ ਜੀ ਤੇ ਮੈਨੂੰ ਉਦੋਂ ਮੇਰੇ ਦੋਸਤਾਂ ਕਹਿਣ ਲੱਗੇ ਵੀ ਆਰਮੀ ਚ ਜਾਊਗਾ ਤੇ ਫਿਰ ਉਹ ਸਾਰਾ ਛੱਡ ਕੇ ਆਰਟ ਪੜ੍ਹੂ ਹੋ ਗਿਆ ਜੀ ਮੈਨੂੰ ਐ ਲੱਗਿਆ ਕਿ ਕਲਾ ਇਹ ਜ਼ਿਆਦਾ ਉੱਤੇ ਆ ਮਤਵਪੂਰਨ ਹੈ ਤੇ ਮੈਂ ਪੇਂਟਿੰਗ ਵੱਲ ਟੋਟਲੀ ਆਵਦਾਪ ਦੇਤਾ ਕਰਦਿਆਂ ਨੂੰ ਵੀ ਡਿਕਲੇਅਰ ਕਰਤਾ ਵੀ ਮੈਂ ਫਾਈਨ ਆਰਟਸ 'ਚ ਜਾਣਾ ਤੇ ਉਸ ਦਿਨ ਤੋਂ ਬਿਲਕੁਲ ਇੱਕ ਜਿਹੜੀਆਂ ਉਹ ਕਹਿੰਦੇ ਨੇ ਬਲਦ ਦੇ ਅੱਖਾਂ ਲੱਗ ਜਾਂਦੀਆਂ ਸਾਈਡ ਤੇ ਐਣਕਾਂ ਤਾਂਗੇ ਵਾਲੇ ਦੇ ਘੋੜੇ ਦੇ ਲੱਗ ਜਾਂਦੀਆਂ ਕਿ ਸਿੱਧਾ ਰਾਹੀ ਦੀਂਦਾ ਉਦੋਂ ਦਾ ਫਾਈਨ ਆਰਟਸ ਵਾਲੀ ਹਾਂ ਵਿੱਚ ਥੋੜਾ ਬਹੁਤਾ ਇੱਧਰ ਉੱਧਰ ਚਾਈ ਗਿਆ ਮੈਂ ਜਿਵੇਂ ਨਾਟਕ ਕਰਨ ਲੱਗ ਗਿਆ ਫੋਟੋਗ੍ਰਾਫੀ ਕਰਨ ਲੱਗਿਆ ਪਰ ਉਹ ਸਾਰੇ ਆਰਟ ਨਾਲ ਹੀ ਜੁੜੇ ਸਬਜੈਕਟ ਹਨ ਨਾ ਨਾਟਕ ਕੀ ਤਾੜ ਦਾ ਸਾਲ ਸਟੇਜ ਤੇ ਟੋਨੀ ਬਾਤਾਂ ਸੁਣੀ ਹੈਗੇ 우ਸਤਾਦ ਹਨ ਫੋਟੋਗ੍ਰਾਫੀ ਚ ਨਰਲੇਪ ਸਿੰਘ ਹੈ ਡਾਕਟਰ ਸੁਭਾਸ਼ ਪ੍ਰਿਹਾਰ ਉਹਨਾਂ ਨੂੰ ਦੇਖ ਕੇ ਅਲੱਗ-ਅਲੱਗ ਫੀਲਡਸ ਦੇ ਵਿੱਚ 뮤직 ਦਾ ਵੀ ਥੋੜਾ ਜਿਹਾ ਇੰਟਰਸਟ ਜਾਗ ਗਿਆ ਸੀ ਜਸਵਿੰਦਰ ਸਿੰਘ ਹੈਗੇ 뮤직 ਦੇ ਟੀਚਰ ਸਾਡੇ ਸੀਗੇ ਹੁਣ ਤਾਂ ਨਹੀਂ ਰਹੇ ਉਹ ਹਨ ਹਰ ਫੀਲਡ ਦੇ ਵਿੱਚ ਜਿੱਦਰ ਪੋਇਟਰੀ ਕਦੇ-ਕਦੇ ਕਵਤਾ ਵਿੱਚ ਰੀਟਣ ਲੱਗ ਗਏ ਬਟ ਅਲਟੀਮੇਟਲੀ ਵਿਚਲਾ ਰਹਾ ਸੀ ਜਿਹੜਾ ਉਹ ਆਰਟੀ ਸੀ ਜੀ ਮੈਡਮ ਵਿਦੇਸ਼ ਜਾਣ ਦੇ ਇਸ ਦੌਰ ਦੇ ਵਿੱਚ ਸਰਕਾਰੀ ਨੌਕਰੀ ਵਾਲੇ ਚੱਕਰ ਦੇ ਵਿੱਚ ਸਾਡੀ ਨੌਜਵਾਨੀ ਓਵਰੇਜ ਹੋ ਗਈ ਤੇ ਬਹੁਤੇ ਨੌਜਵਾਨ ਮੁੰਡੇ ਕੁੜੀਆਂ ਵਿਆਹ ਤੱਕ ਵੀ ਨਹੀਂ ਕਰਾਉਂਦੇ ਇਹ ਚੱਕਰ ਦੇ ਕਿ ਸਕਾਰੀ ਨੌਕਰੀ ਮਿਲੂਗੀ ਫੇਰ ਕਿਤੇ ਜਾ ਕੇ ਸੋਚਾਂਗੇ ਯਾਰ ਕਿ ਬੁਲੈਰੀ ਚੱਲਣੀ ਨਹੀਂ ਹੈਗੀ ਇੱਕ ਮਾਂ ਕੀ ਸੋਚਦੀ ਹੈ ਬੱਚਿਆਂ ਲਈ ਸੋਚਦੀ ਸੀ ਪਹਿਲਾਂ ਚਲੋ ਹੁਣ ਤਾਂ ਤੁਸੀਂ ਡਿਸੀਜਨ ਲੈ ਚੁੱਕੇ ਹੋਗੇ ਹਾਂ ਇਹ ਬੇਟਾ ਆ ਕਰ ਲਗ ਰਿਹਾ ਹੈ ਬੀਟੀਓ ਕਰਦੀ ਹੈ ਕਹਿੰਦੇ ਇਹ ਵੀ ਗੱਲਾਂ ਚੱਲੀਆਂ ਕਿ ਚਲ ਕੋਈ ਆਈਐਸ ਪੀਸੀਐਸ ਜਾਂ ਕੋਈ ਸਰਕਾਰੀ ਨੌਕਰੀ ਹੀ ਕਰਾਉਣੀ ਹੈ ਨਹੀਂ ਅਸੀਂ ਇਹੋ ਜਿਹਾ ਕੁਝ ਨਹੀਂ ਸੋਚਿਆ ਜੋ ਬੱਚੇ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਕਦੀ ਫੋਰਸ ਨਹੀਂ ਕੀਤਾ ਵੀ ਤੁਸੀਂ ਆਹ ਕਰੋ ਜਾਂ ਕਰੋ ਜੋ ਕਰਨਾ ਚਾਹੁੰਦੇ ਕਰਨ ਅਸੀਂ ਜਿਵੇਂ ਬੇਟੀ ਦਾ ਤਾਂ ਚਲੋ ਫਾਈਨ ਆਰਟਸ 'ਚ ਐਡਮਿਸ਼ਨ ਉਹਨੇ ਲਈ ਉਹਦਾ ਇੰਟਰਸਟ ਸ਼ੁਰੂ ਤੋਂ ਆਰਟ 'ਚ ਹੈ ਬਹੁਤ ਜ਼ਿਆਦਾ ਬੇਟਾ ਥੋੜਾ ਅਨਕਲੀਅਰ ਸੀਗਾ ਪਹਿਲਾਂ ਜਦੋਂ ਉਹ ਬਾਹਰ ਜਾਂਦਾ ਸੀ ਸ਼ੌਂਕ ਬਟ ਕਿਉਂਕਿ ਉਹ ਵੀ ਕ੍ਰੀਏਟਿਵ ਜ਼ਰੂਰ ਸੋਚਦਾ ਸੀਗਾ ਤੇ ਫਿਰ ਉਹਦਾ ਫੋਟੋਗ੍ਰਾਫੀ ਜਾਂ ਇਹਨਾਂ ਚੀਜ਼ਾਂ 'ਚ ਵੀਡੀਓ ਬਣਾਲੇ ਰੀਲਾਂ ਬਣਾ ਲੀਆਂ ਹਨਾ ਇਹੋ ਜੇ ਕੰਮ 'ਚ ਬਹੁਤ ਇੰਟਰਸਟਿੰਗ ਕਰਦਾ ਸੀ ਉਹ ਤੇ ਮੈਂ ਉਹਨੂੰ ਇਸ ਗੱਲ ਤੇ ਥੋੜਾ ਜਿਹਾ ਅਸੀਂ ਮੋਟੀਵੇਟ ਇਹਨਾਂ ਨੇ ਵੀ ਕਰਨਾ ਚਾਹਿਆ ਵੀ ਯਾਰ ਤੂੰ ਆਹ ਕੰਮ ਵਧੀਆ ਕਰਦਾ ਜੇ ਆਹ ਕਰ ਲੈ ਹਨਾ ਜਿਵੇਂ ਉਹ ਤੁਸੀਂ ਸੁਣਿਆ ਹੋਣਾ ਵੀ ਟੀਚਰ ਦੇ ਪਿੱਛੇ ਕਿਸ ਨੇ ਜਹਾਜ਼ ਮਾਰਿਆ ਪੇਪਰ ਦਾ ਬਣਾ ਕੇ ਹੁਣ ਉੱਚ ਦੋ ਹੱਲ ਹੋ ਸਕਦੇ ਜਾਂ ਤਾਂ ਟੀਚਰ ਉਹਦੇ ਨਾਲ ਲੜਦਾ ਕਿ ਤੂੰ ਜਹਾਜ਼ ਮਾਰਿਆ ਪਰ ਟੀਚਰ ਇਹਨੂੰ ਗਿਆ ਵੀ ਤੈਨੂੰ ਯਾਰ ਏਰੋਡੈਨੈਮਿਕਸ ਦੀ ਬੜੀ ਨੌਲੇਜ ਹੈ ਤੂੰ ਇੰਨਾ ਪਰਫੈਕਟ ਕਿਵੇਂ ਬਣਾ ਕੇ ਮਾਰਿਆ ਹਨ ਤੇ ਤੂੰ ਤਾਂ ਇਹ ਫੀਲਡ ਚ ਬੜਾ ਵਧੀਆ ਜਾ ਸਕਦਾ ਹਣ ਉਹ ਬੇਟੇ ਦਾ ਇੰਟਰਫੇਰ ਉਧਰ ਚੱਲ ਪਿਆ ਹਨਾ ਤੇ ਹੁਣ ਉਹ ਬਹੁਤ ਸੋਣਾ ਕਰ ਰਿਹਾ ਕ੍ਰੀਏਟਿਵ ਸੋਚ ਰਿਹਾ ਹੁੰਦਾ ਕਿ ਮੈਂ ਪਾਪਾ ਰੋਜ਼ ਉਹ ਡਿਸਕਸ ਕਰਦੇ ਮੈਨੂੰ ਉਹ ਉਲਟਾ ਮਜ਼ਾ ਆ ਰਿਹਾ ਹੁੰਦਾ ਹੁਣ ਜਿਵੇਂ ਬੇਟੀ ਦੋ ਹਫ਼ਤਿਆਂ ਤੋਂ ਆਈ ਹੋਈ ਹੈ ਨਾ ਇੱਥੇ ਬਠਿੰਡੇ ਅਸੀਂ ਤਿੰਨੇ ਬੈਠੇ ਹੁੰਨੇ ਆ ਉਹ ਬਹੁਤ ਵਾਰੀ ਉਹ ਕਰ ਰਿਹਾ ਉਹਨੂੰ ਪੁੱਛ ਰਹੀ ਹੁੰਦੀ ਹੈ ਮੇਰੀ ਆ ਕਲਰ ਸਕੀਮ ਦੇਖੀ ਬੈਕਗ੍ਰਾਉਂਡ ਦੀ ਉਹ ਕਹਿ ਰਿਹਾ ਹੁੰਦਾ ਵੀ ਨਹੀਂ ਤੇਰਾ ਆ ਠੀਕ ਨਹੀਂਗਾ ਉਹ ਕਹਿ ਦਿੰਦੀ ਅੱਗੇ ਤੈਨੂੰ ਕਿ ਤੈਨੂੰ ਜਿਆਦਾ ਪਤਾ ਹੂੰ ਤੇ ਉਹ ਕਹਿੰਦਾ ਫਿਰ ਤੂੰ ਆਪਦਾ ਕੰਮ ਕਰ ਜੀਵੇਂ ਭੈਣ ਭਰਾ ਲੜਦੇ ਹੁੰਦੇ ਬੱਚੇ ਪਰ ਮੈਨੂੰ ਉਹ ਸਾਰੀ ਡਿਸਕਸ਼ਨ ਚ ਮਜ਼ਾ ਆ ਰਿਹਾ ਹੁੰਦਾ ਕਿ ਉਹ ਸਾਰੀ ਕ੍ਰੀਏਟਿਵ ਡਿਸਕਸ਼ਨ ਹੋ ਰਹੀ ਹੈ ਕਲਰ ਸਕੀਮ ਡਿਸਕਸ ਹੋ ਰਹੀ ਹੈ ਹੈਨਾ ਇੱਥੇ ਆ ਡਿਸਕਸ ਹੋ ਰਿਹਾ ਵੀ ਇਹ ਕਰੈਕਟਰ ਕਿਹੋ ਜਿਹਾ ਲੱਗ ਰਿਹਾ ਦੇਖਣ ਨੂੰ ਹੈਨਾ ਹੋ ਸਕਦਾ ਹੈ ਉਹ ਇੱਕ ਦੂਜੇ ਦਾ ਮਜ਼ਾਕ ਉਡਾਉਂਦੇ ਹੋਣ ਟੈਂਪਰੇਰੀ ਬਟ ਅਲਟੀਮੇਟਲੀ ਉਹ ਕਰਤਾ ਕ੍ਰिएशन ਰਏ ਹਨ ਹੂੰ ਤੇ ਮੈਨੂੰ ਲੱਗਦਾ ਮੈਨੂੰ ਖੁਸ਼ੀ ਹੁੰਦੀ ਹੈ ਕਿ ਬੱਚੇ ਮੇਰੇ ਕ੍ਰੀਏਟਿਵ ਲਾਈਨ ਚ ਆ ਦੋਨੋਂ ਜੀ ਜੀ ਬਜਾਏ ਕਿ ਜਿਹੜੀ 9 ਤੋਂ 5 ਵਾਲੀ ਨੌਕਰੀ ਕਰਨੀ ਹੈ ਜਿਹਦੇ ਨਾਲ ਉਹਨਾਂ ਦਾ ਕੋਈ ਸਬੰਧ ਹੀ ਨਹੀਂ ਹੁੰਦਾ ਜੀ 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 ਬੰਦੇ ਦਾ ਬੰਦਾ ਬਣਨਾ ਚਾਹੁੰਦਾ ਹੁੰਦਾ ਸਿੰਗਰ ਬਣ ਜਾਂਦਾ ਹੈਗਾ ਬੈਂਕ ਦਾ ਕਲਰਕ ਹੈਨਾ ਉਹ ساری ਜ਼ਿੰਦਗੀ ਨਾਲੇ ਆਪਦੀ ਜੌਬ ਨੂੰ ਗਾਲਾਂ ਕੱਢੀ ਜਾਂਦਾ ਤੇ ਨਾਲੇ ਘਰਦਿਆਂ ਨੂੰ ਜਿੰਨਾਂ ਨੇ ਧੱਕੇ ਨਾਲ ਉਸ ਫੀਲਡ ਚ ਪਾਇਆ ਹੁੰਦਾ ਹੈ ਨਾ ਤੇ ਨਾ ਖੁਸ਼ ਰਹੇ ਪਉਂਦਾ ਮੈਂ ਇੱਕ ਧਾਰਨ ਦਊਂਗਾ ਇੱਥੇ ਇਸੇ ਫੀਲਡ ਨਾਲ ਰਿਲੇਟਡ ਇੱਕ ਡਾਕਟਰ ਸੀਗੇ ਨਾਂ ਨਹੀਂ ਮੈਂ ਲੈਂਦਾ ਉਹਨਾਂ ਦਾ ਰਿਟਾਇਰਡ ਸੀਗੇ ਉਹ ਇੱਥੇ ਹੀ ਬਹੁਤ ਵੱਡੀ ਮੈਡੀਕਲ ਯੂਨੀਵਰਸਿਟੀ ਹੈ ਉਹਦੇ ਵਿੱਚ ਉਹ ਹੌਸਟਲ ਦੇ ਬਾਅਦ ਚ ਇੰਚਾਰਜ ਰਹੇ ਉਹ ਮੇਰੇ ਕੋਲੇ ਨਾ ਘਰੇ ਪੇਂਟਿੰਗ ਸਿੱਖਣ ਆ ਗਏ ਹੂੰ ਔਰ ਰਿਟਾਇਰਮੈਂਟ ਤੋਂ ਬਾਅਦ 8767 ਸਾਲ ਦੀ ਐਕਸਟੈਂਸ਼ਨ ਕਰ ਚੁੱਕੇ ਸੀ ਕਹਿੰਦੇ ਹੁਣ ਬਹੁਤ ਹੋ ਗਈ ਜੌਬ ਬਜ਼ੁਰਗ ਸੀਗੇ ਤੁਸੀਂ ਸੋਚ ਸਕਦੇ ਹੋ ਹਨ 68 ਸਾਲ ਦੇ ਹੋਣੇ ਆ ਕਹਿੰਦੇ ਹੁਣ ਨਾ ਮੈਂ ਪੇਂਟਿੰਗ ਸਿੱਖਣੀ ਆ ਤੇ ਨਾਲ ਮੈਂ 뮤직 ਸਿੱਖਣਾ ਤੇ ਮੈਂ ਨਾ ਵਰਲਡ ਟੂਰ ਦੀ ਟਿਕਟ ਬੁੱਕ ਕਰਾ ਰਹੇ ਆ ਉਹਦੀ ਜਿਹੜੀ ਸ਼ਿਪ ਵਾਲੀ ਹੁੰਦੀ ਹੈ ਸਮੁੰਦਰੀ ਜਹਾਜ਼ ਵਾਲੀ ਜਿਹੜੀ ਕਿ ਸੇਲਿੰਗ ਸ਼ਿਪ ਹੁੰਦੀ ਹੈ ਸਮਾਨ ਲੈ ਕੇ ਜਾਂਦੀ ਹੈ ਬਿਜ਼ਨਸ ਵਾਲੀ ਮਰਚੈਂਟ ਸ਼ਿਪ ਮਰਚੈਂਟ ਨੇਵੀ ਦੀ ਉਨਾਂ ਕੋਲ ਇੱਕ ਦੋ ਸੀਟਾਂ ਹੁੰਦੀਆਂ ਕਹਿੰਦੇ ਵੀ ਉੱਤੇ ਮੈਂ ਫਿਰ ਡੈਕ ਤੇ ਸੁਪਨਮਈ ਦੁਨੀਆ ਫਿਰ ਡੈਕ ਤੇ ਬੈਠ ਕੇ ਪੇਂਟਿੰਗ ਬਣਾਇਆ ਕਰੂੰਗਾ ਉੱਥੇ ਸੰਗੀਤ ਵਜਾਇਆ ਕਰੂੰਗਾ ਹੂੰ ਮੈਂ ਕਿਹਾ ਠੀਕ ਹੈ ਜੀ ਵਧੀਆ ਗੱਲ ਆ ਸੁਪਨਾ ਸੋਹਣਾ ਤੁਸੀਂ ਆ ਜਾਓ ਉਹਨਾਂ ਹਫ਼ਤਾ 10 ਦਿਨ ਬੱਥਾ ਮਾਰਦੇ ਰਹੇ ਤੇ ਉਹਨਾਂ ਤੋਂ ਸਿੱਧੀ ਲਾਈਨ ਨਹੀਂ ਵੱਜੀ ਹੱਥ ਉਹਨਾਂ ਦੇ ਕੰਬ ਰਹੇ ਸੀ ਉਹਨਾਂ ਨੇ ਗੱਲਾਂ-ਗੱਲਾਂ 'ਚ ਦੱਸਿਆ ਵੀ ਮੈਂ ਤਾਂ ਅਸਲ 'ਚ ਆਰਟਿਸਟ ਹੀ ਬਣਨਾ ਚਾਹੁੰਦਾ ਸੀ ਪਰ ਘਰ ਦੇ ਨੇ ਡਾਕਟਰ ਬਣਾਤਾ ਫਿਰ ਉਦੋਂ ਬਾਅਦ ਬਸ ਚਲੋ ਚੱਲ ਸੋਚੀ ਗਏ ਵੀ ਹੁਣ ਐਂ ਕਰਾਂਗੇ ਫਿਰ ਸੋਚਿਆ ਰਿਟਾਇਰਮੈਂਟ ਤੋਂ ਬਾਅਦ ਕਰਾਂਗੇ ਰਿਟਾਇਰਮੈਂਟ ਤੋਂ ਬਾਅਦ ਐਕਸਟੈਂਸ਼ਨ ਲੈ ਲਈ ਫਿਰ ਜਦੋਂ ਹੁਣ ਕਰਨ ਦਾ ਮੌਕਾ ਆਇਆ ਉਦੋਂ ਹੱਥ ਹੀ ਨਹੀਂ ਚੱਲੇ ਉਹ ਫਿਰ ਅਲਟੀਮੇਟਲੀ ਸਾਰਾ ਕੁਝ ਛੱਡ ਕੇ ਆਪਣੇ ਪਿੰਡ ਚਲੇ ਗਏ ਤੇ ਉੱਥੇ ਚੁੱਪਚਾਪ ਰਹੇ ਤੇ ਉਦੋਂ ਮੇਰਾ ਖਿਆਲ 2-3 ਸਾਲ ਬਾਅਦ ਉਹਨਾਂ ਦੀ ਡੈਥ ਹੋ ਗਈ ਬਜਾਏ ਕਿ ਅਸੀਂ ਉਮਰ ਦੇ ਉਸ ਪੜਾਅ ਤੇ ਆ ਕੇ ਸੋਚੀਏ ਕਿ ਹੁਣ ਅਸੀਂ ਆਪਦੀ ਉਹ ਇੱਛਾ ਪੂਰੀ ਕਰਾਂਗੇ ਜਿਹੜੀ ਅਸੀਂ ਅਸਲ 'ਚ ਬਣਨਾ ਚਾਹੁੰਦੇ ਸੀ ਤੇ ਉਦੋਂ ਸਾਡੇ ਹੱਥ ਹੀ ਨਾ ਚੱਲਣ ਹੂੰ ਇਹ ਇਹ ਮਾਹੌਲ ਆਉਣ ਤੋਂ ਪਹਿਲਾਂ ਹੀ ਉਹ ਕਰ ਲੈਣਾ ਚਾਹੀਦਾ ਜੋ ਅਸੀਂ ਕਰਨਾ ਚਾਹੁੰਦੇ ਆ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਕ੍ਰੀਏਟਿਵ ਬੰਦਾ ਨੌਕਰੀ ਉਹਦੇ ਲਈ ਨਹੀਂ ਬਣੀ ਜਾ ਉਹ ਨੌਕਰੀ ਲਈ ਨਹੀਂ ਬਣਿਆ ਹੂੰ ਸਾਨੂੰ ਅਮਰੀਕਾ ਦੇ ਵਿੱਚ ਐਕਸਪੈਰੀਮੈਂਟ ਹੋਇਆ ਜਿਦੇ ਚ ਉਹਨਾਂ ਨੇ ਡੈਥ ਬੈੱਡ ਤੇ ਕਹਿੰਦੇ ਪਏ ਬੰਦਿਆਂ ਤੋਂ ਪੁੱਛਿਆ ਵੀ ਤੁਹਾਨੂੰ ਕੀ ਰਿਗਰਟ ਆ ਤਾਂ 95% ਨੇ ਇਹ ਕਿਹਾ ਕਿ ਸਾਨੂੰ ਇਹ ਰਿਗਰਟ ਆ ਕਿ ਅਸੀਂ ਜ਼ਿੰਦਗੀ ਚ ਆਹ ਕਰਨਾ ਚਾਹੁੰਦੇ ਸੀ ਤੇ ਨਹੀਂ ਕਰ ਸਕੇ 5% ਬੰਦੇ ਨੇ ਕਿਹਾ ਵੀ ਰਿਗਰੈਟ ਹੈ ਸਾਡੇ ਤੋਂ ਆ ਗਲਤ ਕੰਮ ਹੋ ਗਿਆ ਪਰ ਜ਼ਿਆਦਾਤਰ ਦਾ ਇਹ ਰਿਗਰੈਟ ਸੀ ਕਿ ਇਹ ਨਹੀਂ ਸਕੇ ਸਾਡੇ ਸਮਾਜ ਦੀ ਇਹ ਪ੍ਰੋਬਲਮ ਹੈ ਬਾਹਰ ਤਾਂ ਉਲਟਾ ਹੋ ਗਿਆ ਹੁਣ ਉੱਥੇ ਕਰ ਲੈਂਦੇ ਆ ਸਾਡੇ ਸਮਾਜ ਚ ਅਸੀਂ ਉਹ ਕਰ ਹੀ ਨਹੀਂ ਪਾਉਂਦੇ ਜੋ ਅਸੀਂ ਕਰਨਾ ਚਾਹੁੰਦੇ ਇੱਕ ਡਾਇਲੋਗ ਹੈ ਵੀ ਨਾ ਲਗਭਗ ਹਰ ਇੱਕ ਪਤਨੀ ਬੋ ਦਿਲਦੀ ਹੈ ਗੁਰਪ੍ਰੀਤ ਰੂਪ ਗੈ ਵੀ ਬੋਲੇ ਵੀ ਤੇਰੇ ਮੈ ਹੀ ਕੱਟ ਗਈ ਮੈਂ ਕਹਿਣਾ ਹੁੰਦਾ ਹੈ ਹੈਂ ਮੈਂ ਆਪਦੇ ਦੋਸਤਾਂ ਨੂੰ ਕਹਿੰਦਾ ਹੁੰਨਾ ਇਹ ਇੱਕ ਦੋ ਸਾਡੀ ਕਲਾਕਾਰ ਹੀ ਦੋਸਤ ਮੈਂ ਕਹਿੰਦਾ ਯਾਰ ਇਹ ਆਪਣੀ ਉਹਦੀ ਵੀ ਐਂ ਮਤਲਬ ਵੀ ਮੇਰੀ ਵਾਈਫ ਹੀ ਆ ਬਈ ਜਿਹੜੀ ਮੇਰੇ ਨਾਲ ਕੱਟ ਗਈ ਉਲਟਾ ਇਹ ਮੈਂ ਜ਼ਰੂਰ ਕਹਿੰਦਾ ਹੁੰਨਾ ਅਕਸਰ ਆਪਦੇ ਦੋਸਤਾਂ ਨੂੰ ਮੈਂ ਕਹਿੰਦਾ ਨਹੀਂ ਯਾਰ ਆਪਣੇ ਵਰਗੇ ਬੰਦਿਆਂ ਨਾਲ ਕੱਟਣਾ ਔਖਾ ਤੂੰ ਐ ਸੋਚਦੀ ਕਹਿ ਨਹੀਂ ਸਕਦੀ ਕਹ ਦੱਸ ਨਹੀਂ ਲੱਗਦੀ ਕਦੋਂ ਪਰਿਵਾਰ ਟੁੱਟਿਆ ਕਦੋਂ ਲੱਗਿਆ ਵੀ ਬिखर ਗਿਆ ਸਾਰਾ ਕੁਝ ਕਦੋਂ ਜਿਆਦਾ ਤਕਲੀਫ ਹੋਈ ਕੁਝ ਅਜੀਬ ਆਪ ਰਿਹਾ ਬਹੁਤ ਜੁਤਰਾ ਚੜਾਉਂਦੇ ਨੇ ਲਾਈਫ ਦੇ ਵਿੱਚ ਹਾਂਜੀ ਕਦੇ ਗੁਰਪ੍ਰੀਤ ਕਹਿੰਦਾ ਮੈਂ ਘੱਟ ਰੋਣਾ ਤੁਸੀਂ ਵੱਧ ਰੋਨੇ ਹੋ ਹਾਂਜੀ ਕਦੇ ਗੁਰਪ੍ਰੀਤ ਨੂੰ ਨਾਂ ਦੱਸਿਆ ਹੋਵੇ ਤੇ ਅੰਦਰ ਕੋਈ ਬੱਸ ਰੋਇਆ ਹੋਵੇ ਅੰਦਰ ਜਾ ਕੇ ਬੈਠ ਕੇ ਰੋਈ ਹੋਵੇ ਬੱਸ ਵੀ ਰੋਣਾ ਤਾਂ ਬਹੁਤ ਜ਼ਰੂਰੀ ਹੈ ਕਈ ਗੱਲਾਂ ਹੁੰਦੀਆਂ ਐਹੋ ਜਿਹੀਆਂ ਪਰ ਲਾਈਫ ਨੂੰ ਹੁਣ ਇਹ ਹੈ ਲਾਈਫ ਤਾਂ ਐਵੇਂ ਚੱਲਦੀ ਹੈ ਹਨਾ ਕਦੇ ਉੱਪਰ ਕਦੇ ਥੱਲੇ ਥੋੜਾ ਬਕਵਾਸ ਚੱਲਦਾ ਰਹਿੰਦਾ ਪਰ ਉਹਨੂੰ ਵੀ ਕਰ ਲਿਆ ਹੈਂਡਲ इजीली ਕੁਝ ਐਨਾ ਆਖਾਂ ਨਹੀਂ ਲੱਗਿਆ ਪੁੱਛ ਸਕਦਾ ਮੈਂ ਕਿ ਕੀ ਕੀ ਇਹ ਇਹ ਜੋ ਕੁਝ ਕੀ ਹੋ ਗਿਆ ਸੀ ਮੈਡੀਕਲੀ ਹਾਂ ਹਾਂਜੀ ਹਾਂਜੀ ਕਈ ਇੱਕ ਵਾਰੀ ਮੈਨੂੰ ਆ ਆਓਬੀਸੀ ਪ੍ਰੋਬਲਮ ਰੇਮਟਾਇਡ ਆਰਥਰਾਇਟਸ ਦੀ ਉਹ ਤਾਂ ਕਾਫੀ ਜ਼ਿਆਦਾ ਹੋ ਗਈ ਸੀ इवन ਸੋਫੇ ਤੋਂ ਵੀ ਉੱਠਣ ਤੇ ਮੈਨੂੰ 5 ਮਿੰਟ ਲੱਗ ਜਾਂਦੇ ਸੀ ਹੌਲੀ ਹੌਲੀ ਜਿਵੇਂ ਦਰਦ ਬਹੁਤ ਹੁੰਦਾ ਸੀ ਹਨਾ ਤੇ ਉਦੋਂ ਥੋੜਾ ਜਿਹਾ ਲੱਗਿਆ ਸੀ ਉਹ ਵੀ ਹੋ ਗਿਆ ਠੀਕ ਕੀ ਹੋਇਆ ਸੀ ਭਾਈ ਜੀ ਰੇਮਟਾਇਡ ਆਰਥਰਾਈਟਿਸ ਇਹ ਜੌਬ ਕਰਦੇ ਸੀਗੇ ਟੀਚਿੰਗ ਜੌਬਸ ਸੀਗੇ ਰੇਮਟਾਇਡ ਉਦੋਂ ਸਾਡੇ ਘਰੇ ਕਾਫੀ ਸਮੱਸਿਆਵਾਂ ਇੱਕੋ ਦਮ ਹੀ ਚੱਲੀਆਂ ਜਿਵੇਂ ਮੇਰੇ ਮਦਰ ਦੀ ਡੈਥ ਹੋ ਗਈ ਸਾਡੇ ਜੁਆਇੰਟ ਫੈਮਿਲੀ ਸੀ ਮੇਰੇ ਚਾਚਾ ਜੀ ਦੇ ਜੋਾਈ ਦੀ ਡੈਥ ਹੋ ਗਈ ਫਿਰ ਮੇਰੇ ਫਾਦਰ ਦੀ ਡੈਥ ਹੋ ਗਈ ਇਨ ਬੀਟਵੀਨ ਮੇਰੀ ਚਾਚੀ ਨੂੰ ਪੈਰਾਲਿਸਿਸ ਹੋ ਗਿਆ ਫਿਰ ਘਰ ਬिखर ਗਿਆ ਸਾਡਾ ਜਿਹੜਾ ਜੁਆਇੰਟ ਫੈਮਿਲੀ ਸੀ ਉਸੀ ਅਲੱਗ-ਅਲੱਗ ਕਰ ਲੈ ਲੇ ਮੇਰੀ ਵਾਈਫ ਇਹਨਾਂ ਨੂੰ ਗੱਜਲ ਨੂੰ ਰਿਮਟਿਡ ਆਰਥਰਾਈਟਿਸ ਕਹਿੰਦੇ ਨੇ ਆਪਾਂ ਹਾਂਜੀ ਗਠੀਆ ਕਹਿ ਲੋ ਉਹਦਾ ਇੱਕੋ ਦਾ ਅਟੈਕ ਹੀ ਹੋਇਆ ਮਤਲਬ ਪਹਿਲਾਂ ਬਾਹ ਖੜ ਗਈ ਉਸ ਤੋਂ ਬਾਅਦ ਹੌਲੀ-ਹੌਲੀ ਲੱਤ ਕਾਫੀ ਜ਼ਿਆਦਾ ਇਨੱਕ ਹੋ ਗਈ ਪ੍ਰੋਬਲਮ ਕਿ ਜਿਵੇਂ ਸੋਫੇ ਤੋਂ ਬਾਥਰੂਮ ਤੱਕ ਵੀ ਜਾਣਾ ਅਸੰਭਵ ਹੋ ਗਿਆ ਇੱਕ ਤਰ੍ਹਾਂ ਨਾਲ ਜੀ ਤੇ ਉਦੋਂ ਕਾਫੀ ਮੈਂ ਉਦੋਂ ਰੋਇਆ ਹਨਾ ਕੱਲਾ ਜਾ ਕੇ ਵੀ ਕਿਉਂਕਿ ਅਸੀਂ ਬਿਲਕੁਲ ਇਕੱਲੇ ਹੋ ਗਏ ਸੀਗੇ ਮਾਂ ਪਿਓ ਨਹੀਂ ਰਹੇ ਹਨਾ ਤੇ ਬੱਚਿਆਂ ਨੂੰ ਸੰਭਾਲਣਾ ਇਹਨਾਂ ਨੂੰ ਦੇਖਣਾ ਤੇ ਇਹ ਮੇਰੇ ਸਾਹਮਣੇ ਨਾ ਰੋ ਕੇ ਮੇਰੀ ਬੈਕ ਤੋਂ ਹਨਾ ਰੋਂਦੇ ਸੀਗੇ ਵੀ ਸਾਨੂੰ ਸਮਝ ਨਹੀਂ ਆ ਰਿਹਾ ਕਿ ਕਰੀਏ ਕੀ ਹੁਣ ਇਹ ਤਾਂ ਜਿਵੇਂ ਹੀ ਔਖੀ ਹੋ ਗਈ ਸਥਿਤੀ ਲਾਈਫ ਲਈ ਫਿਰ ਅਸੀਂ ਬਹੁਤ ਤਰ੍ਹਾਂ ਤਰ੍ਹਾਂ ਦੇ ਇਲਾਜ ਇੱਥੇ ਤੁਹਾਨੂੰ ਪਤਾ ਵੀ ਆਪਣੇ ਇੱਥੇ ਜਿਹੜਾ ਵੀ ਬੰਦਾ ਆਉਂਦਾ ਡਾਕਟਰ ਹੀ ਆਉਂਦਾ ਹਰੇਕ ਬੰਦਾ ਸ਼ਰਤੀਆ ਵੀ ਆਉਂਦਾ ਇੱਕ ਵਾਰੀ ਜਗਦੇਵ ਸਿੰਘ ਜਸਸੋਵਾਲ ਹੁਣੀ ਬਿਮਾਰ ਹੋ ਗਏ ਸੀ ਕਹਿੰਦੇ ਤੇ ਉਹਨਾਂ ਦੇ ਨਾ ਇੰਨੇ ਕ ਬੰਦੇ ਆਏ ਕਿ ਉਹਨਾਂ ਨੇ ਪਿੱਛੇ ਪਰਚਾ ਲਿਖ ਕੇ ਲਾਤਾ ਕਿ ਇੱਥੇ ਹਥੌਲੇ ਪੌਣ ਤੋਂ ਲੈ ਕੇ ਪੀਜੀਆਈ ਤੱਕ ਸਾਰੇ ਇਲਾਜ ਚੱਲ ਰਹੇ ਹਨ ਕਿਰਪਾ ਕਰਕੇ ਹੋਰ ਸਲਾਹ ਨਾ ਦਿੱਤੀ ਜਾਵੇ ਜੀ ਸਾਡੇ ਨਾਲ ਵੀ ਇਹੀ ਹੋਇਆ ਸੀ ਗਲੀ ਚ ਰੇੜੀ ਬੜਾ ਬੰਦਾ ਵੀ ਆ ਕੇ ਪੱਕਾ ਲਾਜ ਜਾਸ ਕੇ ਜਾਂਦਾ ਸੀਗਾ ਇਹਨਾਂ ਨੂੰ ਇਹਨਾਂ ਨੇ ਹਰੇਕ ਲਾਜ ਕੀਤਾ ਹੂੰ ਕਿਉਂਕਿ ਜਦੋਂ ਬੰਦਾ ਫਸਿਆ ਹੁੰਦਾ ਨਾ ਉਹਨੂੰ ਕੋਈ ਵੀ ਛੋਟੀ ਜੀਵੀ ਰੋਸ਼ਨੀ ਦੇਖੇ ਅਗਲੇ ਨੂੰ ਉਹੀ ਰੋਸ਼ਨੀ ਦਾ ਪੂਰਾ ਸੂਰਜ ਹੀ ਲੱਗਦਾ ਵੀ ਸ਼ਾਇਦ ਇਧਰੋਂ ਬਚ ਜਾਗੇ ਜੀ ਜੀ ਪਰ ਉਹ ਹੋਇਆ ਨਹੀਂ ਕੁਝ ਵੀ ਠੀਕ ਬਹੁਤ ਬਰਸ ਹੋ ਗਈ ਕੰਡੀਸ਼ਨ ਫਿਰ ਅਸੀਮ ਲੁਧਿਆਣੇ ਇੱਕ ਡਾਕਟਰ ਨੇ ਪ੍ਰਸ਼ਾਂਤ ਅਗਰਵਾਲ ਉਨ੍ਹਾਂ ਤੋਂ ਜਾ ਕੇ ਮੈਡੀਸਨ ਸ਼ੁਰੂ ਕੀਤੀ ਬੜੇ ਸਾਇੰਟਿਫਿਕ ਢੰਗ ਨਾਲ ਉਹਨਾਂ ਨੇ ਦਿੱਤੀ ਇਹਨਾਂ ਨੂੰ ਕਿਹਾ ਕਿ ਤੁਸੀਂ ਉਹ ਕੰਮ ਕਰੋ ਜਿਹੜਾ ਤੁਹਾਨੂੰ ਮਾਨਸਿਕ ਤੌਰ ਤੇ ਖੁਸ਼ੀ ਦਵੇ ਕਿਤਾਬਾਂ ਪੜੋ ਤੁਸੀਂ 뮤ਜ਼ਿਕ ਸੁਣੋ ਮੈਡੀਟੇਸ਼ਨ ਕਰੋ ਉਹ ਮੈਂ ਪਹਿਲਾਂ ਡਾਕਟਰ ਦੇਖਿਆ ਸੀ ਜਿਨੇ ਪ੍ਰੈਸਕ੍ਰਿਪਸ਼ਨ ਦੇ ਵਿੱਚ ਕਿਤਾਬ ਲਿਖੀ ਹਾਂਜੀ ਯੂ ਕੈਨ ਹੀਲ ਯਰ ਲਾਈਫ ਉਹਨੇ ਇਹਨਾਂ ਦੇ ਫੋਨ ਦੇ ਵਿੱਚ ਮੈਡੀਟੇਸ਼ਨ ਵਾਲੇ ਆਡੀਓ ਅਪਲੋਡ ਕਰਵਾਏ ਇਹ ਕਹਿੰਦੇ ਮੈਨੂੰ ਪਲਾਂਟੇਸ਼ਨ ਦਾ ਜੀ ਕਰਦਾ ਸ਼ੌਂਕ ਹੈ ਫੁੱਲਾਂ ਦਾ ਅਸੀਂ ਫਿਰ 2-250 ਗਮਲਾ ਲੈਂਦਾ ਘਰੇ ਫਿਰ ਇਹਨਾਂ ਨੇ ਬੀਜਾਂ ਤੋਂ ਸ਼ੁਰੂ ਕੀਤੇ ਲਾਉਣੇ ਆਪ ਲਾਉਂਦੇ ਉਹਨਾਂ ਚੋਂ ਬੂਟੇ ਨਿਕਲਦੇ ਫਿਰ ਫੁੱਲ ਨਿਕਲਦੇ ਫਿਰ ਅਸੀਂ ਛੱਤ ਤੇ ਡਰਮ ਕਟਵਾ ਕਟਵਾ ਕੇ ਲਾਲੇ ਸਬਜ਼ੀਆਂ ਵੀ ਛੱਤ ਤੇ ਗੋਭੀ ਸ਼ਿਮਲਾ ਮਿਰਚਾਂ ਸਭ ਕੁਝ ਤੇ ਉਹ ਜਦੋਂ ਨਿਕਲਦਾ ਹੈ ਖੁਸ਼ ਹੁੰਦੇ ਫਿਰ ਅਸੀਂ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋਏ ਇਹ ਵਾਕ ਸ਼ੁਰੂ ਕੀਤੀ ਵਾਕ ਤੋਂ ਲੰਬੀਆਂ ਵਾਕਸ ਸ਼ੁਰੂ ਕੀਤੀਆਂ ਫਿਰ ਮੈਂ ਉਦੋਂ ਪਹਿਲਾਂ ਐਡਵੈਂਚਰ ਕਰਦਾ ਸੀ ਟਰੈਕਿੰਗ ਫਿਰ ਉਦੋਂ ਬਾਅਦ ਮੈਂ ਸੋਚ ਲਿਆ ਕਿ ਅਸੀਂ ਇਕੱਠੇ ਕਰਾਂਗੇ ਜੋ ਕਰਾਂਗੇ ਹੂੰ ਫਿਰ ਅਸੀਂ ਵਾਕ ਤੇ ਜਾਂਦੇ ਸਵੇਰੇ ਰੋਜ਼ ਗਾਰਡਨ ਕੋਲੇ ਘਰ ਸੀ ਉਦੋਂ ਸਾਡਾ ਬਟਿੰਡੇ ਨਹਿਰ ਦੇ ਨਾਲ-ਨਾਲ ਵਾਕ ਕਰਦੇ ਅਸੀਂ ਫਿਰ ਵੱਡੀ ਟਰੈਕਿੰਗ ਦਾ ਪਲਾਨ ਕੀਤਾ ਸੀ ਗਲੇਸ਼ੀਅਰ ਤੱਕ ਜੀ ਮਿੰਕਿਆਨੀ ਗਲੇਸ਼ੀਅਰ ਹੈ ਫਿਰ ਅਸੀਂ ਦੋਨੋਂ ਗਏ ਵਿਦ ਸਾਡੇ ਬੱਚੇ ਵੀ ਤੇ ਕੁਝ ਸਾਡੇ ਦੋਸ ਵਿਦਿਆਰਥੀ ਨਾਲ ਉਹ ਵੀ ਗਏ 16 ਕ ਜਣੇ ਸੀ ਅਸੀਂ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਰਾਜ ਤੇ ਉਹ ਬਹੁਤ ਸੋਣਾ ਇਹਨਾਂ ਦਾ ਪੂਰਾ ਹੋਇਆ ਹਾਂਜੀ ਜਿੱਥੇ ਕਿਤੇ ਰਾਜ ਚ ਦਿੱਕਤ ਆਉਂਦੇ ਸੀ ਅਸੀਂ ਦੋਨੋਂ ਕਰ ਲੈਂਦੇ ਸੀ ਉਹਨੂੰ ਪਾਰ ਹੱਥ ਫੜ ਫੜ ਕੇ ਪਰ ਅਸੀਂ ਉੱਥੇ ਜਾ ਕੇ ਆ ਗਏ ਵਾਪਸ ਇਹਨਾਂ ਦਾ ਵੀ ਬਹੁਤ ਜ਼ਿਆਦਾ ਕੌਨਫੀਡੈਂਸ ਪੂਸਟ ਹੋਇਆ ਉਹਦੇ ਨਾਲ ਕਿ ਮੈਂ ਆ ਕਰ ਸਕਦੀ ਆ ਅਣਜਿੱਥੇ ਲੋਕ ਜਾਣ ਤੋਂ ਡਰਦੇ ਆ ਡਾਕਟਰ ਨੂੰ ਦਿਖਾਈਆਂ ਫੋਟੋਆਂ ਡਾਕਟਰ ਬਹੁਤ ਹੈਰਾਨ ਵੀ ਹੋਇਆ ਤੇ ਖੁਸ਼ ਵੀ ਉਹ ਕਹਿੰਦੇ ਕਿ ਆ ਵੀ ਮੈਂ ਦੱਸੂਗਾ ਇਹ ਤਸਵੀਰਾਂ ਵੀ ਦਿਖਾਉਂਗਾ ਜਿਹੜੇ ਪੇਸ਼ੈਂਟ ਦਿਲ ਛੱਡ ਜਾਂਦੇ ਆ ਕਿ ਬਿਲਕੁਲ ਜਿਹੜੀ ਲੇਡੀ ਕਾਈਂਡ ਆਫ 휠ਚੇਅਰ ਤੇ ਸਾਡੇ ਕੋਲੇ ਆਉਂਦੀ ਹੈ ਉਹ ਇੰਨਾਕ ਠੀਕ ਹੋ ਸਕਦੀ ਹੈ ਕਿ ਹਾਈ ਐਲਟੀਟਿਊਡ ਦੀ ਟਰੈਕਿੰਗ ਕਰ ਸਕਦੀ ਹੈ ਹੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਆਪਣੇ ਤੇ ਥੋੜਾ ਜਿਹਾ ਧਿਆਨ ਦੇਣਾ ਸ਼ੁਰੂ ਕੀਤਾ ਪਹਿਲਾਂ ਇੰਨਾ ਹੁੰਦਾ ਨਹੀਂ ਹੈ ਨਾ ਕਿ ਸਾਰਾ ਆਪ ਦੇ ਵੱਲ ਔਰਤ ਜ਼ਿਆਦਾਤਰ ਆਪ ਦੇ ਬਾਰੇ ਨਹੀਂ ਸੋਚਦੀ ਹਾਂਜੀ ਜਦੋਂ ਮੈਂ ਬੁੱਕ ਪੜ੍ਹੀ ਨਾ ਸਾਰੇ ਪਰਿਵਾਰ ਬਾਰੇ ਸੋਚੀ ਜਊ ਆਪ ਦੇ ਬਾਰੇ ਨਹੀਂ ਸੋਚੂਗੀ ਯੂ ਕੈਨ ਹੀਲ ਯਰ ਲਾਈਫ ਉਹ ਬੁੱਕ ਤੋਂ ਵੀ ਮੈਂ ਬਹੁਤ ਕੁਝ ਸਿੱਖਿਆ ਤੇ ਉਹਨਾਂ ਨੇ ਕਿੰਨੇ ਸਾਰੇ ਜਿਵੇਂ ਸਿਸਟਰ ਸ਼ਿਵਾਨੀ ਹੈ ਉਹਨਾਂ ਦੇ ਕਾਫੀ ਵੀਡੀਓਜ਼ ਮੈਨੂੰ ਦਿੱਤੇ ਹਨਾ ਉਹ ਮੈਂ ਸੁਣਿਆ ਫਿਰ ਹੌਲੀ ਹੌਲੀ ਸੀ ਹੋਰ ਜ਼ਿਆਦਾ ਸੁਣਨਾ ਸ਼ੁਰੂ ਕੀਤਾ ਹੈ ਨਾ ਉਦੇ ਨਾਲ ਵੀ ਕਾਫੀ ਚੇਂजेस ਆ ਗਏ। ਓਸ਼ੋ ਨੂੰ ਹੋਰ ਜਿੰਨੇ ਵੀ ਫਿਲਾਸਫਰ ਹੋ ਸਕਦੇ ਸੀਗੇ ਉਹ ਸੁਣੇ, ਪੜ੍ਹੇ ਇਹਨਾਂ ਨੇ। ਹਾਂਜੀ। ਤੇ ਬਹੁਤ ਹੀ ਆਨੰਦ ਵਾਲੀ ਅਵਸਥਾ 'ਚ ਆ ਗਏ। ਹੁਣ ਵੀ ਦਿੱਕਤ ਆ ਜਾਂਦੀ ਹੈ ਜਿਵੇਂ ਇਸ ਵਿੰਟਰਸ 'ਚ ਰਹੀ ਥੋੜੀ ਬਟ ਉਵੇਂ ਟੈਨਸ਼ਨ ਨਹੀਂ ਲੈਂਦੇ ਹੁਣ ਉਸ ਦੇ ਆਉਣ ਨਾਲ। ਕਿਉਂਕਿ ਇਹ ਹੁੰਦਾ ਹੈ ਇਹ ਦਿੱਕਤਾਂ ਸਰੀਰਕ ਬਿਮਾਰੀਆਂ ਉਹ ਐ ਜਿਹੜੀਆਂ ਸਾਡੇ ਮਨ ਨਾਲ ਜ਼ਿਆਦਾ ਜੁੜੀਆਂ। ਅਸੀਂ ਮਾਨਸਿਕ ਤੌਰ ਤੇ ਜਦੋਂ ਨਿਗਾਰ ਚਲੇ ਜਾਂਦੇ ਹਾਂ ਸਰੀਰਕ ਬਿਮਾਰੀਆਂ ਉੱਪਰ ਆ ਜਾਂਦੀਆਂ ਬਹੁਤ ਜ਼ਿਆਦਾ। ਅਸੀਂ ਹੁਣ ਮਾਨਸਿਕ ਤੌਰ ਤੇ ਜਿਹਨੂੰ ਪੰਜਾਬੀ ਚ ਸਾਡੇ ਬੜਾ ਸੋਹਣਾ ਕਨਸੈਪਟ ਦਿੱਤਾ ਗੁਰੂਆਂ ਨੇ ਚੜ੍ਹਦੀ ਕਲਾ ਦਾ ਅਸੀਂ ਮਾਨਸਿਕ ਤੌਰ ਤੇ ਹੁਣ ਚੜ੍ਹਦੀ ਕਲਾ ਚ ਰਹਿੰਦੇ ਆ ਤੇ ਉਹ ਸਰੀਰਕ ਤੌਰ ਤੇ ਆਉਂਦੀ ਵੀ ਇਹ ਦਿੱਕਤ ਹਜੇ ਵੀ ਕਦੇ-ਕਦੇ ਕਿਉਂਕਿ ਇਹ ਆਰਥਰਾਈਟਸ ਆ ਜਿਹੜਾ ਕੰਪਲੀਟਲੀ ਕਦੇ ਠੀਕ ਨਹੀਂ ਹੁੰਦਾ ਪਰ ਅਸੀਂ ਉਹਨੂੰ ਹੁਣ ਫੜ ਕੇ ਗੋਡਿਆਂ ਥੱਲੇ ਲੈ ਲੈਂਦੇ ਆ ਕਿਆ ਬਾਤ ਜਦੋਂ ਘਰ ਵਿੱਚ ਧੀ ਜਵਾਨ ਹੋ ਰਹੀ ਹੋਵੇ ਪੁੱਤ ਜਵਾਨ ਹੋ ਰਿਹਾ ਹੋਵੇ ਇੱਕ ਮਾਪਿਆਂ ਦਾ ਫਿਕਰ ਹੁੰਦਾ ਦੀ ਵਾਸਤੇ ਕੋਈ ਚੰਗਾ ਅੱਗੇ ਬਾਰਵੀ ਲੱਭਣਾ ਹੈ ਹੈਨਾ ਨੂਰਾਣੀ ਵੀ ਲਿਆਉਣੀ ਹੈ ਜਿਵੇਂ ਪੁੱਛਾਂ ਕਿ ਕੱਲ ਨੂੰ ਧੀ ਕਿਸੇ ਮੁੰਡੇ ਦੀ ਚੋਣ ਕਰ ਲੈਂਦੀ ਹੈ ਹਾਂਜੀ ਮੁੰਡਾ ਕੱਲ ਨੂੰ ਕਿਸੇ ਕੁੜੀ ਦੀ ਚੋਣ ਕਰ ਲੈਂਦਾ ਹੈ ਹਾਂਜੀ ਇੱਕ ਮਾਂ ਕੀ ਸੋਚਦੀ ਐਸਾਂ ਨੂੰ ਸਿੱਧੇ ਤੌਰ ਤੇ ਰੈਕਸ਼ਨ ਕੀ ਕਰ ਲਾਂ ਬੈਟਰ ਹੀ ਦੇਖਾਂਗੇ ਆਪਦੇ ਵਾਸਤੇ ਕੁਝ ਟਾਈਮ ਉਹਦੇ ਨਾਲ ਸਹੀ ਇਹ ਅਗਲੀ ਗੱਲ ਫੇਰ ਇਹ ਪ੍ਰੋਸਾਈ ਕਿਉਂ ਹੈ ਇਸ ਗੱਲ ਦਾ ਨਹੀਂ ਹਾਂ ਉਹ ਬੈਟਰ ਬੈਟਰ ਸੋਚ ਸਕਦੇ ਨੇ ਮੈਟਰ ਸਮਝ ਸਕਦੇ ਕਿਉਂਕਿ ਅ ਬੱਚਾ ਜੇ ਕਿਸੇ ਨੂੰ ਮਿਲਦਾ ਹੈ ਹਨਾ ਉਹਨਾਂ ਨਾਲ ਗੱਲਬਾਤ ਕਰਦਾ ਉਹਨੂੰ ਜਾਣਦਾ ਤੇ ਜਾਣੇ ਬਗੈਰ ਵਿਆਹ ਕਰਨ ਦਾ ਕੋਈ ਫਾਇਦਾ ਨਹੀਂ ਜਿਵੇਂ ਹੁਣ ਪਹਿਲੇ ਟਾਈਮ ਚ ਅਰੇਂਜ ਮੈਰਿਜਸ ਹੋ ਹੁਣ ਵੀ ਹੁੰਦੇ ਆ ਉਹਨ ਵੀ ਹੁੰਦੀਆਂ ਪਰ ਮੈਂ ਨਹੀਂ ਚਾਹੁੰਦੀ ਮੈਂ ਇਹ ਚਾਹੁੰਦੀ ਆ ਕਿ ਅ ਬੱਚੇ ਜੇ ਨਾਲ ਵਿਆਹ ਕਰਦੇ ਬੇਟੀ ਹੈ ਚਾਹੇ ਬੇਟਾ ਹਨਾ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਜਾਣਨ ਇੱਕ ਦੂਜੇ ਨੂੰ ਸਮਝ ਸਕਣ ਫੇਰੇ ਵਿਆਹ ਕਰਨ ਦਾ ਫਾਇਦਾ ਅਦਰਵਾਇਜ਼ ਕੋਈ ਫਾਇਦਾ ਨਹੀਂ ਹੂੰ ਹੁਣ ਸਾਡੇ ਵਰਗੇ ਸਾਰੇ ਨਹੀਂ ਨਾ ਹੁੰਦੇ ਸਾਡੀ ਅਰੇਂਜ ਮੈਰਿਜ ਹੋਈ ਸੀ ਹੈ ਨਾ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਨਾ ਤੇ ਸਮਝਾ ਵੀ ਔਰ ਇੱਕ ਦੂਜੇ ਨੂੰ ਹੈਲਪ ਕਰਨ ਲਵ ਆਫਟਰ ਮੈਰਿਜ ਰਿਆ ਹਮ ਹੁਣ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਭਰੋਸਾ ਇਹ ਸ਼ਾਇਦ ਇਸ ਕਰਕੇ ਹੈ ਕਿ ਇਨਕ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਗਿਆਨ ਲਾ ਲਓ ਜਾਂ ਇੰਨਾ ਕੋ ਉਹਨਾਂ ਨੂੰ ਸਮਝ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਘਟੋ ਘਟ ਏ ਜ਼ਿੰਦਗੀ ਭਰ ਦਾ ਮਸਲਾ ਜਿਹੜਾ ਇੱਥੇ ਗਲਤ ਡਿਸੀਜਨ ਨਾ ਲੈਣ ਹਾਂਜੀ ਅਸੀਂ ਕਈ ਵਾਰੀ ਕਈ ਵਾਰੀ ਉਹਨਾਂ ਨਾਲ ਬੈਠ ਕੇ ਉਹਨਾਂ ਡਿਸਕਸ਼ਨ ਕਰਦੇ ਹਾਂ ਮਤਲਬ ਖੁੱਲੀ ਡਿਸਕਸ਼ਨ ਹੁੰਦੀ ਹੈ ਸਾਡੇ ਚਾਰਾਂ ਦੀ ਬੱਚਿਆਂ ਨੂੰ ਪੁੱਛਦੇ ਹਾਂ ਹਨਾ ਉਹਨਾਂ ਨੂੰ ਗੱਲਾਂ ਗੱਲਾਂ ਵਿੱਚ ਮਤਲਬ ਜੋ ਸਾਡਾ ਐਕਸਪੀਰੀਅੰਸ ਹੈ ਉਹ ਸ਼ੇਅਰ ਕਰਦੇ ਹਾਂ ਜਾਂ ਲੋਕਾਂ ਦੀਆਂ ਵੀ ਗੱਲਾਂ ਕਰਦੇ ਆ ਵੀ ਉਹਦੇ ਨਾਲ ਐ ਹੋਇਆ ਜਾਂ ਉਹਦੇ ਨਾਲ ਐ ਹੋਇਆ ਹਨ ਹਾਂ ਤੁਹਾਨੂੰ ਕੀ ਲੱਗਦਾ ਹੈ ਕਿਵੇਂ ਹੋਣਾ ਚਾਹੀਦਾ ਹੈ ਬੱਚੇ ਹੌਲੀ ਹੌਲੀ ਆਪ ਵੀ ਸਮਝਣ ਲੱਗ ਜਾਂਦੇ ਦੇਖਦੇ ਆਂ ਜਾਂਦੇ ਆਂ ਰੋਜ਼ ਹਨਾ ਲੋਕਾਂ ਨੂੰ ਮਿਲਦੇ ਆਂ ਸ਼ਾਇਦ ਉੱਥੋਂ ਬੱਚਾ ਹੋਰ ਵੀ ਜ਼ਿਆਦਾ ਸਿੱਖਦਾ ਹੈ ਆਪਦੇ ਫਰੈਂਡਸ ਵਿੱਚ ਇੱਕ ਤੌਕਾ ਇਹ ਵੀ ਹੈਗਾ ਸਮਝ ਦਾ ਜਿਹੜਾ ਕਹਿੰਦਾ ਹੈ ਵੈਸੇ ਤਾਂ ਅੱਜ ਕੋਰਟਾਂ ਦੇ ਵਿੱਚ ਜਦੋਂ ਸ਼ੁਰੂਆਤ ਕੀਤਾ ਜਿਵੇਂ ਗੱਲ ਮੇਰੇ ਚੇਤੇ ਆਉਂਦੀ ਹੈ ਜਦੋਂ ਅਸੀਂ ਇਹ ਨਾ ਸੋਚੀਏ ਕਿ ਕੁਪੜਾ ਸ਼ੁਰੂ ਕਰਦੇ ਆਂ ਪੈਸੇ ਜਾਂ ਕੋਈ ਯਾਰਾ ਪਹਿਲਾਂ ਕਦੇ ਸੋਚਦੇ ਸੀਗੇ ਵੀ ਯਾਰ ਜਿਹੜੀਆਂ ਲੇਖਕਾਂ ਦੇ ਘਰ ਵਾਲੀਆਂ ਨੇ ਜਿਹੜੇ ਕਲਾਕਾਰਾਂ ਆ ਟੈਕਟ ਉਹਨਾਂ ਦੇ ਘਰ ਆਈਨ ਇੰਟਰਵਿਊ ਕਰਾਂਗੇ ਜਾਂ ਕੱਲੇ ਲੇਖ ਦੀ ਇੰਟਰਵਿਊ ਕਰਾਂਗੇ ਲੇਖ ਨੂੰ ਸਿੱਧੇ ਦੌਰ ਤੇ ਹੀ ਕਰਦੇ ਆ ਬਹੁਤ ਖੂਬਸੂਰਤ ਇੰਟਰਵਿਊ ਕਰ ਪਰ ਲੇਖ ਨੂੰ ਸੁਣ ਕੇ ਰਾਜੀ ਫਿਰ ਸਿਰ ਐਂ ਜਾ ਲੱਭ ਲਿਆ ਕਿ ਲੇਖ ਨੂੰ ਸੁਣਦੇ ਨਹੀਂ ਤਾਂ ਕਾਈ ਨਾਲ ਲਾਉਨੇ ਆਪਾਂ ਇਹ ਉਹ ਸਾਡੇ ਦਿਮਾਗ ਦੀ ਹੁਣ ਸਾਨੂੰ ਕੋ ਪੁੱਛਦਾ ਕਿ ਤੁਸੀਂ ਕਿਉਂ ਸ਼ੁਰੂ ਕੀਤਾ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਅਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਦੇਖਦੇ ਆਂ ਹੂੰ ਹੂੰ ਜੋੜੀਆਂ ਦੇਖ ਵੀ ਯਾਰ ਪਰ ਜਦੋਂ ਪਹੁੰਚਦੇ ਆ ਤਾਂ ਲੱਗਦਾ ਵੀ ਟੁੱਟੇ ਹੋਏ ਨੇ ਹੂੰ ਅਲੱਗ-ਅਲੱਗ ਰਹਿ ਰਹੇ ਨੇ ਕਾਟੋ ਕਲੇਸ਼ ਗੁਜ਼ਰੇ ਨੇ ਅੱਜ ਕੋਰਟ ਕਚਹਿਰੀ ਵਕੀਲ ਦੋਸਤ ਵੀ ਹੈਗੇ ਨੇ ਉਹਨੂੰ ਪੁੱਛਦੇ ਆ ਇੱਕ ਦੋ ਇਹ ਮਿੱਤਰ ਪੈਰਾਂ ਵਕੀਲ ਵੀ ਹੈਗਾ ਜਿਹਦੀ ਮੈਂ ਆਮਸਾਪੇਂ ਇੰਟਰਵਿਊ ਕਰੀ ਉਹਨੂੰ ਜਦੋਂ ਪੁੱਛਦੇ ਆ ਵੀ ਯਾਰ ਕਿੰਨੇ ਕੇਸ ਆਉਂਦੇ ਹੈ ਇਹ ਜੇ ਹੂੰ ਕਹਿੰਦਾ ਬਹੁਤ ਜ਼ਿਆਦਾ ਕਿ ਮੈਂ ਕਿੰਨੇ ਕ ਲੰਬ ਮੈਚ ਅਰੇਂਜ ਮੈਚ ਕਹਿੰਦਾ ਹੁਣ ਅਰੇਂਜ ਮਰਜ਼ੀ ਆ ਰਹੀਆਂ ਨੇ ਕਹਿੰਦਾ ਤਲਾਕ ਲੈਣ ਦੇ ਲਈ ਪਹਿਲੇ ਦੌਰ ਗੱਲਾਂ ਕਰਦੇ ਸੀ ਲੋਕ ਵੀ ਹੁਣ ਲਾਮਾ ਜਿਹੜਾ ਪੰਗੇ ਜਿਆਦਾ ਪੈਂਦੇ ਨੇ ਮੈਨੂੰ ਇਹ ਲੱਗਦਾ ਕਿ ਲਵ ਜਾਂ ਰੇਂਜ ਮੈਰਿਜ ਦਾ ਵੱਡਾ ਰੋਲ ਨਹੀਂ ਕਈ ਵਾਰੀ ਲੰਬ ਮੈਰਿਜ ਚ ਵੀ ਬੰਦੇ ਨੂੰ ਗਲਤੀ ਲੱਗ ਸਕਦੀ ਹੈ ਕਿਉਂਕਿ ਪਹਿਲਾਂ ਸੋਪਨ ਬਈ ਸੰਸਾਰ ਹੁੰਦਾਗਾ ਸਾਰੇ ਨਕਲੀ ਜਿਆਦਾਤਰ ਵਾਦੇ ਹੁੰਦੇ ਆ ਇੱਕ ਦੂਜੇ ਨੂੰ ਪ੍ਰਭਾਵ ਪ੍ਰਭਾਵਿਤ ਕਰਨ ਦੇ ਚੱਕਰ ਚ ਹਮ ਮੁੰਡਾ ਕੁੜੀ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਚ ਬਹੁਤ ਵੱਡੀਆਂ ਵੱਡੀਆਂ ਛੱਡ ਬੈਂਦਾ ਹਾਂਜੀ ਤੇ ਕੁੜੀ ਵੀ ਬਹੁਤ ਵਾਰ ਮੁੰਡੇ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਚ ਬਹੁਤ ਸਿਆਣੀ ਜਿਆਦਾ ਬਣਨ ਦੀ ਕੋਸ਼ਿਸ਼ ਕਰਦੀ ਹੈ ਜਿੰਨੇ ਕਿ ਅਸੀਂ ਹੁੰਦੇ ਨਹੀਂ ਰੀਅਲ ਲਾਈਫ ਚ ਸਾਰਿਆਂ 'ਚ ਸਾਡੇ ਕਮੀਆਂ ਵੀ ਹੁੰਦੀਆਂ ਸਾਡੇ ਸਾਡੇ ਪੋਜ਼ਿਟਿਵ ਪੁਆਇੰਟਸ ਵੀ ਹੁੰਦੇ ਆ ਪਰ ਜਦੋਂ ਕੇਸੇ ਦਾ ਪ੍ਰੇਮ ਪ੍ਰਸੰਗ ਚੱਲ ਰਿਹਾ ਹੁੰਦਾ ਅਸੀਂ ਆਪਣੀਆਂ ਕਮੀਆਂ ਨੂੰ ਲੁਕੋ ਕੇ ਸਿਰਫ ਆਫ ਦਾ ਪੋਜ਼ਿਟਿਵ ਪੱਖ ਦਿਖਾਉਣਾ ਹੈ ਤਾਂ ਕਿ ਅਸੀਂ ਦੂਜੇ ਬੰਦੇ ਨੂੰ ਪ੍ਰਭਾਵਿਤ ਕਰ ਸਕੀਏ ਉਹ ਕੌਨਸ਼ੀਅਸਲੀ ਵੀ ਹੋ ਜਾਂਦਾ ਸਬਕੌਨਸ਼ੀਅਸਲੀ ਵੀ ਹੋ ਜਾਂਦਾ ਅਸੀਂ ਸੋਨਾ ਬਣ ਕੇ ਦਿਖਾਉਣਾ ਹੁੰਦਾ ਅਸੀਂ ਬੜਾ ਵਧੀਆ ਬਣ ਕੇ ਦਿਖਾਉਣਾ ਹੁੰਦਾ ਉਹਨੂੰ ਪਰ ਜਦੋਂ ਵਿਆਹ ਹੁੰਦਾ ਫਿਰ ਕਹਿੰਦੇ ਨੇ ਵੀ ਲੂਣ ਤੇਲ ਦਾ ਭਾਪਾ ਪਤਾ ਲੱਗ ਜਾਂਦਾ ਉਮੀ ਅਰੇਂਜ ਮੈਰਿਜ ਚ ਵੀ ਹੁੰਦਾ ਬਹੁਤ ਕੁਸ਼ਲ ਵਿਚੋਲਾ ਵਿੱਚ ਓਲਾ ਕਹਿੰਦੇ ਲੁਕੋ ਜਾਂਦਾ ਤੇ ਕੁੜੀ ਦੇ ਘਰ ਦੇ ਵੀ ਇਹੀ ਦੱਸਦੇ ਵੀ ਸਾਡੀ ਕੁੜੀ ਤਾਂ ਭਾਈ ਬਾਲੀ ਹੋਈ ਨਜਾਇਜ਼ ਸਿਆਣੀ ਆ ਮੁੰਡੇ ਦੇ ਘਰ ਦੇ ਵੀ ਕਹਿੰਦੇ ਵੀ ਸਾਡਾ ਮੁੰਡਾ ਸਾਡੇ ਮੁੰਡੇ ਵਰਗਾ ਮੁੰਡਾ ਹੀ ਹੈ ਨਹੀਂ ਕੋਈ ਹਾਂਜੀ ਔਰ ਇੱਕ ਗੱਲ ਹੋਰ ਸਾਡੇ ਵਿੱਚ ਇਹੋ ਜਿਹੀ ਕੋਈ ਗੱਲਾਂ ਹੀ ਨਹੀਂ ਹੋਈਆਂ ਕਿ ਕੁੜੀ ਨੂੰ ਜਿਵੇਂ ਆਹ ਕਹਿ ਰਿਹਾ ਉਹ ਜੀ ਕੋਈ ਗੱਲ ਨਹੀਂ ਹੋਈ ਇੱਕ ਦੂਜੇ ਨੂੰ ਦੇਖ ਕੇ ਹੀ ਅਸੀਂ ਜਾਣਿਆ ਵੀ ਸ਼ਾਇਦ ਇੱਕ ਦੂਜੇ ਨੂੰ ਦੇਖ ਕੇ ਹੀ ਪਸੰਦ ਕਰ ਲਿਆ ਸੀ ਹਨ ਹੌਲੀ 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 ਸਮਝ ਆਇਆ ਸਾਰਾ ਕੁਝ ਪਰ ਇਹ ਤਾਂ ਸਬੱਬ ਹੋ ਜਾਂਦਾ ਪਰ ਜ਼ਰੂਰੀ ਨਹੀਂ ਇਹ ਸਬੱਬ ਹਰ ਵਾਰੀ ਹੋਵੇ ਤਾਂ ਸਾਨੂੰ ਸੁਚੇਤ ਰਹਿ ਕੇ ਫੈਸਲਾ ਕਰਨ ਦੀ ਲੋੜ ਹੈ ਮੇਰੇ ਹਿਸਾਬ ਨਾਲ ਇਹ ਜ਼ਰੂਰੀ ਨਹੀਂ ਕਿ ਹਰ ਵਾਰੀ ਇਹ ਸਬੱਬ ਬੀਤੇ ਹੀ ਇਹ ਉਲਟਾ ਵੀ ਪੈ ਸਕਦਾ ਹੈਗਾ ਤੇ ਇਸ ਲਈ ਅੱਜ ਦੇ ਦੌਰ ਚ ਜ਼ਰੂਰਤ ਹੈ ਕਿ ਪਹਿਲਾਂ ਚੰਗੀ ਤਰ੍ਹਾਂ ਜਾਣ ਲਿਆ ਜਾਵੇ ਇੱਕ ਦੂਜੇ ਨੂੰ ਬਿਲਕੁਲ ਸਹੀ ਕਿਉਂਕਿ ਅਰੇਂਜ ਵਰ ਇਜ਼ ਦਾ ਕੋਈ ਬੰਦਾ ਨਹੀਂ ਮਤਲਬ ਮਾਪੇ ਤੁਹਾਡੇ ਵਾਸਤੇ ਦੇਖ ਰਹੇ ਹਨਾ ਮਾਪਿਆਂ ਨੂੰ ਕੀ ਪਤਾ ਵੀ ਉਹ ਅਗਲਾ ਜਿਹੜਾ ਬੱਚਾ ਨੂੰ ਤੁਸੀਂ ਦੇਖ ਰਹੇ ਹੋ ਉਹ ਕਹੋ ਜ ਹੈ ਤੁਸੀਂ ਉਹਦਾ ਲਾਈਫ ਸਟਾਈਲ ਥੋੜੀ ਦੇਖ ਰਹੇ ਹੋ ਹੂੰ ਤਾਂ ਜੋਨ ਦੇ ਘਰਦਿਆਂ ਨੇ ਦੱਸਿਆ ਜਾਂ ਜੋ ਵਿਚੋਲੇ ਨੇ ਦੱਸਿਆ ਜਾਂ ਜਾਨ ਜੀ ਤੋਂ ਕਈ ਵਾਰ ਕਨਫਰਮ ਕਰਾਉਣੇ ਆ ਕਿੰਨੇ ਕ ਬੰਦਿਆਂ ਤੋਂ ਦੋ ਬੰਦਿਆਂ ਤੋਂ ਮੰਨ ਲਓ ਪੁੱਛ ਲਿਆ ਉਹ ਦੋਨੋਂ ਹੀ ਬੰਦੇ ਉਹ ਹੈ ਜਿਨ੍ਹਾਂ ਨੇ ਉਸ ਬੰਦੇ ਦਾ ਸਿਰਫ ਪੋਜ਼ਿਟਿਵ ਐਸਪੈਕਟ ਹੀ ਜਾਣਦੇ ਆ ਜਿਨ੍ਹਾਂ ਨੇ ਤੁਸੀਂ ਕਨਫਰਮ ਕਰਵਾਇਆ ਹੈਨਾ ਕਿ ਵੀ ਮੈਂ ਦੇਖਿਆ ਮੁੰਡਾ ਦੇਖਿਆ ਕੁੜੀ ਲਈ ਤੇ ਤੁਸੀਂ ਇਹਦੇ ਬਾਰੇ ਪਤਾ ਕਰ ਦੋ ਉਹ ਜਿਹੜੇ ਤੋਂ ਤੁਸੀਂ ਕਿਹਾ ਪਤਾ ਕਰ ਦੋ ਜ਼ਰੂਰੀ ਥੋੜੀ ਉਹਨਾਂ ਨੂੰ ਉਹਦੇ ਦੂਜੇ ਪੱਖ ਵੀ ਪਤਾ ਹੋਣ ਦੋਈ ਬੰਦੇ ਨੇ ਉਹਨੂੰ ਜਾਣਨ ਵਾਲੇ ਤਾਂ 100 ਹੋਣਗੇ 200 ਹੋਣਗੇ ਸੋ ਇਹ ਮੇਰੇ ਹਿਸਾਬ ਨਾਲ ਜਿਵੇਂ ਅਸੀਂ ਆਪਦੇ ਬੱਚਿਆਂ ਦੀ ਪੜ੍ਹਾਈ 'ਚ ਕੋਈ ਇੰਟਰਫੀਰੈਂਸ ਨਹੀਂ ਕੀਤਾ ਮੋਟੀਵੇਟ ਜ਼ਰੂਰ ਕੀਤਾ ਅ ਇਕਨ ਖਲੇਲ ਜੇ ਬ੍ਰਾਂ ਹੈ ਬੜਾ ਮਸ਼ਹੂਰ ਲੇਖਕ ਹੈ ਉਹਦੀ ਕਿਤਾਬਾਂ ਉਹ ਲਿਖਦਾ ਹੈ ਕਿ ਮਾਂ ਪਿਓ ਤੋਂ ਨੂੰ ਅੱਛੇ ਹੁੰਦੇ ਆ ਬੱਚੇ ਤੀਰ ਹੁੰਦੇ ਆ ਤੇ ਤਨੁਸ਼ ਦਾ ਇਹ ਹੈ ਕਿ ਝੁਕੂਗਾ ਜਿਹੜਾ ਤਨੁਸ਼ ਜਿੰਨਾ ਜ਼ਿਆਦਾ ਝੁੱਕ ਸਕਦਾ ਹੈ ਉਹਦਾ ਤੀਰ ਉਨਾ ਹੀ ਦੂਰ ਜਾ ਸਕਦਾ ਹੂੰ ਤਨੁਸ਼ ਕਦੇ ਵੀ ਤੀਰ ਦੇ ਨਾਲ-ਨਾਲ ਸਫ਼ਰ ਨਹੀਂ ਕਰ ਸਕਦਾ ਤੁਸੀਂ ਇਹ ਸੋਣੀ ਸਮਝ ਕੇ ਚੱਲੋ ਕਿ ਤੀਰ ਨੇ ਤਨੁਸ਼ ਤੋਂ ਅਲੱਗ ਹੋਣਾ ਤੁਸੀਂ ਬੱਚਿਆਂ ਨੂੰ ਇਹ ਫ੍ਰੀडम ਦਿਓ ਅਲੱਗ ਹੋਣ ਦੀ ਤੁਸੀਂ ਝੁਕੋ ਵੀ ਪਰ ਇੱਕ ਕਮਾਨ ਦਾ ਦੂਜਾ ਹੋਰ ਕੰਮ ਹੈ ਕਿ ਤੀਰ ਨੂੰ ਦਿਸ਼ਾ ਦਿਖਾਉਣੀ ਤੁਸੀਂ ਆਪਣੇ ਬੱਚੇ ਨੂੰ ਦਿਸ਼ਾ ਜ਼ਰੂਰ ਦਿਖਾਓ ਹਾਂ ਉਹਦੇ ਨਾਲ-ਨਾਲ ਨਾ ਚੱਲੋ ਹਨਾ ਉਹਦੇ ਨਾਲ ਬਨ ਕੇ ਨਾ ਰਹੋ ਜਾਂ ਉਹਨੂੰ ਬਨ ਕੇ ਨਾ ਰੱਖੋ ਉਹਨੂੰ ਆਜ਼ਾਦੀ ਵੀ ਦਿਓ ਜੈਨੇ ਆਜ਼ਾਦੀ ਵੀ ਦਿਓ ਤਾਂ ਹੋਣੀ ਚਾਹੀਦੀ ਵੀ ਬੱਚਾ ਆਪਦੀ ਕੋਈ ਵੀ ਗੱਲ ਡਿਸੀਜਨ ਲੈ ਸਕੇ ਤੁਹਾਡੇ ਨਾਲ ਦੱਸ ਵੀ ਸਕੇ ਤੁਹਾਨੂੰ ਬਿਨਾਂ ਡਰ ਤੋਂ ਹਾਂਜੀ ਹਨਾ ਤਾਂ ਉਹਨੂੰ ਤੁਸੀਂ ਇੰਨੇਕ ਦਿਓ ਕਿ ਉਹ ਖੁਦ ਜਾਣ ਸਕੇ ਉਹ ਖੁਦ ਆਪਦੇ ਆਪ ਨੂੰ ਕਲੀਅਰ ਕੱਟ ਦੱਸ ਸਕੇ ਆਪਦੇ ਵੁੱਡ ਬੀ ਜਿਹੜਾ ਹਮਸਫਰ ਆ ਹੋਣ ਵਾਲਾ ਉਹਨੂੰ ਇਹ ਦੱਸ ਸਕੇ ਮੇਰੇ ਚਾ ਕਮੀਆਂ ਹੈ ਹੂੰ ਮੈਂ ਇਦਾਂ ਦਾ ਹੀ ਆ ਬਾਈ ਹਨਾ ਮੈਂ ਜਿਵੇਂ ਹਾਂ ਮੈਂ ਇਦਾਂ ਦਾ ਹਮ ਇੰਪਰੂਵ ਹੋਣ ਦੀ ਕੋਸ਼ਿਸ਼ ਕਰ ਸਕਦਾ ਹਾਂ ਜਾਂ ਮੈਂ ਇੰਪਰੂਵ ਹੋਣ ਦੀ ਕੋਸ਼ਿਸ਼ ਕਰ ਸਕਦੀ ਹਾਂ ਪਰ ਫਿਲਹਾਲ ਮੈਂ ਹੀ ਹੂੰ ਮੈਂ ਕਲੀਅਰ ਕੱਟ ਐਵੇਂ ਆ ਜੇ ਤੈਨੂੰ ਐਵੇਂ ਪਸੰਦ ਆ ਤਾਂ ਦੇਖ ਲੈ ਹਨਾ ਹਾਂਜੀ ਹਾਂਜੀ ਬਿਲਕੁਲ ਲੁਕੋ ਉਹ ਨਹੀਂ ਬਿਲਕੁਲ ਵੀ ਉਹੀ ਬਾਅਦ ਚ ਪ੍ਰੋਬਲਮਸ ਦਾ ਕਾਰਨ ਬਣਦਾ ਸਾਡੇ ਜਿਵੇਂ ਕੁਝ ਹੈਗੇ ਜਿਹੜੇ ਮੈਂ ਦੇਖੇ ਬੰਦੇ ਉਹਨਾਂ ਨੇ ਵਿਆਹ ਤੋਂ ਪਹਿਲਾਂ ਕੁਝ ਹੋਰ ਦੱਸਿਆ ਹੋਇਆ ਸੀ ਮੁੰਡਾ ਆ ਕਰਦਾ ਉਹ ਕਰਦਾ ਇੰਨੀ ਕਮਾਈ ਆ ਉਹ ਬਾਅਦ ਚ ਕੁਝ ਹੋਰ ਨਿਕਲਿਆ ਅਰੇਂਜ ਮੈਰਿਜਸ ਚ ਜ਼ਿਆਦਾ ਮਤਲਬ ਦਿੱਕਤਾਂ ਨਿਕਲੀਆਂ ਅਸੀਂ ਬਹੁਤ ਵੱਡਾ ਬਣਾ ਕੇ ਦੱਸਿਆ ਹੋਇਆ ਸੀ ਪਰ ਅਸਲੀਅਤ ਚ ਕੁਝ ਹੋਰ ਨਿਕਲਿਆ ਫਿਰ ਬਾਅਦ ਚ ਫ੍ਰਿਕਸ਼ਨਸ ਆਈਆਂ ਹਨ ਡਾਈਵੋਰਸਸ ਵੀ ਹੋਏ ਦੇਖੇ ਆ ਮੈਂ ਆਪਦੇ ਨੋਨਸ ਚ ਤੇ ਉਹ ਅਰੇਂਜ ਚ ਵੀ ਹੋ ਸਕਦੇ ਆ ਤੇ ਲਵ ਮੈਰਿਚ ਵੀ ਹੋ ਗੁਰਪ੍ਰੀਤ ਦੇ ਫਾਦਰ ਮਦਰ ਮੰਮੀ ਜਿਹੜੀ ਬੇਸ਼ੱਕ ਅਜ ਦੋਨੇ ਚਲੇ ਗਏ ਨੇ ਉਸ ਸਮੇ ਇੱਕ ਸੱਸ ਨੂੰ ਦਾ ਰਿਸ਼ਤਾ ਹੁੰਦਾ ਹੈ ਸਹੁਰੇ ਤੇ ਨੂੰ ਦਾ ਰਿਸ਼ਤਾ ਹੁੰਦਾ ਹਾਂਜੀ ਉਹ ਕਿਵੇਂ ਦਾ ਰਿਹਾ ਕਿਵੇਂ ਦੀ ਮਾਨਤਿਕਤਾ ਸੀ ਸੱਸ ਦੀ ਸੱਸ ਵਰਗੀ ਸੱਸ ਸੀ ਜਾਂ ਓਮੀ ਸੋ ਜਿਵੇਂ ਦੂਜੇ ਸੱਸ ਸੋਚਦੀਆਂ ਨਹੀਂ ਹੈ ਉਹ ਵਦਿਆ ਨਾਇਚਾ ਸੁਣਾਦੀ ਚੰਗੇ ਸੀ ਵਧੀਆ ਵਿਵਹਾਰ ਕਰਦੇ ਸੀ ਕਿਉਂਕਿ ਮਾਹੌਲ ਬਿਲਕੁਲ ਚੇਂਜ ਹੋ ਜਾਂਦਾ ਏ ਕੁੜੀ ਵਾਸਤੇ ਹਨਾ ਜਦੋਂ ਉਹ ਆਪਣਾ ਘਰ ਛੱਡ ਕੇ ਜਾਂਦੀ ਹੈ ਹੌਲੀ ਹੌਲੀ ਉਹਨਾਂ ਨੇ ਵੀ ਮੈਨੂੰ ਬਹੁਤ ਕੁਝ ਸਿਖਾਇਆ ਤੇ ਮੈਂ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਵੀ ਕੀਤੀ ਤੇ ਵਧੀਆ ਸੀਗੀ ਅੰਡਰਸਟੈਂਡਿੰਗ ਦੋਨਾਂ ਦੀ ਤੇ ਵਧੀਆ ਚੱਲਿਆ ਅੱਜ ਚਲੇ ਗਏ ਨੇ ਹਾਂਜੀ ਘਰ ਦੇ ਵਿੱਚ ਲੱਗਦਾ ਕਿ ਹਾਂ ਵਾਕਈ ਬਜ਼ੁਰਗ ਹੋਣੇ ਜ਼ਰੂਰੀ ਨੇ ਬਿਲਕੁਲ ਹਾਂਜੀ ਜ਼ਰੂਰੀ ਹੈ ਉਹਨਾਂ ਤੋਂ ਆਪਾਂ ਬਹੁਤ ਕੁਝ ਸਿੱਖਦੇ ਹਾਂ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਮੈਨੂੰ ਲੱਗਦਾ ਹੁੰਦਾ ਹੈ ਵੀ ਉਹ ਜਿਵੇਂ ਮੂਲ ਨਾਲ ਹੋਣਾ ਵਿਆਜ ਪੈਰਾ ਤੇ ਮੈਨੂੰ ਕਈ ਮੈਂ ਸੋਚਦਾ ਹੁੰਦਾ ਹੁਣਾ ਵੀ ਦਾਦਾ ਦਾਦੀ ਬੱਚਿਆਂ ਲਈ ਬਹੁਤ ਮਹੱਤਵਪੂਰਨ ਹਾਂਜੀ ਬਿਲਕੁਲ ਹੈ ਚੀਜ਼ ਹੁੰਦੇ ਆ ਜ਼ਰੂਰ ਬਹੁਤ ਜ਼ਿਆਦਾ ਮੁਹੱਬਤ ਕੀਤੀ ਉਹਨਾਂ ਨੇ ਬੱਚਿਆਂ ਨੂੰ ਨਾ ਹਾਂਜੀ ਅਮ ਉਹਨਾਂ ਮਤਲਬ ਦਾਦੀ ਦਾ ਸਪੈਸ਼ਲੀ ਉਹਨੇ ਤਾਂ ਐਂ ਹੀ ਰੱਖਿਆ ਵੀ ਨਾ ਕੁੜੀ ਨੂੰ ਐ ਨਹੀਂ ਕਹਿਣਾ ਨਾ ਮੁੰਡੇ ਨੂੰ ਐ ਨਹੀਂ ਕਹਿਣਾ ਹਣਾ ਉਹ ਇਸ ਤਰ੍ਹਾਂ ਦੇ ਰਹੇ ਕਿ ਉਹ ਬੇਟੇ ਨੂੰ ਕਾਫੀ ਬਚਪਨ ਚ ਦਿੱਕਤ ਆ ਗਈ ਸੀਗੀ ਮੈਨਿੰਜਾਈਟਿਸ ਹੋ ਗਿਆ ਸੀ ਦਿਮਾਗੀ ਬੁਖਾਰ ਹੋ ਗਿਆ ਹਾਂਜੀ ਅੱਛਾ ਤੇ ਮਤਲਬ ਵਾਪਸੀ ਆਇਆ ਲੋ ਤੇ 15 ਦਿਨ ਐਡਮਿਟ ਰਿਹਾ ਭਾਬੇ ਨੂੰ ਸਾਰੀਆਂ ਬਲੌਕ ਹੋ ਗਈਆਂ ਸੀ ਇੰਟਰਵੈਨਸ ਉਹ ਦੇ ਦੇ ਕੇ ਐਂਟੀਬਾਇਓਟਿਕ ਉਸ ਤੋਂ ਬਾਅਦ ਡਾਕਟਰ ਨੇ ਕਿਹਾ ਵੀ ਤੁਸੀਂ ਬ 高 ਪ੍ਰੈਸ਼ਰ ਨਹੀਂ ਪਾਉਣਾ ਅਸੀਂ ਤਾਂ ਸ਼ਾਇਦ ਇਹ ਵੀ ਕਹਿਣ ਦੀ ਹੋਗੀ ਹੈ ਨਾ ਵੀ ਨਾ ਐ ਕਰ ਉਹ ਨਹੀਂ ਉਹਦੀ ਦਾਦੀ ਪਾਉਣ ਨਹੀਂ ਸੀ ਦਿੰਦੀ ਪ੍ਰੈਸ਼ਰ ਪਾਇਆ ਨਹੀਂ ਸੀ ਬੱਚਿਆਂ ਨੂੰ ਉਹਨੇ ਵੀ ਕਿਹਾ ਵੀ ਨਾ ਜਿਵੇਂ ਉਦੋਂ ਇਹਨੂੰ ਕੁਝ ਨਹੀਂ ਕਹਿਣਾ ਉਦੋਂ ਉਸ ਸੀਸ ਤੋਂ ਵੀ ਬਹੁਤ ਕੁਝ ਸਿੱਖਿਆ ਸੀ ਹੈਨਾ ਵੀ ਜਿਵੇਂ ਹੁਣ ਬੱਚਿਆਂ ਨੂੰ ਡਾਂਟਦੇ ਰਹਿਣਾ ਬੱਚਿਆਂ ਨੂੰ ਕੁਝ ਕਹਿਣਾ ਮੈਂ ਤਾਂ ਜ਼ਿਆਦਾ ਜ਼ਿਆਦਾ ਕੋਸ਼ਿਸ਼ ਕਰਦੀ ਆ ਕਿ ਦੋਨੋਂ ਬੱਚਿਆਂ ਨੂੰ ਹੈਨਾ ਕੁਝ ਚਲੋ ਥੋੜਾ ਬਾਤ ਤਾਂ ਸਾਰੇ ਘਰਾਂ ਵਿੱਚ ਚੱਲਦਾ ਹੀ ਹੈ ਵੀ ਕਹਿਣਾ ਵੀ ਪੈਂਦਾ ਬੱਚਿਆਂ ਨੂੰ ਪਰ ਅਸੀਂ ਇੰਨਾ ਜ਼ਿਆਦਾ ਨਹੀਂ ਕਿਹਾ ਵੀ ਬੱਚੇ ਨੂੰ ਕੋਈ ਗੱਲ ਲੁਕਾਉਣੀ ਪਵੇ ਸਾਡੇ ਤੋਂ ਮੈਨੂੰ ਹੁਣ ਮੇਰਾ ਬੇਟਾ ਵੀ ਇਹ ਬੇਟੀ ਵੀ ਸਾਰੀ ਗੱਲਾਂ ਦੱਸਦੇ ਆ ਇਦੇ 'ਚ ਮੈਂ ਇੱਕ ਐਡੀਸ਼ਨ ਕਰਦਾ ਹਾਂ ਔਰ ਕਿ ਜਿਵੇਂ ਲੱਖਾਂ ਹੀ ਸਪਰਮਸ ਰਿਲੀਜ਼ ਹੁੰਦੇ ਆ ਬੰਦੇ ਦੇ ਉਹਨਾਂ ਲੱਖਾਂ 'ਚੋਂ ਇੱਕ ਸਪਰਮ ਜਿਹੜਾ ਉਹਨੇ ਅੱਗੇ ਆ ਕੇ ਐਗ ਨਾਲ ਮੇਲਟ ਹੋਣਾ ਤੇ ਬੱਚੇ ਨੇ ਫਾਰਮ ਹੋਣਾ ਸ਼ੁਰੂ ਹੋਣਾ ਮਦਰ ਦੇ ਪੇਟ 'ਚ ਔਰ ਤੁਸੀਂ ਦੇਖੋ ਉਹਦੇ 'ਚ ਲੱਖਾਂ ਸੈੱਲ ਜੁੜਨੇ ਆ ਤੇ 9 ਮਹੀਨਿਆਂ ਨੇ ਸਰਵਾਈਵ ਕਰਨਾ ਅੰਦਰ ਉਹਦੇ ਅੰਗ ਡਿਵੈਲਪ ਹੋਣੇ ਹੁੰਦੇ ਅੰਦਰ ਨਿੱਕਾ ਜਿਹਾ ਦਿਲ ਧੜਕਣ ਲੱਗਣਾ ਫੇਫੜੇ ਕਿਡਨੀਆਂ ਡਿਵੈਲਪ ਹੋਣਗੀਆਂ ਅੱਖਾਂ ਹੱਥ ਪੈਰ ਸਭ ਕੁਝ ਸਹੀ ਸਲਾਮਤ ਨਾਲ ਬੱਚੇ ਦਾ ਬਰਤ ਹੋਊਗਾ ਇਹ ਮੈਂ ਸਮਝਦਾ ਕੁਦਰਤ ਦਾ ਬਹੁਤ ਹੀ ਵੱਡਾ ਚਮਤਕਾਰ ਹੈ ਕਿ ਸਹੀ ਸਲਾਮਤ ਬੱਚਾ ਪੈਦਾ ਹੋ ਗਿਆ ਉਸ ਤੋਂ ਬਾਅਦ ਪੈਦਾ ਹੁੰਦੀ ਬਾਹਰ ਕਰੋੜਾਂ ਹੀ ਬਿਮਾਰੀਆਂ ਦੇ ਕਟਾਣੂ ਨੂੰ ਮਿਲ ਜਾਣੇ ਆ ਉਹਨੇ ਇੰਨੀਆਂ ਬਿਮਾਰੀਆਂ ਨਾਲ ਲੜਦੇ ਹੋਏ ਵੱਡੇ ਹੋਣਾ ਉਹ ਉਦੋਂ ਵੱਡਾ ਚਮਤਕਾਰ ਹੋ ਗਿਆ ਬੱਚਾ ਸਹੀ ਪਿਆ ਜਾਂਦੀ ਸੀ ਐਨਾ ਮਾਹੌਲ ਖਰਾਬ ਦਿੱਤਾ ਬਾਹਰ ਉਹਨੂੰ ਦੁਨੀਆ ਦਾ ਤੇ ਬੱਚਾ ਸਹੀ ਸਲਾਮਤ ਪਿਆ ਫਿਰ ਵੀ ਹਨਾ ਔਰ ਉਸ ਤੋਂ ਬਾਅਦ ਕਹਿੰਦੇ ਵੀ ਸਾਨੂੰ ਸੈਮੀਨਾਰ ਕਰਾਇਆ ਸੀ ਕਿ ਬਹੁਤ ਵੱਡਾ ਇੱਕ ਐਕਸੀਡੈਂਟ ਹੁੰਦਾ ਬੱਚੇ ਦੀ ਗਰੋਥ ਅਸਲ ਚ ਬਹੁਤ ਫਾਸਟ ਹੋ ਰਹੀ ਹੁੰਦੀ ਹੈ ਡੇਲੀ ਨਵਾਂ ਸਿੱਖ ਰਿਹਾ ਹੁੰਦਾ ਬੱਚਾ ਕਰੋੜਾਂ ਗੱਲਾਂ ਨਵੀਆਂ ਸਿੱਖ ਰਿਹਾ ਹੁੰਦਾ ਇੱਕੋ ਦਾ ਮੋੜੇ ਨਾਲ ਇੱਕ ਐਕਸੀਡੈਂਟ ਹੋ ਜਾਂਦਾ ਉਹਦੀ ਗਰੋਥ ਘਟ ਹੋ ਜਾਂਦੀ ਹੈ ਉਹਦੀ ਕਿਸੇ ਸਕੂਲ ਚ ਐਡਮਿਸ਼ਨ ਬੱਚੇ ਨੂੰ ਬਿਲਕੁਲ ਹੀ ਪ੍ਰੋਗਰੈਸ ਰੋਕ ਦਿੰਦੇ ਆ ਜ਼ੈਨੀ ਪ੍ਰੋਗਰੈਸ ਬੱਚੇ ਦੀ ਸਕੂਲਾਂ ਵਾਲੇ ਮੈਂ ਸਕੂਲ ਚ ਪੜਾਉਂਦਾ ਰਿਹਾ ਤਾਂ ਵੀ ਕਹਿ ਰਿਹਾ ਇਹ ਗੱਲ ਜੀ ਜੀ ਕਿ ਬਹੁਤ ਮਾੜਾ ਐਜੂਕੇਸ਼ਨ ਸਿਸਟਮ ਹੈ ਸਾਡਾ ਇਹ ਸਭ ਕਾਸੇ ਦੇ ਬਾਵਜੂਦ ਬੱਚਾ ਵੱਡਾ ਹੁੰਦਾ ਉਹ ਕੁਝ ਕਰਨ ਲੱਗਦਾ ਤੇ ਬੱਚੇ ਨੂੰ ਇਸ ਕਰਕੇ ਸੁਸਾਈਡ ਕਰਨੀ ਪੈ ਜੇ ਕਿ ਉਹਦੇ ਇੱਕ ਪਾਰਟਿਕੂਲਰ ਵਿਸ਼ੇ ਚ ਨੰਬਰ ਨਹੀਂ ਆ ਸਕੇ ਹੂੰ ਲਾਣਾ ਤੇ ਅਜਿਹੇ ਸਿਸਟਮ ਤੇ ਮੈਂ ਕਹਿੰਨਾ ਉਹ ਤੁਰਿਆ ਫਿਰਦਾ ਹੀ ਚਮਤਕਾਰ ਹੈ ਤੁਹਾਡਾ ਬੱਚਾ ਹੱਸਦਾ ਖੇਡਦਾ ਤੁਹਾਡੇ ਨਾਲ ਵਧੀਆ ਉਹਨੇ ਕੋਈ ਨਾ ਕੋਈ ਕੰਮ ਕਰ ਲੈਣਾ ਬਈ ਇਹਨਾਂ ਪ੍ਰੈਸ਼ਰ ਨਾ ਪਾਓ ਉਹਦੇ ਤੇ ਕਿ ਉਹਨੂੰ ਕੋਈ ਗਲਤ ਸਟੈਪ ਚੱਕਣਾ ਪੈ ਜੇ ਹਨਾ ਉਹਨੂੰ ਤੁਸੀਂ ਗਾਈਡ ਕਰੋ ਚੰਗਾ ਸੇਧ ਦੇਣੀ ਜਿਹੜੀ ਮੈਂ ਗੱਲ ਕੀਤੀ ਕਮਾਨ ਦਾ ਇੱਕੋ ਹੀ ਮਕਸਦ ਹੈ ਉਹ ਸਿਰਫ ਸੇਧ ਦੇਵੇ ਨਾ ਕਿ ਉਹਨੂੰ ਇੰਨਾ ਜ਼ੈਨੀ ਤੌਰ ਤੇ ਪ੍ਰੈਸ਼ਰ ਪਾ ਦੇ ਕੇ ਕੁਝ ਗਲਤ ਪਾਸੇ ਚਲਿਆ ਜਾਵੇ ਹਨਾ ਜੀ ਬੇਟਾ ਕਿਹੜਾ ਕੋਰਸ ਕਰਦਾ ਹੈ ਪ੍ਰੋਪਰ ਮੈਕਾ ਜਾਣਕਾਰੀ ਦੇ ਦਿਓ ਤੇ ਬੇਟੀ ਕੀ ਕਰਦੀ ਹੈ ਬੇਟੀ ਬੈਚਲਰ ਆਫ ਫਾਈਨ ਆਰਟਸ ਇਨ ਗ੍ਰਾਫਿਕ ਡਿਜ਼ਾਈਨਿੰਗ ਐਸ ਸਪੈਸ਼ਲਾਈਜ਼ੇਸ਼ਨ ਜੀ ਚੰਡੀਗੜ੍ਹ ਕਾਲਜ ਆਫ ਆਰਟ ਹੈ ਗਵਰਨਮੈਂਟ ਕਾਲਜ ਆਫ ਆਰਟ ਸੈਕਟਰ 10 ਚ ਉੱਥੇ ਉਹਨੇ ਟਾਪ ਕੀਤਾ ਸੀ ਇੰਟਰਸ ਐਗਜ਼ਾਮ ਚ ਤੇ ਬਾਅਦ ਚ ਵੀ ਉਹ ਵਧੀਆ ਕਰ ਰਹੀ ਹੈ ਹੁਣ ਉਹਦੇ ਤੇ ਦੋ ਤਿੰਨ ਮਹੀਨੇ ਰਹਿ ਗਏ ਡਿਗਰੀ ਦੇ ਰਿ ਹੈ ਬੀ ਬਿਲਡਿੰਗ ਦੀ ਹੈ ਉਹਦੀ 10ਵੀਂ ਪਾਸ ਟੂ ਦੇ ਕੀ ਉਹ ਪਲੱਸ 2 ਪਲੱਸ 2 ਹੋਵੇ ਕਿਸੇ ਹੀ ਫੀਲਡ ਚ ਬਟ ਫਿਰ ਦੋ ਤਿੰਨ ਤਰ੍ਹਾਂ ਦਾ ਟੈਸਟ ਆਉਦਾ ਐਂਟਰੈਂਸ ਇਗਜ਼ਾਮ ਹੈ ਥਿਉਰੀ ਦਾ ਪ੍ਰੈਕਟੀਕਲ ਪ੍ਰੈਕਟੀਕਲ ਚ ਦੋ ਤਿੰਨ ਅੱਗੇ ਆ ਫੀਲਡ ওয়াটার ਕਲਰ ਐ ਕੋਈ ਫਿਰ ਸਕੈਚਿੰਗ ਲਾਈਵ ਕਰਨੀ ਹੁੰਦੀ ਐ ਉਸ ਤਰ੍ਹਾਂ ਫਿਰ ਬੱਚਾ ਜਿਹੜੇ ਟੌਪ ਪਰ ਬੱਚੇ ਹੁੰਦੇ ਆ ਉਹਨਾਂ ਨੂੰ ਉਹ ਉਹਨਾਂ ਦੀ ਚੁਆਇਸ ਦੇ ਹਿਸਾਬ ਨਾਲ ਸਪੈਸ਼ਲਾਈਜ਼ੇਸ਼ਨ ਮਿਲ ਜਾਂਦੀ ਐ ਇਹਦਾ ਅਪਲਾਈਡ ਆਰਟਸ ਐ ਯਾਨੀ ਕਿ ਜਿਹੜਾ ਕਮਰਸ਼ੀਅਲੀ ਆਰਟ ਯੂਜ਼ ਹੁੰਦਾ ਜਿਹੜਾ ਇਹਨਾਂ ਨੇ ਸੂਟ ਪਾਇਆ ਮੈਂ ਜਾਂ ਸੋਫੇ ਦਾ ਕੱਪੜੇ ਦਾ ਟੈਕਸਚਰ ਐ ਹਰ ਚੀਜ਼ ਦੇ ਵਿੱਚ ਡਿਜ਼ਾਈਨ ਆ ਦੁਨੀਆ 'ਚ ਬਿਨਾਂ ਡਿਜ਼ਾਈਨ ਤੋਂ ਕੋਈ ਚੀਜ਼ ਨਹੀਂ ਬਣਦੀ। ਟੇਲਰ ਵੀ ਕੱਪੜੇ ਕੱਟਦਾ ਚੌਕ ਨਾਲ ਪਹਿਲਾਂ ਡਰਾਇੰਗ ਕਰਦਾ ਹੈ। ਮਿਸਤਰੀ ਨੇ ਪੈਨਸਲ ਹੀ ਟੰਗੀ ਹੁੰਦੀ ਹੈ ਉਹ ਪਹਿਲਾਂ ਡਰਾ ਕਰਦਾ ਹੈ। ਜੀ ਜੀ ਜੀ। ਘਰ ਬਣਨਾ ਉਹ ਵੀ ਪਹਿਲਾਂ ਡਰਾ ਹੋਣਾ ਹੈ। ਤਾਂ ਉਹਦਾ ਕਮਰਸ਼ੀਅਲ ਡਿਜ਼ਾਈਨ ਦਾ ਸਪੈਸ਼ਲਾਈਜ਼ੇਸ਼ਨ ਹੈ ਕਿ ਜਿੰਨੇ ਵੀ ਕਮਰਸ਼ੀਅਲੀ ਕੋਈ ਡੱਬੇ ਡਿਜ਼ਾਈਨ ਹੁੰਦੇ ਆ, ਪ੍ਰੋਡਕਟ ਡਿਜ਼ਾਈਨ ਹੁੰਦੇ ਆ, ਉਹਦਾ ਡਿਜ਼ਾਈਨ ਕਿਵੇਂ ਬਣਨਾ। ਡਿਜ਼ਾਈਨ ਦੀ ਸਪੈਸ਼ਲਾਈਜ਼ੇਸ਼ਨ ਆ ਉਹਦੀ। ਬੇਟੇ ਦਾ ਇੰਟਰਸਟ ਉਹਨੂੰ ਦੱਸਿਆ ਵੀ ਇੱਧਰ ਆ ਗਿਆ ਸੀ ਫਿਲਮ ਮੇਕਿੰਗ 'ਚ ਤਾਂ ਹੁਣ ਉਹ ਬਠਿੰਡੇ ਇਮੇਜਨ ਸਕੂਲ ਤੋਂ ਕਰ ਰਿਹਾ ਹੈ ਡਿਗਰੀ ਤੇ ਡਿਗਰੀ ਨਹੀਂ ਕੋਰਸ ਫਿਲਮ ਐਡੀਟਿੰਗ ਦਾ ਉਸ ਤੋਂ ਬਾਅਦ ਉਹਦੀ ਅਸੀਂ ਚੰਡੀਗੜ੍ਹ ਆ ਪੰਚਕੁਲੇ ਅਸਲ ਚ ਕਾਲਜ ਹੈ ਉੱਥੇ ਉਹਦੀ ਫਿਲਮ ਮੇਕਿੰਗ ਦੇ ਵਿੱਚ ਫਿਲਮ ਐਡੀਟਿੰਗ ਪਹਿਲਾਂ ਹੁਣ ਕਰ ਲੂ ਉਸ ਤੋਂ ਬਾਅਦ ਫਰਦਰ ਫਿਲਮ ਮੇਕਿੰਗ ਦੇ ਵਿੱਚ ਉਹਨੂੰ ਕੋਰਸ ਕਰਾ ਰਿਹਾ ਹੈ ਬਸ ਉਹ ਨੈਕਸਟ ਮੇਰਾ ਖਿਆਲ ਜੁਲਾਈ ਦੇ ਵਿੱਚ ਉੱਥੇ ਉਹਦੀ ਐਡਮਿਸ਼ਨ ਹੋ ਜੂਗੀ ਜੀ ਤੇ ਉਹਦਾ ਫੀਲਡ ਹੀ ਫਿਲਮ ਮੇਕਿੰਗ ਚ ਜਾਣਾ ਚਾਹੁੰਦਾ ਹੈ ਉਹਦੀ ਕਿਸੇ ਵੀ ਹਜੇ ਤੱਕ ਅਕੈਡਮਿਕ ਅਕੈਡਮਿਕਲੀ ਮਤਲਬ ਕਿਸੇ ਡਿਗਰੀ ਡਿਗਰੀ ਚ ਕਿਤੇ ਐਡਮਿਸ਼ਨ ਨਹੀਂ ਕਰਾਈ ਉਹਦੀ ਜਿਵੇਂ ਸਾਨੂੰ ਬਹੁਤ ਬੋਲਿਆ ਗਈ ਜਾਨੇ ਉਹ ਯਾਰ ਆ ਕੀ ਕਰੀ ਜਾਂਦੇ ਹੋ ਤੁਸੀਂ ਨਵੇਂ ਹੀ ਕੰਮ ਕਰੀ ਜਾਂਦੇ ਹੋ ਐਡਮਿਸ਼ਨ ਤਾਂ ਕਰਾਓ ਮਤਲਬ ਮੈਨੂੰ ਐ ਲੱਗਦਾ ਵੀ ਠੀਕ ਹੈ ਅਸਲ ਚ ਜਿਹੜੀ ਚੀਜ਼ ਨੇ ਯੂਜ਼ ਹੋਣਾ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਜਦੋਂ ਸਿੱਧੂ ਨਵਜੂਤ ਸਿੱਧੂ ਬਣਿਆ ਉਦੋਂ ਮੈਨੂੰ ਵੀ ਕਮੇਟੀ ਚ ਲਿਆ ਸੀ ਉਹਨਾਂ ਨੇ ਮੈਂ ਉਦੋਂ ਵੀ ਡਿਮਾਂਡ ਰੱਖੀ ਸੀ ਬਾਅਦ ਚ ਵੀ ਰੌਲਾ ਬਹੁਤ ਪਾਇਆ ਵੀ ਯਾਰ ਇਹੋ ਜੀ ਯੂਨੀਵਰਸਿਟੀ ਖੁੱਲੋ ਪੰਜਾਬ ਚ ਇਹਦੇ ਚ ਫਿਲਮ ਮੇਕਿੰਗ ਦੇ ਮਿਊਜ਼ਿਕ ਐਡੀਟਿੰਗ ਡਾਇਰੈਕਸ਼ਨ ਸਾਊਂਡ ਰਿਕਾਰਡਿੰਗ ਲਾਈਟਿੰਗ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਰਸੇਸ ਡਿਗਰੀਆਂ ਹੋਣ ਉੱਥੇ ਹੀ ਪ੍ਰੋਡਕਸ਼ਨ ਹਾਊਸ ਹੋਵੇ ਜੀ ਯੂਨੀਵਰਸਿਟੀ ਦਾ ਹੀ ਕਿੰਨਾ ਕੰਮ ਟੈਕਨੀਕਲੀ ਕੰਮ ਆਪਣੇ ਇੱਥੇ ਰਹੂਗਾ ਹਨਾ ਤਾਂ ਇਹਦੀ ਬਹੁਤ ਲੋੜ ਹੈ ਉਹਦੇ ਸਾਡੇ ਬੱਚਿਆਂ ਨੂੰ ਕ੍ਰੀਏਟਿਵ ਫੀਲਡ ਚ ਜਾਣ ਦੀ ਲੋੜ ਹੈ ਬਹੁਤ ਸਕੋਪ ਹੈ ਬਹੁਤ ਜ਼ਿਆਦਾ ਸਕੋਪ ਹੈ ਇਸ ਫੀਲਡ ਬਿਉਤਾ ਜ਼ਿੰਦਗੀ ਦੀ ਖੂਬਸੂਰਤੀ ਲਈ ਕਿ ਇਆਂ ਗੱਲਾਂ ਲੱਗਦੀਆਂ ਨੇ ਕੋਈ ਆਹ ਗੱਲਾਂ ਜੀਆਂ ਵੀ ਹਾਂ ਪਤੀ ਪਤਨੀ ਉਪਲਾ ਲੈਣੇ ਚਾਹੀਦੇ ਨਹੀਂ ਹੈ। ਪਤੀ ਪਤਨੀ ਜਿਹੜੇ ਤਣਾਅ ਚ ਲੋਕ ਅੱਜਕੱਲ ਉਲਝੇ ਹੋਏ ਨੇ ਉਹਨਾਂ ਨੂੰ ਆਹ ਗੱਲਾਂ ਜਿਹੜੀ ਈਗੋ ਕਰਕੇ ਲੋਕ ਕੋਟਾ ਤੱਕ ਪਹੁੰਚਦੇ ਨੇ ਠੀਕ ਹੈ ਜਿਹੜੀਆਂ ਅਰਚਨਾ ਕਰਕੇ ਜਿਹੜੇ ਕਾਰਟੋਕ੍ਰੇਸ਼ ਕਰਕੇ ਪੰਚਾਇਤਾਂ 'ਚ ਬੈਠਦੇ ਆ ਲੋਕ ਕੋਈ ਕਹਿ ਸਕਦੇ ਆ ਵੀ ਇੱਕ ਔਰਤ ਹੋਣ ਦੇ ਨਾਤੇ ਗਜ਼ਲ ਕੀ ਸੋਚਦੀ ਹੈ? ਕਿੱਥੇ ਕਮੀਆਂ ਨੇ ਇਸ ਸਿਸਟਮ ਦੇ ਕਿੱਥੇ ਇੱਕ ਪਰਿਵਾਰਕ ਢਾਂਚੇ 'ਚ ਕਿੱਥੇ ਕਮੀਆਂ ਨੇ ਉਹ ਕੀ ਦੂਰ ਕਰ ਸਕਦੇ ਆਂ ਸੀ ਸਭ ਤੋਂ ਪਹਿਲਾਂ ਤਾਂ ਸਮਝਣਾ ਹੀ ਚਾਹੀਦਾ ਹੈ ਇੱਕ ਦੂਜੇ ਨੂੰ ਉਹ ਬਹੁਤ ਜ਼ਰੂਰੀ ਹੈ ਜੀ ਅੱਜ ਮਤਲਬ ਜਿਵੇਂ ਹੁਣ ਹਰ ਘਰ 'ਚ ਮੈਂ ਤੁਹਾਨੂੰ ਦੱਸੇ ਵੀ ਦਿੱਕਤਾਂ ਤਾਂ ਆਉਂਦੀਆਂ ਹੀ ਆ ਨਾ ਕੋਈ ਘਰ ਐਵੇਂ ਨਹੀਂ ਹੋ ਕੋਈ ਵੀ ਜ਼ਿੰਦਗੀ ਐਵੇਂ ਨਹੀਂ ਹੈ ਜਿਹੜੀ ਐਵੇਂ ਚੱਲੀ ਜਾ ਰਹੀ ਹੈ ਹਨਾ ਐਦਾਂ ਚੱਲੂ ਹੈ ਤੇ ਉਹ ਹਾਂ ਜਿਹੜੀਆਂ ਗੱਲਾਂ ਹੁੰਦੀਆਂ ਉਹਨੂੰ ਆਪਾਂ ਬਹੁਤ ਜ਼ਿਆਦਾ ਵੱਡਾ ਨਾ ਕਰਕੇ ਉਨੂੰ ਛੋਟਾ ਕਰਕੇ ਉਹਦਾ ਸੋਲੂਸ਼ਨ ਕੱਢ ਲੀਓ ਬੈਠ ਕੇ ਸੋਲੂਸ਼ਨ ਕੱਢ ਲੀਓ ਤੇ ਉਹਨੂੰ ਛੋਟਾ ਕਰਕੇ ਚੱਲੀਏ ਤਾਂ ਆਪਣੀ ਜ਼ਿੰਦਗੀ ਵਧੀਆ ਹੋ ਸਕਦੀ ਹੈ ਜੀ ਦਿੱਕਤਾਂ ਤਾਂ ਆਉਂਦੀਆਂ ਆ ਬਿਨਾ ਦਿੱਕਤਾਂ ਤੋਂ ਜ਼ਿੰਦਗੀ ਹੈ ਹੀ ਨਹੀਂ ਕਿਸੇ ਦੀ ਵੀ ਨਹੀਂ ਹੈ ਜੋ ਕੋਈ ਕਹਿੰਦਾ ਹੈ ਹੈਗੇ ਆ ਕਿ ਜ਼ਿੰਦਗੀ ਬਹੁਤ ਵਧੀਆ ਚੱਲੀ ਜਾਂਦੀ ਛੋੜੋ ਬੋਲਦਾ ਆਓ ਛੋਟੇ ਹਰ ਇੱਕ ਦੀ ਲਾਈਫ 'ਚ ਦਿੱਕਤਾਂ ਆਉਂਦੀਆਂ ਆ ਪਰ ਉਹਨੂੰ ਆਪਾਂ ਕਿਸ ਤਰ੍ਹਾਂ ਲੈਣੇ ਆ ਜੀ ਜੀ ਇਹ ਮੈਟਰ ਕਰਦਾ ਪੰਡਿਤ ਖਰਕਦੇ ਦੀ ਆ ਹਾਂਜੀ ਇਹ ਪੰਡ ਕੜਕਦੇ ਦੀ ਹੈ ਕੜਕਦੇ ਅਸੀਂ ਖੜਕਾ ਥੋੜੇ ਬਾਅਦ ਖੜਕਾ ਉਦਾਂ ਖੜਕਾ ਲੈਣੇ ਵੈਸੇ ਖੜਕਦੇ ਹੈ ਉਦਾਂ ਖੜਕਾ ਲਈਦੇ ਵੈਸੇ ਖੜਕਦੇ ਨਹੀਂ ਖੜਕਦੇ ਨਹੀਂ ਖੜਕਾ ਕਿਵੇਂ ਲਈਦੇ ਮਤਲਬ ਅਸੀਂ ਇੱਕ ਦੂਜੇ ਨੂੰ ਜਦੋਂ ਨਾ ਹੀ ਬਾਲਾ ਸਮੂਦ ਹੋ ਜਾਂਦੇ ਨਾ ਅਸੀਂ ਇੱਕ ਦੂਜੇ ਨੂੰ ਤੰਗ ਕਰਨ ਲੱਗ ਜਾਂਦੇ ਆ ਫਿਰ ਉਦੋਂ ਜੇ ਮੈਨੂੰ ਛੇੜਨ ਲੱਗ ਜਾਊਗਾ ਕੁਝ ਨਾ ਕੁਝ ਕਹਿ ਕੇ ਤੇ ਮੈਂ ਜਾਲ ਬੱਚਿਆਂ ਨੂੰ ਅੱਖ ਮਾਰ ਦਿੰਨਾ ਤੇ ਫਿਰ ਜਦੋਂ ਇਹ ਪੂਰੀ ਪੜਕ ਜਾਂਦੀ ਹੈ ਫਿਰ ਮਨਾਉਣੇਗਾ ਫਿਰ ਉਸ ਗੱਲ ਦਾ ਲੱਗ ਮਜ਼ਾ ਆਉਂਦਾ ਜਾ ਕੇ ਤੇ ਇਹ ਵੀ ਪੰਗੇ ਲੈ ਲੈਂਦੇ ਆ ਹਨਾ ਤੇ ਮੈਂ ਖੇਜ ਜਾਂ ਨਾ ਫਿਰ ਇਹ ਕਹਿੰਦੇ ਬੱਚਿਆਂ ਨੂੰ ਦੇਖਿਆ ਖਜਾਤਾਂ ਹਨਾ ਹਨਾ ਇਹ ਇਹ ਲੜਨਾ ਠੀਕ ਹੈ ਬਜਾਏ ਕਿ ਹਾਂਜੀ ਲੜਾਈ ਨੂੰ ਇਹ ਸੱਦ ਤੱਕ ਲੈ ਜਾਣਾ ਕਿ ਉਹ ਹਰੇਕ ਘਰ ਚ ਆ ਜਾਂਦੀਆਂ ਮਿਸ ਅੰਡਰਸਟੈਂਡਿੰਗਸ ਵੀ ਹੋ ਜਾਂਦੀਆਂ ਕਦੇ ਸਾਡੇ ਚ ਵੀ ਹੋਈ ਹੋਊਗੀ ਜ਼ਰੂਰ ਹਾਂਜੀ ਪਰ ਉਸ ਨੂੰ ਇਸ ਤਰ੍ਹਾਂ ਮਰਮਟਾਉ ਕਰਕੇ ਜਾਂ ਕੋਈ ਗੱਲ ਹੀ ਨਹੀਂ ਕਰਨੀ ਸਭ ਤੋਂ ਜ਼ਰੂਰੀ ਹੈ ਗੱਲ ਜ਼ਰੂਰ ਕਰੋ ਅਸੀਂ ਜਦੋਂ ਇੱਕ ਦੂਜੇ ਨਾਲ ਕਦੇ ਗੁੱਸੇ ਵੀ ਹੋਏ ਤਾਂ ਅਸੀਂ ਗੱਲ ਕਰਦੇ ਹਾਂ ਉਸ ਵਿਸ਼ੇ ਨੂੰ ਲੈ ਕੇ ਕਿ ਮੇਰੇ ਨਾਲ ਗੱਲ ਤਾਂ ਕਰ ਚੁੱਪ ਕਰਕੇ ਨਾ ਬੈਠ ਹਾਂ ਤਾਂ ਜਿਵੇਂ ਨਹੀਂ ਬੈਠੇ ਹਾਂ ਜੇ ਇੱਕ ਦੂਜੇ ਨੂੰ ਬੁਲਾ ਲੈਂਦੇ ਹਾਂ ਮਤਲਬ ਜੇ ਥੋੜੇ ਦਿਨ ਹੋ ਗਏ ਬਾਈਚਾਂ ਸਾਡੀ ਕੋਈ ਗੱਲ ਹੋ ਗਿਆ ਹੈ ਨਾ ਤੇ ਮੈਂ ਥੋੜੇ ਦਿਨ ਬਾਅਦ ਇਹਨਾਂ ਨੂੰ ਜਾ ਕੇ ਬੁਲਾ ਲੈਂਦੇ ਆ ਬੇਟਾ ਇਹਨੇ ਦੇਖ ਕੇ ਪਪਾ ਕੀ ਕਰ ਰਿਹਾ ਹੈ ਜਿਵੇਂ ਮੈਂ ਮੈਂ ਦੱਸਦਾ ਤੁਹਾਨੂੰ ਪਰਸੋ ਚ ਉੱਥੇ ਮੈਂ ਇਹਨੂੰ ਕਿਹਾ ਵੀ ਕੋਈ ਸੀ ਕਿਸੇ ਗੱਲ ਨੂੰ ਲੈ ਕੇ ਬਹਿਸ ਤੇ ਇਹਨਾਂ ਨੇ ਜਿਵੇਂ ਬਣਾਇਆ ਕੁਛ ਹਨਾ ਖਾਣ ਪੀਣ ਲਈ ਤੇ ਮੈਂ ਕਿਹਾ ਯਾਰ ਮੈਂ ਨਹੀਂ ਖਾਣਾ ਬਸ ਮੈਂ ਕਿਹਾ ਕਿ ਉੱਪਰ ਚ ਲੈ ਗਿਆ ਬੇਟਾ ਲੈ ਆਇਆ ਮੈਂ ਕਿਹਾ ਲੈ ਆ ਫੜਾ ਮੈਂ ਕਿਹਾ ਤਾਂ ਮੈਂ ਥੱਲੇ ਦਿਖਾਉਂਦਾ ਸੀ ਆ ਮੈਂ ਕਿਹਾ ਤਾਂ ਮੈਂ ਬਾਅਦ ਚੋ ਖਾ ਕੇ ਤੇ ਮੈਂ ਕਿਹਾ ਵੀ ਹੁਣ ਦੱਸ ਨਹੀਂ ਜਾ ਕੇ ਵੀ ਖਾ ਲਿਆ ਸੀ ਹਨਾ ਵੀ ਸ਼ੁੱਡ ਨਾਟ ਲਿੰਗਰ ਔਨ ਉਹ ਜਦੋਂ ਤੱਕ ਅਸੀਂ ਗੱਲ ਨਹੀਂ ਨਾ ਕਰਾਂਗੇ ਜਿਵੇਂ ਕਈ ਵਾਰੀ ਬਹੁਤ ਚੁੱਪ ਹੋ ਜਾਂਦੀ ਸੀ ਪਹਿਲਾਂ ਤੇ ਮੈਨੂੰ ਬੜੀ ਖੇਜ ਆਉਂਦੀ ਸੀ ਉਸ ਗੱਲ ਤੇ ਮੈਨੂੰ ਕਹਿੰਦਾ ਵੀ ਚੁੱਪ ਨਾ ਬੈਠ ਯਾਰ ਮੈਨੂੰ ਇਸ ਗੱਲ ਤੇ ਖੇਜ ਆਉਂਦੀ ਹੈ ਲੜਾਈ ਹੋਈ ਹੈ ਇਟਸ ਓਕੇ ਤੂੰ ਬੋਲ ਬੋਲ ਕੇ ਦੱਸ ਆਪਦੀ ਗੱਲ ਨੂੰ ਹਨਾ ਫਿਰ ਇਹ ਹੌਲੀ ਹੌਲੀ ਦੱਸਣ ਲੱਗ ਮੈਂ ਕਿ ਤੂੰ ਦਿਲ ਦੀ ਗੱਲ ਦੱਸ ਵੀ ਮੈਂ ਐ ਸੋਚੀ ਤੂੰ ਕਹਿ ਤਾ ਸਹੀ ਨਾ ਯੂ ਸ਼ੁਡ ਸੇ ਜਦੋਂ ਜਦੋਂ ਅਸੀਂ ਚੁੱਪ ਕਰ ਜਾਂਗੇ ਅਸੀਂ ਇੱਕ ਦੂਜੇ ਨੂੰ ਗੱਲ ਦੱਸਾਂਗੇ ਹੀ ਨਹੀਂ ਫਿਰ ਉਹ ਫ੍ਰਿਕਸ਼ਨ ਵੱਧਦੀ ਜਾਂਦੀ ਹੈ ਡਿਸਟੈਂਸ ਵੱਧਦਾ ਜਾਂਦਾ ਲੰਬਾ ਹੋ ਜਾਂਦਾ ਬਹੁਤ ਤੇ ਉਹ ਜਦੋਂ ਦੂਰੀ ਵੱਧ ਜਾਂਦੀ ਹੈ ਉਹ ਫਿਰ ਉਹਨੂੰ ਤੋਪੇ ਲਾਉਣੇ ਉੱਥੇ ਔਖੇ ਹੋ ਜਾਂਦੇ ਆ ਹੂੰ ਉਹ ਗੁਲਜ਼ਾਰ ਦੀ ਕੋਈ ਗੱਲ ਵਧਣ ਦਿੱਤੀ ਹੋਈ ਨਹੀਂ ਅਜ ਤੱਕ ਕਿਉਂਕਿ ਅਸੀਂ ਦੋਨੋਂ ਜ਼ਿਆਦਾਤਰ ਸਾਡੀ ਗੱਲ ਮਤਲਬ ਸਾਡੇ ਚ ਹੀ ਰਹਿੰਦੀ ਹੈ ਅਸੀਂ ਜ਼ਿਆਦਾ ਮਤਲਬ ਬੱਚਾ ਨੂੰ ਵੀ ਨਹੀਂ ਕਈ ਵਾਰੀ ਪਤਾ ਹੁੰਦਾ ਤੇ ਸੌਲਵ ਵੀ ਹੋ ਜਾਂਦਾ ਕਿਉਂਕਿ ਥੋੜਾ ਉਹਨੂੰ ਜਿਵੇਂ ਹੁਣ ਅਸੀਂ ਬੈਠੇ ਆ ਹਨਾ ਉਹਨੂੰ ਸੋਚ ਲੈਂਦੇ ਵੀ ਇਹਦਾ ਕੋਈ ਹੱਲ ਇਹ ਛੋਟੇ ਛੋਟੇ ਗੱਲਾਂ ਮੈਨੂੰ ਲੱਗਦਾ ਵੀ ਆ ਲੜਾਈ ਝਗੜੇ ਇਹ ਤਾਂ ਬਹੁਤ ਮਤਲਬ ਆਪਾ ਮੈਨੂੰ ਜਿਵੇਂ ਬ੍ਰਹਮ ਕੁਮਾਰੀ ਵਾਲਿਆਂ ਦੇ ਇੱਕ ਗੱਲ ਲਿਖੀ ਹੋਈ ਸੀ ਓਕੇ ਜਿਹੜੀ ਗੱਲ ਤੇ ਤੁਸੀਂ ਜਿਹੜੇ ਗੁੱਸੇ ਹੋ ਇੱਕ ਦੂਜੇ ਨਾਲ ਇਹ ਸੋਚ ਕੇ ਦੇਖੋ ਕਿ ਅੱਜ ਤੋਂ 20 ਸਾਲ ਬਾਅਦ ਉਸ ਗੱਲ ਬਾਰੇ ਕਿਵੇਂ ਸੋਚੋਗੇ ਹੂੰ ਕਹਿੰਦਾ ਤੁਸੀਂ ਸ਼ਰਤੀਆ ਗੱਲ ਹੈ ਕਿ ਤੁਸੀਂ ਹੱਸੋਗੇ ਉਦੋਂ ਕਿ ਆਹ ਗੱਲ ਹੋਈ ਸੀ ਕਹਿੰਦਾ ਜੇ 20 ਸਾਲ ਬਾਅਦ ਹੱਸ ਸਕਦੇ ਹੋ ਹੁਣੇ ਹੀ ਸੋਚ ਲਓ ਵੀ ਯਾਰਾ ਕੋਈ ਗੱਲ ਸੀਗੀ ਦੱਸ ਹੈਨਾ ਆਜੋ 20 ਸਾਲ ਬਾਅਦ ਸੋਚੋ ਯਾਰ ਜਿਵੇਂ ਮੰਨ ਲਓ ਕਿਸ ਤੋਂ ਕੋਈ ਲੜ ਪਏ ਦੋ ਜਾਨੇ ਭਰਾ ਆਪਸ ਵਿੱਚ ਬੈਠੇ ਉਹ ਵੱਧ ਗਈ ਲੜਾਈ ਉਹਨੇ ਲਿਆ ਕੇ ਦੂਜੇ ਦੇ ਡਾਂਗ ਮਾਰੀ ਉਹਨੇ ਅੰਦਰੋਂ ਰਫਲ ਕੱਢ ਕੇ ਗੋਲੀ ਮਾਰੀ ਉਸ ਤੋਂ ਬਾਅਦ ساری ਜ਼ਿੰਦਗੀ ਉਹ ਪਛਤਾਈ ਜਾਂਦੇ ਏ ਗੱਲ ਤਾਂ ਆਪਣੀ ਕੁਝ ਵੀ ਨਹੀਂ ਸੀ ਅਸਲ 'ਚ ਤਾਂ ਆਪਾਂ ਇੰਨੀ ਕੁ ਗੱਲ ਤੋਂ ਸ਼ੁਰੂ ਹੋਏ ਸੀ ਉਹ ਬਾਅਦ 'ਚ ਜਿਹੜਾ ਪਛਤਾਉਣਾ ਉਹ ਪਹਿਲਾਂ ਵੀ ਸੋਚਿਆ ਜਾ ਸਕਦਾ ਹੈ ਕਿ ਯਾਰ ਗੱਲ ਤਾਂ ਐਡੀ ਹੈ ਨਹੀਂ ਸੀ ਜਿੱਡੀ ਮੈਂ ਬਣਾ ਲਈ ਹੈ ਨਾ ਗਾਣਾ ਵੀ ਨਾ ਗੱਲ ਐਡੀ ਨਹੀਂ ਸੀ ਜਿੰਨੀ ਤੂੰ ਬਣਾ ਕੇ ਬਹਿ ਗਿਆ ਗੱਲ ਐਡੀ ਹੁੰਦੀ ਨਹੀਂ ਜਦੋਂ ਅਸੀਂ ਗੱਲ ਨਹੀਂ ਨਾ ਕਰਦੇ ਡਾਇਲੌਗ ਦੀ ਅਭਾਵ ਚ ਕਹਿ ਲੋ ਡਾਇਲੌਗ ਦੀ ਐਬਸੈਂਸ ਚੋ ਗੱਲ ਵੱਧਦੀ ਹੈ ਡਾਇਲੌਗ ਜ਼ਰੂਰੀ ਹੈ ਹਮੇਸ਼ਾ ਬਿਨਾਂ ਡਾਇਲੌਗ ਤੋਂ ਗੱਲ ਹਰ ਫੀਲਡ ਚ ਰਾਜਨੀਤੀ ਤੋਂ ਲੈ ਕੇ ਘਰ ਤੱਕ ਡਾਇਲੌਗ ਬਹੁਤ ਜ਼ਰੂਰੀ ਹੈ ਗੱਲ ਕਰਨੀ ਇਸ ਆਕ ਨੂੰ ਬਿਨਾਂ ਗੁਰਪ੍ਰੀਤ ਕੋਈ ਹੋਰ ਸ਼ੌਕ ਵੀ ਰੱਖਦਾ ਬਹੁਤ ਜਿਹੜੇ ਕਹਿੰਦੇ ਹੁੰਦੇ ਨੇ ਨਾ ਵੀ ਮਾਂ ਪਿਓ ਕਹਿੰਦੇ ਆ ਵੀ ਸਾਰੇ ਵੇਲੇ ਵਾਲੇ ਕੰਮ ਆ ਤੇਰੇ ਉਹ ਵਾਲੇ ਸਾਰੇ ਸ਼ੌਂਕ ਰਹੇ ਆ ਮੈਨੂੰ ਜਿਵੇਂ ਫੋਟੋਗ੍ਰਾਫੀ ਕੀਤੀ ਐਡਵੈਂਚਰ ਕੀਤਾ ਨਾਟਕ ਕੀਤਾ ਸਾਹਿਤ ਲਿਖਣ ਦਾ ਹਨਾ ਮਤਲਬ ਹਰ ਤਰ੍ਹਾਂ ਦਾ ਜਿਹੜਾ ਸ਼ੌਂਕ ਮਤਲਬ ਘੁੰਮਣ ਦਾ ਜਿੰਨਾ ਮੈਕਸਿਮਮ ਅਵਲੀਆਂ ਥਾਵਾਂ ਤੇ ਜਿੱਥੇ ਪਹਿਲਾ ਦੁਨੀਆ ਦੇ ਇੰਡੀਆ ਦੇ ਵਿੱਚ ਪਹਿਲਾ ਆਦੀ ਮਾਨਵ ਨੇ ਗੁਫਾਵਾਂ 'ਚ ਚਿੱਤਰ ਬਣਾਏ ਉੱਥੇ ਜਾਂ ਹੋਰ ਉਹੋ ਜੇ ਸਾਰੇ ਸ਼ੌਂਕ ਰਹਿ ਹਰ ਤਰ੍ਹਾਂ ਦੇ ਜਿਹੜੇ ਕਿ ਮੈਨੂੰ ਲੱਗਦਾ ਆਰਟ ਦੇ ਪੂਰਕ ਹੀ ਸੀਗੇ ਉਹਨਾਂ ਨੇ ਸਾਰੀਆਂ ਚੀਜ਼ਾਂ ਨੇ ਮਤਲਬ ਇੱਕ ਤਰ੍ਹਾਂ ਨਾਲ ਕੰਪਲੀਟ ਕੀਤਾ ਆਰਟ ਨੂੰ ਹੂੰ ਫੁੱਕ ਜੀ ਬਣ ਜਾਂਦੀ ਐ ਵੀ ਐ ਜੋ ਪੇਕੇ ਜਾਣੇ ਉਹ ਕਿਤੇ ਵੀ ਹਾਂ ਗੁਰਪ੍ਰੀਤ ਮੇਰੇ ਨਾਲ ਐ ਇੰਟਰਵਿਊ ਹੁੰਦੀਆਂ ਨੇ ਉਹ ਗੱਲਾਂ ਕਰਦੇ ਐ ਯੂਨੀਵਰਸਿਟੀ ਕਾਲਜ ਚਰਚੇ ਨੇ ਗੁਰਪ੍ਰੀਤ ਦੇ ਹੀ ਪੇਂਟਿੰਗ ਕੀ ਬਾਤ ਐ ਗੱਲਾਂ ਗੁਰਪ੍ਰੀਤ ਦੀ ਐ ਕੀ ਬਾਤ ਨਹੀਂ ਬਹੁਤ ਚੰਗਾ ਲੱਗਦਾ ਜੋ ਪੇਕੇ ਵੀ ਕਹਿੰਦੇ ਹੋਣੇ ਥੋੜੀ ਤਾਂ ਭਾਗ ਆਣੀ ਐ ਬਿਲਕੁਲ ਬਿਲਕੁਲ ਹਾਂਜੀ ਹੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਬਾਹਰ ਜਾਣੇ ਕਿਤੇ ਇਹ ਘਰ ਵੀ ਬਹੁਤ ਚੰਗਾ ਲੱਗਦਾ ਜਦੋਂ ਸੋਚਦੇ ਆ ਵੀ ਆ ਇਹ ਨਾਲ ਕੁਝ ਸੋਚਦੇ ਕਿ ਹਨ ਵੱਲੇ ਨਾਲ ਹੀ ਹੁੰਨੇ ਆ ਦੇਖਦੇ ਆ ਵੀ ਆ ਕਰ ਰਹੇ ਚੰਗਾ ਲੱਗਦਾ ਉਹ ਹੁਣ ਪਹਿਲਾਂ ਪਹਿਲਾਂ ਨਾਲੋਂ ਸਾਡਾ ਹੁਣ ਬਹੁਤ ਫਰਕ ਪੈ ਗਿਆ ਆਹ ਜਦੋਂ ਸੱਲਾ ਪਹਿਲਾਂ ਜਿਵੇਂ ਆਪਾਂ ਸਾਡਾ ਰੈਡ ਲਾਈਫ ਜੀ ਜਾਂਦੇ ਕੁਝ ਪਤਾ ਨਹੀਂ ਹੁੰਦਾ ਹਨਾ ਹੌਲੀ ਹੌਲੀ ਜਿੰਨਾ ਤੱਕ ਸੱਸ ਵੀ ਜਾਣਨਾ ਇੱਕ ਦੂਜੇ ਨੂੰ ਜਾਣਦੇ ਹਨਾ ਤੇ ਉਸ ਤੋਂ ਬਾਅਦ ਜਦੋਂ ਮੈਨੂੰ ਆਹ ਅਰਥ ਸਾਈਟ ਤੇ ਸੋਹਣਾ ਇਸ ਤੋਂ ਬਾਅਦ ਸ਼ਾਇਦ ਜਦੋਂ ਅਸੀਂ ਹੋਰ ਜ਼ਿਆਦਾ ਮਤਲਬ ਨੇੜੇ ਆ ਗਏ ਹਾਂਜੀ ਹੂੰ ਹੋਰ ਜ਼ਿਆਦਾ ਜਾਨਾ ਉਸ ਤੋਂ ਬਾਅਦ ਮੈਂ ਵੀ ਆਪਦੇ ਆਪ ਨੂੰ ਇਹਨਾਂ ਇਹਨਾਂ ਦੇ ਨਾਲ ਜ਼ਿਆਦਾ ਮਤਲਬ ਆਪਣੀ ਗੱਲ ਇਹਨਾਂ ਨਾਲ ਸ਼ੇਅਰ ਕਰਨੇ ਸ਼ੁਰੂ ਕੀਤੇ ਹੂੰ ਉਸ ਤੋਂ ਜ਼ਿਆਦਾ ਜ਼ਿੰਦਗੀ ਮਤਲਬ ਹੋਰ ਵੀ ਹਸੀਨ 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 ਹੁੰਦੀ ਜਾ ਰਹੀ ਹੈ ਸਫਰ ਵਧੀਆ ਹੋ ਜਾਏ ਅ ਮੈਨੂੰ ਲੱਗਦਾ ਕਿ ਜਿਵੇਂ ਨਾ ਕਈ ਵਾਰੀ ਕਿਸੇ ਪਰਿਵਾਰ ਤੇ ਜਦੋਂ ਕੋਈ ਦਿੱਕਤ ਆਉਂਦੀ ਹੈ ਨਾ ਉਦੋਂ ਪਰਿਵਾਰ ਇਕੱਠਾ ਹੁੰਦਾ ਹੂੰ ਐਵੇਂ ਹੀ ਹੋਇਆ ਹਨਾ ਸਾਡਾ ਪਰਿਵਾਰ ਤਾਂ ਬਹੁਤ ਨਿਊਕਲੀਅਰ ਹੋ ਗਿਆ ਸੀ ਅਸੀਂ ਦੋਨੇ ਜਣੇ ਤੇ ਦੋ ਬੱਚੇ ਸੀ ਚਾਰ ਹੀ ਰਹਿ ਗਏ ਸੀ ਨੰਲਾਦਾ ਜੇ ਉਹ ਦਿੱਕਤ ਆਈ ਨਾ ਸਾਡੇ ਤੇ ਅਸੀਂ ਕਹਿੰਨੇ ਹੁੰਦੇ ਨਾ ਅਕਸਰ ਲਾਈਫ ਚ ਕਿ ਇਹ ਅ ਸਾਡੇ ਚ ਕਵਿੰਗ ਉਹ ਇੱਕ ਸ਼ੇਰ ਹੈ ਬੜਾ ਪਪੂਲਰ ਡਾਕਟਰ ਰਾਹਤ ਏਂਦੋਰੀ ਦਾ ਕਿ ਮੁਸ਼ਕਿਲیں ਇਤਨੀ ਪੜੀ ਕਿ ਆਸਾਨ ਹੋ ਗਈ ਮੁਸ਼ਕਿਲیں ਇਤਨੀ ਪੜੀ ਕਿ ਆਸਾਨ ਹੋ ਗਈ ਜਾਂ ਉਹਨਾਂ ਦਾ ਇੱਕ ਹੋਰ ਕਿ ਮੁਸ਼ਕਿਲیں ਜਾਨ ਹੀ ਲੈ ਲੈ ਅਗਰ ਆਸਾਨ ਹੋ ਜਾਏ ਹੈਨਾ ਉਹ ਜਦੋਂ ਇੰਨੀਆਂ ਮੁਸ਼ਕਲਾਂ ਆਈਆਂ ਕਿ ਉਹਨਾਂ ਨੇ ਜ਼ਿੰਦਗੀ ਨੂੰ ਸੌਖਾ ਕਰਤਾ ਉਹਨਾਂ ਨੇ ਸਾਨੂੰ ਜ਼ਿੰਦਗੀ ਨੂੰ ਦੇ ਬਹੁਤ ਸਾਰੇ ਹੋਰ ਨਵੇਂ ਪੱਖ ਦਿਖਾਤੇ ਕਿ ਯਾਰ ਐ ਵੀ ਹੁੰਦਾ ਹਨਾ ਐ ਵੀ ਹੁੰਦਾ ਜੇ ਉਹੀ ਸਮੂਹ ਦੀ ਸਾਰਾ ਕੁਝ ਚੱਲੀ ਜਾਵੇ ਨਾ ਤਾਂ ਜ਼ਿੰਦਗੀ ਅਧੂਰੀ ਰਹਿ ਜਾਊਗੀ ਮੈਨੂੰ ਲੱਗਦਾ ਹਰ ਪੱਖ ਤੋਂ ਤੁਹਾਨੂੰ ਜ਼ਿੰਦਗੀ ਦਾ ਸ਼ੁਕਰੀਆ ادا ਕਰਨਾ ਚਾਹੀਦਾ ਗੁਰਨਾਨਕ ਦੇਵ ਜੀ ਦਾ ਨਹੀਂ ਹੈਗਾ ਦੁੱਖਦਾਰੂ ਸੁਖ ਰੋਗ ਭਇਆ ਜਾਂ ਸੁਖ ਧਾਮਨਾ ਹੋਈ ਕਿੰਡੀ ਸੋਹਣੀ ਗੱਲ ਲਿਖੀ ਹੈ ਗੁਰਨਾਣਕ ਸਾਹਿਬ ਦੇ ਤਾਂ ਅਸੀਂ ਦੋਨੋਂ ਹੀ ਬਹੁਤ ਹਾਂਜੀ ਗੁਰਨਾਣਕ ਸਾਹਿਬ ਕਬੀਰ ਸਾਹਿਬ ਰਵਿਦਾਸ ਜੀ ਦੇ ਅਸੀਂ ਬਹੁਤ ਜ਼ਿਆਦਾ ਮੁਰੀਦ ਆਗੇ ਹਨਾ ਅਸੀਂ ਉਹਨਾਂ ਦੀ ਬਾਣੀ ਸੁਣਦੇ ਵੀ ਬਹੁਤ ਹਾਂਜੀ ਅ ਬਹੁਤ ਡਿਟੇਲ ਚ ਇੱਕ ਇੱਕ ਅੱਖਰ ਤੇ ਕੋਸ਼ਿਸ਼ ਕਰਦੇ ਹਾਂ ਉਹਨੂੰ ਸਮਝੀਏ ਤੇ ਉਸ ਤੋਂ ਵੀ ਬਹੁਤ ਸੇਧ ਮਿਲਦੀ ਹੈ ਜਿਵੇਂ ਮੇਰੇ ਕਈ ਸਾਰੇ ਦੋਸਤਾਂ ਨੂੰ ਇਹ ਲੱਗਦਾ ਵੀ ਮੈਂ ਤਾਂ ਸ਼ਾਇਦ ਨਾਸਤਕ ਹੀ ਹਾਂ ਤੇ ਕਈਆਂ ਨੂੰ ਇਹ ਲੱਗਦਾ ਵੀ ਇਹ ਕਾਮਰੇਡ ਆ ਤਾਂ ਇਹ ਸ਼ਾਇਦ ਗੁਰਬਾਨੀ ਦੀ ਗੱਲ ਨਹੀਂ ਕਰੂ ਮੈਂ 노 ਡਾਊਟ ਕਮਿਊਨਿਸਟ ਰਿਆਂ ਪਰ ਕਮਿਊਨਿਸਟ ਹੋਣ ਦਾ ਅਰਥ ਇਹ ਨਹੀਂ ਹੈਗਾ ਕਿ ਤੁਸੀਂ ਸਾਡੇ ਜਿਹੜੇ ਰਾਹ ਦਿਖਾਉਣ ਵਾਲੇ ਥੰਮ ਮੈਂ ਤੁਸੀਂ ਉਹਨਾਂ ਤੋਂ ਕਿਤੇ ਦੂਰ ਹੋ ਜਾਓਗੇ ਮੈਂ ਸਮਝਦਾ ਜੋ ਗੁਰਨਾਨਕ ਸਾਹਿਬ ਸਾਨੂੰ ਰਾਹ ਦਿਖਾਉਂਦੇ ਐ ਡਾ ਵੱਡਾ ਥੰਮ ਬਣ ਕੇ ਜੋ ਕਬੀਰ ਸਾਹਿਬ ਸਾਨੂੰ ਗੱਲ ਦੱਸਦੇ ਆ ਉਹ ਜੀਆਂ ਰਮਝਾਂ ਹੀ ਬਹੁਤ ਘੱਟ ਆ ਹਾਂ ਮੈਂ ਜਿਵੇਂ ਗੁਰਗੋਬਿੰਦ ਸਿੰਘ ਜੀ ਦੀ ਬਾਣੀ ਘੱਟ ਪੜ੍ਹੀ ਸੀ ਉਹ ਬਾਅਦ ਚ ਜ਼ਿਆਦਾ ਪੜ੍ਹੀ ਆ ਤੇ ਮੈਂ ਤਾਂ ਐ ਅਸੀਂ ਸਾਡੇ ਕਈ ਵਾਰੀ ਇਹ ਹੱਸਦੀ ਵੀ ਹੁੰਦੀ ਹੈ ਗ਼ਜ਼ਲ ਜਿਵੇਂ ਕਿਸੇ ਕਈ ਵਾਰੀ ਜਿਵੇਂ ਅਸੀਂ ਪਾਠ ਕਿਸੇ ਦਾ ਡੈਥ ਦਾ ਭੋਗ ਆ ਜਾਂ ਕਿਸੇ ਪਾਠ ਤੇ ਜਾਣਾ ਪੈ ਗਿਆ ਉਹ ਅਸੀਂ ਘੱਟ ਜਾਂਦੇ ਤੇ ਉੱਥੇ ਬਾਣੀ ਚੱਲ ਰਹੀ ਮੁੱਖ ਬਾਕ ਹੀ ਆ ਗਿਆ ਤੇ ਮੇਰੇ ਮੂੰਹ ਨਾ ਰਿਹਾ ਨਹੀਂ ਜਾਂਦਾ ਮੇਰੇ ਮੂੰਹ ਐ ਨਿਕਲ ਜਾਂਦਾ ਅੰਦਰੋਂ ਆਪਣੇ ਆਪ ਹੀ ਆਪ ਮੁਹਾਰੇ ਨਿਕਲਦਾ ਵਾਹ ਹੂੰ ਕੀ ਬਾਤ ਹੈ ਤੇ ਉਹਨਾਂ ਲੋਕਾਂ ਨੂੰ ਬਹੁਤ ਔੜ ਲੱਗਦਾ ਹੈ ਤੇ ਵੀ ਹੱਸ ਦਿੰਦੇ ਵੀ ਤੇ ਇਹ ਕੰਟਰੋਲ ਕਰਦੇ ਵੀ ਕੰਟਰੋਲ ਅਕੋ ਪਰ ਅਸਲ 'ਚ ਮੈਂ ਕਹਿੰਦਾ ਵੀ ਉਹ ਸੁਭਾਵਕ ਹੈ ਵੀ ਮੈਂ ਆਪਣੇ ਗੁਰੂ ਦੀ ਬਾਣੀ ਨੂੰ ਇੰਨਾ ਪਸੰਦ ਕਰ ਰਿਹਾ ਸੀ ਕਿ ਮੇਰੇ ਤੋਂ ਕੰਟਰੋਲ ਹੀ ਨਹੀਂ ਹੋਇਆ ਮੈਨੂੰ ਇਹ ਲੱਗਦਾ ਉਹ ਕਮਾਲ ਕੀਤੀ ਪਈ ਆ ਤਾਂ ਕਿੱਡਾ ਸੋਹਣਾ ਲਿਖਿਆ ਹੋਇਆ ਆ ਉਹਨ ਦੁੱਖਦਾਰੂ ਸੁਖ ਰੋਗ ਬਿਆ ਜਾਨ ਸੁਖ ਤਾਮ ਨਾ ਹੋਈ ਕਿਹੜਾ ਬੰਦਾ ਹੈ ਕਿੰਨੇ ਕ ਬੰਦੇ ਨੇ ਕਿਹਾ ਵੀ ਦੁੱਖ ਅਸਲ ਚ ਦਾਰੂ ਹੈ ਹੈਨਾ ਦਵਾਈ ਹੈ ਸੁਖ ਰੋਗ ਹੈ ਤੇ ਬਿਰਹਾ ਬਿਰਹਾ ਕੀ ਹੈ ਬਿਰਹਾ ਤੋ ਸੁਲਤਾਨ ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਨ ਮਸਾਨ ਕਿੰਨੇ ਕ ਬੰਦੇ ਨੇ ਕਿਹਾ ਹੋਊਗਾ ਦੁਨੀਆ ਚ ਕਿ ਬਿਰਹਾ ਬਿਰਹਾ ਕਰਕੇ ਰੋਣੇ ਆ ਪਰ ਅਸਲ ਚ ਤੋ ਉਹੀ ਸੁਲਤਾਨ ਹੈ ਹੈਨਾ ਦੁੱਖ ਨੂੰ ਇੰਨਾ ਬੜੇ ਹੁਣ ਅਸਲ 'ਚ ਸਾਨੂੰ ਦੁੱਖ ਵੇਲੇ ਹੀ ਪਤਾ ਲੱਗਦਾ ਵੀ ਜ਼ਿੰਦਗੀ ਕੀ ਚੀਜ਼ ਹੈ ਹਾਂਜੀ ਜੀ ਜੀਣ ਦਾ ਢੰਗ ਉੱਥੇ ਹੀ ਆਉਂਦਾ ਹੂੰ ਤੇ ਵੀ ਜ਼ਿੰਦਗੀ ਕੀ ਚੀਜ਼ ਆ ਉੱਥੋਂ ਪਤਾ ਕਮਾਲ ਕਮਾਲ ਤੇ ਬਹੁਤ ਖੂਬਸੂਰਤੀ ਨਾਲ ਅਸੀਂ ਸਿੱਖ ਰਹੇ ਹਾਂ ਇਸ ਨੂੰ ਹਾਂਜੀ ਅਸੀਂ ਮਤਲਬ ਐਵੇਂ ਨਹੀਂ ਹੈ ਵੀ ਰੋਜ਼ ਅਸੀਂ ਨਹੀਂ ਬੈਠ ਕੇ ਜਿਵੇਂ ਐਵੇਂ ਪਾਠ ਕਰਦੇ ਆ ਲੋਗ ਹਨਾ ਅਸੀਂ ਨਹੀਂ ਰੋਜ਼ ਬੈਠ ਕੇ ਐਵੇਂ ਕਰਦੇ ਜਿਵੇਂ ਹੁਣ ਉੱਪਰ ਕੁਝ ਲਗਾਇਆ ਹੈ ਉਹਦਾ ਮਤਲਬ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਜਿਹੜੀ ਕੋਸ਼ਿਸ਼ ਕਰਦੇ ਆਂ ਜੋ ਨਹੀਂ ਸਮਝ ਆਉਂਦਾ ਸਮਝਾਉਂਦੇ ਹਨਾ ਵੇ ਬੱਚੇ ਵੀ ਸੁਣਦੇ ਆ ਉਹ ਤੇ ਉਹਨੂੰ ਜਦੋਂ ਆਪਾਂ ਪੜਕ ਕੇ ਤਾਂ ਆਪਾਂ ਛੱਡ ਦਿੰਦੇ ਆ ਵੀ ਪੜ ਲਿਆ ਉਹ ਜੋ ਇਹ ਸਮਝ ਆਂਦੀ ਨਾ ਚੀਜ਼ ਉਹਨੂੰ ਜਦੋਂ ਆਪਾਂ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਦੇ ਆ ਅਪਲਾਈ ਕਰਦੇ ਆ ਤੇ ਉਹਦਾ ਬਾਤ ਨਾ ਰਹਿੰਦਾ। ਸਾਈਂ ਥੋੜਾ ਥੋੜਾ ਹੀ ਕਰੀਏ। ਦਾਤ ਆਪਾਂ ਕਹਿ ਨਹੀਂ ਸਕਦੇ। ਜੀ ਜੀ। ਥੋੜਾ ਥੋੜਾ ਕਰਦੇ ਆ ਪਰ ਉਹ ਬਹੁਤ ਚੰਗਾ ਲੱਗਦਾ। ਗੁਰਪ੍ਰੀਤਨ ਕੋਈ 4-5 ਜਿੰਨੀਆਂ ਗੱਲਾਂ ਜਿਹੜੀਆਂ ਬਸ ਗਦਰ-ਗਦਲੀ ਕਰ ਦਿੰਦੀਆਂ ਨੇ। ਸਹੀ। ਮੇਰੇ ਪਰ ਘਰ ਕੀ ਤੋਂ ਪੁੱਛਾਂਗੇ ਇਹ ਤਰੇ ਸੋਚ ਲਾਂਗੇ ਕੋਈ ਜੇ ਗੱਲਾਂ ਵੀ ਹਾਂ ਹਰ ਕੁੜੀ ਲਈ ਇਹ ਗੱਲਾਂ ਬਹੁਤ ਮਹਣੇ ਰੱਖਦੀਆਂ ਨੇ ਹਰ ਪਤੀ ਚੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਤਾਂ ਇੱਕ ਚੰਗਾ ਇਨਸਾਨ ਜੋ ਤੁਹਾਡਾ ਪਲੱਟ ਸੋਚਦੇ ਗਿਆ ਨਾਲ ਹੋਰਾਂ ਦਾ ਵੀ ਸੋਚ ਹੈ ਨਾ ਸਿਰਫ ਇੱਕ ਨਾਲ ਰੋ ਨਹੀਂ ਸਾਰਿਆਂ ਨਾਲ ਜੀ ਵਧੀਆ ਹੋਣਾ ਹੈ ਨਾ ਦੂਜਾ ਅ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਇੱਕ ਦੂਜੇ ਨੂੰ ਸਮਝਣ ਦਾ ਜਿਹੜਾ ਇਹ ਵੀ ਆ ਵੀ ਉਹ ਕੁਝ ਟਾਈਮ ਸੀ ਬੰਦਾ ਉਹਨੂੰ ਬਹੁਤ ਟਾਈਮ ਲੱਗਦਾ ਸਮਝਣ ਨੂੰ ਹੌਲੀ-ਹੌਲੀ ਹੁੰਦਾ ਹਨ। ਵੀ ਹੌਲੀ-ਹੌਲੀ ਆਪਾਂ ਇੱਕ ਦੂਜੇ ਨੂੰ ਉਹ ਇੰਨਾ ਚ ਕੁਆਲਿਟੀਆਂ ਹੈਗੀਆਂ। ਜੀ। ਅ ਹੋਰ ਕੀ ਆ? ਤੁਸੀਂ ਦੱਸਣਾ ਹੈ। ਫਿਰ ਤੁਸੀਂ ਦੱਸੋ ਫਿਰ ਮੈਨੂੰ ਨਹੀਂ ਸ਼ਾਇਦ ਮੈਨੂੰ ਕੁਝ ਉਹਦੇ ਚ ਯਾਦ ਆ ਜੇ। ਇਹ ਕਿ ਵੀ ਬੱਚਿਆਂ ਨੂੰ ਵੀ ਪੂਰਾ ਮਤਲਬ ਐਵੇਂ ਕੁਝ ਫਾਦਰਸ ਹੁੰਦੇ ਨਾ ਜਿਹੜੇ ਉਹਨਾਂ ਦਾ ਡਰ ਹੁੰਦਾ ਬੱਚਾਂ ਦੇ ਹਨਾ ਪਾਪਾ ਆ ਜਾਣਗੇ ਪਾਪਾ ਇਹ ਕਰ ਦੇਣਗੇ ਪਾਪਾ ਬਟ ਇਹਨਾਂ ਦਾ ਨਹੀਂਗਾ ਇਹਨਾਂ ਨੂੰ ਇਦਾਂ ਵੀ ਬੱਚੇ ਇਹਨਾਂ ਨਾਲ ਵੀ ਸਾਰੀ ਗੱਲ ਕਰਦੇ ਆ ਸਿਰਫ ਇਹ ਨਹੀਂ ਵੀ ਮਾਂ ਨਾਲ ਹੀ ਕਰਨੀ ਹੁੰਦੀ ਹੈ ਬੱਚਾ ਨੇ ਇਹਨਾਂ ਨਾਲ ਵੀ ਸਾਰੀ ਗੱਲ ਕਰਦੇ ਆ ਚੰਗਾ ਪਿਓ ਵੀ ਆ ਪੱਤੀ ਹੋਣ ਦੇ ਨਾਲ ਨਾਲ ਹਾਂਜੀ ਹੂੰ ਹੋਰ ਤੁਸੀਂ ਦੱਸੋ ਹੋਰ ਜਿਹੜੀ ਮੈਂ ਪੁੱਛਣੀ ਜਾਂਦਾ ਤੁਸੀਂ ਆਏ ਨਹੀਂ ਮੈਂ ਚਲੋ ਆਵਾਂਗੇ ਸੋਚੋ ਬਣਾਇਆ ਆ ਸੋਚ ਲੈਣੀ ਆ ਤੁਸੀਂ ਕੀ ਪੁੱਛਣਾ ਚਾਹਨਾ ਗੁਰਪ੍ਰੀਤ ਮਾਫੀ ਮੰਗ ਰਹੇ ਨੇ ਹਾਂਜੀ ਗੁਰਪ੍ਰੀਤ ਮਾਫੀ ਮੰਗ ਲੈਣੇ ਮਾਫੀ ਮੰਗ ਲੈ ਲੈ ਮਾਫੀ ਗਲਤੀ ਹੋਈ ਤਾਂ ਹਾਂਜੀ ਜੀ ਗਲਤੀ ਹੋਈ ਐ ਤੇ ਦੋਨੋਂ ਇੱਕ ਦੂਸਰੇ ਨੂੰ ਤਾਂ ਹੀ ਸਾਡੀ ਇੰਨੀ ਬੰਦੀ ਆ ਨਾ ਹੂੰ ਵੀ ਜੇ ਮੈਨੂੰ ਲੱਗਦਾ ਵੀ ਮੇਰੀ ਗਲਤੀ ਲੱਗਦਾ ਨਹੀਂ ਐ ਜਿਵੇਂ ਬੇਰੀ ਗਲਤੀ ਹੋ ਮੰਨ ਲੈਣੀ ਜਾਂ ਕਿ ਇਹ ਵੀ ਮੈਨੂੰ ਮਰਦਾ ਮਰਦਾ ਕੱਲ੍ਹ ਨਹੀਂ ਉੱਦਦਾ ਨਹੀਂ ਨਹੀਂ ਇਹ ਇਹੋ ਜਿਹਾ ਹੈ ਨਹੀਂ ਕੁਝ ਕੋਈ ਨਹੀਂ ਹੂੰ ਕਿਉਂ ਭਾਈ ਕੁਝ ਪੰਚ ਗੱਲਾਂ ਇਹਦੀ ਗਜ਼ਲ ਦੇ ਵਿੱਚ ਪੱਕੇ ਹੀ ਜਿਵੇਂ ਮੈਂ ਇੱਕ ਕਈ ਸਾਰੀਆਂ ਤੁਹਾਨੂੰ ਪਹਿਲਾਂ ਵੀ ਆਪਾਂ ਇਸੇ ਇੰਟਰਵਿਊ ਜਿਕਰ ਕਰ ਲਿਆ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹ ਬਹੁਤ ਜ਼ਹੀਨ ਹੈ ਐਦਾਂ ਨਾ ਮਤਲਬ ਕਿਸੇ ਨੂੰ ਜ਼ਿਆਦਾ ਸਮਝ ਦੀ ਆਪਦੇ ਤੋਂ ਵੀ ਉਹ ਮੈਨੂੰ ਚੰਗੀ ਲੱਗਦੀ ਹੈ ਇਹਦੀ ਬਹੁਤ ਗੱਲ ਹੈਨਾ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਹੈ ਕਿਸੇ ਦੇ ਵੀ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੋਵੇ ਇਹਦਾ ਕਿਸੇ ਪ੍ਰਤੀ ਜਿਹੜੀ ਐਮਪੈਥੀ ਕਹਿ ਲੈਣੇ ਆਪਾਂ ਨੂੰ ਅੰਗਰੇਜ਼ੀ ਦੇ ਵਿੱਚ ਉਹ ਇਹਦੀ ਭਾਵਨਾ ਅੰਦਰਲੀ ਮੈਨੂੰ ਬਹੁਤ ਤੁੰਬਦੀ ਹੈ ਕਿ ਐਵੇਂ ਦਾ ਬੰਦਾ ਹੋਣਾ ਚਾਹੀਦਾ ਜਿਵੇਂ ਦੀ ਇਹ ਹੈ ਨਾ ਮੇਰੇ 'ਚ ਮੈਨੂੰ ਉਹ ਕਿਤੇ ਕਿਤੇ ਕਮੀ ਲੱਗਦੀ ਹੁੰਦੀ ਹੈ ਕਿ ਆ ਮੈਂ ਕਿ ਕਈ ਹੱਦ ਤੱਕ ਤਾਂ ਹੈਗਾ ਪਰ ਮੈਂ ਇਹਦੇ ਜਿੰਨਾ ਨਹੀਂ ਹੈਗਾ ਐਮਪੈਥੀ ਦੂਜੀ ਗੱਲ ਮੈਨੂੰ ਇਹਦੀ ਲੱਗਦੀ ਹੈ ਕਿ ਜਿਹੜੀ ਇਹਦੇ ਅੰਦਰਲੀ ਮੁਹੱਬਤ ਹੈ ਮੇਰੇ ਲਈ ਹੂੰ ਉਹ ਬਹੁਤ ਜ਼ਰੂਰੀ ਹੁੰਦੀ ਹੈ ਇਹ ਤੁਹਾਡੇ ਨਾਲ ਕੋਈ ਤੁਹਾਨੂੰ ਇੰਨਾ ਮੁਹੱਬਤ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਕਿ ਉਹ ਤੁਹਾਨੂੰ ਤੋਰੀ ਰੱਖਦਾ ਜ਼ਿੰਦਗੀ ਦੇ ਵਿੱਚ ਇਹ ਕੋਸ਼ਿਸ਼ ਕਰਦੀ ਹੈ ਕਿ ਮੈਂ ਆਪ ਦੀ ਗੱਲ ਨਾ ਕਿਹਾ ਕਿ ਹਨਾ ਜੋ ਜੇ ਇਕੋ ਟਾਈਮ ਤੇ ਸਾਨੂੰ ਦੋਨੋਂ ਨੂੰ ਇੱਕੋ ਚੀਜ਼ ਦੀ ਲੋੜ ਹੈ ਤਾਂ ਮੈਨੂੰ ਪਤਾ ਵੀ ਇਹਨੇ ਪੂਰੀ ਪਲੈਨਿੰਗ ਨਾਲ ਇਹ ਦਿਖਾ ਦ ਸਾਬਤ ਕਰ ਦੇਣਾ ਵੀ ਮੈਨੂੰ ਤਾਂ ਇਹ ਲੋੜ ਹੀ ਨਹੀਂ ਹੈਗੀ ਚੀਜ਼ ਦੀ ਹਨਾ ਤਾਂ ਮੈਂ ਤਾਂ ਕਰਕੇ ਨਹੀਂ ਇਹ ਲੈ ਰਹੀ ਤੋਂ ਡਿਲੀ ਕਰ ਰਹੀ ਹਾਂ ਹਨਾ ਅ ਮਤਲਬ ਜੋ ਇਹ ਮੇਰੇ ਲਈ ਕਰਦੀ ਹੈ ਹਨਾ ਮੈਨੂੰ ਉਹ ਬਹੁਤ ਵਧੀਆ ਲੱਗਦਾ ਫਿਰ ਇੱਕ ਇਹਦੇ ਚ ਸਿੱਖਣ ਦਾ ਬਹੁਤ ਉਹ ਆ ਕਿ ਸ਼ੀ ਇਜ਼ ਅ ਵੈਰੀ ਗੁੱਡ ਲਰਨਰ ਜਿਵੇਂ ਇਹਨੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਟਾਕ ਦੀ ਦੁਨੀਆ ਬਾਰੇ ਬਹੁਤ ਕੁਝ ਜਾਣ ਲਿਆ ਥੋੜੇ ਸਾਂ ਜਿਹੜੀ ਚੀਜ਼ ਪਿੱਛੇ ਪੈ ਜਾਂਦੀ ਹੈ ਫਿਰ ਜਿਵੇਂ ਇਹਨੂੰ ਕੁਕਿੰਗ ਬਹੁਤ ਸੋਹਣੀ ਕਰਦੀ ਹੈ ਬਹੁਤ ਵਧੀਆ ਕੁੱਕ ਹੈ ਇਹ ਇਹ ਵੀ ਇੱਕ ਵੈਸੇ ਪੁਆਇੰਟ ਆ ਕਿ ਕੁੱਕ ਬਹੁਤ ਵਧੀਆ ਖਾਣਾ ਕਮਾਲ ਦਾ ਬਣਾਉਂਦੀ ਹੈ ਕ੍ਰੀਏਟਿਵ ਬਣਾਉਂਦੀ ਹੈ ਜਿਹੜੀ ਇਹਨੂੰ ਚੀਜ਼ ਆਉਂਦੀ ਵੀ ਹੁੰਦੀ ਹੈ ਨਾ ਉਸ ਲਈ ਵੀ ਪਹਿਲਾਂ ਇਹ ਦੁਬਾਰਾ ਫੇਰ 5-6 ਵੀਡੀਓ ਦੇਖ ਦਊਗੀ ਮੈਂ ਕਹੂੰਗਾ ਵੀ ਯਾਰ ਤੈਨੂੰ ਆਉਂਦਾ ਤਾਂ ਹੈ ਤੂੰ ਵਧੀਆ ਡੋਸਾ ਬਣਾ ਲੈਣੀ ਹੈ ਬਣਾ ਲਾ ਕਹਿੰਦੀ ਨਹੀਂ ਫਿਰ ਕੁਝ ਨਵਾਂ ਮੈਂ ਸੋਚ ਰਹੀ ਆ ਵੀ ਕੋਈ ਨਵਾਂ ਢੰਗ ਦਾ ਸ਼ਾਇਦ ਬਣ ਉਹ ਵੇ ਕਿਸੇ ਨੇ ਟਰਾਈ ਕੀਤਾ ਤਾਂ ਸਾਨੂੰ ਬਹੁਤ ਵਾਰ ਨਾ ਅਸੀਂ ਬੱਚੇ ਵੀ ਮੈਂ ਵੀ ਅਸੀਂ ਕਹਿੰਦੇ ਵੀ ਮਾਰਕੀਟ 'ਚ ਤੇਰੇ ਵਰਗਾ ਮਨਚੂਰੀ ਨਹੀਂ ਕੋਈ ਵੀ ਬਣਾ ਸਕਦਾ ਮਾਰਕੀਟ 'ਚ ਤੇਰੇ ਵਰਗਾ ਡੋਸਾ ਨਹੀਂ ਕਿਸੇ ਨੇ ਬਣਾਉ ਹੈ ਨਾ ਅਗਾਈ ਕਈ ਵਾਰੀ ਇਹ ਤੋਂ ਗਲਤ ਬਣ ਜਾਂਦਾ ਬੱਚੇ ਕਹਿੰਣਗੇ ਵੀ ਆਹ ਉਹ ਵਾਲਾ ਨਹੀਂ ਬਣਾਇਆ ਹੈ ਨਾ ਜਿਹੜਾ ਮੈਂ ਕਹੂੰਗਾ ਵੀ ਇਹ ਵਧੀਆ ਗੱਲ ਹੈ ਮੇਰੇ ਨਾ ਉਸਤਾਦ ਨੇ ਕਿਹਾ ਸੀ ਜਦੋਂ ਅਸੀਂ ਫੋਟੋਗ੍ਰਾਫੀ ਉਦੋਂ ਸ਼ੁਰੂ ਕੀਤੀ ਸੀ ਮੈਂ ਜਦੋਂ ਰੀਲਾਂ ਆਉਂਦੀਆਂ ਸੀਗੀਆਂ 네ਗੇਟਿਵ ਵਾਲੀਆਂ ਉਦੋਂ 36 네ਗੇਟਿਵ ਹੁੰਦੇ ਸੀ ਇੱਕ ਰੀਲ 'ਚ ਉਹ ਕਹਿੰਦਾ ਨਾ ਵੀ ਜੇ ਤੁਹਾਡੀਆਂ 36 ਦੀਆਂ 36 ਫੋਟੋ ਸਹੀ ਆ ਜਾਣ ਤਾਂ ਤੁਸੀਂ ਬਹੁਤ ਨਕੰਮੇ ਫੋਟੋਗ੍ਰਾਫਰ ਹੋ ਮਤਲਬ ਤੁਸੀਂ ਉਹੀ ਫੋਟੋਆਂ ਖਿੱਚੀਆਂ ਜਿਹੜੀਆਂ ਤੁਹਾਨੂੰ ਆਉਂਦੀਆਂ ਸੀ ਤੁਸੀਂ ਕੁਝ ਨਵਾਂ ਕਰਨ ਦੀ ਟਰਾਈ ਨਹੀਂ ਕੀਤੀ ਹੈਂ ਔਰ ਮੈਂ ਇਹਦੀ ਇਸ ਗੱਲ ਤੋਂ ਖੁਸ਼ ਹੁੰਨਾ ਕਿ ਨਵਾਂ ਕਰਨ ਦੀ ਟਰਾਈ ਹਮੇਸ਼ਾ ਹੁੰਦੀ ਹੈ ਕਿ ਮੈਂ ਕੁਝ ਨਵਾਂ ਕਰਾਂ ਮੈਂ ਕੁਝ ਨਵਾਂ ਕਰਾਂ ਇੱਕ ਇੱਕ ਇਹ ਮਦਰ ਬਹੁਤ ਵਧੀਆ ਮਾਂ ਹੈ ਨਾ ਇਹ ਫालतू ਬੱਚਿਆਂ ਤੇ ਪ੍ਰੈਸ਼ਰ ਨਹੀਂ ਪਾਉਂਦੀ ਜਿਹਾ ਮੈਂ ਦੇਖਿਆ ਅਕਸਰ ਬਹੁਤ ਘਰਾਂ ਚ ਨਾ ਵੀ ਉਹਨਾਂ ਦੀਆਂ ਆਪਦੀਆਂ ਇੱਛਾਵਾਂ ਹੀ ਬੱਚਿਆਂ ਤੋਂ ਪੂਰੀਆਂ ਕਰਨ ਨੂੰ ਫਿਰਦੇ ਹੁੰਦੇ ਆ ਜੋ ਨਹੀਂ ਕੀਤੀਆਂ ਤੇ ਬਟ ਇੰਨੇ ਐ ਨਹੀਂ ਹੈਗਾ ਇਹਨੂੰ ਨਾ ਬਹੁਤ ਹੀ ਲਿਬਰਲ ਐ ਸੋਚ ਨੂੰ ਲੈ ਕੇ ਬਹੁਤ ਐਡਵਾਂਸ ਇੱਕ ਘਰ ਬੰਨਣ ਵਾਲੀ ਐ ਮੈਂ ਮੇਰੀਆਂ ਪੂਰੀਆਂ ਨਹੀਂ ਇੰਨੀਆਂ ਗਿਣਾਈ ਜਾਊਗਾ ਮੈਂ ਉਹ ਭਾਵੇਂ ਇੰਟਰਵਿਊ ਪੂਰੀ ਹੋ ਜੋ ਦੇ ਵਿੱਚ ਕਾਲ ਆਈ ਹੋਈ ਏ ਸਾਨੂੰ 80 ਸਾਲ ਦੀ ਬੇਬੇ ਹਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮੁੰਡਿਆਂ ਨਾਲੋਂ ਕੁੜੀਆਂ ਵੱਧ ਮਾਪਿਆਂ ਦਾ ਕਰਦੀਆਂ ਨੇ ਆਮ ਤੌਰ ਤੇ ਸਾਡੇ ਸਮਾਜ ਦਾ ਹਿੱਸਾ ਹੈ ਗੱਲ ਇਹ ਉਹ ਮਾਤਾ ਕਾਲ ਕਰਦੀ ਹੈ ਪੁੱਤ ਜਲਦੀ ਆ ਉਹ ਇਹੀ ਪ੍ਰੋਨ ਸੁਣ ਕੇ ਵੀ ਤੁਸੀਂ ਇਹੋ ਜਿਹੇ ਲੂਹਾ ਇਹੋ ਜਿਹੇ ਪੁੱਤ ਇਹੋ ਜਿਹੇ ਧੀਆ ਕਿੱਥੋਂ ਲੱਭ ਲੱਭ ਕੇ ਲਿਓਨੇ ਹੋ ਇਹ ਕਿਹੜੀ ਦੁਨੀਆ ਦੇ ਬਾਤ ਚਾ ਉਹ ਇਹੀ ਪ੍ਰੋਨ ਦੇਖ ਕੇ ਕਾਲ ਕਰਦੀ ਬੇਬੇ ਕਹਿੰਦੀ ਪੁੱਤ ਤੂੰ ਕਹਿ ਤਿੰਨਾ ਬੜਾ ਪਖਪੂਰਦਾ ਹਾਂ ਕਹਿੰਦੀ ਮੇਰੀ ਟੀ ਜਵਾਈ ਥੱਲੇ ਰਹਿੰਦੇ ਐ ਤੇ ਮੈਂ ਉੱਪਰ ਰਹਿਣੀ ਆ ਪੁੱਤ ਮੇਰੀ 80 ਸਾਲ ਦੀ ਉਮਰ ਐ ਬਸ ਮੈਂ ਚਾਹ ਨਹੀਂ ਆ ਵੀ ਤੂੰ ਮੇਰੇ ਕੋਲ ਜਲਦੀ ਪਹੁੰਚ ਮੈਨੂੰ ਇੰਟਰਵਿਊ ਕਰ ਲਈਏ ਤੇ ਨਾਲ ਬਸ ਹਾਂ ਮਤਲਬ ਬਸ ਗੱਲਾਂ ਕਰ ਮੈਂ ਚਾਹ ਨਹੀਂ ਆ ਵੀ ਕੋ ਉਹ ਤੂੰ ਸਾਫ ਕੇ ਰੱਖ ਲੈ ਕਿਤੇ ਬਸ ਹਾਂ ਬਜ਼ੁਰਗਾਂ ਦੇ ਜਾਣਦਾ ਬੇਬੇ ਆਪੂ ਦੇ ਜਾਣਦਾ ਜ਼ਿੰਦਗੀ ਦੇ ਉੱਤੇ ਕੀ ਮਨਫੀ ਹੋ ਗਿਆ ਕੀ ਪ੍ਰਭਾਵ ਪਿਆ ਕੁਝ ਲੱਗਦਾ ਹੈ ਕਿ ਬਹੁਤ ਕੁਝ ਗਵਾ ਲਿਆ ਬਹੁਤ ਕੁਝ ਖੋਇਆ ਗਿਆ ਘਰ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਮੈਂ ਕਹਿੰਦਾ ਮੇਰੇ ਨਾਂ ਮਾਂ ਪਿਓ ਦੇ ਹੁੰਦੇ ਹੋਏ ਉਹਨਾਂ ਦੇ ਹੁੰਦੇ ਹੋਏ ਨਾ ਮੈਂ ਕੋਈ ਵੀ ਪਰਿਵਾਰਕ ਕੰਮ ਨੰਬਰ 1 ਤੱਕ ਕੀਤਾ ਨਹੀਂ ਸੀ ਮੇਰੇ ਬੈਂਕ ਦਾ ਏਟੀਐਮ ਕਾਰਡ ਵੀ ਮੇਰੇ ਕੋਲੇ ਨਹੀਂ ਸੀ ਹੁੰਦਾ ਜੀ ਉਹ ਵੀ ਘਰੇ ਫੜਾਇਆ ਹੋਇਆ ਸੀ ਮੈਂ ਮੈਨੂੰ ਜਿਵੇਂ ਹੀ ਪ੍ਰਵਾਣੀ ਸੀ ਹੁੰਦੀ ਕਰੇ ਕੀ ਕੀ ਮੁੱਖੀ ਐ ਕੀ ਸੀ ਜਿਲੇ ਹਣੀ ਐ ਆਈ ਵਾਸ ਲੀਸਟ ਬਾਦਰਡ ਹਮ ਮੇਰੇ ਮਾਂ ਕੋ ਉਹਦੇ ਹੁੰਦੇ ਇੱਥੋਂ ਤੱਕ ਕਿ ਇਹ ਵੀ ਗਜ਼ਲ ਵੀ ਜਦੋਂ ਜੌਬ ਕਰਦੀ ਸੀ ਇਹ ਵੀ ਲਿਆ ਕੇ ਤਨਖਾਹ ਮੇਰੇ ਮਦਰ ਨੂੰ ਫੜਾ ਦਿੰਦੀ ਸੀ ਮੇਰੇ ਮਦਰ ਇਹਨੂੰ ਕਹਿੰਦੇ ਵੀ ਆ ਤੂੰ ਰੱਖ ਪੈਸੇ ਤੇ ਦਾ ਆ ਲਿਆ ਸਾਡਾ ਇਦਾਂ ਦਾ ਸਿਸਟਮ ਚੱਲਦਾ ਸੀ ਘਰੇ ਮੇਰੇ ਪਹਿਲਾ ਮਦਰ ਗਏ ਉਹਨਾਂ ਦੇ ਜਾਣ ਤੋਂ ਬਾਅਦ ਇੱਕਦਮ ਬਹੁਤ ਫਰਕ ਪਿਆ ਜਿਵੇਂ ਕੋਈ ਹੁੰਦਾ ਨਾ ਘਰਾਂ 'ਚ ਕੋਈ ਬੋਲ ਬੁਲਾ ਰਾ ਹੋ ਜਾਂਦਾ ਤਾਂ ਗਜ਼ਲ ਰੋਣ ਲੱਗ ਗਈ ਇਹ ਕਹਿੰਦੀ ਮੰਮੀ ਹੁੰਦੇ ਨਾ ਅੱਜ ਤਾਂ ਫੇਰ ਆਹ ਲੇਡੀ ਨੇ ਐ ਨਹੀਂ ਸੀ ਬੋਲਣਾ ਹਨਾ ਕਿਉਂਕਿ ਇਹ ਲੜਾਈ ਵਾਲਾ ਜਾਂ ਉਹ ਵਾਲਾ ਮਾਹੌਲ ਹੀ ਹੈ ਨਹੀਂ ਇਹਦਾ ਤੇ ਮਾਤਾ ਮੇਰੇ ਥੋੜੇ ਜਿਹਾ ਡਾਡੇ ਸੀਗੇ ਉਹ ਕਿਸੇ ਤੋਂ ਦਬਦੇ ਨਹੀਂ ਸੀ ਕਹਿ ਲਓ ਤੇ ਇਹਨੂੰ ਵੀ ਬਹੁਤ ਕਮੀ ਫੀਲ ਹੋਈ ਉਹਨਾਂ ਦੇ ਜਾਣ ਦੀ ਤੇ ਮੈਨੂੰ ਐ ਹੋਈ ਕਿ ਮੈਂ ਪਰਵਾਰਾਂ ਵਾਲੇ ਨਾ ਮੇਰੇ ਨਾਨਕਾ ਤੇ ਦਾਦਕਾ ਪਰਿਵਾਰ ਦੋਨਾਂ ਦੇ ਵਿੱਚ ਮੇਰੇ ਨਾਨਕੇ ਪਰਿਵਾਰ ਚ ਮੇਰੀ ਮਦਰ ਕਰਕੇ ਦਾਦਕੇ ਪਰਿਵਾਰ ਚ ਡੈਡੀ ਕਰਕੇ ਉਹਨਾਂ ਨੇ ਨਾ ਇੰਨਾ ਕੁ ਸੋਸ਼ੀਅਲੀ ਕੰਮ ਕੀਤਾ ਸੀ ਆਪਦੇ ਰਿਸ਼ਤੇਦਾਰਾਂ ਦਾ ਕਿ ਉਹਨਾਂ ਸਾਡੇ ਤੋਂ ਐਕਸਪੈਕਟ ਕਰਨ ਲੱਗ ਗਏ ਕਿਉਂਕਿ ਬ੍ਰਦਰ ਮੇਰੇ ਬਾਹਰ ਰਹਿੰਦੇ ਆ ਆਸਟ੍ਰੇਲੀਆ ਵੱਡੇ ਬ੍ਰਦਰ ਹਰਮਿੰਦਰ ਸਿਸਟਰ ਬਾਹਰ ਹੈਗੇ ਛੋਟੇ ਸਿਸਟਰ ਚੰਡੀਗੜ੍ਹ 올 ਸਾਰੇ ਯਾਰ ਰਿਸ਼ਤੇਦਾਰ ਮੇਰੇ ਤੋਂ ਐਕਸਪੈਕਟ ਕਰਨ ਲੱਗੇ ਕਿ ਮੈਂ ਮੇਰੇ ਫਾਦਰ ਵਾਂਗੂ ਕਰਕੇ ਦਿਖਾਵਾਂ ਜਾਂ ਏ ਮੇਰੇ ਮਦਰ ਵਾਂਗੂ ਕਰਕੇ ਦਿਖਾਵੇ ਹਨ ਅਸੀਂ ਉਹਨਾਂ ਦੇ ਨੇੜੇ ਤੇੜੇ ਨਹੀਂ ਹੈਗੇ ਉਸ ਤਰ੍ਹਾਂ ਕਰਨ ਨੂੰ ਹੁਣ ਮੈਂ ਨਕਲੀ ਬਣ ਨਹੀਂ ਸਕਦਾ ਬਹੁਤ ਫਰਕ ਬਹੁਤ ਪਿਆ ਸਾਰਾ ਬੋਝ ਪਰਿਵਾਰ ਦਾ ਸਾਰੇ ਕੰਮਕਾਰ ਇੱਕੋ ਦਮ ਆਪਦੇ ਮੋਢਿਆਂ ਤੇ ਆ ਗਏ ਮੇਰੇ ਡੈਡੀ ਇਹੋ ਜੇ ਸੀ ਵੀ ਮੈਨੂੰ ਨਾ ਬਿਜਲੀ ਦੇ ਬੋਰਡ ਨੂੰ ਵੀ ਨਹੀਂ ਸੀ ਹੱਥ ਲਾਉਣ ਦਿੰਦੇ ਵੀ ਨਹੀਂ ਨਹੀਂ ਮੈਂ ਆਪੇ ਕਰ ਲਊਗਾ ਛੱਡ ਦੇ ਬੇਟੇ ਰਹਿਣ ਦੇ ਮੈਂ ਕਰ ਲਊਗਾ ਤੂੰ ਆਪ ਦਾ ਕੰਮ ਕਰ ਉਹਨਾਂ ਨੇ ਵੀ ਉਵੇਂ ਜਿਵੇਂ ਗਜ਼ਲ ਨੇ ਮੈਨੂੰ ਆਜ਼ਾਦੀ ਦਿੱਤੀ ਹੋਈ ਹੈ ਵੀ ਤੂੰ ਤੁਸੀਂ ਆਪ ਦਾ ਕਰੋ ਮੈਂ ਘਰ ਦਾ ਦੇਖਦੀ ਆਂ ਮੇਰੇ ਮਾਪਿਓ ਨੇ ਉਵੇਂ ਆਜ਼ਾਦੀ ਦਿੱਤੀ ਹੋਈ ਸੀ ਬਹੁਤ ਹੀ ਜ਼ਿਆਦਾ ਜੀ 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 ਵੀ ਅਸੀਂ ਬੈਠੇ ਕੋਈ ਗੱਲ ਨਹੀਂ ਤੂੰ ਆਪ ਦਾ ਕਰ ਉਹ ਸਾਰੇ ਦਾ ਸਾਰਾ ਕੰਮ ਇਕੋ ਦਮ ਹੀ ਮੇਰੇ ਤੇ ਆ ਗਿਆ ਕਿਸੇ ਰਿਲੇਟਿਵ ਨੇ ਆਉਣਾ ਬਠੰਡੇ ਕਿਸੇ ਨੇ ਆਉਣਾ ਮੇਰੇ ਕੋ ਘਰੇ ਕੰਮ ਆਉਣਾ ਘਰ ਦੇ ਕੰਮ ਕਰਨੇ ਉਹ ਮੈਨੂੰ ਇੱਕ ਵਾਰੀ ਤਾਂ ਬਹੁਤ ਔਖਾ ਲੱਗਿਆ ਹੁਣ ਵੀ ਅੱਜ ਤੱਕ ਵੀ ਸਾਨੂੰ ਉਹ ਕਮੀ ਫੀਲ ਹੁੰਦੀ ਹੈ ਅਸੀਂ ਉਹਨਾਂ ਦੇ ਪੂਰਕ ਬਣ ਨਹੀਂ ਸਕਦੇ ਕਦੇ ਵੀ ਨੈਵਰ ਜੋ ਉਹ ਕੈਰੇਕਟਰ ਸੀਗੇ ਉਹ ਬੜੇ ਵੱਡੇ ਕੈਰੇਕਟਰ ਹੁੰਦੇ ਆ ਨਾ ਮਾਂ ਪਿਓ ਸਾਡੇ ਬਾਲੇ ਵਿਸ਼ਾਲ ਕੈਰੇਕਟਰ ਹੁੰਦੇ ਆ ਹਾਂ ਮੈਂ ਸੋਸ਼ੀਅਲੀ ਬਹੁਤ ਐਕਟਿਵ ਐ ਮੇਰੇ ਮਾਂ ਪਿਓ ਸੋਸ਼ੀਅਲੀ ਨਹੀਂ ਹੋਣਗੇ ਮੈਂ ਸਮਾਜ ਦਾ ਬੰਦਾ ਟਾਈਪ ਆਂਗਾ ਹਾਂ ਨਾ ਪਰਿਵਾਰ ਦੇ ਬੰਦੇ ਨਾਲੋਂ ਵੱਧ ਮੈਂ ਸਮਾਜ ਦਾ ਬੰਦਾ ਹਾਂ ਹੁਣ ਪਰਿਵਾਰ ਜਿਹੜੇ ਹੈਗੇ ਉਹ ਐਕਸਪੈਕਟ ਕਰਦੇ ਕਿ ਮੈਂ ਪਰਿਵਾਰ ਦਾ ਬੰਦਾ ਬਣ ਕੇ ਦਿਖਾਵਾਂ ਉਹ ਬਣੇ ਨਹੀਂ ਆਂਦਾ ਮੈਂ ਤੋਂ ਮੈਂ ਹੈ ਨਹੀਂਗਾ ਮੇਰੇ ਜਿਆਦਾ ਜਿਹੜੇ ਦੋਸਤ ਐ ਵਿਦਿਆਰਥੀ ਐ ਮੇਰੇ ਉਹ ਮੈਨੂੰ ਜਿਆਦਾ ਉਹਨਾਂ ਦੇ ਵਿੱਚ ਆਉਣਾ ਜਾਂਦਾ ਇਹ ਔਖਾ ਹੋ ਰਿਹਾ ਥੋੜਾ ਇਹਨੂੰ ਵੀ ਇਸੇ ਗੱਲ ਨੂੰ ਲੈ ਕੇ ਲੱਗਦਾ ਹੁੰਦਾ ਕਈ ਵਾਰ ਪਰ ਹੁਣ ਤਾਂ ਮੈਨੇਜ ਕਾਫੀ ਸਾਲ ਹੋ ਗਏ ਤੇ ਅਸੀਂ ਆਪ ਦੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ ਹੋਈ ਐ ਹੁਣ ਲੋਕਾਂ ਦੇ ਸਾਹਮਣੇ ਨਾਲ ਕੱਟ ਜਿਉਣੇ ਗੁਰਪ੍ਰੀਤ ਆਰਟਿਸਟ ਵੀ ਹੈਗਾ ਗੁਰਪ੍ਰੀਤ ਉਹ ਕਦੇ ਹੋਰ ਮੀਡੀਆ ਕਰਦੇ ਗੁਰਪ੍ਰੀਤ ਵੀ ਐਵੇਂ ਵੀ ਕਰਿਆ ਕਰ ਆਰਟਿਸਟ ਵੀ ਹੈਗਾ ਫੋਟੋਗ੍ਰਾਫਰ ਹੈਗਾ ਯਾਰ ਰਿਸ਼ਤੇ ਨਿਵਾਉਣ ਦੇ ਪੱਖੋਂ ਗੁਰਪ੍ਰੀਤ ਕਿਵੇਂ ਦਾ ਰਿਹਾ ਵਧੀਆ ਹੀ ਰਹੇਗਾ ਤੁਮ ਕਿਹੋ ਜਿਹੀਆਂ ਪੇਂਟਿੰਗ ਗੁਰਪ੍ਰੀਤ ਦੇ ਜ਼ਿਆਦਾ ਪਸੰਦ ਕਰਦੇ ਮੈਨੂੰ ਸਾਰੀਆਂ ਪੇਂਟਿੰਗਸ ਪਸੰਦ ਹੁੰਦੀਆਂ ਹਨ ਮੈਂ ਬਤਲ ਲੋਕ ਤਾਂ ਕਈ ਵਾਰੀ ਆਰਟਿਸਟ ਦੀ ਇਸ ਇੰਟਰਵਿਊ ਕਰਦੇ ਆ ਕਹਿੰਦੇ ਵੀ ਯਾਰ ਕਲਾ ਢਿੱਡ ਨਹੀਂ ਭਰਦੀ ਢਿੱਡ ਭਰ ਰਹੀ ਹੈ ਕਲਾ ਬਿਲਕੁਲ ਜਿਹੜੀ ਹੁਣ ਤਾਜ਼ਾ ਤਾਜ ਘਰ ਨਾਲ ਜਿਹੜੀ ਜੌਬ ਛੱਡੀ ਹੈ ਤੇ ਉਹ ਵੀ ਕੱਲ 10-20 ਹਜ਼ਾਰ ਤਾਂ ਮੰਨ ਲਈਏ 20-50 ਹਜ਼ਾਰ ਮੰਨ ਲਈਏ 70-80 ਹਜ਼ਾਰ ਦੀ ਜੌਬ ਛੱਡ ਕੇ ਗੁਰਪ੍ਰੀਤ ਘਰੇ ਬੈਠਾ ਹੈ ਉਹਦੇ ਨਾਲੋਂ ਬੈਟਰ ਹੀ ਹੋਇਆ ਜਦੋਂ ਪਹਿਲੀ ਵਾਰੀ ਗੁਰਪ੍ਰੀਤ ਨੇ ਇਹ ਗੱਲ ਕਹੀ ਸੀ ਕਿ ਮੈਂ ਜੋਬ ਛੱਡਣੀ ਚਾਹੁੰਦਾ ਹਾਂ ਉਹ ਤੁਹਾਡਾ ਕੀ ਰਿਐਕਸ਼ਨ ਸੀ ਮੈਂ ਤਾਂ ਕਿ ਐਸੇ ਛੱਡ ਦੋ ਛੱਡ ਦੋ ਜੋਬ ਜੋ ਤਰਦਾ ਜੀ ਕਰਦਾ ਤੁਸੀਂ ਘਰੇ ਕੰਮ ਕਰਨਾ ਹੈ ਕਿਉਂਕਿ ਜੋਬ ਐਗਜ਼ੈਕਟਲੀ ਇਹੀ ਗੱਲ ਇਹਨਾਂ ਨੇ ਕਹੀ ਸੀ ਕਿ ਜਿਵੇਂ ਤੁਹਾਡਾ ਜੀ ਕਰਦਾ ਨਾ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਗੱਲ ਜੋ ਜੀ ਕਰਦਾ ਉਹ ਕਰ ਦੋ ਹਾਂਜੀ ਹੂੰ ਇਹ ਗੱਲ ਬਹੁਤ ਸਟਰੋਂਗ ਕਰਦੇ ਨੇ ਬੇਬੀ ਨੇ ਵੀ ਬਹੁਤ ਵਾਰੀ ਕਿਹਾ ਇਹਦੀ ਪਾਪਾ ਤੁਸੀਂ ਜੋਬ ਨਹੀਂ ਕਰਨਾ ਚਾਹੁੰਦੇ ਤੁਸੀਂ ਛੱਡ ਦੋ ਗੱਲ ਪਹਿਲੇ ਚੱਲਦੀ ਰਹੀ ਹਾਂ ਛੱਡਣੀ ਆ ਫਿਰ ਅਸੀਂ ਮੈਂ ਰਿਜ਼ਾਈਨ ਦੇਣ ਦਾ ਕਿਆ ਸਕੂਲ ਚੋਂ ਕਹਿੰਦੇ ਵੀ ਐ ਨਾ ਕਰੋ ਸਕੂਲ ਵਾਲੇ ਬਹੁਤ ਕੋਆਪਰੇਟਿਵ ਹੈ ਜੀ ਸਿੰਟ ਜੋਸਫਸ ਕਨਵੈਂਟ ਸਕੂਲ ਚ ਮੈਂ ਪੜਾਉਂਦਾ ਰਿਹਾ ਉਹ ਮੇਰੇ ਨਾਲ ਬਹੁਤ ਕੋਆਪਰੇਟਿਵ ਰਹੀਆਂ ਸਾਰੀਆਂ ਪ੍ਰਿੰਸੀਪਲਸ ਉੱਪਰ ਜਿਹੜੇ ਹੈੱਡ ਆਫਿਸ ਚ ਉਹ ਸਿਸਟਰ ਹੈਲਨ ਹੈਗੇ ਹੈੱਡ ਆਫਿਸ ਚ ਨਾ ਇੱਥੇ ਸਿਸਟਰ ਆਫੀਲੀਆ ਲੋਬੋ ਹੈ ਉਹ ਕਹਿੰਦੇ ਵੀ ਤੁਸੀਂ ਨਾ ਜੌਬ ਨਾ ਛੱਡੋ ਛੁੱਟੀ ਲੈ ਕੇ ਦੇਖ ਲਓ ਜੌਬ ਇੱਕ ਵਾਰੀ ਛੱਡ ਦਿੱਤੀ ਤਾਂ ਰੀਜੋਇਨਿੰਗ ਸੌਖੀ ਨਹੀਂ ਹੋਣੀ ਤੁਸੀਂ ਸਾਰੇ ਨਵੇਂ ਸਿਰੇ ਤੋਂ ਰੀਜੋਇਨ ਕਰਨਾ ਪਊਗਾ ਸਾਰੇ ਬੈਨੀਫਿਟਸ ਚਲੇ ਜਾਣਗੇ ਤੁਸੀਂ ਛੁੱਟੀ ਲੈ ਲਓ ਜੇ ਤੁਹਾਨੂੰ ਲੱਗਿਆ ਕਿ ਤੁਸੀਂ ਸਰਵਾਈਵ ਕਰ ਸਕਦੇ ਹੋ ਤਾਂ ਛੱਡ ਦਿਓ ਨਹੀਂ ਤਾਂ ਦੁਬਾਰਾ ਜੁਆਇਨ ਕਰ ਲਿਓ ਮੈਂ ਕਿਹਾ ਛੁੱਟੀ ਦਿੰਦੇ ਨਹੀਂ ਤੁਸੀਂ ਕਹਿੰਦੇ ਕੌਣ ਕਹਿੰਦਾ ਵੀ ਅਸੀਂ ਦੇਵਾਂਗੇ ਤੂੰ ਲੈ ਤੇ ਉਹਨਾਂ ਨੇ ਮੈਨੂੰ ਛੁੱਟੀ ਦੇ ਦਿੱਤੀ ਮੈਂ ਲਗਭਗ 6 ਮਹੀਨੇ ਘਰੇ ਬੈਠਾ ਰਿਆ ਔਰ ਉਦੋਂ ਮੈਂ ਕੰਮ ਨਹੀਂ ਕੀਤਾ ਕਮਾਉਣ ਵਾਲਾ ਕੋਈ ਕੰਮ ਨਹੀਂ ਕੀਤਾ ਚੱਜ ਨਾਲ ਹੂੰ ਸਨ ਮੈਂ ਫਿਰ ਤਾਂ ਕਰਕੇ ਜੌਬ ਦੁਆਰਾ ਜੁਆਇਨ ਕਰ ਲਈ ਮੇਰਾ ਨਾ ਦੋਸਤ ਸਿਕੰਦਰ ਆਰਟਿਸਟ ਹੈ ਚੰਡੀਗੜ੍ਹ ਤੋਂ ਉਹਨੂੰ ਜਦੋਂ ਮੈਂ ਦੱਸਿਆ ਨਾ ਵੀ ਮੈਂ ਛੱਡ ਰਿਹਾ ਹਾਂ ਬਹੁਤ ਖੁਸ਼ ਹੋਇਆ ਮੈਨੂੰ ਬਹੁਤ ਦੇਰ ਤੋਂ ਕਹਿ ਰਿਹਾ ਵੀ ਤੂੰ ਜੌਬ ਛੱਡ ਦੇ ਮੈਂ ਕਿਹਾ ਵੀ ਮੈਂ ਨਾ ਛੁੱਟੀ ਲੈ ਲਈ ਉਹ ਕਹਿੰਦਾ ਬਹੁਤ ਗਲਤ ਕੀਤਾ ਤੁਸੀਂ ਹੁਣ ਜੌਬ ਛੱਡ ਨਹੀਂ ਸਕਦੇ ਲਿਖਾ ਲਓ ਮੇਰੇ ਤੋਂ ਹੋਇਆ ਵੀ ਇਹੀ ਮੈਂ ਛੱਡੀ ਨਹੀਂ ਦੁਬਾਰਾ ਜੁਆਇਨ ਕਰ ਲਿਆ ਸੀ ਮੈਂ ਕਿਹਾ ਨਹੀਂ ਮੈਂ ਛੱਡ ਦੂੰਗਾ ਕਹਿੰਦਾ ਤੁਹਾਡੇ ਤੋਂ ਕੰਮ ਹੀ ਨਹੀਂ ਹੋਣਾ ਸ਼ਰਤ ਲਾ ਲਓ ਨਹੀਂ ਤੁਸੀਂ ਕਰੋ ਕਹਿੰਦਾ ਵੀ ਜਦੋਂ ਸਿਕੰਦਰ ਸੀ ਨਾ ਜਿਹੜਾ ਸਿਕੰਦਰ ਹੁੰਦਾ ਸੀ ਹਮਲਾਵਰ ਸਿਕੰਦਰ ਆਇਆ ਸੀ ਕਹਿੰਦਾ ਜਦੋਂ ਉਹ ਦੀ ਫੌਜ ਟੱਪ ਜਾਂਦੀ ਨਾ ਪੁਲ ਦਰਿਆ ਟੱਪ ਜਾਂਦੀ ਕੋਈ ਤੇ ਉਹ ਪੁਲ ਤੋੜ ਦਿੰਦਾ ਉਹਦੀ ਫੌਜ ਦੇ ਟੱਪਣ ਤੋਂ ਬਾਅਦ ਪਿੱਛੇੋਂ ਪੁਲ ਤੋੜ ਦਿੰਦਾ ਉਹਦੀ ਫੌਜ ਨੂੰ ਪਤਾ ਹੁੰਦਾ ਸੀ ਕਿ ਅੱਗੇ ਲੜਨਾ ਹੀ ਪੈਣਾ ਹੈ ਵਾਪਸ ਭੱਜਣ ਨੂੰ ਤਾਂ ਪੁਲ ਵੀ ਨਹੀਂ ਹੈਗਾ ਹੁਣ ਜਾਂ ਮਰਾਂਗੇ ਜਾਂ ਲੜਾਂਗੇ ਇੱਕੋ ਹੀ ਹੱਲ ਹੋਊਗਾ ਤਾਂ ਫਿਰ ਉਹਨਾਂ ਕੋਲੇ ਮਰਨ ਨਾਲੋਂ ਲੜਨਾ ਚੰਗਾ ਤੋ ਲੜਦੇ ਤੇ ਜਿੱਤਦੇ ਕਹਿੰਦਾ ਤੁਸੀਂ ਪੁਲ ਤਾਂ ਆਪ ਦਾ ਛੱਡ ਜਾਂਦਾ ਪਿੱਛੇ ਵੀ ਜੁਆਇਨ ਕਰ ਸਕਦੇ ਆ ਕਿਹੜੇ ਵੇਲੇ ਮਰਜੀ ਵਾਪਸ ਮੁੜ ਸਕਦੇ ਆ ਕਹਿੰਦਾ ਪੁਲ ਤਾਂ ਛੱਡ ਲਿਆ ਤੇ ਤੁਸੀਂ ਮੁੜੋਂਗੇ ਵਾਪਸ ਪੁਲ ਪੂਰਾ ਤੋੜ ਕੇ ਆਉਂਗੇ ਨਾ ਜਦੋਂ ਪਤਾ ਹੋਇਆ ਵੀ ਅਗਲੇ ਮਹੀਨੇ ਦੇ ਪੈਸੇ ਹੈ ਨਹੀਂਗੇ ਘਰੇ ਕਦੋਂ ਉਦੋਂ ਤੁਹਾਡੀ ਆਪਣੇ ਆਪੇ ਅੰਦਰੋਂ ਕ੍ਰੀਏਟੀਵਿਟੀ ਜਾਗੂਗੀ ਕੰਮ ਕਰੋਗੇ ਤੁਸੀਂ ਉਦੋਂ ਤੱਕ ਦੇਣੀ ਦੇਰ ਤੱਕ ਤੁਸੀਂ ਕੰਮ ਕਰਨਾ ਨਹੀਂ ਫਿਰ ਮੈਂ ਜਵਾਬ ਛੱਡ ਦਿੱ। ਹੂੰ ਬਹੁਤ ਸਕੂਲ ਵਾਲਿਆਂ ਨੇ ਮੈਂ ਵੀ ਕਹਾ ਬਹੁਤ ਰੋਕਿਆ ਮੈਨੂੰ ਬਹੁਤ ਕਿਹਾ ਵੀ ਇਹ ਨਾ ਕਰੋ ਡਿਸੀਜਨ ਲਓ ਤੇ ਉਸ ਤੋਂ ਬਾਅਦ ਵੀ ਐ ਲਾਲੂ ਵੀ ਹੁਣ ਸਾਲ ਹੋ ਗਿਆ ਸਾਲ ਤੱਕ ਵੀ ਉਹ ਵੇਟ ਕਰਦੇ ਰਹੇ ਸਾਡੀ ਪ੍ਰਿੰਸੀਪਲ ਸਿਸਟਰੋਫੀ ਲਿਆ ਨੇ ਕਿਹਾ ਸੀ ਕਿ ਮੈਂ ਸਾਲ ਤੇਰੀ ਵੇਟ ਕਰੂੰਗੀ ਕੋਈ ਟੀਚਰ ਨਹੀਂ ਪਾਇੰਟ ਕਰੂੰਗੀ ਉਦੋਂ ਤੱਕ ਜਦੋਂ ਤੱਕ ਤੂੰ ਹਾਂ ਨਹੀਂ ਕਰਦਾ ਤੇ ਤੈਨੂੰ ਦੁਬਾਰਾ ਜੁਆਇਨ ਕਰਾਉਂਗੀ ਮੈਂ ਹੂੰ ਪਰ ਹੁਣ ਮੇਰੇ ਇੱਕ ਵਿਦਿਆਰਥੀ ਰਿਹਾ ਉਹਨੇ ਮੇਰੀ ਜਗ੍ਹਾ ਤੇ ਫਿਰ ਜੁਆਇਨ ਕੀਤਾ ਤੇ ਅਲਟੀਮੇਟਲੀ ਹੁਣ ਫਾਈਨਲ ਹੋਇਆ ਲਾਲੋ ਇਹ ਔਕਾ ਡਿਸੀਜਨ ਹੁੰਦੇ ਆ নো ਡਾਊਟ ਪਰ ਤੁਸੀਂ ਉਦੋਂ ਤੱਕ ਉੱਡ ਵੀ ਨਹੀਂ ਸਕਦੇ ਜਦੋਂ ਤੱਕ ਤੁਸੀਂ हां ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਨਹੀਂ ਕਰ ਸਕਦੇ ਜਵਾਬ ਚ ਹੂੰ ਤੁਹਾਨੂੰ ਪੂਰੀ ਆਜ਼ਾਦੀ ਵੀ ਨਹੀਂ ਹੁੰਦੀ ਇਹ ਨਹੀਂ ਕਿ ਸਕੂਲ ਵਾਲਿਆਂ ਦਾ ਕਸੂਰ ਹੈ ਸਿਸਟਮ ਹੀ ਪੂਰਾ ਐ ਬਣਿਆ ਹੋਇਆ ਪੂਰਾ ਸਿਸਟਮ ਹੀ ਇਸ ਤਰ੍ਹਾਂ ਬਣਿਆ ਹੋਇਆ ਹੈ ਨਾ ਤੁਹਾਡੇ ਕੋਲੇ ਬੰਦਸ਼ਾਂ ਬਹੁਤ ਸਾਰੀਆਂ ਬੋਰਡ ਦੀਆਂ ਸਿਲੇਬਸ ਦੀਆਂ ਪੇਰੈਂਟਸ ਵੀ ਬਹੁਤ ਸਾਰੇ ਕੋਆਪਰੇਟਿਵ ਹੁੰਦੇ ਆ ਬਹੁਤ ਸਾਰੇ ਨਈ ਵੀ ਹੁੰਦੇ ਤੇ ਕਲਾ ਨੂੰ ਮੁੱਖ ਵਿਸ਼ਾ ਨਹੀਂ ਸਮਝਿਆ ਜਾਂਦਾ ਹਨ ਜਦ ਕਿ ਜਿਹੜੀ ਆਪਾਂ ਥੋੜੀ ਦੇਰ ਪਹਿਲਾਂ ਹੀ ਗੱਲ ਕੀਤੀ ਹੈ ਨਾ ਕਿਉਂ ਡਿਵੋਰਸਸ ਹੁੰਦੇ ਆ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਸਾਨੂੰ ਸਾਈਕੋਲੋਜੀ ਨਹੀਂ ਪੜਾਈ ਜਾਂਦੀ ਸਕੂਲਾਂ ਚ ਕੰਪਲਸਰੀ ਵਿਸ਼ਾ ਹੋਣਾ ਚਾਹੀਦਾ ਸਾਈਕੋਲੋਜੀ ਕੰਪਲਸਰੀ ਵਿਸ਼ਾ ਹੋਣਾ ਚਾਹੀਦਾ ਅਸਥੈਟਿਕਸ ਸੁੰਦਰਤਾ ਨੂੰ ਸਮਝਣਾ ਲੋਕਾਂ ਨੂੰ ਸਮਝਣਾ ਇਹ ਜ਼ਰੂਰੀ ਵਿਸ਼ੇ ਹੋਣੇ ਚਾਹੀਦੇ ਆ ਪਾਈਥਾਗੋਰਸ ਦੀ ਥਿਉਰਮ ਹੈ ਨਾ ਜਿਹੜੀ ਉਹ ਮੈਂ ਗਾਰੰਟੀ ਕਰਦਾ ਰਾਹ ਚ ਖੜਜੋ ਹਜ਼ਾਰ ਬੰਦੇ ਨੂੰ ਪੁੱਛ ਲਓ ਇੱਕ ਵੀ ਬੰਦੇ ਨੂੰ ਮਿਲੂ ਤੁਹਾਨੂੰ ਜਿੰਨੇ ਪਾਈਥਾਗੋਰਸ ਦੀ ਥਿਉਰਮ ਜ਼ਿੰਦਗੀ ਚ ਵਰਤੀ ਹੋ ਜਿੰਨੇ ਬਹੁਤ ਦੁਖੀ ਕੀਤਾ ਸਮਝ ਨਹੀਂ ਆਉਂਦੀ ਹਾਂ ਉਹ ਸੀ ਨ ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਸੋਨਾ ਚਾਂਦੀ ਤੋਲੇ ਹੂੰ ਪੀ अपॉन ਐਸਆ ਉਹ ਕਰਦੇ ਸੀ ਉਹ ਕਦੇ ਵਰਤੀ ਜ਼ਿੰਦਗੀ ਚ ਆਪਾਂ ਹਾਂ ਮੈਂ ਨਹੀਂ ਕਹਿੰਦਾ ਕਿ ਜ਼ਰੂਰੀ ਨਹੀਂ ਇੰਜੀਨੀਅਰਸ ਵਰਤ ਤੇ ਉਹਨੂੰ ਜ਼ਰੂਰੀ ਹੈ ਜਿਹੜੇ ਬੰਦਿਆਂ ਦਾ ਉਹ ਹੈਗਾ ਨਾ ਫੀਲਡ ਉਹਨਾਂ ਲਈ ਬਹੁਤ ਜ਼ਰੂਰੀ ਹੈ ਪਰ ਜਿਹੜੀ ਇੱਕ ਸਾਰਿਆਂ ਲਈ ਜ਼ਰੂਰੀ ਹੈ ਭਾਵੇਂ ਇੰਜੀਨੀਅਰ ਆ ਭਾਵੇਂ ਡਾਕਟਰ ਆ ਭਾਵੇਂ ਆਰਟਿਸਟ ਆ ਭਾਵੇਂ ਕੋਈ ਨੌਕਰੀ ਕਰ ਰਿਹਾ ਦੁਕਾਨ ਕਰ ਰਿਹਾ ਉਹ ਸਾਰਿਆਂ ਲਈ ਇੱਕ ਗੱਲ ਬਹੁਤ ਜ਼ਰੂਰੀ ਹੈ ਇੱਕ ਦੂਜੇ ਨੂੰ ਸਮਝਣਾ ਹੂੰ ਹਸਬੰਡ ਵਾਈਫ ਨੂੰ ਸਮਝੇ ਵਾਈਫ ਹਸਬੰਡ ਨੂੰ ਮਾਪਿਓ ਨੂੰ ਬੱਚਾ ਸਮਝੇ ਮਾਪਿਓ ਬੱਚੇ ਨੂੰ ਸਮਝੇ ਅਸੀਂ ਆਪਣੇ ਦੋਸਤ ਨੂੰ ਸਮਝੀਏ ਦੋਸਤ ਸਾਨੂੰ ਅਸੀਂ ਆਪਣੀ ਮਹਿਬੂਬ ਨੂੰ ਸਮਝੀਏ ਮਹਿਬੂਬ ਸਾਨੂੰ ਸਮਝੇ ਇਹ ਜਿਹੜੀ ਸਮਝ ਹੈ ਨਾ ਇਹ ਬਿਨਾ ਸਾਈਕਲੋਜੀ ਜਾਣੇ ਬਿਨਾ ਅਸਥੈਟਿਕਸ ਜਾਣੇ ਆਉਂਦੀ ਨਹੀਂ ਬਹੁਤ ਥੋੜੇ ਬੰਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਪਣੇ ਆਪ ਪੈਦਾ ਹੋ ਜਾਂਦੀ ਹੈ ਇਹ ਜ਼ਰੂਰੀ ਵਿਸ਼ਾ ਹੋਣਾ ਚਾਹੀਦਾ ਪੜ੍ਹਾਈ ਸਾਨੂੰ ਜ਼ਰੂਰੀ ਵਿਸ਼ੇ ਦੇ ਤੌਰ ਤੇ ਉਹ ਚੀਜ਼ਾਂ ਜਾਂਦੇ ਜਿਨ੍ਹਾਂ ਦਾ ਜ਼ਿੰਦਗੀ ਚ ਕਦੇ ਕੰਮ ਨਹੀਂ ਆਉਂਦੀਆਂ ਬਹੁਤ ਰੇਅਰ ਕੰਮ ਆਉਂਦੀਆਂ ਘੱਟ ਕੰਮ ਆਉਂਦੀਆਂ ਮੈਥ ਜ਼ਰੂਰੀ ਹੈ ਜ਼ਿੰਦਗੀ ਚ 노 ਡਾਊਟ ਮੈਥਸ ਨਾਲ ਹੀ ਆ ਸਾਰਾ ਕੁਝ ਬਣਿਆ ਕਰਕਰ ਹੂੰ ਸਾਇੰਸ ਵੀ ਜ਼ਰੂਰੀ ਹੈ ਪਰ ਇਹ ਇੱਕ ਪ੍ਰੈਕਟੀਕਲੀ ਸਿਖਾਈ ਜਾਵੇ ਕਿੰਨੇ ਬੱਚਿਆਂ ਨੂੰ ਸਾਡੇ ਨੂੰ ਪਤਾ ਕਿ ਮੇਰੇ ਸਕੂਲ ਦੇ ਪੜੇ ਜਾਂ ਕਿਸੇ ਵੱਡੇ ਸਕੂਲ ਦੇ ਪੜੇ ਬੱਚੇ ਨੂੰ ਕਹਿ ਦੋ ਵੀ ਜਾ ਕੇ ਰੇਲਵੇ ਦਾ ਫਾਰਮ ਭਰੀ ਹੂੰ ਬੈਂਕ ਦੇ ਵਿੱਚ ਫਾਰਮ ਭਰੀ ਹੁੰਦਾ ਨਹੀਂ ਹੈਨਾ ਉਹਨਾਂ ਨੂੰ ਕੋਈ ਵਿਆਜ ਤੇ ਤੂੰ ਪੈਸੇ ਲੈਣੇ ਆ 10 ਲੱਖ ਰੁਪਈਆ ਇਹਦਾ ਵਿਆਜ ਕੈਲਕੂਲੇਟ ਕਰਕੇ ਦੱਸ ਕਿਸ਼ਤ ਕਿੰਨੀ ਬਣੂਗੀ ਹੂੰ ਉਹ ਜ਼ਰੂਰੀ ਚੀਜ਼ਾਂ ਬਿਹਾਰਕ ਚੀਜ਼ਾਂ ਉਹ ਨਹੀਂ ਆਉਂਦੀਆਂ ਸਾਡਾ ਜ਼ਰੂਰੀ ਹੈ ਕੁਝ ਉਹ ਸਾਨੂੰ ਕਰਾ ਨਹੀਂ ਦੇ ਹੈਨਾ ਕੁਝ ਹੋਰ ਕਰਾਈ ਜਾਂਦੇ ਆ ਜੌਬ ਦੇ ਵਿੱਚ ਇਹ ਸਾਰਾ ਕੁਝ ਵੀ ਹੁੰਦਾ ਸਾਡੇ ਲਈ ਮਜਬੂਰੀ ਬਣ ਜਾਂਦੀ ਹੈ ਸਾਨੂੰ ਲਿਮਿਟੇਸ਼ਨ ਲਾਉਂਦੇ ਕਿ ਐਂ ਹੀ ਤੁਰਨਾ ਤੁਸੀਂ ਆਹੀ ਪੜਾਉਣਾ ਐ ਇੰਨੇ ਦੇਰ ਚ ਹੀ ਪੜਾਉਣਾ ਹੂੰ ਉਵੇਂ ਅਸੀਂ ਖੁੱਲ੍ਹ ਕੇ ਕੰਮ ਹੀ ਨਹੀਂ ਕਰ پا ਰਹੇ ਹਨਾ ਹੁਣ ਵੀ ਮੈਂ ਸੋਚਿਆਗਾ ਇੱਕ ਤਾਂ ਪਹਿਲਾਂ ਮੈਂ ਆਨਲਾਈਨ ਸ਼ੁਰੂ ਕੀਤੀ ਸੀ ਫ੍ਰੀ ਕਲਾਸ ਉਹਦੇ ਕੁਝ ਕੁ ਐਪੀਸੋਡ ਪਾਏ ਸੀ ਫੇਸਬੁੱਕ ਤੇ ਹੁਣ ਮੈਂ ਕਰੂੰਗਾ ਉਹਨੂੰ ਕੰਟੀਨਿਊ ਇੱਕ ਮੈਂ ਸੋਚਿਆ ਕਿ ਸਮਰਸ ਦੇ ਵਿੱਚ ਵਰਕਸ਼ਾਪ ਲਾਉਂਗਾ ਬੱਚਿਆਂ ਦੀ ਫ੍ਰੀ ਅ ਮਤਲਬ ਫਿਜ਼ੀਕਲ ਵੀ ਲਾਉਂਗਾ ਤੇ ਆਨਲਾਈਨ ਵੀ ਕਰਾਂਗੇ ਹਨਾ ਤਾਂ ਕਿ ਜੋ ਅਸਲੀ ਗੱਲ ਆ ਉਹ ਸਿਖਾ ਸਕੀਏ ਜ਼ਿੰਦਗੀ ਦੀ ਨਗੀਨੀ ਲਈ ਕੁ ਦੋ ਸ਼ਬਦ ਬਈ ਜਾਂਦੇ ਜਾਂਦੇ ਆਂਦੇ ਜ਼ਿੰਦਗੀ ਨਾ ਜਉਣ ਲਈ ਹੈ ਚੰਗੀ ਤਰ੍ਹਾਂ ਖੁੱਲ ਕੇ ਜਉਣ ਲਈ ਹੈ ਅਸੀਂ ਜ਼ਿੰਦਗੀ ਨੂੰ ਐਂ ਜਉਣ ਲੱਗ ਜੰਨੇ ਜਿਵੇਂ ਆਧਾਰ ਵਿਆਜ ਤੇ ਲਈ ਹੋਵੇ ਹੂੰ ਅਸੀਂ ਜਿਵੇਂ ਉਹਦੀਆਂ ਕਿਸ਼ਤਾਂ ਭਰ ਰਹੇ ਹੋਈਏ ਅਸੀਂ ਜ਼ਿੰਦਗੀ ਨੂੰ ਐਂ ਜਿਉ ਰਹੇ ਆ ਜ਼ਿੰਦਗੀ ਨਗਦੋ ਨਗਦ ਹੈ ਅੱਜ ਜੋ ਹੈ ਹੁਣ ਹੁਣੇ ਨਾ ਕੱਲ ਪਾਸਟ ਜਿਹੜਾ ਲੰਘ ਗਿਆ ਤੇ ਨਾ ਕੱਲ ਜਿਹੜਾ ਆਉਣ ਵਾਲਾ ਕੱਲ ਹੈ ਜਿਹੜਾ ਲੰਘ ਗਿਆ ਉਹ ਅਸੀਂ ਬਦਲ ਨਹੀਂ ਸਕਦੇ ਜੋ ਹੋ ਗਿਆ ਬਾੜਾ ਚੰਗਾ ਉਹਨੂੰ ਛੱਡ ਦਿਓ ਤੇ ਜਿਹੜਾ ਆਉਣ ਵਾਲਾ ਕੱਲ ਆ ਉਹਦੀ ਚਿੰਤਾ ਚ ਅਸੀਂ ਪ੍ਰੈਜ਼ੈਂਟ ਖਰਾਬ ਕਰ ਲਈਏ ਜੋ ਸਾਡੇ ਕੋਲੇ ਨਾਗਦ ਅੱਜ ਹੈ ਨਾ ਅਸੀਂ ਪ੍ਰੈਜ਼ੈਂਟ ਨੂੰ ਜਿਉਣਾ ਸ਼ੁਰੂ ਕਰੀਏ ਜ਼ਿੰਦਗੀ ਨੂੰ ਹੁਣ ਮੰਨਣਾ ਸ਼ੁਰੂ ਕਰੀਏ ਅੱਜ ਹੈ ਨਾ ਕੱਲ ਪੰਜਾਬੀ ਹਿੰਦੀ ਚ ਅਸੀਂ ਕੱਲ ਯੂਜ਼ ਕਰਦੇ ਆ ਕੱਲ ਪਾਸਟ ਲਈ ਵੀ ਕੱਲ ਯੂਜ਼ ਕਰਦੇ ਆ ਆਉਣ ਵਾਲੇ ਭਵਿੱਖ ਲਈ ਵੀ ਕੱਲ ਯੂਜ਼ ਕਰਦੇ ਆ ਕੱਲ ਸ਼ਬਦ ਕੱਲ ਤੋਂ ਬਣਿਆ ਤੇ ਕਾਲ ਜਿਹੜਾ ਬੂਲਤਾ ਤੋਂ ਕਾਲ ਵੀ ਕਾਲ ਦੀ ਮੂਲਤਾ ਤੋਂ ਵੀ ਕਾਲ ਹੀ ਹੈ ਜੀ 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 ਸਾਡੇ ਲਈ ਬੀਤ ਗਿਆ ਉਹ ਵੀ ਕਾਲ ਹੈ ਸਾਡੇ ਲਈ ਜਿਹੜਾ ਆਉਣਾ ਉਹ ਵੀ ਕਾਲ ਹੈ ਸਾਨੂੰ ਇਹ ਦੋਨੋਂ ਕਾਲ ਚੋਂ ਨਿਕਲ ਕੇ ਵਰਤਮਾਨ 'ਚ ਆ ਜਾਣਾ ਚਾਹੀਦਾ ਹੈ ਤਾਂ ਹੀ ਜ਼ਿੰਦਗੀ ਰੰਗੀਨ ਬਣ ਸਕਦੀ ਹੈ ਖੂਬਸੂਰਤ ਬਣ ਸਕਦੀ ਹੈ ਹਨਾ ਜੇ ਤੁਹਾਡਾ ਵਰਤਮਾਨ ਸੋਹਣਾ ਹੋਊਗਾ ਭਵਿੱਖ ਆਪਣੇ ਆਪ ਹੀ ਵਧੀਆ ਬਣ ਜਾਊਗਾ ਜੀ 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 ਤੁਸੀਂ ਇਹ ਵਰਤਮਾਨ 'ਚ ਜਿਉਣ ਦਾ ਮਤਲਬ ਇਹ ਨਹੀਂ ਵੀ ਤੁਸੀਂ ਚੱਕ ਕੇ ਅੱਗ ਲਾ ਦਿਓ ਸਾਰੇ ਕਸੇ ਨੂੰ ਜੀ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜਿਉਂਗੇ ਤੋਡੇ ਭੁੱਖ ਆਪਣੇ ਆ ਵੀ ਖੂਬਸੂਰਤ ਰਚਿਆ ਜਾਊਗਾ ਸਜ ਜਾ ਜਾਊਗਾ ਸੋ ਵਰਤਮਾਨ ਚ ਜਿਉਈ ਹੈ ਖੂਬਸੂਰਤੀ ਨਾਲ ਜਿਉਈ ਹੈ ਤੁਸੀਂ ਸੁਣਿਆ ਬਾਈ ਗੁਰਪ੍ਰੀਤ ਤੇ ਉਹਨਾਂ ਦੇ ਹਮਸਫਰ ਮੈਡਮ ਗਜ਼ਲ ਨੂੰ ਬਹੁਤ ਸਾਰੀਆਂ ਮੁਲਾਕਾਤਾਂ ਕਰਦੇ ਆ ਕਦੇ ਕਦੇ ਲੱਗਦਾ ਹੁੰਦਾ ਹੈ ਕਿ ਬਸ ਗੱਲਾਂ ਕਰੀ ਚਲੋ ਗੱਲਾਂ ਕਰੀ ਚਲੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੰਜ ਲੱਗਦਾ ਕਿ ਹਰ ਮੋੜ ਤੇ ਹਰ ਇੰਟਰਵਿਊ ਚ ਇੱਕ ਨਵਾਂ ਪਰਸਨ ਤੁਸੀਂ ਪਤਾ ਨਹੀਂ ਕੁਝ ਸਿੱਖਦੇ ਨਹੀਂ ਸਕਦੇ ਹੋ ਪਰ ਮੈਨੂੰ ਲੱਗਦਾ ਹੈ ਕਿ ਇੰਨੀਆਂ ਸੈਂਡਾਂ ਪਾ ਕਿੱਥੇ ਸਾਮ ਕੇ ਰੱਖਾਂਗੇ ਇੰਨੀਆਂ ਸੋਹਣੀਆਂ ਗੱਲਾਂ ਕਿੱਥੇ ਕਿੱਥੇ ਕੋਈ ਗਵਾਨਾਂ ਲਈਏ ਕਿੱਥੇ ਕਿੱਥੇ ਸਾਮ ਕੇ ਰੱਖਾਂਗੇ ਇਹ ਹਮਸਫਰ ਪ੍ਰੋਗਰਾਮ ਦਾ ਜਿਹੜਾ ਮਕਸਦ ਸੀ ਸਾਨੂੰ ਲੱਗਦਾ ਹੈ ਕਿ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਜਦੋਂ ਕੋਈ ਜੋੜੀ ਫੋਨ ਕਰਦੀ ਹੈ ਜਦੋਂ ਕੋਈ ਹੋਰ ਬਹੁਤ ਸਾਰੇ ਲੋਕ ਇਹੋ ਜੀਆਂ ਧੀਆਂ ਇਹੋ ਜਿਹੇ ਪੁੱਤ ਇਹੋ ਜੀਆਂ ਨੂੰਹਾਂ ਇਹੋ ਜਿਹੇ ਸੋਹਰੇ ਲਈ ਜੋ ਪ੍ਰੋਣੇ ਸ਼ਬਦ ਆਪਾਂ ਵਰਤਦੇ ਆਂਗੇ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਕਿ ਜੋੜੀਆਂ ਕਿੱਥੋਂ ਲੱਭ ਕੇ ਲਿਆਉਨੇ ਆ ਤਾਂ ਮੈਨੂੰ ਲੱਗਦਾ ਕਿ ਅੱਜ ਇਸ ਜੋੜੀ ਨੂੰ ਦੇਖ ਕੇ ਵੀ ਬਹੁਤ ਸਾਰੇ ਲੋਕ ਪੁੱਛਣਗੇ ਕਿ ਬਾ ਗੁਰਪ੍ਰੀਤ ਤੇ ਗਗਲ ਦੀ ਮੁਲਾਕਾਤ ਬਹੁਤ ਸੋਹਣੀ ਲੱਗੀ ਸੋ ਅਗਲੀ ਮੁਲਾਕਾਤ ਦੇ ਲਈ ਜੁੜੇ ਰਹੋ ਸਰਲੇਖ ਦੇ ਪ੍ਰੋਗਰਾਮ ਹਮ ਸਫਰ ਦੇ ਨਾਲ